हेलो एवरीवन वेलकम बैक इन अनदर पॉडकास्ट दी चलो ਤੁਸੀਂ ਬਾਈ ਦਾ ਟਾਈਟਲਸ ਦੇਖ ਚੁੱਕੇ ਹੋ ਕਿਉਂਕਿ ਵੀ ਹਾਰਡੀ ਸੰਦੂ ਇਹ ਦੋਨੇ ਨਾਲ ਆਉਗਾ ਹਰ ਗੋਪਾਲ ਸਿੰਘ ਸੰਦੂ ਕਹਿੰਦਾ ਜਾਣਾ लाइक ਯੂ نو ਵੀ ਯੂਰ ਪ੍ਰੈਜ਼েন্টিং ਇਨ ਅ ਫਿਲਮ ਦੇ ਤੇ ਵਾਖੀਂ ਕਰਦੇ ਆ ਬਾਈ ਬਾਈ ਹਾਓ ਆਈ ਕੰਟੀ ਜੀ ਵੀਰੇ ਸਭ ਵਧੀਆ ਤੁਹਾਨੂੰ ਸੁਣਾਉਣਾ ਹਾਂ ਜੀ ਕਿਵੇਂ ਹੋ ਆਲ ਗੁੱਡ ਆਲ ਗੁੱਡ ਤੇ ਯਾ ਆਪਣੇ ਬਾਰੇ ਦੱਸੋ ਜਨਤਾ ਨੂੰ ਸੀ ਇਹਦਾ ਪਤਾ ਲੇਕਿਨ ਆਪਾਂ ਸ਼ੇਅਰ ਕਰਦੇ ਆ ਜਮਾ ਲੇਅਰ ਬਾਏ ਲੇਅਰ ਬੇਗਮਿੰਤ ਤੋਂ ਕਿਥੋਂ ਵੀ ਐਜੂਕੇਸ਼ਨ ਕਾਦੀ ਕੀਤੀ ਆਪਾਂ ਐਜੂਕੇਸ਼ਨ ਦੀ ਜਾਨ ਹੈਗੀ ਪੰਜਾਬ ਚ ਕਿਥੋਂ ਕੀ ਕਰਦੇ ਸੀ ਅ ਮੈਂ ਵੀਰੇ ਬਸ ਹੋਮ ਮੈਡੀਕਲ ਅੱਛਾ ਉੱਤੇ ਬਾਅਦ ਵਿੱਚ ਫਿਰ ਅਮ ਸਿੰਗਿੰਗ ਦਾ ਕੀੜਾ ਸੀਗਾ ਉਸ ਤੋਂ ਬਾਅਦ ਫਿਰ ਮੈਂ ਆ ਗਿਆ ਮਿਊਜ਼ਿਕ ਚ ਗ੍ਰੈਜੂਏਸ਼ਨ ਜਲੰਧਰ ਮੇ ਪੀਜੋ ਕਾਲਜ ਪੜ੍ਹਦਾ ਸੀ ਤੇ ਉੱਥੇ ਪਹਿਲੀ ਪਹਿਲਾ ਸਾਡਾ ਹੀ ਸੀਗਾ ਬੈਚ ਉਹਦੇ ਚ ਨਵਾਂ ਕੋਰਸ ਆਇਆ ਸੀਗਾ ਉਹਦਾ ਬੈਚਲਰ ਆਫ ਮਲਟੀਮੀਡੀਆ ਸੋ ਚਾਰ ਸਾਲ ਦਾ ਸੀਗਾ ਤੇ ਚਾਰ ਸਾਲ ਉਹਦਾ ਕੀਤਾ ਉਸ ਤੋਂ ਬਾਅਦ ਫਿਰ ਮਾਸਟਰ ਮਿਊਜ਼ਿਕ ਉਹ ਉਹਨਾਂ ਕਾਲਜਿਸ ਚ ਵੀ ਰਹਿ ਗਈ ਮੰਗੀ ਨਹੀਂ ਉਥੇ ਐਨਾ ਸਿਗਾ ਨਹੀਂ ਕਰਨੀ ਆ ਬਾਈ ਨਹੀਂ ਅਸੀਂ ਆ ਦੇਖਦੇ ਹਾਂ ਛੇਪੜ ਤੋਂ ਉਹ ਅਸਲ ਵਿੱਚ ਸਿਗਾ ਇਦਾਂ ਵੀ ਅਸੀਂ ਜਦੋਂ ਅਸੀਂ ਗਏ ਆ ਉਸ ਕਾਲਜ ਜਿਹੜੇ ਕਾਲਜ ਵਿੱਚ ਪੜ੍ਹਦਾ ਸੀ ਗੰਦਰ ਦੇ ਪੀਜਾ ਕਾਲਜ ਉਥੇ ਸਾਰਾ ਮਾਹੌਲ ਸਿਗਾ ਸ਼ਹਿਰ ਵਾਲਿਆਂ ਦਾ ਕਿਉਂਕਿ ਸ਼ਹਿਰ ਦੇ ਹੀ ਪੜਦੇ ਸੀਗੇ ਜਦਾਂ ਅਮੀਰ ਅਮੀਰ ਘਰਾਂ ਦੇ ਜੇ ਫਿਰ ਅਸੀਂ ਜਦੋਂ ਗਏ ਤੇ ਮੈਨੂੰ ਇਹ ਲੱਗਦਾ ਵੀ ਅਸੀਂ ਹੀ ਜਦੋਂ ਗਏ ਆ ਉਦੋਂ ਪਿੰਡਾਂ ਵਾਲੇ ਸ਼ੁਰੂ ਹੋ ਗਏ ਉੱਥੇ ਜਾਣਾ ਅਸੀਂ ਬੱਸਾਂ ਚੋਂ ਜਾਣ ਵਾਲੇ ਸੀਗਾ ਨਾ ਬੱਸ ਤੋਂ ਉਤਰ ਕੇ ਫਿਰ ਉਹ ਤੋਂ ਟੈਂਕੂ ਲੈ ਕੇ ਅੱਧਰ ਜਾਣਾ ਅੱਗੇ ਇਹਨਾਂ ਤਰਕੇ ਜਾਣਾ ਤੇ ਫਿਰ ਉਹ ਨਾਲ ਦੇਖਣਾ ਜਦੋਂ ਅਸੀਂ ਯਾਰ ਆ ਚੀਜ਼ਾਂ ਦਾ ਫਿਲਮਾਂ 'ਚ ਦੇਖਦੇ ਹੁੰਦੇ ਸੀਗਾ ਨਾ ਤੇ ਉਹ ਰੀਅਲ ਦੇ ਵਿੱਚ ਉਹ ਉੱਥੇ ਮਾਹੌਲ ਬੜਾ ਡਿਫਰੈਂਟ ਯਾਰ ਸੀਗਾ ਕਿਉਂਕਿ ਅਸੀਂ ਪਾਸਰ ਨੇ ਜਲੰਧਰ ਤਾਂ ਰਹੀ ਸੀ ਜਦੋਂ ਅਸੀਂ ਗਏ ਆ ਉਦੋਂ ਐ ਸਾਰੇ ਟੀਚਰਾਂ ਨੂੰ ਆ ਗਿਆ ਵੀ ਯਾਰ ਇਹ ਕਿਵੇਂ ਗਾਉਣਗੇ ਭੰਡਾਲੇ ਆ ਗਏ ਸਾਰੇ ਨੇ ਉਹ ਹੋਣੇ ਆ ਹਾਂ ਤਾਂ ਉਹ ਸਾਰੇ ਸੀਗੇ ਉੱਥੇ ਜਦੋਂ ਉਹ ਸਰਦ ਰਚਿੰਦਾ ਡਾਟਚਾ ਟੀਚਰ ਨੇ ਸਾਨੂੰ ਸੱਦੇ ਆ ਨਾ ਜਦੋਂ ਅਸੀਂ ਨਵੇਂ ਕਿਉਂਕਿ ਨਵਾਂ ਕੋਰਸ ਸ਼ੁਰੂ ਹੋਇਆ ਸੀਗਾ ਅਸਲ ਇਹ ਹੋਇਆ ਜਦੋਂ ਉਸੇ ਇੱਕ ਮਿਲ ਨੂੰ ਗੱਲ ਯਾਦ ਆਈ ਕਿ ਉਹ ਕੋਰਸ ਦੇ ਵਿੱਚ ਉਹਨਾਂ ਨੇ ਇੱਕ ਚੀਜ਼ ਐਡ ਕੀਤੀ ਸੀ ਸਟੂਡੀਓ ਇੱਕ ਕਲਾਸ ਤੇ ਮਿਊਜ਼ਿਕ ਬਣਾਉ ਸਕੋੜਾ ਦਨ ਇਹ ਵੇ ਤਾਂ ਤੁਸੀਂ ਮੋਕਲਦੇ ਹਾਂ ਹਾਂ ਤੇ ਤੁਹਾਨੂੰ ਮਿਊਜ਼ਿਕ ਤੁਸੀਂ ਕਿੱਦਾਂ ਸਿੱਖ ਸਕਦੇ ਆ ਬਣਾਉਣਾ ਅਸੀਂ ਸਾਰਿਆਂ ਨੇ ਉਸ ਉਸ ਚੀਜ਼ ਕਰਕੇ ਜੁਆਇਨ ਕੀਤਾ ਸੀਗਾ ਜਿੰਨੇ ਵੀ ਮਿਊਜ਼ਿਕ ਵਾਲੇ ਸੀਗੇ ਪਿਆਰ ਅਸੀਂ ਐਟ ਲੀਸਟ ਸਾਨੂੰ ਪਤਾ ਲੱਗੂ ਕਿ ਕਿੱਦਾਂ ਅਸੀਂ ਬਣਾਉਣਾ ਤੇ ਅਸਲ ਜਦੋਂ ਫਿਰ ਉਹ ਟੀਚਰ ਸਾਡਾ ਬੈਠਾ ਸੀਗਾ ਉੱਥੇ ਮੈਂ ਉਹਦਾ ਨਾਮ ਨਹੀਂ ਲਵਾਂਗਾ ਤੇ ਉਹ ਬੈਠਾ ਸੀਗਾ ਉਹਨੇ ਨਾ ਸਾਰਿਆਂ ਨੂੰ ਬਿਠਾਤਾ ਸਾਨੂੰ ਸਾਇਡ ਇੱਕ ਪਾਸੇ ਵੀ ਜਦੋਂ ਸੁਣਦਾ ਸੀਗਾ ਵੀ ਹਾਂ ਵੀ ਨਵੇਂ ਮੁੰਡੇ ਆਏ ਆ ਇਹ ਸੁਣਾਉ ਆ ਕੇ ਕਿਉਂਕਿ ਉਹਨੇ ਕਿ ਜਿਹੜਾ ਜਿੰਨੇ ਮਿਊਜ਼ਿਕ ਜੁਆਇਨ ਕੀਤਾ ਹੂੰ ਕੀ ਆਉਂਦਾ ਇਹਨੂੰ ਪਸੰਦ ਆ ਬੜਾ ਸਾਰਾ ਬਾਹਰ ਦੇ ਚੈੱਕ ਹੁੰਦੇ ਹਾਂਜੀ ਸੋ ਅਸੀਂ ਜਿੰਨੇ ਆਈਏ ਇੱਕ ਮੇਰਾ ਬਹੁਤ ਖਾਸ ਮਤਰ ਸਿਗਾ ਫਤਿਹ ਗਿਲ ਉਹਦੀ ਹੁਣੇ-ਹੁਣੇ ਲਾਸਟ ਮਹੀਨੇ ਡੈਥ ਹੋ ਗਈ ਉਹਦੇ ਬੜੇ ਸੋਹਣੇ ਗਾਣੇ ਆਏ ਸੀਗੇ ਤੇ ਅਛਾ ਉਹਨੇ ਗਾਣਾ ਸੁਣਾਇਆ ਤੇਰੀ ਭੇਜ ਗਈ ਕੁੜਤੀ ਲਾਲ ਪਸੀਨੇ ਨਾਲ ਗੋੜੇ ਜਿੰਨੇ ਤੁਹਾਡੇ ਮੁੰਡੇ ਸੀਗੇ ਸਾਰੇ ਪੰਜਾਬੀ ਗਾਣੇ ਗਾਉਣ ਜਿੰਨੇ ਵੀ ਅਸੀਂ ਸੀਗੇ ਸਾਰੇ ਹੱਨੇ ਤਕਰੀਬਨ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਉਹ ਸ਼ਹਿਰਾਂ ਵਾਲੇ ਆਏ ਸੀਗੇ ਉਹ ਹਿੰਦੀ ਗਾਣੇ ਗਾਉਣ ਉਹਨਾਂ ਨੂੰ ਲੱਗਾ ਵੀ ਯਾਰ ਆਹ ਕਿੱਥੋਂ ਆ ਗਏ ਇਕੱਠੇ ਹੋ ਗਏ ਸਾਰੇ ਜਣੇ ਸਾਰੇ ਸਾਰੇ ਪੰਜਾਬੀ ਗਾਣੇ ਗਾਉਣੇ ਆਣ ਹਾਂ ਤੇ ਵੀ ਇਹ ਤਾਂ ਕੰਮ ਖਰਾਬ ਹੋ ਗਿਆ ਵੀ ਇਹ ਤਾਂ ਅਸੀਂ ਕੋਰਸ ਜਦੋਂ ਗਲਤ ਸ਼ੁਰੂ ਕਰ ਲਿਆ ਜ ਪਤਾ ਨਹੀਂ ਕੀ ਕਰ ਲਿਆ ਉਸ ਤੋਂ ਬਾਅਦ ਕੀ ਹੋਇਆ ਟੈਲੈਂਟ ਹੰਡ ਹੋਇਆ ਕੋਲੇ ਵੀ ਜੇ ਜਦੋਂ ਨਵੇਂ ਜਿਹੜੇ ਜਾਂਦੇ ਨੇ ਤੇ ਉਹਨਾਂ ਦਾ ਫਿਰ ਟੈਲੈਂਟ ਹੰਡ ਕਰਦੇ ਨੇ ਵੀ ਕਿਹੜਾ ਕਿਹੜਾਲਾ ਕੰਪੋਜੀਸ਼ਨ ਕਰੇਗਾ ਵੀ ਇਹ ਆ ਕਾਈਂਡ ਆਫ ਆ ਜੀ ਤੇ ਉਹਦੇ ਵਿੱਚ ਉਹਤੇ ਦੋ ਕੈਟੇਗਰੀਆਂ ਰੱਖੀਆਂ ਉਹਨਾਂ ਨੇ ਇੱਕ ਗੀਤ ਤੇ ਇੱਕ ਲੋਕਗੀਤ ਸੋ ਲੋਕਗੀਤ ਦੇ ਵਿੱਚ ਮੈਨੂੰ ਲੱਗਦਾ ਸੀਗਾ ਵੀ ਮੈਂ ਜਿਹੜਾ ਟਿੱਲਾ ਆ ਤੇਰੇ ਟਿੱਲੇ ਤੋਂ ਸੂਰਤ ਦੀਦੀ ਆ ਇਹ ਉਹ ਮੈਂ ਤਿਆਰ ਕਰ ਲਿਆ ਕਿਉਂਕਿ ਉਹ ਵੀ ਇੱਕ ਫੋਕੀ ਬਣ ਗਿਆ ਸੀ ਆਪਣਾ ਹੈ ਤਾਂ ਨਹੀਂ ਸੀ ਫੋਕੀਤ ਪਰ ਉਹ ਲੋਗੀ ਦਾ ਪਾਉ ਉਹਨੂੰ ਹੀ ਕਹ ਦਿੰਨੇ ਆ ਵੀ ਜਿਹੜਾ ਲੋਕਾਂ ਦੇ ਲੋਕਾਂ ਦਾ ਗੀਤ ਬਣ ਗਿਆ ਤਾਂ ਲੋਗੀ ਦਾ ਹੂੰ ਦੂਜਾ ਗਾਣਾ ਮੈਂ ਤਿਆਰ ਕਰ ਲਿਆ ਵੀ ਖੂਫਿਆ ਰਿਪੋਰਟ ਆਈ ਲੰਡਨੋਂ ਕਿੱਥੇ ਤੋਂ ਕਰਾਇਆ ਜਾ ਕੇ ਵਿਆਹ ਨਹੀਂ ਅੱਛਾ ਤੇ ਜਿਹੜੇ ਮੇਰੇ ਨਾਲ ਦੇ ਇਹ ਕਿੰਨਾ ਦਾ ਸੀਗਾ ਇਹ ਗੁਰਪ੍ਰੀਤ ਟੱਟ ਅੱਛਾ ਜਿਹੜਾ ਵੀਰੇ ਦੱਸਦਾ ਸੀ ਕਿ ਟੱਟਾਂ ਤੋਂ ਹੂੰ ਹੂੰ ਤੇ ਉਹ ਟੱਟਾਂ ਤੋਂ ਸਾਡੇ ਲਾਗੇ ਪਿੰਡ ਸੀਗਾ ਠੀਕ 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 ਅੱਛਾ ਮੈਂ ਨਾ ਜਦ ਮੇਰੀ ਤੀਜੇ ਕ ਨੰਬਰ ਤੇ ਵਾਰੀ ਸੀ ਵਿੱਚ ਇੱਕ ਜਣਾ ਆ ਜਾਂਦਾ ਸੀਗਾ ਹਿੰਦੀ ਗਾਣਾ ਗਾਉਣੇ ਵਾਲਾ ਨਾ ਤੇ ਵਿੱਚ ਫਿਰ ਇੱਕ ਪੰਜਾਬੀ ਵਾਲਾ ਆ ਜਾਂਦਾ ਸੀ ਸਸ ਸਾਰੇ ਪੰਜਾਬੀ ਵਾਲੇ ਸੀਗੇ ਤੇ ਜਦੋਂ ਮੈਂ ਅੱਛਾ ਜਦੋਂ ਮੈਂ ਸ਼ੁਰੂ ਕੀਤਾ ਨਾ ਬੇਦਰਦਏ ਸਾਡੇ ਦਿਲ ਦੀ ਮਹਿੰਦੀ ਮਸਲ ਦਿੱਤੀ ਤੂੰ ਬੜਾ ਨਾ ਲਾਉਣ ਦੇ ਲਈ ਤੇ ਟੀਚਰ ਹਨਾ ਸਾਰੀਆਂ ਖੜੀਆਂ ਹੋ ਗਈਆਂ ਤੇ ਉਹ ਮੈਨੂੰ ਐ ਦੇਖਣ ਲੱਗ ਗਿਆ ਕਿ ਇਹ ਕਿੱਥੋਂ ਆ ਗਿਆ ਯਾਰ ਬੰਦਾ ਤੇ ਗਾਣਾ ਸਾਡੇ ਕਾਲਜ ਤਾਂ ਅਜ ਤੱਕ ਕਿਸੇ ਨੇ ਗਾਇਆ ਹੀ ਨਹੀਂ ਪੰਜਾਬੀ ਗਾਣੇ ਨਹੀਂ ਆਉਂਦੇ ਸੀਗੇ ਨਾ ਵੀ ਇਹ ਕਿਹੋ ਜਿਹਾ ਲਾਪੇ ਗਾਉਣ ਤੇ ਅੱਛਾ ਅਸੀਂ ਚਲੋ ਗਾਇਆ ਤੇ ਉਹਦੇ ਚ ਮੇਰਾ ਜਿਹੜਾ ਕੀ ਟਗਾਇਆ ਉਹਦੇ ਚ ਮੇਰਾ ਕੋਈ ਨੰਬਰ ਨਹੀਂ ਆ ਉਹਦੇ ਚ ਹਿੰਦੀ ਵਾਲਾ ਆ ਗਿਆ ਜਿਹੜਾ ਮੈਂ ਟਿੱਲਾ ਗਿਆ ਉਹਦੇ ਚ ਮੇਰੇ ਫਰਸਟ ਪਲੇਸ ਆ ਗਈ ਅੱਛਾ ਤੇ ਉਹ ਤੋਂ ਬਾਅਦ ਕੀ ਹੋਇਆ ਅਸੀਂ ਜਦੋਂ ਸਾਰਾ ਕੁਝ ਹੋ ਗਿਆ ਡਨ ਵੀ ਹਾਂ ਵੀ ਆਹ ਬੰਦਿਆਂ ਨੇ ਆਹ ਕਰਨਾ ਇਦਾਂ ਇਦਾਂ ਕਰਨਾ ਇੱਕ ਉਹਨਾਂ ਨੇ ਨਾ ਕਵਾਲੀਆਂ ਦੀ ਟੀਮ ਬਣਾ ਲਈ ਜੋ ਟੀਚਰਾਂ ਨੂੰ ਚੰਗਾ ਲੱਗਦਾ ਸੀ ਵੀ ਆ ਤੁਸੀਂ ਕਵਾਲੀਆਂ ਗਾਓ ਹਿੰਦੀ ਸਾਨੂੰ ਪਿਛੇ ਤਾੜੀਆਂ ਮਾਰਨ ਬਿਠਾਦਾ ਜਿੰਨੇ ਜਾਣੇ ਸੀਗੇ ਅਸੀਂ 4-5 ਜਾਣੇ ਨਾ ਪੰਜਾਬੀ ਹਾਂ ਹਾਂ ਫੇ ਸਾਨੂੰ ਸਮਝੰਦਾ ਵੀ ਯਾਰ ਅਸੀਂ ਕਿੱਥੇ ਕਿੱਥੇ ਫਸ ਗਏ ਆ ਕਿ ਵੀ ਅਸੀਂ ਤਾੜੀਆਂ ਮਾਰਨ ਥੋੜੀਆਂ ਆ ਇੱਥੇ ਨਾ ਨਾਲ ਉਹ ਗਾਇਆ ਕਰਨ ਤੇ ਸਾਨੂੰ ਪਿਛੇ ਤਾੜੀਆਂ ਮਾਰਨ ਲੱਤ ਤੋੜਦੇ ਨਹੀਂ ਅਸੀਂ ਨਹੀਂ ਹੋਣਾ ਵੀ ਆ ਬਹੁਤ ਬੇਇੱਜ਼ਤੀ ਹੁੰਦੀ ਹੈ ਅਸੀਂ ਨਹੀਂ ਇਹ ਨਹੀਂ ਕੋਣਾ ਫੇ ਅਸੀਂ ਇਹ ਨਹੀਂ ਕਰਨਾ ਹੈ ਹੈਗੇ ਅੱਛਾ ਉਹ ਯਾ ਟੀਚਰ ਆ ਉਹ ਸਾਡੇ ਨਾਲ ਲੜ ਪਿਆ ਵੀ ਤੁਸੀਂ ਆਪਣੀਆਂ ਮਰਜ਼ੀਆਂ ਕਰਦੇ ਹੋ ਪੰਜਾਬੀ ਗਾਣੇ ਗਾਉਣੇ ਤੇ ਉਹਨੇ ਚਾਰਾ ਪੰਜਾ ਸਾਲਾਂ ਜਿੰਨੇ ਸਾਲ 6 ਸਾਲ ਉੱਥੇ ਪੜ੍ਹੇ ਆ ਅਸੀਂ ਕਿਸੇ ਨੂੰ ਬੰਦੇ ਨੂੰ ਉਹਨੇ ਯੂਥ ਫੈਸਟੀਵਲ ਜੀ ਪਾਰਟਿਸਿਪੇਟ ਨਹੀਂ ਕਰਨ ਦਿੱਤਾ ਮੈਂ ਉਹਨਾਂ ਨੂੰ ਹੀ ਕਰਾਇਆ ਜਿਹੜੇ ਉਹਦੇ ਚੇਲੇ ਸੀਗੇ ਹੂੰ ਤੇ ਹਾਂ ਤੇ ਸਾਨੂੰ ਕਿਸੇ ਨੂੰ ਨਹੀਂ ਕਰਾਇਆ ਵਾਰ ਦੇ ਵਿੱਚ ਮੈਨੂੰ ਲੱਗੇ ਵਾਰ ਤੇ ਵਿੱਚ ਆਪਾਂ ਤਿਆਰੀ ਕਰ ਲਈ ਕਦੇ ਨਹੀਂ ਜੀ ਇਹਨੂੰ ਨਹੀਂ ਲੱਗੇ ਜਾਣਾ ਕੱਢ ਦੋ ਬਾਹਰ ਅੱਛਾ ਗ੍ਰੈਜੂਏਸ਼ਨ ਸਾਡੀ ਐਂ ਲੰਘੀ ਉਸ ਤੋਂ ਬਾਅਦ ਫਿਰ ਅਸੀਂ ਸੋਚ ਲਿਆ ਸੀਗਾ ਵੀ ਕਾਲਜ ਹਫ਼ਤੇ 'ਚ ਇੱਕ ਦਿਨ ਜਾਂ ਦੋ ਦਿਨ ਚਾਹੀਦਾ ਸੀਗਾ ਵੀ ਨਹੀਂ ਇੱਥੇ ਤਾਂ ਆਪਾਂ ਸਿਰਫ ਹਾਜ਼ਰੀ ਲਾਉਣੀ ਆਈਦਾ ਕਿਉਂ ਸਰਟੀਫਿਕੇਟ ਲੈਣੇ ਆ ਬਾਅਦ ਐਸਟ ਘੁੰਮਣ ਫਿਰਨਾ ਚਾਹੀਦਾ ਸੀਗਾ ਤੇ ਫਿਰ ਜਦੋਂ ਅਸੀਂ ਮਾਸਟਰ ਕਰਨ ਲੱਗ ਗਿਆ ਮੈਂ ਤੇ ਮੇਰੇ ਨਾ ਉੱਥੇ ਮੈਡਮ ਸੀਗੇ ਉਹਨਾਂ ਨਾਲ ਬਹੁਤ ਪਿਆਰ ਸੀਗਾ ਤੇ ਉਹਨਾਂ ਨੇ ਮੈਨੂੰ ਮੈਡਮ ਕਹਿੰਦੇ ਵੀ ਤੈਨੂੰ ਮੈਂ 뮤직 'ਚ ਨਹੀਂ ਲੈ ਕੇ ਜਾਣਾ ਤੈਨੂੰ ਮੇਰੇ ਨਾਲ ਤੂੰ ਫੈਂਸੀ ਡਰੈਸ ਕੰਪੀਟੀਸ਼ਨ 'ਚ ਜਾਊਂਗਾ ਮੈਂ ਕਿਹਾ ਮੈਡਮ ਬਈ ਮੈਂ ਫੈਂਸੀ ਡਰੈਸ 'ਚ ਕਦ ਆ ਜਾਊਂਗਾ ਜੀ ਉਹ ਫੈਂਸੀ ਡਰੈਸ ਦਾ ਹੁੰਦੇ ਆ ਮਤਲਬ ਜਿਹਦਾ ਸੀਨੀਅਰ ਕਲਾ ਬੱਚਿਆਂ ਦੇ ਹੁੰਦੇ ਨੇ ਉਹ ਕਾਲਜ ਲੈ ਕੇ ਆਉਂਦੇ ਨੇ ਕੋਈ ਤੁਸੀਂ ਕੈਰੇਕਟਰ ਬਣਨਾ ਇੱਕ ਓਕੇ ਜੀ ਬੋਲਣਾ ਕੁਝ ਨਹੀਂ ਆ ਮਾਈਮ ਨਹੀਂ ਨਹੀਂ ਆਪ ਇੱਕ ਕਰੈਕਟਰ ਬਣਾਉਣਾ ਉਹ ਕਰੈਕਟਰ ਦਾ ਜਿਹੜੀ ਉਹਨੂੰ ਤੁਸੀਂ ਡਿਸਕ੍ਰਾਈਬ ਕਰਨਾ ਆ ਆਪਣੇ ਕੱਪੜਿਆਂ ਦੇ ਨਾਲ ਜਾਂ ਆਪਣੇ ਜੋ ਤੁਸੀਂ ਹਾਉ ਭਾਉ ਦੇ ਨਾਲ ਸੋ ਮੈਨੂੰ ਬਣਾਇਆ ਮਿਰਜਾ ਮੈਂ ਮਿਰਜਾ ਹਾਂ ਮੈਂ ਮਿਰਜਾ ਬਣ ਕੇ ਮਿਰਜਾ ਬਣਾਇਆ ਕਮਾਨ ਪਾਈ ਤੇ ਨਾਲ ਤਲਵਾਰ ਹਨਾ ਉਹਦੇ ਵਿੱਚ 17 ਜਣੇ ਨੇ ਪਾਰਟਿਸਪੈਂਟ ਕੀਤਾ 16 ਕੁੜੀਆਂ ਮੈਂ ਇਕੱਲਾ ਹੀ ਮੁੰਡਾ ਹਮ ਯੂਨੀਵਰਸਿਟੀ 'ਚ ਤੇ ਤਿਆਰ ਕਰਾਇਆ ਸੀਗਾ ਵਿੱਕੀ ਭਾਜੀ ਨੇ ਜਿਹੜੇ ਅ ਕੋਹਰਾ ਆਈ ਹੈ ਹੁਣ ਵਿੱਕੀ ਸੁਵਿੰਦਰ ਕੋਹਰਾ ਹਾਂ ਸੁਵਿੰਦਰ ਵਿੱਕੀ ਸੁਵਿੰਦਰ ਵਿੱਕੀ ਹਾਂਜੀ ਉਹ ਭਾਜੀ ਨੇ ਮੈਨੂੰ ਤਿਆਰ ਕਰਾਇਆ ਯਾਰ ਮੈਂ ਗੱਲ ਇੱਥੇ ਰੁਕਾਂ ਬਿਗ ਫੈਨ ਆਫ ਤੇ ਉਹ ਭਾਜੀ ਨੇ ਮੈਨੂੰ ਤਿਆਰ ਕਰਾਇਆ ਹਨਾ ਤੇ ਉਹ ਭਾਜੀ ਨੇ ਸਾਡਾ ਜਿਹੜਾ ਕਾਲਜ ਦਾ ਸੀਗਾ ਆਪਣਾ ਉਹ ਕੀ ਕਰਦੇ ਸੀ ਉੱਥੇ ਬਾਏ ਬਈ ਕਾਲਜ ਭਾਈ ਜਿਹੜਾ ਡਰਾਮਾ ਹੁੰਦਾ ਇੱਕ ਹਾਂ ਉਹ ਉਹਨਾਂ ਨੇ ਤਿਆਰ ਕਰਾਇਆ ਸੀਗਾ ਪੂਰਾ ਅੱਛਾ ਹੀ ਵਾਸ ਅ ਟੀਚਰ ਤੇ ਟੀਚਰ ਨਹੀਂ ਸੀਗੇ ਉਹਨਾਂ ਨੂੰ ਜਿੱਦਾਂ ਕਾਲਜ ਵਾਲਿਆਂ ਨੇ ਫਿਰ ਇੱਕ ਆਰਟਿਸਟ ਨੂੰ ਬੁਲਾਉਂਦੇ ਨੇ ਵੀ ਹਾਂ ਸਾਡੇ ਕਾਲਜ ਚ ਤਿਆਰ ਕਰਾਉ ਹੈ ਹੂੰ ਤੇ ਉਹਨਾਂ ਨੇ ਭਾਜੀ ਨੇ ਉਹ ਤਿਆਰ ਕਰਾਇਆ ਤੇ ਸਟੇਜ ਪੂਰੀ ਤਿਆਰ ਕਰਾਈ ਅੱਛਾ ਉੱਥੇ ਜਦੋਂ ਗਏ ਤੇ ਭਾਜੀ ਨੇ ਮੈਨੂੰ ਕਿਹਾ ਵੀ ਤੂੰ ਆਹਾਹਾ ਪਿਆਰ ਕਰਨਾ ਸਾਰਾ ਚਲੋ ਮੈਂ ਮਿਰਜਾ ਬਣ ਗਿਆ ਤੇ ਰੌਣਕੀ ਰਾਮ ਜੱਜ ਸੀ ਮੋਰੇ ਹੂੰ ਸਾਰਿਆਂ ਨੇ ਚਲੋ ਜੀ ਪਾਰਟਿਸਪੇਟ ਕੀਤਾ ਤੇ ਜਦੋਂ ਮੈਂ ਕੁੜੀਆਂ ਸਾਰੀਆਂ ਕੁੜੀਆਂ ਕਿਸੇ ਨੇ ਕੋਈ ਗਾਗਰ ਚੱਕਦੀ ਸੀ ਕੋਈ ਕੋਸ਼ਿਸ਼ ਸੀਗਾ ਮਤਲਬ ਇਦਾਂ ਤੇ ਮੈਂ ਲਾਸਟ ਤੇ ਮੈਂ ਸੀਗਾ ਸਭ ਤੋਂ ਲਾਸਟ ਤੇ ਜਦੋਂ ਮੈਂ ਗਿਆ ਤੇ ਉਹ ਇੱਕ ਤਾਂ ਬੜੀ ਚੀਕ ਮਾਰੀ ਪਈ ਹਾਵੇ ਮੁੰਡਾ ਵੀ ਆਇਆ ਕੋਈ ਆਡੀਟੋਰੀਅਮ ਸਾਰਾ ਚੀਕਾਂ ਦੇ ਨਾਲ ਤੇ ਫਿਰ ਪਿੱਛੇ ਨਾ ਅਸਲ ਦੇ ਵਿੱਚ ਕੀ ਹੋਇਆ ਜਦਾਂ ਉਹ ਬੋਲਣਾ ਨਹੀਂ ਹੁੰਦਾ ਕੁਝ ਵੀ ਉਹ ਉਹ ਟੈਕੀ ਹੁਆ ਫਿਰ ਜਦੋਂ ਮੈਂ ਪਾਰਟਿਸਿਪੇਟ ਕੀਤਾ ਤੇ ਮੇਰੀ ਬਾਰੀ ਆਈ ਤੇ ਉਹ ਪਿੱਛੇ ਸਾਡੇ ਕਾਲਜ ਤੋਂ ਇੱਕ ਸਿਗਾ ਮੁੰਡਾ ਉਹਨੇ ਨਾ ਪਿੱਛੇ ਜਿੱਦਾਂ ਉਹੀ ਗੁਣਗਣਾ ਸਰਬ ਓ ਹੋ ਹੋ ਜਿੱਦਾਂ ਮਿਰਜੇ ਦੀ ਜੋ ਹਾਂ ਤੇ ਉਹਨੇ ਉਹ ਉਹ ਗਾਤਾ ਚਲੋ ਉਹ ਆਪਾਂ ਬੋਲਣਾ ਨਹੀਂ ਹੁੰਦਾ ਕੁਝ ਵੀ ਤੇ ਸਿਰਫ ਮੈਂ ਕਿਰਪਾਨ ਫੜ ਕੇ ਐਕਸ਼ਨ-ਉਸ਼ਨ ਜੇ ਕੀਤੇ ਮੈ ਪਤਾ ਲੱਗ ਗਿਆ ਵੀ ਹਾਂ ਮੈਂ ਮਿਰਜੇ ਦਾ ਹੀ ਆ ਸਾਰਾ ਤੇ ਮੈਨੂੰ ਨਾ ਮੈਂ ਜਦੋਂ ਸੇਤੋਂ ਥੱਲੇ ਗਿਆ ਤੇ ਰੌਣਕੀ RAM ਨੇ ਆ ਕੇ ਮੈਨੂੰ ਜੱਫੀ ਪਾ ਲਈ ਮੈਂ ਪਹਿਲਾਂ ਪਾ ਕਰਕੇ ਨਿਕਲਿਆ ਤੇ ਵਿੱਕੀ ਭਾਜੀ ਨੇ ਮੈਨੂੰ ਚੱਕ ਲਿਆ ਭਾਜੀ ਨੇ ਭਾਜੀ ਕਹਿੰਦੇ ਯਾਰ ਤੂੰ ਕਿਆ ਕਿਆ ਕਹਿੰਦਾ ਕੈਂਡ ਕੀਤਾ ਭਾਜੀ ਕਹਿੰਦੇ ਵੀ ਤੂੰ ਫਸਟ ਆ ਬਹੁਤ ਵਧੀਆ ਕੀਤਾ ਡਿਸੀਜਨ ਤਾਂ ਪਹਿਲਾਂ ਹੀ ਹਾਂ ਡਿਸੀਜਨ ਤਾਂ ਭਾਜੀ ਕਹਿੰਦਾ ਮੈਨੂੰ ਬਹੁਤ ਵਧੀਆ ਲੱਗਿਆ ਵੀ ਤੂੰ ਬਹੁਤ ਸੋਹਣਾ ਕਰਕੇ ਆ ਮੈਂ ਮਤਲਬ ਭਾਜੀ ਨੂੰ ਇੰਨੀ ਖੁਸ਼ੀ ਸੀ ਉਹਨੇ ਜੱਫੀ ਪਾ ਲਈ ਜੱਫੀ ਪਾ ਕੇ ਮੈਨੂੰ ਚੱਕ ਲਿਆ ਜਦੋਂ ਮੈਂ ਥੱਲੇ ਆਇਆ ਸਟੇਜ ਤੋਂ ਤੇ ਥੱਲੇ ਰੌਣਕੀ RAM ਮਣੀ ਸੀਗੇ ਉਹਨਾਂ ਨੇ ਵੀ ਮੈਨੂੰ ਕਿਹਾ ਤੇ ਤੁਸੀਂ ਫਸਟ ਹੋ ਉਹਨਾਂ ਨੇ ਮੈਨੂੰ ਪਹਿਲਾਂ ਹੀ ਦੱਸਤਾ ਅੱਛਾ ਅਸੀਂ ਬੈਠੇ ਆਂ ਤੇ ਜਦੋਂ ਰਿਜ਼ਲਟ ਆਉਣੇ ਸੀਗੇ 2-3 ਘੰਟੇ ਬਾਅਦ ਅਸੀਂ ਮੋਰੇ ਜਾ ਕੇ ਬੈ ਗਏ ਸਾਰੇ ਜਣੇ ਨਾ ਤੇ ਵਿਕੀ ਭਾਜੀ ਹੁਣੀ ਪਿੱਛੇ ਖੜੇ ਸੀ ਸਾਰੇ ਜਦੋਂ ਉਹਨਾਂ ਨੇ ਪਹਿਲਾਂ 3rd ਪਲੇਸ ਅਨਾਉਂਸ ਕੀਤੀ ਫਲਾਨਾ ਕਾਲਜ 3rd ਪਲੇਸ ਸੈਕੰਡ ਫਲਾਨਾ ਕਾਲਜ ਲਖ ਮੈਂ ਕਹ ਹੁਣ ਤਾਂ ਫਸਟ ਹੀ ਆ ਹੁਣ ਤਾਂ ਫਸਟ ਫਸਟ ਪਲੀਜ਼ ਫਲਾਨਾ ਕਾਲਜ ਇਹ ਕੀ ਹੋਇਆ ਵੀ ਇੱਕ ਵੀ ਨੰਬਰ ਆਇਆ ਹਨਾ ਇਦਾਂ ਕਿਦਾਂ ਹੋ ਗਿਆ ਉਹ ਪ੍ਰੋਫੈਸਰ ਤਾਂ ਨਹੀਂ ਹਾਂ ਜਿਹੜਾ ਉਹੀ ਪ੍ਰੋਫੈਸਰ ਸੀਗਾ ਸਾਡੇ ਕਾਲਜ ਵਾਲਾ ਉਹਨੇ ਆ ਕੇ ਡਿਸਕਵਾਲਿਫਾਈ ਕਰਾ ਦਿੱਤਾ ਵੀ ਆਹ ਮੁੰਡਾ ਨਹੀਂ ਕਿਸੇ ਨੰਬਰ ਦੇਣ ਦੇ ਤੈਨੂੰ ਡਿਸਕਵਾਲਿਫਾਈ ਕਰ ਵਾਓ ਪ੍ਰੋਫੈਸਰ ਉਹ ਲਿਟਰਲੀ ਹੈ ਪ੍ਰੋਫੈਸਰ ਹੈ ਮਤਲਬ ਜੇ ਨੇ ਇੰਨੇ ਸਾਲ ਪਾਰਟਿਸਪੇਟ ਨਹੀਂ ਕਰਨ ਦਿੱਤਾ ਸੀ ਕਿਸੇ ਵੀ ਯੂਥ ਫੈਸਟੀਵਲ ਚ ਉਹਨੇ ਆ ਕੇ ਜਦੋਂ ਮੈਂ 뮤직 ਨੂੰ ਛੱਡ ਕੇ ਵੀ ਕਿਸੇ ਚੀਜ਼ ਚ ਪਾਰਟਿਸਪੇਟ ਕੀਤਾ ਉੱਥੇ ਆ ਕੇ ਵੀ ਡਿਸਕਵਾਲਿਫਾਈ ਕਰਾ ਦਿੱਤਾ ਹੂੰ ਬੜੇ ਇੱਕ ਹੀ ਜਰੀ ਹੁੰਦੇ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰ ਉਹ ਪ੍ਰਮਾਤਮਾ ਦੇਖਦਾ ਆਪੇ ਸਾਰਾ ਕੁਝ ਉਹਨਾਂ ਨੂੰ ਸੀਗਾ ਵੀ ਮੈਂ ਆਪਣੇ ਜਵਾਗ ਨੂੰ ਐ ਚੱਕ ਦਊਂਗਾ ਐ ਕਰੂੰਦਾ ਉਹ ਉੱਥੇ ਹੀ ਨੇ ਵੀ ਜਿਹੜੇ ਉਹਨਾਂ ਦੇ ਸਿੱਖਦੇ ਨੇ ਜਿਹੜਾ ਨਹੀਂ ਉਹਦਾ ਆਪ ਦਾ ਜਵਾਗ ਵੀ ਸੀ ਅੱਛਾ ਉਹ ਸਾ ਉਹ ਪ੍ਰਮਾਤਮਾ ਉਹ ਆਪੇ ਹੀ ਸਾਰਾ ਕੁਝ ਹਾਂ ਉਹ ਕਰ ਦਿੰਦਾ ਆਪੇ ਹੀ ਸਾਰਾ ਕੁਝ ਪਰ ਇਸ ਲੈਵਲ ਤੇ ਵੀ ਸਿੰਗਿੰਗ ਚ ਤਾਂ ਟੈਲੈਂਟ ਹੀ ਬਾਹਰ ਆਉਣਾ ਹਾਂ ਬਿਲਕੁਲ ਉਹ ਚ ਰੋਕ ਹੀ ਨਹੀਂ ਸਕਦੇ ਤੇ ਚਾਰ ਸਾਲ ਜੋ ਤੁਸੀਂ ਲਾ ਰਹੇ ਹੋ ਦੋ ਦੋ ਦਿਨ ਬਾਕੀ ਸਾਰੇ ਵੀ ਤੁਸੀਂ ਦਾਸ ਰਹੇ ਤੁਹਾਡੇ ਸੀਨੀਅਰ ਜੂਨੀਅਰ ਤੇ ਉਸ ਟਾਈਮ ਤੁਸੀਂ ਲਾਈਫ ਚ ਅਲੈਦਾ ਹੋਰ ਕੀ ਕਰਦੇ ਹੁੰਦੇ ਥੋਡੇ ਉਹ 3D ਦਾ ਕਦੋਂ ਆਇਆ ਦਿਮਾਗ ਦੇ ਅੰਦਰ ਉਹ ਮਾਸਟਰ ਤੋਂ ਪਹਿਲਾਂ ਦੋ ਸਾਲ ਫਿਰ ਦੁਬਾਰਾ ਮਾਸਟਰ ਵਿੱਚ ਇਹ ਉਧਰ ਵੀ ਮਾਸਟਰ ਸੀ ਮਾਸਟਰ ਕਰ 8 ਸਾਲ ਲਾਏ ਤੁਸੀਂ ਪੂਰੇ ਕਿੰਨੇ ਪੜੇ ਲਿਖੇ ਹਨ ਵਾਓ ਸਿਕਨਾਲਾ ਚੱਕਰ ਜੀ ਪੜੀ ਗਏ ਆ ਬਾਈ ਕਿਦਾਂ ਸੀ ਅੱਛਾ ਠੀਕ ਹੈ ਤੁਸੀਂ ਪੜ੍ਹਾਈ ਕੀਤੀ ਕਿਸੇ ਨਾ ਕਿਸੇ ਬਹਾਨੇ ਕਰਕੇ ਤੁਸੀਂ ਤੁਸੀਂ ਲੱਗੇ ਰਹੇ ਤੁਸੀਂ 8 ਸਾਲ ਸਟੱਡੀ ਕੀਤੀ ਉਸ ਤੋਂ ਬਾਅਦ ਤੁਸੀਂ ਜਿਹੜਾ ਇੱਕ ਸੀਰੀਅਸ ਹੁੰਦੇ ਆ ਵੀ ਹਾਂ ਹੁਣ ਮੈਨੂੰ ਆਜ ਇਸ ਕਰਨੀ ਹੈ ਪਹਿਲਾਂ ਤਾਂ ਤੁਹਾਡੇ 4 ਸਾਲ ਉਹ ਲੰਘ ਗਏ ਫਿਰ ਵਿੱਚ 2 ਸਾਲ ਤੁਸੀਂ ਸਾਈਡ ਤੇ ਤੇ ਇਹ ਇਦਾਂ ਇਹ ਹੂਪ ਐਂਡ ਜੰਪ ਕਿਉਂ ਹੋਇਆ ਪਈ ਦੀ ਗੱਲ ਤਾਂ ਵੀ ਮੈਂ ਜਦੋਂ ਪੜਦਾ ਹੀ ਸੀਗਾ ਮਨ ਲੱਗਾ 2000 10 11 ਦੇ ਵਿੱਚ ਤੇ ਉਦੋਂ ਮੇਰਾ ਗਾਣਾ ਆ ਗਿਆ ਸੀਗਾ ਮਟੂਰੀਜ਼ ਦਾ ਟੂ ਮਟੂਰੀਜ਼ ਦਾ ਟਾਇਰ ਸੀਗਾ ਪ੍ਰਪੀਲ ਦਾ ਤੇ ਟੂ ਜਿਹੜਾ ਸੀਗਾ ਉਹ ਅਸਲ ਤੇ ਉਹਨੇ ਰੈਂਡੀ ਜੇ ਨਹੀਂ ਗਾਇਆ ਸੀਗਾ ਮੁੰਡਾ ਇਥੇ ਮਿਊਜ਼ਿਕ ਕਰਦਾ ਸੀਗਾ ਮੈਂ ਇੰਡੀਆ ਸੀਗਾ ਉਹ ਅੱਛਾ ਤੇ ਉਦੋਂ ਪੜਦੇ ਪੜਦੇ ਉਹ ਆ ਗਿਆ ਸੀ ਗਾਣਾ ਬਹੁਤ ਬਬਲਰ ਹੋ ਗਿਆ ਸੀਗਾ ਇੱਥੇ ਤਾਂ ਬਹੁਤ ਚੱਲਿਆ ਸੀਗਾ ਕੈਨੇਡਾ 'ਚ ਤਾਂ ਖਾਸ ਕਰਕੇ ਉਹ ਹੂੰ ਮੈਂ ਇਥੇ ਪਾਉਸ ਲੀਣਾ ਮੀਨ ਪਾਉਸ ਤਾਂ ਨਹੀਂ ਮੈਂ ਦੇਖਣਾ ਚਾਹਣਾ ਥੋਡੇ ਵਾਲਾ ਕਿਹੜਾ ਕਿਦਾਂ ਅਸੀਂ ਉਹੀ ਤਾਂ ਨਹੀਂ ਸੁਣੀ ਜਾਂਦੇ ਹਾਂ ਮੇਰੇ ਵੀ ਮੈਂ ਇਥੇ ਕੋਈ ਵੀ ਚੱਲਦੀ ਆ ਇਹ ਮੈਂ ਰਿਕਾਰਡ ਕਿੱਥੇ ਪਾਉਂਗਾ ਆ ਬਾਈ ਦਾ ਗਾਣਾ ਕਿਸੇ ਨੂੰ ਨਹੀਂ ਪਤਾ ਚਿਰ ਬਹੁਤ ਹੋ ਗਿਆ ਨਾ ਹੁਣ ਯਾ ਇਹ ਮੈਂ ਜਦੋਂ ਐਡਿਟ ਕਰੂੰਗਾ ਮੈਂ ਵਿੱਚ ਪਾਉਂਗਾ ਰੀਲਸ ਦੇ ਅੰਦਰ ਕਿਉਂਕਿ ਇਹ ਨਹੀਂ ਪਤਾ ਸਾਨੂੰ ਨਹੀਂ ਪਤਾ ਅਸੀਂ ਤੁਹਾਨੂੰ ਬੁਲਾਇਆ ਅਸੀਂ ਤੁਹਾਡੇ ਤੋਂ ਥੋੜੀ ਬਹੁਤ ਹੋਮਵਰਕ ਕੀ ਤਾਂ ਸਾਨੂੰ ਨਹੀਂ ਪਤਾ ਇਸ ਚੀਜ਼ ਬਾਰੇ ਇਹ ਪਹਿਲਾ ਗਾਣਾ ਸੀ ਤੇ ਇਹ ਹੋਇਆ ਕਿਵੇਂ ਵੀ ਹਾਊ ਡਿਡ ਇਟ ਕਮ ਟੂ ਮੈਂ ਤੁਸੀਂ ਉਦੋਂ ਤੱਕ ਸੀਰੀਅਸ ਹੋ ਗਏ ਸੀ ਪਹਿਲੀ ਗੱਲ ਹਾਂ ਹਾਂ ਸੀਰੀਅਸ ਤਾਂ ਮੈਂ 10 ਦੇ ਵਿੱਚ ਇੱਕ ਗਾਣਾ ਆ ਗਿਆ ਸੀਗਾ ਉਹ ਪੜਦੇ ਪੜਦੇ ਹੀ ਉਦੋਂ ਤੇ ਉਦੋਂ ਬਾਰੇ ਐ ਹੁੰਦਾ ਸੀਗਾ ਵੀ ਖੇਤੀ ਵਾਲੀ ਵਾਲੇ ਪਰਿਵਾਰ ਤੋਂ ਸੀਗਾ ਘਰੋਂ ਪੈਸੇ ਨਹੀਂ ਸੀ ਮਿਲਦੇ ਇੰਨੀ ਵੀਡੀਓ ਬਣਾਉਣ ਨੂੰ ਵੀ ਮੈਂ ਪੁੱਛਣਾ ਸੀ ਸਪੋਰਟ ਹੈਗੀ ਸੀ ਘਰੋਂ ਕਿ ਨਹੀਂ ਕਿੱਥੋਂ ਮਾਤਾ ਦੀ ਸਪੋਰਟ ਸੀ ਬਾਪੂ ਦੀ ਨਹੀਂ ਸੀ ਹੈਗੀ ਹੂੰ ਤੇ ਤੇ ਉਹਨਾਂ ਨੇ ਐਜੂਕੇਸ਼ਨ ਕਿਵੇਂ ਕਰਨ ਦਿੱਤੀ ਐਜੂਕੇਸ਼ਨ ਕਰੋ ਇਹ ਕਹਿੰਦੇ ਜਿੰਨੀ ਮਰਜੀ ਆ ਹੂੰ ਪੜੋ ਜਨਾ ਮਰਜੀ ਪਰ ਉਹਨਾਂ ਨੂੰ ਦੱਸਿਆ ਸੀ ਵੀ ਗਾਣਿਆਂ 'ਚ ਹਾਂ ਉਹ ਗਾਇਕ ਨਹੀਂ ਬਣਨਾ ਮਿਊਜ਼ਿਕ 'ਚ ਤਾਂ ਗ੍ਰੈਜੂਏਸ਼ਨ ਕਰ ਲੈ ਫੋਕ ਉਹੀ ਉਹਨੂੰ ਇੱਕ ਪੜਨ ਉਹ ਫਾਦਰ ਨੂੰ ਇਹ ਹੋਣਾ ਵੀ ਪੜਨ ਜਾ ਰਿਹਾ ਠੀਕ ਹੈ ਜੀ ਹਾਂ ਤੇ ਫਿਰ ਜਦੋਂ ਪਹਿਲਾ ਗਾਣਾ ਕਰਨਾ ਸੀਗਾ ਤੇ ਮੈਂ ਜਾ ਕੇ ਕਿਹਾ ਵੀ ਮੇਰਾ papa ਪਹਿਚਾਈਦਾ ਇਹਨੇ ਵੀਡੀਓ ਤੇ ਉਦੋਂ ਮੈਂ ਪਹਿਲੀ ਵਾਰੀ ਜਿਆਦਾ ਇਮੋਸ਼ਨਲ ਹੋ ਗਿਆ ਰੋ ਪਿਆ ਸੀ ਮੈਂ ਤੇ ਬਾਪੂ ਜੀ ਕਹਿੰਦੇ ਉਹ ਤੂੰ ਸਿੰਗਰ ਬਣਨਾ ਮੈਂ ਮਤਲਬ ਸੋਚੀ ਆਂ ਯਾਰ ਮੈਂ ਨੇ ਜਰਦਾ ਸਿੱਖ ਰਿਹਾ ਗਾਉਣਾ ਨਾ ਉਸਤਾਦ ਜੀ ਕੋ ਸਿੱਖਦਾ ਸੀਗਾ ਤੇ ਕਾਲਜ ਪੜਦਾ ਵੀ ਮੈਂ ਨੂੰ 8-10 ਸਾਲ ਹੋ ਗਿਆ ਮਨੁ ਕਿ ਜਨ ਸਿੱਖਣ ਲੱਗ ਗਿਆ ਸੀ ਮੈਂ ਵੀ ਯਾਰ ਹੁਣ ਮੈਂ ਮੇਰਾ ਬਾਪੂ ਮੈਨੂੰ ਪੁੱਛੀ ਜਾਂਦਾ ਵੀ ਤੂੰ ਸਿੰਗਰ ਬਣਨਾ ਹੈ ਮੈਂ ਇਨੇ ਜਰਦਾ ਮਿਹਨਤ ਕਰਨ ਲੱਗਿਆ ਆਂ ਤੇ ਫਿਰ ਮਾਤਾ ਜੀ ਨੇ ਕਰਕੇ ਚਲੋ 70000 ਰੁਪਿਆ ਲੈ 70000 ਚ ਵੀਡੀਓ ਬਣਾਈ ਪਹਿਲੀ ਹੂੰ ਉਹ ਜਿਹੜੇ ਬੰਦੇ ਨੇ ਵੀਡੀਓ ਬਣਾਈ ਸਾਲਾ ਉਹ ਵੀ ਸਾਰਾ ਉਦਾਂ ਦਾ ਹੀ ਟੱਕਰਿਆ ਮੋਰੇ ਉਹ ਪੈਸੇ ਲੈ ਕੇ ਉਹ ਮੁੜ ਕੇ ਵੀਡੀਓ ਨਾ ਦਵੇ ਹੂੰ ਓਹ ਹੋ ਹੋ ਮਤਲਬ ਟਿਪਿਕਲੀ ਜਿਵੇਂ ਵਿਆਹ ਵਾਲੇ ਹੁੰਦੇ ਨੇ ਉਹਨੂੰ ਇਦਾਂ ਵੀ ਉਹ ਇਦਾਂ ਦੇ ਸਟਰਗਲ ਚੋਂ ਨਿਕਲੇ ਮਤਲਬ ਐ ਹੁੰਦਾ ਸੀਗਾ ਵੀ ਯਾਰ ਪੈਸੇ ਫਸਾਏ ਮੈਂ ਤਾਂ ਜਿੰਨੇ ਥਾਂ ਤੇ ਫਸਾਏ ਹੂੰ ਮੁੜ ਕੇ ਫਿਰ 12 ਬਟ ਉਹ ਗਾਣਾ ਤੁਹਾਡਾ ਹੋ ਗਿਆ ਸੀ ਵੀਡੀਓ ਆਈ ਕਿ ਨਹੀਂ ਉਹ ਵੀਡੀਓ ਆਈ ਉਹਦੀ ਵੀ ਆਈ ਹੈ ਵੀਡੀਓ ਟਾਈਮ ਰਹਿ ਕੇ ਆਈ ਠੀਕ ਆ ਉਹਦੀ ਵੀ ਆਈ ਆ ਤੇ ਉਸ ਤੋਂ ਬਾਅਦ ਅਸੀਂ ਇੱਕ 2014 ਦੇ ਵਿੱਚ ਗਾਣਾ ਕੀਤਾ ਸੀਗਾ ਟੂ ਮੱਚ ਹੂੰ ਉਹ ਗਾਣਾ ਮੈਂ ਆਡੀਓ ਸੁਣਾਇਆ ਜਾ ਕੇ ਸਪੀਡ ਰਿਕਾਰਡ ਨੂੰ ਉਹਨਾਂ ਆਡੀਓ ਬੜਾ ਪਸੰਦ ਆਇਆ ਅਸਲ ਵਿੱਚ ਉਹ ਬੋਲੀਆਂ ਸੀਗੀਆਂ ਬੋਲੀਆਂ ਟਾਈਪ ਗਾਣਾ ਸੀਗਾ ਤੇ ਅਸਲ ਉਹ ਚਾਹੁੰਦੇ ਸੀ ਅਸੀਂ ਵੀਡੀਓ ਬਣਾਈਏ ਉਹਦੀ ਬੋਲੀਆਂ ਜਿੱਦਾਂ ਡੀਜੇ ਦਾ ਮਾਹੌਲ ਹੋਵੇ ਤੇ ਉੱਥੇ ਬੋਲੀਆਂ-ਬੋਲੀਆਂ ਕੁੜੀ ਪਾ ਰਹੀ ਆ ਤੇ ਮੁੰਡੇ ਉਹਨੂੰ ਦੇਖ ਰਹੇ ਆ ਇਦਾਂ ਦਾ ਸੀਗਾ ਤੇ ਉਦੋਂ ਇੱਕ ਬੜਾ ਫੇਮਸ ਸੀਗਾ ਵੀਡੀਓ ਟੈਕਟਰ ਨਿਵਰਾਜ ਰਾਜਾ ਬੜਾ ਉਹਨਾਂ ਦਾ ਨਾਮ ਸੀ ਉਦੋਂ ਤੇ ਮੇਰਾ ਫਰੈਂਡ ਸੀਗਾ ਉਹ ਕਹਿੰਦਾ ਵੀ ਆਪਾਂ ਉਹਨਾਂ ਤੋਂ ਹੀ ਵੀਡੀਓ ਬਣਾਉਣੀ ਆ ਯਾਰ ਹੂੰ ਤੇ ਮੈਂ ਫੋਨ ਕੀਤਾ ਕਿ ਇਦਾਂ ਕਰਕੇ ਬਾਜੀ ਵੀਡੀਓ ਬਣਾਉਣੀ ਆ ਉਹ ਕੈਨੇਡਾ ਤੋਂ ਸੀਗਾ ਇੰਡੀਆ ਗਏ ਹੋਏ ਸੀ ਕਹਿੰਦੇ ਮੈਂ ਨਾ 2 ਲੱਖ ਰੁਪਏ ਲਵਾਂਗਾ ਉਦੋਂ 2 ਲੱਖ ਬਹੁਤ ਲੱਗਦਾ ਹੁੰਦਾ ਬਹੁਤ ਬਹੁਤ ਜ਼ਿਆਦਾ 2 ਲੱਖ ਲਵਾਂਗਾ ਮੈਂ ਕਿਹਾ ਠੀਕ ਆ ਭਾਜੀ ਚਲੋ ਕਰ ਦੇਣਾ ਸਲਾਸ ਲੋ ਕੀਤੀ ਇਕੱਠੇ ਕੀਤੇ ਪੈਸੇ ਹੁਣ ਵੀ ਬਹੁਤ 2 ਲੱਖ ਤਾਂ ਬਹੁਤ ਜ਼ਿਆਦਾ ਹਾਂ 2 ਲੱਖ ਰੁਪਈਆ ਅਸੀਂ ਇਕੱਠਾ ਕੀਤਾ ਇਕੱਠਾ ਕਰਕੇ ਸਾਨੂੰ ਕਹਿੰਦੇ ਤੁਸੀਂ ਇਦਾਂ ਕਰੋ ਗੱਡੀ ਲੈ ਕੇ ਤੇ ਰਾਜਸਥਾਨ ਪਹੁੰਚੋ 1 ਲੱਖ ਪਹਿਲਾਂ ਟ੍ਰਾਂਸਫਰ ਕਰਾ ਲਿਆ ਅਕਾਊਂਟ 'ਚ ਅਸੀਂ ਰਾਜਸਥਾਨ ਚਲੇ ਗਏ ਜਦੋਂ ਅਸੀਂ ਉੱਥੇ ਪਹੁੰਚ ਗਏ ਮੈਂ ਤਾਂ ਉਹ ਦੇਖਾਂ ਵੀ ਯਾਰ ਵੀਡੀਓ ਤਾਂ ਬਣਾਉਣਾ ਕੀ ਆ ਉਹ ਬੰਦਾ ਕਹਿੰਦਾ ਆਹ ਮਾਡਲ ਆ ਤੇ ਹੁਣ ਮੈਨੂੰ ਦੱਸੋ ਕੀ ਕਰਨਾ ਹਾਂ ਮੈਂ ਕਿਹਾ ਭਾਜੀ ਵੀ ਮੈਂ ਥੋੜੀ ਕਰਨੀ ਵੀਡੀਓ ਤੁਸੀਂ ਬਣਾਉਣੀ ਕਿਦਾਂ ਕੀ ਕਰਨਾ ਕਹਿੰਦਾ ਗੱਡੀ ਰੇਂਜ ਕਰਨੀ ਪੈਣੀ ਹੈ ਇੱਕ ਆਡੀ ਗੱਡੀ ਲਿਆਓ ਉਹਦਾ ਮੈਂ ਕਿਹਾ ਭਾਜੀ ਰੈਂਟ ਕਿਦਾਂ ਉਹ ਰੈਂਟ ਕਹਿੰਦਾ ਤੁਹਾਨੂੰ ਦੇਣਾ ਪੈਣਾ ਮੈਂ ਕਿਹਾ ਅੱਛਾ ਜੀ ਅੱਛਾ ਗੱਡੀ ਵੀ ਅਸੀਂ ਆਪ ਰੇਂਜ ਕੀਤੀ ਲੱਬਿਆ ਲੁੱਬਿਆ ਕੋਈ ਬੰਦਾ ਜਿਹੜਾ ਰੈਂਟ ਕਰਦਾ ਸੀ ਗੱਡੀਆਂ ਉਹ ਗੱਡੀ ਲੱਭੀ ਤੇ ਮਾਡਲ ਅਸਲ ਦੇ ਵਿੱਚ ਅਸਲ ਦੇ ਵਿੱਚ ਉਹ ਵੀਡੀਓ ਕਿਸੇ ਹੋਰ ਸਿੰਗਰ ਦੀ ਕਰਨ ਗਈ ਸੀ ਉਹ ਸਮੇਂ ਵਿੱਚ ਉੱਥੇ ਉਹ ਤੁਹਾਨੂੰ ਝੁੰਗੇ ਚੁਣ ਹਾਂ ਤੇ ਉਹ ਸਿੰਗਰ ਮੈਨੂੰ ਮੇਬੀ ਉਹ ਨੂੰ ਵੀ ਨਾਮ ਨਹੀਂ ਐਗਜ਼ੈਕਟ ਯਾਦ ਹੁਣ ਕੌਣ ਸੀਗਾ ਤੇ ਸਿੰਗਰ ਦੀ ਕਰਨ ਗਈ ਸੀ ਹੋਰ ਵੀਡੀਓ ਤੇ ਸਾਨੂੰ ਸੱਦ ਲਿਆ ਉੱਥੇ ਵੀ ਆਜੋ ਤੁਹਾਡੀ ਵੀਡੀਓ ਕਰਦੇ ਨਾਲ ਸਾਨੂੰ ਨਹੀਂ ਪਤਾ ਸੀਗਾ ਵੀ ਮੈਨ ਲੱਗਾ ਸਾਡੀ ਸਪੈਸ਼ਲ ਸਾਡੀ ਵੀਡੀਓ ਕਰਾਜਣਾ ਉਹੀ ਮਾਡਲ ਉਹ ਗਾਣੇ ਚ ਸਾਰਾ ਕੁਝ ਯੂਜ਼ ਕਰਕੇ ਜਿਹੜਾ ਉਹ ਟਾਈਮ ਬਚਿਆ ਉਹਦੇ ਚ ਸਾਡੀ ਵੀਡੀਓ ਬਕਾਪਕਤਾ ਆਤੀ ਕੁਝ ਵੀ ਨਹੀਂ ਇੱਕ ਗੱਡੀ ਲੈ ਕੇ ਉਦੇ ਮoure ਮਾਡਲ ਖੜੀ ਕਰਕੇ ਦਾ ਸਾਰੇ ਸਿੰਕ ਕਰਕੇ ਮੈਨੂੰ ਕਹਿੰਦੇ ਜਾਓ ਜੀ ਕਰਨ। ਅਸੀਂ ਸੋਚੀਏ ਯਾਰ ਅਸੀਂ ਇਤੋਂ ਡਾਇਰਸ ਲੈ ਕੇ ਆਏ ਹੋਗੇ ਤੁਸੀਂ। ਆਹ ਭਈ ਅਸੀਂ ਤਾਂ ਆਖ ਹੀ ਕਰਤਾ ਹਨਾ ਕਿਉਂਕਿ ਉਹ ਟਾਈਮ ਇਹੋ ਜਿਹਾ ਹੁੰਦਾ ਵੀ ਉਹ ਤੁਸੀਂ ਪੈਸੇ ਵੀ ਬੜੀ ਮੁਸ਼ਕਲ ਜੋੜਦੇ ਹੋ। ਹੂੰ। ਭਈ ਉਹ ਤਾਂ ਯਾਰ ਮੈਂ ਇੰਨੀ ਮੁਸ਼ਕਲ ਪੈਸੇ ਜੋੜ ਕੇ ਮਤਲਬ ਮੈਂ ਤਾਂ ਗਾਣਾ ਅਸੀਂ ਇਦਾਂ ਦਾ ਬਣਾਇਆ ਡੀਜੇ ਲਈ ਗਾਣਾ ਬਣਾਇਆ ਵੀ ਡੀਜੇ ਤੇ ਚੱਲੂਗਾ ਗਾਣਾ ਇਹ। ਤੇ ਉਹ ਬਹੁਤ ਸੋਹਣਾ ਸੀਗਾ ਬੋਲੀਆਂ ਪਾਰੀ ਬੋਲੀਆਂ ਸੀਗੀਆਂ ਬੋਲੀਆਂ ਟਾਈਪ ਸੀਗਾ ਭਈ ਅਸੀਂ ਡੀਜੇ ਤੇ ਕੁੜੀ ਖੜੀ ਹੋ ਕੇ ਬੋਲੀਆਂ ਪਾ ਰਹੀ ਆ ਤੇ ਮੁੰਡੇ ਉਹਨੂੰ ਦੇਖ ਰਹੇ ਏਦਾਂ ਦਾ ਕੁਛ ਸੀਗਾ ਸੀ। ਵੀ ਉਹਨੇ ਤਾਂ ਉਹ ਕੁੜੀ ਦੇ ਅੱਧੇ ਕੱਪੜੇ ਪਾਇਓ ਤੇ ਉਹ ਮੈਨੂੰ ਤਾਂ ਸ਼ਰਮ ਆਉਂਦੀ ਸੀ ਵੀ ਫੈਮਿਲੀ ਚ ਵੀ ਮੈਂ ਕਿਵੇਂ ਦਿਖਾਵਾਂ ਵੀਡੀਓ ਕਿਦਾਂ ਦੀ ਮਤਲਬ ਕੀ ਕਰੀ ਜਾਂਦੇ ਨੇ ਨਾ ਕਾਫੀ ਸ਼ਾਰਟ ਕੱਟੇ ਵਿੱਚ ਉਹਦੇ ਚੋਂ ਫਿਰ ਤੇ ਹੋਰ ਹੀ ਕੁਝ ਕਰਤਾ ਉਹ ਬੰਦੇ ਨੇ। ਹੂੰ ਫਿਰ ਫਿਰ ਜਦੋਂ ਗਾਣਾ ਰਿਲੀਜ਼ ਹੋਇਆ ਮਤਲਬ ਜਿਹੜੇ ਉਹੀ ਕੰਪਨੀ ਨੇ ਆਡੀਓ ਸੁਣ ਕੇ ਕਹਿਤਾ ਸੀਗਾ ਵੀ ਹਾਂ ਠੀਕ ਕਰਦੇ ਆ ਉਹਨਾਂ ਨੇ ਤਾਂ ਉਹ ਗਾਣਾ ਸ਼ੇਅਰ ਤੱਕ ਵੀ ਨਹੀਂ ਕੀਤਾ ਮਉਣ ਕੇ ਨਾ ਉਹ ਕਿਸੇ ਚੈਨਲ ਤੇ ਚੱਲਿਆ ਨਾ ਕੁਝ ਵੀ ਗਾਣਾ ਮਤਲਬ ਉਹ ਉਹ ਇਦਾਂ ਮਤਲਬ ਟੁੱਟ ਗਿਆ ਬੰਦਾ ਮੈਨੂੰ ਲੱਗਦਾ ਯਾਰ ਮੈਂ ਇੰਨੇ ਪੈਸੇ ਵੇਸਟ ਕਰਤੇ ਹੁਣ ਮੈਂ ਦੁਬਾਰਾ ਤੋਂ ਫੇਰ ਜੋੜੂਗਾ ਬਾਪੂ ਤਾਂ ਪੈਸੇ ਕਿਵੇਂ ਲੈਣੇ ਆ ਹੁਣ ਨਾ ਈਅਰ ਕਿਹੜਾ ਸੀ ਉਹ ਐਸੇ ਆਈ ਥਿੰਕ 14 2014 ਦੀ ਗੱਲ ਹੈ YouTube ਉਦੋਂ ਚੱਲਦਾ ਸੀ YouTube ਚੱਲਦਾ ਸੀ 10 11 ਦੀ ਚੱਲ ਤੁਸੀਂ ਉਦੋਂ ਫਿਰ ਕਿਵੇਂ ਹੁੰਦਾ ਸੀ ਜਦੋਂ ਤੁਸੀਂ ਕਹਿ ਰਹੇ ਹੋ ਸਪੀਡ ਰੈਕਡ ਨੂੰ ਗਾਣਾ ਪਸੰਦ ਆਇਆ ਤੁਸੀਂ ਹਾਂਜੀ ਉਦੋਂ ਤੁਹਾਨੂੰ ਕੰਪਨੀਆਂ ਕੋਲ ਜਾਣਾ ਪੈਂਦਾ ਸੀਗਾ ਤੇ ਕੰਪਨੀਆਂ ਉਦੋਂ ਉਦੋਂ ਇੰਡੀਵਿਜੂਅਲ ਚੈਨਲ ਨਹੀਂ ਸੀ ਹੁੰਦੇ ਫਿਰ ਅਸੀਂ 15 ਦੇ ਵਿੱਚ ਬਣਾਇਆ ਬੈਨਰ ਹਮ ਤੇ ਉਹ ਮੈਂ ਬਹੁਤ ਕੰਪਨੀਆਂ ਨੂੰ ਦਿਖਾਇਆ ਵੈਸੇ ਮੈਂ ਵਾਪਸ ਉਦੋਂ ਤੇ ਆਉਣਾ ਕਿ ਜਦੋਂ ਤੁਸੀਂ ਉਹ ਟਾਈਮ ਦੇ ਅੰਦਰ ਕਿਉਂਕਿ ਮੈਂ ਉਸ ਚੀਜ਼ ਨੂੰ ਜਾਨਣਾ ਚਾਹੁੰਨਾ ਵੀ ਜਦੋਂ ਤੁਸੀਂ ਆਪ ਲੈ ਲੈ ਕੇ ਜਾਂਦੇ ਸੀਗੇ ਹਮ ਹਮ ਵੀ 2014 ਦੀ ਗੱਲ ਕਰਦੇ ਹੋ ਨਾ ਤੇ ਉਦੋਂ ਕੀ ਸਿਨੈਰੀਓ ਹੁੰਦਾ ਸੀ ਕਿਉਂਕਿ ਗਾਣਾ ਤੁਹਾਡਾ ਵੀਡੀਓ ਤੇ ਤੁਸੀਂ ਪੈਸੇ ਲਾ ਰਹੇ ਹੋ ਤੇ ਆਈ ਗੈਸ 뮤직 ਵੀ ਤੁਸੀਂ ਆਪ ਕਰਾਇਆ ਹੋਣਾ ਫਿਰ ਲੇਬਲ ਕੀ ਕਰਦਾ ਸੀਗਾ ਪ੍ਰੋਫਿਟ ਲੇਬਲ ਸਿਰਫ ਰਿਲੀਜ਼ ਕਰਦਾ ਸੀ ਲੇਬਲ ਸਟੈਬਲਿਸ਼ ਹੁੰਦੇ ਸੀ YouTube ਤੇ ਜਾਂ ਫਿਰ ਹਰ ਪਾਸੇ ਚੈਨਲ ਵੀ ਅੱਛਾ ਮਤਲਬ ਜਦਾਂ ਤੁਸੀਂ ਇੱਕ ਆਪਾ ਨਾਂ ਨਹੀਂ ਲੈਂਦੇ ਜਦਾਂ ਇੱਕ ਐਗਜ਼ਾਮਪਲ ਲੈਂਦੇ ਹਾਂ ਜਿਵੇਂ A ਚੈਨਲ ਹੈ ਤੇ ਉਹਨੇ ਗਾਣੇ ਫੜੇ ਹੁੰਦੇ ਸੀ ਵੀ ਉਹ ਜਿਹੜੇ ਟੈਲੀਵਿਜ਼ਨ ਚੈਨਲ ਨੇ ਉਹਨਾਂ ਨਾਲ ਕੌਂਟਰੈਕਟ ਵੀ ਥੋੜਾ ਤੁਹਾਨੂੰ ਇਹ ਹੁੰਦਾ ਸੀ ਕਿ ਜਿੰਨੇ ਤਕੜੇ ਲੈਵਲ ਤੇ ਜਾਵਾਂਗੇ ਉਹਨਾਂ ਜ਼ਿਆਦਾ ਈਵਰ ਮਿਲਣਗੇ ਮੈਨੂੰ ਉਹਨਾਂ ਦਾ ਗਾਣਾ ਸਪਰੈਡ ਹੋਊਗਾ ਤੇ ਫਿਰ ਉਹ ਜਿਹਦੇ ਕੋਲ ਤੁਸੀਂ ਜਾਂਦੇ ਸੀਗੇ ਉਹ ਆਪ ਪੈਸੇ ਲੈਂਦੇ ਸੀਗੇ ਕਿਵੇਂ ਨਹੀਂ ਉਹ ਇਦਾਂ ਰੀਲੀਜ਼ ਕਰਨ ਦੇ ਕਈਆਂ ਤੋਂ ਲੈਂਦੇ ਵੀ ਸੀਗੇ ਜਾਂ ਕੌਂਟਰੈਕਟ ਕਰਾ ਕੇ ਤੁਹਾਨੂੰ ਬਸ ਇੰਨੇ ਪੈਸੇ ਦੇ ਦੇ ਤੇ ਨਿਕਲ ਜਾਓ ਹਾਂਜੀ ਜਿੱਦਾਂ ਕਈਆਂ ਨਾਲ ਕਈ ਇਦਾਂ ਕਰਦੇ ਸੀਗੇ ਡੀਲ ਪਈ ਅਸੀਂ ਤੁਹਾਡੀ ਵੀਡੀਓ ਕਰਾ ਦੰਨੇ ਆ ਹੂੰ ਪ੍ਰਾਪਰਟੀ ਸਾਡੀ ਜਿਹਨਾਂ ਨੂੰ ਗਾਣਾ ਜ਼ਿਆਦਾ ਵਧੀਆ ਲੱਗਿਆ ਹੈ ਨਾ ਉਹ ਜੱਜ ਕਰਦੇ ਹੋਣੇ ਹਾਂਜੀ ਵੀ ਵੀਡੀਓ ਤੇ ਮੋਸਟਲੀ ਆਰਟਿਸਟ ਇਦੇ ਹੁੰਦੇ ਸੀਗੇ ਉਦੋਂ ਤੇ ਜਦੋਂ ਤੁਸੀਂ ਹੁਣ ਲਾਏ 4 ਲੱਖ ਹੈ ਨਾ ਕਿਉਂਕਿ ਵੱਡੀ ਅਮਾਉਂਟ ਹੈ ਤੇ ਜੇ ਤੁਸੀਂ ਉਹਨਾਂ ਕੋਲੇ ਜਾਂਦੇ ਜੇ ਉਹਨਾਂ ਨੂੰ ਤੁਹਾਨੂੰ ਤੁਹਾਡਾ ਗਾਣਾ ਵੀ ਪਸੰਦ ਆ ਜਾਂਦਾ ਮੈਨੂੰ ਨਹੀਂ ਲੱਗਦਾ ਇਹ ਨਹੀਂ ਰਿਟਰਨ ਕਿਉਂਕਿ 4 ਲੱਖ ਤੁਸੀਂ ਉਹਦੇ ਤੇ ਲਾਉਂਦੇ ਸੀਗੇ ਪੈਸੇ ਬਹੁਤ ਦਿੰਦੇ ਸੀਗੇ 10-10 ਲੱਖ ਵੀ ਦੇ ਦਿੰਦੇ ਸੀ ਆਰਟ ਬਟ 4 ਥੋੜਾ ਉਹਦੇ ਤੇ ਲੱਗ ਗਿਆ 뮤직 ਤੇ ਕਿੰਨਾ ਲੱਗਾ ਨਹੀਂ 2 ਲੱਖ 2 ਲੱਖ 2 ਲੱਖ ਵੀਡੀਓ ਤੇ ਹਾਂਜੀ ਤੇ ਮੈਂ ਆਡੀ ਦੇ ਖਰਚੇ ਵਿੱਚ ਪਾ ਰਿਹਾ ਹਾਂ ਉਹ ਮੇਰੇ ਫਰੈਂਡ ਨੇ ਕੀਤਾ ਸੀਗਾ ਤੇ ਆਲਮੋਸਟ ਪਾਉਣੇ ਕਿ 3 ਲੱਖ ਲਾ ਲੋ ਲੱਗ ਗਿਆ ਹੋਊਗਾ 3 ਲੱਖ ਦੇ ਨੇੜੇ ਤੇ ਟੱਡੇ ਸਾਰਾ ਟੋਟਲ ਪਰ ਉਦੋਂ 3 ਲੱਖ ਬਹੁਤ ਹੁੰਦਾ ਸੀਗਾ ਮਤਲਬ ਮੈਨੂੰ ਐ ਲੱਗਦਾ ਵੀ ਸਾਡੇ ਵਰਗੇ ਇੱਕ ਜਿਹੜਾ ਕਿਸਾਨੀ ਪਰਿਵਾਰ ਵਾਲੇ ਬੰਦਿਆਂ ਨੂੰ ਉਹ 3 ਲੱਖ ਜੋੜਨਾ ਬੜਾ ਔਖਾ ਹੁੰਦਾ ਹੈ ਘਰਦਿਆਂ ਤੋਂ ਮੰਗ ਕੇ ਲਾਉਣਾ ਹੀ ਬੜੇ ਔਖੇ ਹੋ ਜਾਂਦੇ ਆ ਕਿ ਇਹ ਵੀ ਨਹੀਂ ਪਤਾ ਲੈਟਰ ਆਉਣਾ ਕਿ ਨਹੀਂ ਆਉਣਾ ਬਿਲਕੁਲ ਬਿਲਕੁਲ ਤੇ ਫਿਰ ਅਸੀਂ 15 ਦੇ ਵਿੱਚ ਬਣਾਇਆ ਬੈਨਰ ਉਦੋਂ ਮੈਂ ਕੈਨੇਡਾ ਆ ਗਿਆ ਸੀ 14 ਚ ਫਿਰ ਮੈਂ ਇੱਥੋਂ ਗਿਆ ਤਾਂ ਉਹਦੀ ਸ਼ੂਟ ਕੀਤਾ ਪਰ ਉਹ ਪੈਸਾਰੇ ਉਹ ਵੀ ਬਾਪੂ ਨੇ ਲਾਇਆ ਸੀ ਬੈਨਰ ਗਾੜੇ ਦੇ ਅੱਛਾ ਉਹ ਰਿਕਾਰਡ ਰਿਟਨ ਸਾਰਾ ਇੱਥੇ ਆ ਇੰਡੀਆ ਹੀ ਕੀਤਾ ਤੁਸੀਂ ਨਹੀਂ ਸਾਰਾ ਇੰਡੀਆ ਤੇ ਉਹਦੀ ਇੰਡੀਆ ਬੈਨਰ ਤੋਂ ਪਹਿਲਾਂ ਤੁਹਾਡੇ ਕਿੰਨੇ ਸੌਂਗਸ ਆ ਚੁੱਕੇ ਸੀ ਦੋ ਕਹਿੰਦੇ ਦੋ ਤਿੰਨ ਆ ਗਏ ਸੀਗੇ ਤਿੰਨ ਸੌਂਗ ਆ ਚੁੱਕੇ ਬੈਨਰ ਤੋਂ ਪਹਿਲਾਂ ਤੇ ਫਿਰ ਬੈਨਰ ਅਸੀਂ ਬਣਾਇਆ ਤਾਂ ਉਹਦੀ ਵੀਡੀਓ ਬਣਾ ਲਈ ਉਸ ਟਾਈਮ ਬਾਪੂ ਜੀ ਕਿਵੇਂ ਪੈਸੇ ਦੇਣ ਲਈ ਰੈਡੀ ਹੋਗੇ ਬੈਨਰ ਆ ਰਹੀ ਹਾਂ ਉਹ ਮੈਂ ਕੈਨੇਡਾ ਆ ਗਿਆ ਹੈਗਾ ਤੇ ਕਨੇਡਾ ਤੋਂ ਵਾਪਸ ਗਿਆ ਸੀ ਆਪਾਂ ਇੱਕ ਉਹ ਸਕਿੱਪ ਕਰ ਗਏ ਰੈਂਡੀ ਜੇ ਵਾਲੇ ਤੇ ਮੈਂ ਆਉਣਾ ਚਾਹਣਾ ਬੈਨਰ ਤਾਂ ਉਹ ਤਾਂ ਲੇਜੈਂਡਰੀ ਕਲਾਸਿਕ ਜਿਹਾ ਬਣ ਗਿਆ ਉਹਦੇ ਤੇ ਰੈਂਡੀ ਜੇ ਵਾਲੀ ਦੇ ਕਿਵੇਂ ਪਹੁੰਚੇ ਤੁਸੀਂ ਰੈਂਡੀ ਅਸਲ ਸੇ ਮੇਰਾ ਫੇਸਬੁੱਕ ਤੇ ਫਰੈਂਡ ਬਣਿਆ ਸੀ ਹੂੰ ਤੇ ਫੇਸਬੁੱਕ ਤੇ ਅਸੀਂ ਇੱਕ ਦਿਨ ਗੱਲਬਾਤ ਕਰਦੇ ਸੀਗੇ ਰੈਂਡੀ ਜੇ ਹੈ ਕਿੱਥੋਂ ਦਾ ਇਹ ਵੀ ਦੋਸਤ ਇੱਥੇ ਬ੍ਰੈਂਪਨ ਤੋਂ ਆ ਓਕੇ ਹਾਂਜੀ ਤੇ ਬਹੁਤ ਟੈਲੈਂਟਡ ਆ ਬਹੁਤ ਜ਼ਿਆਦਾ ਹਾਂਜੀ ਸੋ ਉਹਨੇ ਵਧੀਆ ਗਾਣੇ ਬਣਾਏ ਬਟ ਮੁੜ ਕੇ ਥੋੜਾ ਪਿਛੇ ਹਟ ਗਿਆ ਇੰਡਸਟਰੀ ਤੋਂ ਮਿਊਜ਼ਿਕ ਤੋਂ ਕਰਦਾ ਮੈਨੂੰ ਲੱਗਾ ਮੇਰੇ ਮੇਰੇ ਟੱਚ ਵਿੱਚ ਨਹੀਂ ਆਉਣੇ ਓਕੇ ਓਕੇ ਤੇ ਫਿਰ ਬੈਨਰ ਦੇ ਆਉਨੇ ਆਪਾਂ ਦੁਬਾਰਾ ਹੂੰ ਤੇ ਫਿਰ ਮੈਂ ਇੱਥੋਂ ਗਿਆ ਉਹਦੀ ਵੀ ਸਟੋਰੀ ਦੇ ਵਿੱਚ ਕਈ ਕੋਸ਼ਿਸ਼ ਜਮ ਜਿਹੜਾ ਵੀਡੀਓ ਟਰੈਕਟਰ ਸੀਗਾ ਬੈਨਰ ਤੁਸੀਂ ਰਿਕਾਰਡ ਕਰ ਲਿਆ ਰਿਕਾਰਡ ਕਰ ਲਿਆ ਸਾਰਾ ਕੁਝ ਬੈਨਰ ਅਸਲ ਚ ਜਦੋਂ ਮੈਂ ਇੰਡੀਆ ਸੀ ਉਹਦੇ ਰਿਕਾਰਡ ਕਰ ਲਿਆ ਸੀਗਾ ਤੇ ਸਿਰਫ ਉਹਦੀ ਵੀਡੀਓ ਰਹਿ ਗਈ ਸੀ ਕਰਨ ਵਾਲੀ ਵੀਡੀਓ ਮੈਂ ਇੱਥੇ ਆ ਗਿਆ ਵੀਡੀਓ ਦੇ ਗੱਲ ਜਿਹੜੇ ਬੰਦੇ ਨੇ ਕੀਤੀ ਸੀਗੀ 1.5 ਲੱਖ ਚ 1.5 ਲੱਖ ਚ ਬਣਾਉਂਗਾ ਮੈਂ ਇਹਦਾ ਮੀਨ ਟਾਈਮ ਉਹਦੀ ਇੱਕ ਵੀਡੀਓ ਹਿੱਟ ਹੋ ਗਈ ਜਦੋਂ ਮੈਂ ਵਾਪਸ ਗਿਆ ਕਹਿੰਦਾ ਮੈਂ 4 ਲੱਖ ਲਾਉਂਗਾ ਤੇ ਅੱਛਾ ਮੈਂ ਕਹਾਂ 4 ਲੱਖ ਚ ਕਰ ਲਓ ਜਦੋਂ ਇੱਕ ਦਿਨ ਦਾ ਸ਼ੂਟ ਹੋ ਗਿਆ ਕਹਿੰਦਾ ਵੀਰੇ 4 ਲੱਖ ਚ ਤਾਂ ਨਹੀਂ ਬਣਦੀ ਵੀਡੀਓ ਤੇ 5 ਲੱਖ ਲੱਗੂਗਾ ਇੱਕ ਦਿਨ ਦਾ ਸ਼ੂਟ ਕਰਨ ਤੋਂ ਬਾਅਦ ਮੈਂ ਫਸ ਗਿਆ ਕਿਉਂਕਿ ਪੈਸੇ ਦੇ ऑलरेडी ਯਾਰ ਸ਼ੂਟ ਬੀ ਹੋ ਗਿਆ ਸਿਨੈਰੀਓ ਆਫ ਆਫ ਕੱਟਾ ਨਹੀਂ ਵੀ ਹਾਂ ਥੋੜਾ ਕੰਮ ਚੱਲ ਰਿਹਾ ਕਮਿਟਮੈਂਟ ਤੋਂ ਹੀ ਮੁੱਕਰ ਜਾਣਾ ਦੂਜੀ ਵਾਰੀ ਹੋਇਆ ਹੈ ਵੀਡੀਓ ਦੇ ਅੰਦਰ ਹੈਨਾ ਤੇ ਫਿਰ ਪੰਜ ਦਤਾ ਉਹਨੂੰ ਬੰਦੇ ਨੂੰ ਚਲੋ ਪੰਜ ਵੀਡੀਓ ਕਰਕੇ ਅਸੀਂ ਮੈਂ ਬੜੇ ਲੇਬਲਸ ਨੂੰ ਦਿਖਾਈ ਉਹ ਵੀਡੀਓ ਕਿਸੇ ਨੇ ਨਹੀਂ ਪਸੰਦ ਕੀਤੀ ਕਹਿੰਦੇ ਨਹੀਂ ਯਾਰ ਇਹ ਨਹੀਂ ਕਰਨਾ ਗਾਣਾ ਅਸੀਂ ਤਾਂ ਗਾਣਾ ਨਹੀਂ ਕਰ ਸਕਦੇ 빅 ਬ੍ਰਾਂਡ ਮਿਊਜ਼ਿਕ ਬ੍ਰਾਂਡ ਨਹੀਂ ਕਰ ਸਕਦੇ ਅਸੀਂ ਫਿਰ ਅ ਅੱਖ ਕਿ ਕੀ ਕੀਤਾ ਪਹਿਲਾਂ ਮੇਰੇ ਕੋਲ ਚੈਨਲ ਸੀਗਾ ਬੜਾ ਪੁਰਾਣਾ YouTube ਦਾ ਇੱਕ ਉਹਦੇ ਤੇ ਕੀਤਾ ਉਹ ਜਿਹੜੇ ਅਸੀਂ ਥਰਡ ਪਾਰਟੀ ਦੇ ਨਾਲ ਮੋਨਟਾਈਜੇਸ਼ਨ ਕਰ ਰਹੇ ਸੀਗੇ ਉਹ ਕਹਿੰਦੇ ਵੀ ਨਹੀਂ ਅੱਜ ਤੁਹਾਡਾ ਨਵਾਂ ਚੈਨਲ ਬਣਾਉਣਾ ਪਏਗਾ ਤੁਹਾਨੂੰ ਅਸੀਂ ਉਸ ਦਿਨ ਨਵਾਂ ਚੈਨਲ ਬਣਾਇਆ ਜਿਹੜਾ ਮੇਰਾ ਹੁਣ ਚੈਨਲ ਆ ਹਮ ਨਾਮ ਦੱਸ ਦੋ ਜਿਹੜੇ ਦੀ ਹਾਰਵੀ ਸੰਧੂ ਹਾਰਵੀ ਸੰਧੂ ਦੇ ਨਾਮ ਦਾ ਚੈਨਲ ਬਾਈ ਨੇਮ ਹੀ ਤੁਸੀਂ ਰੱਖਿਆ ਆਪਣਾ ਤੇ ਉਹ ਚੈਨਲ ਬਣਾਇਆ ਸੀ ਤੇ ਮੇਰੇ ਖਿਆਲ ਨਾਲ ਉਹਦੇ ਤੇ ਟੀਜ਼ਰ ਵੈਸੇ ਇਹ ਵੀ ਇੱਕ ਪਾਇਨੀਰ ਚੀਜ਼ ਹੈ ਕਿਉਂਕਿ ਹੁਣ ਸਿੰਗਰ ਕਰਨ ਲੱਗ ਪਏ ਨੇ ਆਪਣੇ ਬੈਨਰ ਤੋਂ ਉਦੋਂ ਸ਼ਾਇਦ ਤੁਸੀਂ ਪਹਿਲਾਂ ਵਿੱਚੋਂ ਹੀ ਹੋਵੋਗੇ ਮੈਂ ਹਾਂਜੀ ਉਦੋਂ ਪੰਜਾਬ ਚ ਬਹੁਤ ਰੀਅਰ ਕੋਈ ਰੀਅਰ ਕੀ ਮਤਲਬ ਕੋਈ ਵੀ ਨਹੀਂ ਆਇਆ ਸੀਗਾ ਹਾਂਜੀ ਹੁਣ ਤਾਂ YouTube ਨੇ ਬਾਇ ਡਿਫਾਲਟ ਹੀ ਕਰਤਾ ਨਾ ਹਾਂਜੀ ਸੋ ਫਿਰ ਅਸੀਂ ਮੈਂ ਆਪਦੇ ਚੈਨਲ ਤੋਂ ਹੀ ਟੀਜ਼ਰ ਪਾਇਆ ਹਮ ਤੇ ਟੀਜ਼ਰ ਬੜਾ ਪਸੰਦ ਕੀਤਾ ਸਾਰਿਆਂ ਨੇ ਫਿਰ ਅਸੀਂ ਗਾਣਾ ਰਿਲੀਜ਼ ਕਰਤਾ ਉਹ ਗਾਣਾ ਉਦੋਂ ਜਦੋਂ ਹੁਣ ਟ੍ਰੈਂਡਿੰਗ 'ਚ ਆਉਂਦੇ ਆ ਉਦੋਂ ਐ ਨਹੀਂ ਸੀ ਹੁੰਦਾ ਉਦੋਂ ਇੰਡੀਆ ਦੇ ਵਿੱਚ ਟੌਪ 10 ਹੀ ਹੁੰਦੇ ਹੁੰਦੇ ਸੀ ਬਸ ਟੌਪ 10 ਕਿਹੜੇ ਗਾਣੇ ਆ ਸੋ ਟੌਪ 10 ਦੇ ਵਿੱਚ ਗਾਣਾ ਪੰਜਾਬੀ ਪਹਿਲਾ ਗਾਣਾ ਚੱਲਿਆ ਸੀ ਬੰਲੇ ਉਸ ਟਾਈਮ ਤੱਕ ਕੋਈ ਜਾਣਦੇ ਨਹੀਂ ਹਾਂ ਉਦੋਂ ਨਹੀਂ ਉਦੋਂ ਕੋਈ ਪੰਜਾਬੀ ਕਿੰਨੀ ਰੈਂਕ ਤੇ ਗਿਆ ਸੀਗਾ ਆਈ ਥਿੰਕ ਮੈਂ ਕਿ 8ਵੇਂ 9ਵੇਂ ਨੰਬਰ ਦੇ ਜਾਂ ਕਿੰਨੇ ਤੇ ਮੈਨੂੰ ਐਗਜ਼ੈਕਟ ਯਾਦ ਨਹੀਂ ਪਰ ਕਿੰਨੇ ਦਿਨਾਂ ਚ ਕਿੰਨੇ ਦਿਨਾਂ ਚ ਪਹੁੰਚ ਗਿਆ ਸੀ ਆ 2-3 ਦਿਨ ਦੇ ਵਿੱਚ ਇੰਨੀ ਛੇਤੀ ਨਹੀਂ ਚੱਲਿਆ ਉਦੋਂ ਪੈਸੇ ਵੀ ਬਹੁਤ ਬਣਦੇ ਸੀ YouTube ਤੋਂ ਹੂੰ ਉਦੋਂ YouTube ਸ਼ੋਰ ਸੀਪੀਐਮ ਜਿਹੜਾ ਕਾਊਂਟ ਪਰ ਵੀ ਹਾਂਜੀ ਉਦੋਂ ਇਦਾਂ ਸੀ ਪਰ ਉਦੋਂ ਲੋਕੀ ਘੱਟ ਯੂਜ਼ ਕਰਦੇ ਸੀ ਕਿ ਵਿਊ ਘੱਟ ਆਉਂਦੇ ਸੀਗੇ ਪਰ ਜਿੱਦਾਂ ਮੰਨ ਲਓ ਹੁਣ ਜਿਹੜੀ ਆ ਐਡ ਬਹੁਤ ਘੱਟ ਪਲੇ ਹੁੰਦੀ ਆ ਜੇ 1 ਲੱਖ ਵਿਊ ਆ ਟੋਟਲ ਤੇ ਉਹਦੇ ਤੇ ਆਲਮੋਸਟ ਮੰਨ ਲਾ ਤਾਂ 5-6000 ਜਾਂ 10000 ਵਿਊ ਤੇ ਐਡ ਤੁਹਾਡੀ ਪਲੇ ਹੋਊਗੀ ਅੰਟਿਲ ਅਨਲਸ ਇਤਿਹਾਪ ਪਾਓ ਹਾਂ ਤੇ ਉਦੋਂ ਜੇ ਤੁਹਾਡਾ ਲੱਖ ਵਿਊ ਆ ਤੇ 90000 ਦੇ ਐਡ ਪਲੇ ਹੋਣੀ ਆ ਮਨੂੰ ਉਦੋਂ ਉਦੋਂ ਕਿਉਂਕਿ ਵਿਊਰ ਘੱਟ ਸੀਗੇ ਉਹਨਾਂ ਕੋਲ ਐਡਸ ਬਹੁਤ ਜ਼ਿਆਦਾ ਸੀ YouTube ਕੋਲ ਸੋ ਕੰਟੈਂਟ ਥੋੜਾ ਸੀਗਾ ਹੁਣ ਕੰਟੈਂਟ ਬਹੁਤ ਆ ਉਹ ਤੇ ਉਹ ਗਾਣਾ ਫਿਰ ਵਧੀਆ ਹਟ ਹੋ ਗਿਆ ਆਪ ਦੇ ਚੈਨਲ ਤੇ ਰਿਲੀਜ਼ ਕੀਤਾ ਫਿਰ ਉਸ ਤੋਂ ਬਾਅਦ ਸਾਰੇ ਆਪ ਦੇ ਉਦੋਂ ਕੀਤੇ ਮੈਂ ਕਿਸੇ ਲੇਬਲ ਨਾਲ ਕਦੀ ਕੰਮ ਫਾਦਰ ਸਾਹਿਬ ਦਾ ਰਿਐਕਸ਼ਨ ਕਿਵੇਂ ਦੱਸੀਗਾ ਬੈਨਰ ਤੋਂ ਬਾਅਦ ਯਾ ਆ ਸਭ ਤੋਂ ਮੇਨ ਗੱਲ ਤੁਸੀਂ ਪੁੱਛ ਰਹੇ ਹੋ ਜੀ ਉਦੋਂ ਕੀ ਹੋਇਆ ਅੱਛਾ ਮੇਰੇ ਨਾਲ ਜਦ ਮੇਰਾ ਪਹਿਲਾ ਗਾਣਾ ਰਿਲੀਜ਼ ਹੋਇਆ ਸੀਗਾ ਜਾਂ ਕਿੰਨੇ ਵੀ ਹੋਏ ਸੀ ਮੇਰੇ ਪਾਪਾ ਨੇ ਕੋਈ ਗਾਣਾ ਨਹੀਂ ਸੁਣਿਆ ਅੱਛਾ ਨਟੋਰੀਅਸ ਜੱਟ ਵੀ ਕੋਈ ਵੀ ਨਹੀਂ ਗਾਣਾ ਉਹਨਾਂ ਨੂੰ ਨਹੀਂ ਪਤਾ ਸੀ ਮੇਰਾ ਕਿੱਡਾ ਗਾਣਾ ਹੈ ਅੱਛਾ ਨਾ ਉਹ ਕੀ ਹੋਇਆ ਤੇ ਕਦੇ ਆਪ ਦਾ ਵੀ ਨਹੀਂ ਜੀ ਕਰਦਾ ਸੀ ਵੀ ਸੁਣਾਵਾਂ ਯਾਰ ਮੈਂ ਮੈਨੂੰ ਐ ਲੱਗਦਾ ਹੁੰਦਾ ਵੀ ਜਿਹੜਾ ਅਸਲ 'ਚ ਮੈਂ ਮੇਰੇ ਫਰੈਂਡ ਨੇ ਟ्रू ਮੇਕ ਕਰ ਮੈਨੂੰ ਐ ਲੱਗਦਾ ਸੀਗਾ ਕਿ ਮੇਰੇ ਫਾਦਰ ਸ਼ਾਇਦ ਮੇਰੇ 'ਚ ਇੰਟਰਸਟ ਨਹੀਂ ਲੈਂਦੇ ਨਾ ਮਤਲਬ ਉਹਨਾਂ ਨੂੰ ਮੇਰੇ ਕੰਮ 'ਚ ਇੰਟਰਸਟ ਨਹੀਂ ਆ ਪਰ ਅਸੀਂ ਇੱਕ ਵਾਰੀ ਡਿਸਕਸ ਕਰਦੇ ਸੀ ਬੈਠੇ ਉਹ ਕਹਿੰਦਾ ਵੀ ਯਾਰ ਮੈਨੂੰ ਲੱਗਦਾ ਵੀ ਮੇਰੇ ਮੈਂ ਇੰਨੀਆਂ ਵੀਡੀਓ ਬਣਾ ਚੁੱਕਾ ਤੇ ਮੇਰੇ ਫਾਦਰ ਸਾਹਿਬ ਨੇ ਕੋਈ ਨਹੀਂ ਵੀਡੀਓ ਮੇਰੀ ਅਪਰੀਸ਼ੀਏਟ ਕੀਤੀ ਨਾ ਦੇਖੀ ਹੋਣੀ ਆ ਪਰ ਕਹਿੰਦਾ ਮੈਨੂੰ ਬਾਅਦ 'ਚ ਲੱਗਦਾ ਵੀ ਯਾਰ ਨਹੀਂ ਰੀਅਲ ਫਾਦਰ ਹੀ ਉਹ ਆ ਜਦੋਂ ਤੁਹਾਨੂੰ ਲੱਗਦਾ ਵੀ ਹਾਂ ਜੇ ਤੱਕ ਨਹੀਂ ਮੈਂ ਇੰਨੇ ਜੋਗ ਹੋਇਆ ਵੀ ਮੈਂ ਆਪਣੇ ਬਾਪੂ ਨੂੰ ਖੁਸ਼ ਕਰ ਸਕਾਂ ਹੂੰ ਅੱਛਾ ਫਿਰ ਕੀ ਹੋਇਆ ਜਦੋਂ ਬੈਨਰ ਪਾਪਾ ਨੂੰ ਨਾ ਫੋਨ ਕੀਤਾ ਉਹਨਾਂ ਦੇ ਦੋਸਤ ਨੇ ਹੂੰ ਕਹਿੰਦੇ ਭਈ ਟੀਵੀ ਲਾ ਮੜਾ ਜਲਦੀ ਕਹਿੰਦੇ ਕਹਿੰਦਾ ਕੀ ਹੋਇਆ ਕਹਿੰਦਾ ਗਾਣਾ ਆਇਆ ਮੁੰਡੇ ਦਾ ਟੀਵੀ ਤੇ ਲਾ ਤੇ ਮੈਂ ਬਾਹਰ ਤੇ ਉਹ ਇੱਦਾਂ ਨਾ ਟਰੈਕਟਰ ਖੜਾ ਕਰਕੇ ਆਏ ਅੰਦਰ ਮੈਨੂੰ ਕਹਿੰਦਾ ਟੀਵੀ ਲਾਇਨ ਜਲਦੀ ਮੈਂ ਕੀ ਹੋਇਆ ਜੀ ਪੀਟੀਸੀ ਉਹ ਹੀ ਦੇਖਦੇ ਹੁੰਦੇ ਸੀ ਪੀਡੀਸੀ ਤੇ ਆਇਆ ਸੀਗਾ ਨਾ ਗਾਣਾ ਲਾ ਮਾੜਾ ਟੀਵੀ ਲਾ ਮੈਂ ਕਿਹਾ ਚੱਲ ਲਾਤਾ ਮੈਂ ਤਾਂ ਗਾਣਾ ਚੱਲਦਾ ਸੀ ਮੇਰਾ ਅੱਧਾ ਕਿ ਲੰਘ ਗਿਆ ਸੀਗਾ ਅੱਧਾ ਕਿ ਚੱਲ ਰਿਹਾ ਖੜਾ ਹੋ ਕੇ ਦੇਖੀਏ ਸਾਰਾ ਬਾਪਾ ਨੇ ਖੜੇ ਹੋ ਕੇ ਸਾਰਾ ਗਾਣਾ ਦੇਖਿਆ ਕੁਛ ਨਹੀਂ ਗਿਆ ਮਨ ਨੂੰ ਦੇ ਕੇ ਬਾਹਰ ਚਲੇ ਗਏ ਅੱਛਾ ਤੇ ਦੋਸਤ ਨੂੰ ਜਾ ਕੇ ਫੋਨ ਲਾ ਲਿਆ ਆਪਣੇ ਨੂੰ ਦੇਖ ਲਿਆ ਗਾਣਾ ਵਧੀਆ ਗਾਣਾ ਉਹਨੂੰ ਕਿਹਾ ਵਧੀਆ ਗਾਣਾ ਮੈਨੂੰ ਨਹੀਂ ਅਜੇ ਤੱਕ ਕਿਤੇ ਗਿਆ ਵੀ ਗਾਣਾ ਵਧੀਆ ਡਿਫਿਕਲ ਪਿਓ ਹਾਂ ਮਤਲਬ ਮੈਨੂੰ ਐ ਲੱਗਦਾ ਵੀ ਸੀਰੀਅਸਲੀ ਪਿਓ ਇਹੋ ਜਿਹੀ ਹੋਣੇ ਚਾਹੀਦੇ ਆ ਵੀ ਜਿਹੜੇ ਆਪਣੇ ਜਵਾਕ ਡਰਨ ਤੁਹਾਡੇ ਤੋਂ ਵੀ ਤੁਹਾਨੂੰ ਲੱਗਦਾ ਯਾਰ ਨਹੀਂ ਮੈਂ ਅਜਿਹਾ ਕੁਝ ਕੀਤਾ ਨਹੀਂ ਵੀ ਮੇਰਾ ਪਿਓ ਮੈਨੂੰ ਐਪਰੀਸ਼ੀਏਟ ਕਰੇ ਹੂੰ ਜੇ ਪਿਓ ਤੁਹਾਡੀ ਨਿੱਕੀ ਨਿੱਕੀ ਗੱਲ ਤੁਹਾਨੂੰ ਐਪਰੀਸ਼ੀਏਟ ਕਰਨ ਲੱਗ ਗਿਆ ਹਣਾ ਤਾਂ ਤੁਸੀ ਮੈਨੂੰ ਲੱਗਦਾ ਐਂ ਹਵਾ ਚ ਆ ਜਾਂਦੇ ਹੋ ਜ਼ਿਆਦਾ ਹੂੰ ਪਰ ਜਦੋਂ ਤੁਹਾਡਾ ਪਿਓ ਉਹਨੂੰ ਪਤਾ ਹੁੰਦਾ ਵੀ ਹਾਂ ਮੇਰਾ ਜਵਾਕ ਕੀ ਕੰਮ ਕਰ ਰਿਹਾ ਪਤਾ ਸਾਰਾ ਕੁਝ ਹੀ ਹੁੰਦਾ ਉਹਨੂੰ ਪਰ ਸਿਰਫ ਉਹ ਵੀ ਆਪਣੇ ਜਵਾਕ ਨੂੰ ਐ ਨਹੀਂ ਫਿਲ ਕਰਾਉਣਾ ਵੀ ਯਾਰ ਤੂੰ ਬਹੁਤ ਵੱਡਾ ਸਟਾਰ ਬਣ ਗਿਆ ਮੈਨੂੰ ਲੱਗਦਾ ਵੀ ਐ ਇਹੀ ਹੋਣਾ ਚਾਹੀਦਾ ਪਿਓ ਨੂੰ ਥੋੜੇ ਜਿਹਾ ਤੇ ਉਸ ਟਾਈਮ ਤੇ ਤੁਹਾਨੂੰ ਆਉਂਦਾ ਹੋਣਾ ਮਾੜਾ ਮੋਟਾ ਕਿ ਯਾਰ ਜੇ ਬਾਪੂ ਵੀ ਤਾਰੀਫ ਕਰ ਦੇ ਹੁੰਦਾ ਨੀ ਮੰਮੀ ਵੀ ਕਹਿੰਦੇ ਹੋਗੇ ਬਿਲਕੁਲ ਫਿਰ ਜਦੋਂ ਹਾਂ ਫਿਰ ਮੈਂ ਕੈਨੇਡਾ ਆਇਆ ਜਦੋਂ ਵਾਪਸ ਬੈਨਰ ਜਦੋਂ ਬੈਨਰ ਰਿਲੀਜ਼ ਹੋਣ ਤੋਂ ਅਸਲ ਵਿੱਚ ਮਿਲਣਾ ਦਾ 4-5 ਦਿਨ ਬਾਅਦ 10 ਦਿਨ ਬਾਅਦ ਕਰੇ ਮੈਂ ਆ ਗਿਆ ਸੀ ਇੱਧਰ ਤੇ ਮੈਂ ਤੇ ਫਾਦਰ ਸਾਹਿਬ ਬ੍ਰੈਮਲੀ ਸਿਟੀ ਸੈਂਟਰ ਗਏ ਤੁਰੇ ਜਾਂਦੇ ਸੀ ਦੋਨੇ ਜਾਣੇ ਤੇ ਮੁੰਡੇ ਆਏ ਕਾਫੀ ਸਟੂਡੈਂਟ ਤੇ ਪਾਜੀ ਫੋਟੋ ਵਿੱਚ ਆਉਣੀ ਆ ਫੋਟੋ ਵਿੱਚ ਆਉਣੀ ਉੱਤੇ ਉਦੋਂ ਮੈਂ ਫਾਦਰ ਸਾਹਿਬ ਦਾ ਜੋ ਰੈਕਸ਼ਨ ਦੇਖ ਰਿਹਾ ਸੀਗਾ ਉਹ ਕੱਚਾਂ ਹੱਥ ਭਾਗ ਦਿਖ ਰਿਹਾ ਸੀ ਅੱਛਾ ਮੇਰੇ ਮੁੰਡੇ ਦਾ ਫੋਟੋ ਸਾਰਾ ਜਨਾ ਮੁੰਡੇ ਮਤਲਬ ਮੇਰੇ ਨਾਲ ਵੀ ਪਹਿਲੀ ਵਾਰੀ ਹੋ ਰਿਹਾ ਸੀ ਕਿਉਂਕਿ ਤਾਯਾ ਤਾਜਾ ਗਾਣਾ ਫੇਮਸ ਹੋਇਆ ਸੀਗਾ ਪਹਿਲਾ ਗਾਣਾ 15 16 'ਚ ਹੂੰ 15 15 15 ਅਪ੍ਰੈਲ ਮਾਰਚ ਚ ਰਿਲੀਜ਼ ਹੋਇਆ ਸੀਗਾ 20 ਮਾਰਚ ਨੂੰ ਆਈ ਥਿੰਕ ਤੇ ਮੈਂ ਅਪ੍ਰੈਲ ਸੇ ਇੱਥੇ ਆ ਗਿਆ ਸੀਗਾ 3-4 ਅਪ੍ਰੈਲ ਨੂੰ ਤੇ ਫਿਰ ਉਦੋਂ ਮੈਥੇ ਸਿਟੀ ਸੈਂਟਰ ਚ ਪਹਿਲੀ ਵਾਰੀ ਕਿਸੇ ਨੇ ਫੋਟੋ ਖਿਚਾਈਆਂ ਤੇ ਉਦੋਂ ਫਾਦਰ ਸਾਹਿਬ ਮੇਰੇ ਨਾਲ ਸੀਗਾ ਉਦਦਾ ਵੀ ਮੇਰੇ ਨਾਲ ਹੀ ਹੁੰਦੇ ਸੀ ਹਮੇਸ਼ਾ ਦੋ ਵੀ ਕਿਤੇ ਜਾਣਾ ਉਹਨਾਂ ਨੇ ਮੇਰੇ ਨਾਲ ਹੀ ਹੁੰਦੇ ਸੀ ਮੇਰੇ ਨਾਲ ਜਾਂ ਛੋਟੇ ਬ੍ਰਦਰ ਨਾਲ ਅਸੀਂ ਇਕੱਠੇ ਹੀ ਦੋਸਤਾਂ ਵਾਂਗੂ ਹੀ ਰਹਿੰਦੇ ਸੀਗੇ ਬਟ ਉਹ ਆਪੀਓ ਰੋਬ ਨਾਲ ਹਾਂ ਤੇ ਉਹਦੇ ਤੇ ਇੱਕ ਵਾਰੀ ਮੇਰੇ ਮੈਨੂੰ ਬੜਾ ਉਹ ਹੋ ਰਿਹਾ ਕਿ ਵੈਸੇ ਫੈਮਿਲੀ ਪਿੱਛੋਂ ਕੀ ਕਰਦੇ ਰਹੇ ਨੇ ਵੀ ਤੁਸੀਂ ਸਿੰਗਿੰਗ ਤੋਂ ਪਹਿਲਾਂ ਕੈਨੇਡਾ ਆਉਣ ਤੋਂ ਪਹਿਲਾਂ ਪਿੱਛੇ ਖੇਤੀਬਾੜੀ ਹੂੰ ਤੇ ਫਾਦਰ ਸਾਹਿਬ ਉਹੀ ਕਰਦੇ ਹੋਣਗੇ ਖੇਤੀਬਾੜੀ ਉਹਨੂੰ ਵੀ ਪੂਰਾ ਮੱਜਾਂ ਸਾਰਾ ਸਾਰਾ ਕੁਝ ਮੈਂ ਮੱਜਾਂ ਆ ਗਾਵਾਂ ਸਭ ਕੁਝ ਹੁੰਦਾ ਸੀਗਾ ਇੰਡੀਆ ਤੇ ਡੇਰੀ ਫਾਰਮ ਵੀ ਪਾਇਆ ਸੀ ਅਸੀਂ ਮੈਂ ਮੈਂ ਤੇ ਮੇਰੇ ਬ੍ਰਦਰ ਜਿਆਦਾ ਸਾਂ ਡੈਡੀ ਨੇ ਸਾਨੂੰ ਹੀ ਪਾ ਕੇ ਦਿੱਤਾ ਸੀ ਸੱਚੇ ਮੈਂ ਹੀ ਲੜ ਕੇ ਪਾਇਆ ਸੀ ਮੈਂ ਡੇਰੀ ਫਾਰਮ ਪਾਣਾ ਹੂੰ ਤੇ ਫਿਰ ਅਸੀਂ ਗਾਵਾ ਬਲਾਂ ਦੋ ਕੁ ਲਿਆਂ ਦੀਆਂ ਫਿਰ ਦੋ 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 ਐਡ ਕਰਦੇ 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 ਕਿੰਨੀਆਂ ਕਰ ਲਈਆਂ ਉਹਨਾਂ ਚ ਹੁੰਦਾ ਸੀ ਬੜੇ ਇੱਕ ਟਾਈਮ ਤੇ ਮੈਚ ਉਹ ਪਹਿਲਾਂ ਹੱਥ ਨਾਲ ਚੋਂਦੇ ਸੀ ਪਹਿਲਾਂ ਛੋਟੇ ਬ੍ਰਦਰ ਨੂੰ ਨਹੀਂ ਚੋਂਡੀਆਂ ਆਉਂਦੀਆਂ ਸੀਗੇ ਹੱਥ ਨਾਲ ਫਿਰ ਜਦੋਂ ਪੰਜ ਮੈਚ ਹੋਣੀਆਂ ਪੰਜ ਬਈਏ ਨੇ ਚੋਂਡੀਆਂ ਤੇ ਪੰਜ ਡੈਡੀ ਨੇ ਚੋਂਡੀਆਂ ਕਿਆ ਹੋਵਾਤਾ ਪੰਜ ਪੰਜ ਦੇਖਣਾ ਕੌਣ ਚਾਹੁੰਦਾ ਪਹਿਲਾਂ ਐ ਹੁੰਦਾ ਸੀ ਜਨਾ ਪਰ ਤਿੰਨਾ ਘਣਾ ਸੀ ਉਹ ਉਹ ਵੀ ਬੜਾ ਹੁੰਦਾ ਨਾ ਪੰਪ ਦੇ ਕੇ ਛੱਡਦੇ ਨੇ ਕੰਮ ਛਿੱਤੀ ਕਰੂਗਾ ਹਾਂ ਤੇ ਉਹ ਫੇਰ ਮੁੜ ਕੇ ਮਸ਼ੀਨ ਲਾ ਲਈ ਫੇਰ ਮਸ਼ੀਨ ਚ ਆਉਣ ਵਾਲੀ ਅੱਛਾ ਉੱਤੇ ਫੇਰ ਇੱਕ ਟਾਈਮ ਬ੍ਰਦਰ ਨੇ ਸਵੇਰੇ ਉੱਠ ਕੇ ਚੋਣੀਆਂ ਦਾ ਛੋਟਾ ਸੀਰਾ ਤੋਂ ਬਹੁਤ ਇੱਕ ਟਾਈਮ ਮੈਂ ਚੋਣੀਆਂ ਅੱਛਾ ਵੈਸੇ ਵਾਰੀਆਂ ਲਾਈਆਂ ਪਾਣੀ ਦੀਆਂ ਕਿ ਕਿਵੇਂ ਉਹ ਉਹ ਟਾਈਮ ਬਾਰੇ ਪਾਣੀ ਮੈਂ ਘੱਟ ਲਾਇਆ ਪਾਣੀ ਮੈਂ ਜਿਆਦਾ ਭਈਏ ਲਾਉਂਦੇ ਸੀ ਹਾਂ ਮੈਂ ਪੜਦਾ ਸੀਗਾ ਤੇ ਪਾਣੀ ਮੈਂ ਘੱਟ ਲਾਇਆ ਉਹ ਸਾਰਾ ਕੰਮ ਨਾਲ ਕਰਾਉਂਦੀ ਉਹ ਲਾਈਫ ਕਿਵੇਂ ਦੀ ਸੀਗੀ ਦੱਸੋਗੇ ਮਾੜਾ ਯਾਰ ਕੋਈ ਐਵੇਂ ਦਾ ਕਸਾ ਕੋਈ ਛਤਰਪਰੇਡ ਹੋਈ ਹੋਵੇ ਜਾਂ ਕੋਈ ਸ਼ਰਾਰਤ ਛਤਰ ਬਾਪੂ ਨੇ ਕੁੱਟਿਆ ਨਹੀਂ ਕਦੀ ਵੈਸੇ ਇੱਕ ਗੱਲ ਮੰਨੋਗੇ ਇਹ ਲਿਖੀ ਹੋਈ ਗੱਲਾ ਜਿਹੜਾ ਪਿਓ ਕੁੱਟਦਾ ਹੋਊਗਾ ਨਾ ਉਹ ਪਿਓ ਦਾ ਉਹ ਡਰ ਤੇ ਉਹ ਨਹੀਂ ਹੋਣਾ ਮੇਰੇ ਫਾਦਰ ਸਾਹਿਬ ਨੇ ਅਜ ਤੱਕ ਕਦੀ ਅੱਖ ਦੀ ਘੂਰ ਜੋ ਪਿਓ ਕਦੀ ਨਹੀਂ ਕੁੱਟਿਆ ਦੀ ਮਾਤਾ ਨੇ ਬਹੁਤ ਛਤਰ ਫੇਰਿਆ ਮਾ ਤਾਂ ਹੀ ਨਹੀਂ ਉੱਤੇ ਰਹਿਣੀ ਤੇ ਇੱਕ ਵੱਡੇ ਬੁਢਾ ਹੋਣੀ ਬਾਬੂ ਨੂੰ ਤਰਸ ਆ ਜਾਂਦਾ ਹਾਂ ਕਿ ਸਰਵਿਸ ਤਾਂ ਪੂਰੀ ਆ ਬਾਬੂ ਨਹੀਂ ਕਿਸੇ ਕੁੱਟਿਆ ਕੋਈ ਐਵੇਂ ਦੀ ਹਰਕਤ ਵੀ ਛੱਤਰ ਕਿਉਂ ਖਾਦੇ ਮੈਂ ਕ੍ਰਿਕਟ ਤੋਂ ਬਹੁਤ ਛੱਤਰ ਫੇਰਿਆ ਮੇਰੇ ਮਾਤਾ ਮਾਤਾ ਤੋਂ ਬਹੁਤ ਛੱਤਰ ਫੇਰਿਆ ਮੈਂ ਉਹਨਾਂ ਨੂੰ ਟਿਊਸ਼ਨ ਪੜਨ ਭੇਜਣਾ ਮੈਂ ਟਿਊਸ਼ਨ ਪੜ ਕੇ ਨਾਲ ਖੇਡਣ ਝਲ ਜਾਣਾ ਮੁੜ ਕੇ ਬਾਅਦ ਜਦੋਂ ਘਰ ਪਹੁੰਚਣਾ ਉਹ ਜਿਹੜਾ ਬੈਟ ਮੇਰੇ ਵਰਨਾ ਮਤਲਬ ਬਹੁਤ ਛੱਤਰ ਫੇਰਿਆ ਕ੍ਰਿਕਟ ਤੋਂ ਮੇਰੇ ਤੁਹਾਨੂੰ ਤਾਂ ਐ ਹੁੰਦਾ ਹੋਊਗਾ ਨਾ ਆਉਣ ਵਾਲੀ ਵਿਰਾਜ ਸਿੰਘ ਨੂੰ ਕੁੱਟਿਆ ਮਤਲਬ ਮੈਂ ਮੈਨੂੰ ਸਾਡੇ ਘਰ ਦੇ ਕੋਲ ਨਾ ਜਿੱਦਾਂ ਪੰਜ 600 ਮੀਟਰ ਤੇ ਗੁਰਦੁਆਰਾ ਸਾਹਿਬ ਨਾਲ ਹੀ ਥੋੜਾ ਜਿਹਾ ਹੂੰ ਮੈਂ ਉੱਥੋਂ ਹੀ ਨਾ ਕਰਦਾ ਨਾ ਬਾਬਾ ਜੀ ਅੱਜ ਨਾ 76 ਫਿਰਨ ਬਾ ਉੱਥੇ ਹੀ ਕਰਦੇ ਨੇ ਘਰ ਨੂੰ ਆਉਣਾ ਹਨਾ ਵੀ ਅੱਜ ਨਾ ਕੁੱਟ ਪਵੇ ਮਾਦਨ ਪਤਾ ਹੁੰਦਾ ਜੀ ਹੁਣ ਲੇਟ ਹੋ ਗਏ ਆ ਪੈਣੀ ਦਿਖਾਈ ਜਾਂ ਮਤਲਬ ਮਾਦਨ ਦਾ ਸੀ ਵੀ ਨੇਰਾ ਹੋਣ ਤੋਂ ਪਹਿਲਾਂ ਘਰ ਆ ਜੇ ਫਿਰ ਜਦੋਂ ਮੈਚ ਮੁੱਕਦਾ ਸੀਗਾ ਨੇਰਾ ਹੋ ਜਾਂਦਾ ਹੈਗਾ ਮੈਚ ਪੂਰਾ ਖੇਲ ਗਿਆ ਜਾਂਦਾ ਹੈਗਾ ਫਿਰ 76 ਬਹੁਤ ਫਿਰਦਾ ਹੈ ਵੇ ਵੇ ਸੇ ਥੋਟੇ ਤੋਂ ਇਹ ਕੁਐਸਚਨ ਜੈਨੂਨ ਕਰ ਸਕਦਾ ਕਿ ਤੁਸੀਂ ਇੰਡੀਆ ਦਾ ਵੀ ਦੇਖਿਆ ਉਹ ਕਿਉਂਕਿ ਜਦੋਂ ਤੁਸੀਂ ਗੱਲ ਕੀਤੀ ਨਾ ਵਾਈ ਦੀ ਤੇ ਬਰਾਬਰ ਮੇਰੇ ਉਹ ਸਾਰਾ ਸਿਨੈਰੀਓ ਆ ਗਿਆ ਝੋਨਾ ਲੱਗਾ ਕੜਕਾ ਨੂੰ ਪਾਣੀ ਸਾਰਾ ਕੁਝ ਬਟਾਂ ਲਿਪੜੀਆਂ ਸਾਰਾ ਹਾਂ ਛਾਂਗਣੀਆਂ ਖਾਲਾਂ ਤੇ ਉਹ ਲਾਈਫ ਕਿਵੇਂ ਦੀ ਸੀਗੀ ਹੁਣ ਮਿਸ ਕਰਦੇ ਆ ਜਾਂ ਕਿਵੇਂ ਉਹ ਲਾਈਫ ਦਾ ਆਲਵੇਜ਼ ਮਿਲਦਾ ਹੁੰਦਾ ਵੀ ਮੈਂ ਗਾਣੇ ਵੀ ਬਹੁਤ ਲਿਖੇ ਨੇ ਬਟ ਕਰੂੰਗਾ ਰਿਲੀਜ਼ ਤੇ ਮੈਨੂੰ ਇਹ ਲੱਗਦਾ ਪਿਆਰਾ ਅੱਜ ਕਰ ਟਾਈਮ ਨਹੀਂ ਉਹ ਗਾਣਿਆਂ ਦਾ ਉਹ ਵੀ ਮੈਨੂੰ ਲੱਗਿਆ ਟਾਈਮ ਨਿਕਲ ਗਿਆ ਕਹਿ ਸਕਦੇ ਆਪਾਂ ਪਰ ਨਾ ਹੁਣ ਤੁਸੀਂ ਦੁਬਾਰਾ ਆਉਗਾ ਅੱਜ ਕੱਲ ਨਾ ਲੋਕ ਬੜੀ ਬੇਸਿਕ ਜੀ ਚੀਜ਼ ਆ ਲੋਕੀ ਵੀਡੀਓਸ ਪਤਾ ਹੈ ਕਿ ਇਸ ਚੀਜ਼ ਦੀ ਸ਼ੇਅਰ ਕਰਨੇ ਅੱਜ ਕੱਲ ਕੁਝ ਵੀ ਨਹੀਂ ਮੋਟਰ ਤੇ ਪਾਣੀ ਲੱਗਿਆ ਪਰ ਪਿੱਛੇ ਬਾਣੀ ਚੱਲਣ ਦੀ ਹੈ ਉਹ ਜਿਹੜਾ ਸਕੂਨ ਸੀ ਨਾ ਕਿ ਜਿਹੜੀ ਤੁਸੀਂ ਗੱਲ ਕੀਤੀ ਮੈਂ ਉਹ ਤੋਂ ਕਨੈਕਟ ਕਰ ਗਿਆ ਕਿ ਯਾਰ ਉਹ ਜਿਹੜਾ ਸਕੂਨ ਸੀ ਨਾ ਹੁਣ ਇੱਕ ਚੀਜ਼ ਇਮੇਜਿਨ ਕਰੋਗੇ ਸਾਡੇ ਨਾਲ ਕੋਈ ਹੈ ਨਹੀਂ ਰੂਮ 'ਚ ਬਟ ਆਪਾਂ ਜਦੋਂ ਗੱਲ ਕਰ ਰਹੇ ਆ ਇਹਦੇ ਬਾਰੇ ਕਿੰਨਾ ਇੱਕ ਸਕੂਨ ਜਿਹਾ ਫੀਲ ਨਹੀਂ ਹੋ ਰਿਹਾ ਕਿ ਉਹ ਬਿਜ਼ੀ ਪੂਰੇ ਹੋਈਦਾ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਾਈ ਦੇ ਅੰਦਰ ਟਾਈਮ ਕਿਸੇ ਨੂੰ ਨਹੀਂ ਤੇ ਕੰਮ ਵੀ ਪੂਰਾ ਐਵੇਂ ਦਾ ਕਿ ਇੱਥੋਂ ਨਾਲੋਂ ਜ਼ਿਆਦਾ ਬਿਜ਼ੀ ਕੰਮ ਪਿੱਛੇ ਹੁੰਦਾ ਹੀ ਪਰ ਉਹ ਇੱਕ ਜਿਹੜਾ ਸਕੂਨ ਮਿਲਣਾ ਇੱਥੇ ਤਾਂ ਜਿੱਦਾਂ ਘੜੀ ਦੇਖ ਕੇ ਬ੍ਰੇਕ ਲਈਦੀ ਹੈ ਨਾ ਕੀ ਹੋ ਗਿਆ ਲੰਚ ਬ੍ਰੇਕ ਹੋ ਗਈ ਇਹ ਹੋ ਗਈ ਉੱਥੇ ਕੀ ਆ ਸਵੇਰੇ ਜੇ ਪੱਠੇ ਵੰਡਣ ਜਾਣਾ ਤੇ ਗੱਡੀ ਦੇ ਬੈਠੇ ਹੋਏ ਆ ਬਲਦਾਂ ਵਾਲੀ ਤੇ ਕੋਈ ਰਾਹ ਚ ਮਿਲ ਗਿਆ ਉੱਥੇ ਬ੍ਰੇਕ ਹੋਗੀ ਉੱਥੇ ਜੇ ਵੱਡੀ ਜਾਂਦੇ ਆ ਕੋਈ ਆ ਗਿਆ ਫੇਰ ਬ੍ਰੇਕ ਹੋਗੀ ਕੁਝ ਵੀ ਕਰ ਰਹੇ ਆ ਮਤਲਬ ਪੰਜਾਬ ਚ ਇੱਕ ਚੀਜ਼ ਤਾਂ ਹੈ ਵੀ ਤੁਹਾਨੂੰ ਜਿਹੜਾ ਵੀ ਚਿਹਰਾ ਮਿਲੂ ਹੱਸਦਾ ਹੀ ਮਿਲੂਗਾ ਤੇ ਇੱਥੇ ਤੁਸੀਂ ਕਿਸੇ ਵੀ ਇੰਟਰਸੈਕਸ਼ਨ ਤੇ ਜੇ ਨੂੰ ਮਰਜ਼ੀ ਦੇਖ ਲਓ ਤੁਹਾਨੂੰ ਸਟ੍ਰੈਸ ਤੋਂ ਬਿਨਾ ਕੁਝ ਨਹੀਂ ਦੱਸੂਗਾ ਮੈਂ ਜਦ ਤੱਕ ਟਰੱਕ ਚਲਾਉਂਦਾ ਸੀ ਇਸ ਸਟ੍ਰੈਸ ਇੱਥੇ ਮੈਂ ਘਟਦਾ ਟਰੱਕ ਤੇ ਹੋਂ ਨਾ ਇੱਥੇ ਸਟ੍ਰੈਸ ਤੇ ਹਸਣਾ ਉਥੇ ਐ ਨਹੀਂ ਕਿ ਹਰ ਕੋਈ ਬਾਈ ਦੀ ਗੱਲ ਕਰੋਂ ਐ ਨਹੀਂ ਕਿ ਹਰ ਕੋਈ ਐਂ ਹੀ ਮਿਲੂਗੀ ਉਹ ਕਮਲਾ ਹੱਸਾ ਨਹੀਂ ਹਾਂ ਕਮਲਾ ਨਹੀਂ ਇੱਕ ਨੇਚਰਲ ਹੱਸਣਾ ਪਤਾ ਲੱਗਦਾ ਹੀ ਕਿ ਜੇ ਅਗਲੇ ਕੋਈ ਇੱਕ ਉਹਨਾਂ ਕਦੇ ਯਾਦ ਕਰ ਲਿਓ ਆਪਣੇ ਸਾਰਿਆਂ ਦੇ ਅੰਦਰ ਨਾ ਕਦੇ ਕਿਸੇ ਨੂੰ ਉਹੀ ਗਲੀ ਚ ਰੋਕ ਲੈਣਾ ਐਡੇ ਤਗੜੇ ਲੈਵਲ ਦਾ ਸਰਕੈਸਮ ਠੋਕਣਾ ਨਾ ਉਹਨਾਂ ਨੇ ਉਹ ਅੰਦਰ ਦੀ ਖੁਸ਼ੀ ਨਹੀਂ ਹੁੰਦੀ ਸੀ ਵੀ ਉਹਨੂੰ ਜੇ ਪੁੱਛਣਾ ਹੋਰ ਕੀ ਕੀ ਕਰਕੇ ਆ ਬਸ ਇਹ ਕਰਕੇ ਆ ਹੋਰ ਕੀ ਕਰਨਾ ਕਰਨਾ ਕੀ ਅੱਗੇ ਜਾ ਕੇ ਵੀ ਮੈਂ ਡਾਕਟਰ ਨਾ ਟੀਕੇ ਲਾਉਣੇ ਆ ਕਿਸੇ ਨੂੰ ਬਿਲਕੁਲ ਮਤਲਬ ਜਿਹੜਾ ਹਾਸਾ ਮਜ਼ਾਕ ਸੀਗਾ ਉਹ ਖੁਸ਼ੀ ਨਾ ਇੱਥੇ ਜਾ ਕਿਸੇ ਨੂੰ ਪੁੱਛ ਲੋ ਤੇ 2 ਮਿੰਟ ਪਈ ਜਾਂਦਾ 5-10 ਮਿੰਟ ਚ ਹੀ ਅਗਲਾ ਨਾ ਹੋਰ ਕਿਵੇਂ ਚੱਲਦਾ ਬਸ ਯਾਰ ਮਹਿੰਗਾਈ ਹੈਗੀ ਹੈ ਪੈਸਾ ਹੈ ਨਹੀਂ ਉਹੀ ਗੱਲਾਂ ਨੇ ਵੀ ਉਹ ਸਟ्रेस ਜੈਨੂਨ ਆ ਜੈਨੂਨ ਬਿਲਕੁਲ ਵੀ ਜੇ ਕੋਈ ਸਟੂਡੈਂਟ ਹੈ ਉਹਨੂੰ ਵਿਚਾਰੇ ਨੂੰ ਪੀਆਰ ਦੀ ਜਿਹੜਾ ਪੀਆਰ ਹੈ ਉਹਨੂੰ ਘਰ ਦੀ ਜਿਹਦੇ ਕੋਲ ਘਰ ਹੈ ਉਹਨੂੰ ਫ੍ਰੀ ਕਰਾਉਣ ਦੀ ਜਿਹਦੇ ਕੋਲ ਟਰੱਕ ਦਾ ਲਾਇਸੈਂਸ ਨਹੀਂ ਹੈ ਉਹਨੂੰ ਇਹ ਐਮ ਲਾਇਸੈਂਸ ਬਣਾਣਾ ਜਿਹਦੇ ਕੋਲ ਲਾਇਸੈਂਸ ਹੈ ਕਹਿੰਦੇ ਮੈਨੂੰ ਲੋਡ ਵਧੀਆ ਮਿਲ ਜੂਵੇ ਉਹ ਜਿਹੜਾ ਸੀਗਾ ਇੰਡੀਆ ਚ ਕਾਦਾ ਕੱਖ ਨਹੀਂ ਉਹੀ ਪ੍ਰੋਸੈਸ ਉਹੀ ਹੈ ਪ੍ਰੋਸੈਸ ਹੋ ਰਹੀ ਬਿਲਕੁਲ ਬਟ ਕਿੰਨਾ ਸਕੂਨ ਵਾਲਾ ਯਾਰ ਤੁਸੀਂ ਹੁਣ ਟਰੱਕਿੰਗ ਤੇ ਮੈਂ ਮੈਂ 10-14 ਸਾਲ ਪਹਿਲਾਂ ਦੀ ਗੱਲ ਹੋਣੀ ਆ ਮੈਂ ਇਸ ਕਾਰਬੋ ਜਾ ਰਿਹਾ ਸੀਗਾ ਕੋਈ ਡਿਲੀਵਰੀ ਕਰਨੀ ਸੀ ਤੇ ਉੱਚ ਨਾ ਇੱਕ ਮਾਰਖਮ ਰੋਡ ਆ ਉਹਦੇ ਤੇ ਬਹੁਤ ਲਾਈਟਾਂ ਆਉਂਦੀਆਂ ਹੂੰ ਆਲਮੋਸਟ ਹਰ ਇੱਕ ਕਿਲੋਮੀਟਰ ਬਾਅਦ ਜਾਂ ਲਾਈਟਾਂ ਆ ਜਾਂਦੀਆਂ ਨੇ ਛੁੱਟੀ ਦਾ ਟਾਈਮ ਸੀਗਾ 5 ਵਜੇ ਦਾ 5 5:30 ਵਜੇ ਹੋਣਿਆ ਮੈਂ ਜਿਹੜੀ ਇੰਸੈਕਸ਼ਨ ਤੇ ਰੁਕਾਂ ਉੱਥੇ ਆਲਮੋਸਟ 15 20 ਬੰਦੇ ਮੈਨੂੰ ਮਿਲਦੇ ਸੀ ਖੜੇ ਲਾਈਟਾਂ ਕ੍ਰੋਸ ਕਰਨ ਲਈ ਤੁਰ ਕੇ ਮੈਂ ਪਹਿਲੀ ਵਾਰੀ ਆਪਣੀ ਜ਼ਿੰਦਗੀ 'ਚ ਦੇਖਿਆ ਇੱਕ ਵੀ ਚਿਹਰੇ ਤੇ ਹੱਸਾ ਨਹੀਂ ਸੀ ਸਾਰੇ ਲੋਕ ਐਂ ਦੇਖਣ ਨੂੰ ਲੱਗਦੇ ਸੀ ਯਾਰ ਕੋਈ ਕਿਹੜੀ ਸਟ्रेस ਚੱਕੀ ਫਿਰਦੇ ਨੇ ਲੋਕੀ ਚਾਹੇ ਉਹ ਬੁੜੀਆਂ ਸੀ ਜਾਂ ਬੰਦੇ ਸੀ ਸਾਰੇ ਸਟ੍ਰੈਸ ਪਤਾ ਨਹੀਂ ਕਿਹੜੀ ਚੀਜ਼ ਦੀ ਸਟ੍ਰੈਸ ਲਈ ਫਿਰਦੇ ਸੀਗੇ ਫਿਰ ਆਪਣੇ ਨੂੰ ਲੱਗਾ ਯਾਰ ਦੇਖ ਕੇ ਅਸੀਂ ਕਿੱਡੇ ਖੁਸ਼ਹਾਲ ਦੇਸ਼ ਚ ਰਹਿੰਦੇ ਸੀਗੇ ਬਈ ਉੱਥੇ ਹੋ ਸਕਦਾ ਹਜ਼ਾਰ ਪਿੱਛੇ ਕੋਈ ਇੱਕ ਬੰਦਾ ਬਹੁਤ ਸਟ੍ਰੈਸਡ ਹੋਵੇ ਪਰ ਜਿਹੜੇ ਉੱਥੇ ਆਪਣੇ ਸੀਰੀ ਵੀ ਨੇ ਉਹਨਾਂ ਨੂੰ ਵੀ ਤੁਸੀਂ ਮਿਲੂਗੇ ਤਾਂ ਤੁਹਾਨੂੰ ਐਂ ਹੀ ਮਿਲਦੇ ਨੇ ਹਾਂਜੀ ਕੀ ਹਾਲ ਚਾਲ ਨੇ ਚੜਦੀ ਕਲਾ ਚੜਦੀ ਕਲਾ ਚ ਹਾਂ ਚੜਦੀ ਕਲਾ ਵਾਲੇ ਹੀ ਨੇ ਸਾਰੇ ਉੱਥੇ ਚਿਹਰਿਆਂ ਤੇ ਸਿਰਫ ਇੱਕ ਇਹੀ ਤੁਹਾਨੂੰ ਆ ਬਈ ਰੋਟੀ ਖਾਣੀ ਆ ਉੱਥੇ ਘਰ ਸਾਰਿਆਂ ਦੇ ਫਰੀ ਹੈ ਖੇ يلا ਕਿੰਝ ਤਾਂ ਪਤਾ ਹੀ ਨਹੀਂ ਕਿਹੜੀ ਕਿਹੜੀ ਚੀਜ਼ ਦੀ ਤੁਹਾਨੂੰ ਸਟ्रेस ਆ ਨਾਲੇ ਬਲਦ ਗੱਡੀ ਦੀ ਨਾ ਇੰਸ਼ੋਰੈਂਸ ਹਾਂ ਨਾ ਉਹਦੀਆਂ ਕਿਸ਼ਤਾਂ ਜਾਣੀਆਂ ਕੁਝ ਨਹੀਂ ਨਾ ਉਹ ਤੇ ਸਨੋ ਪੈਣੀ ਹਾਂ ਇਹ ਨਹੀਂ ਹੈ ਚਲੋ ਬਾਕੀ ਵੀਡੀਓਜ਼ 'ਚ ਅਸੀਂ ਪੂਰਾ ਕੈਨੇਡਾ ਨੂੰ ਡਿਫੈਂਡ ਕਰਦੇ ਆ ਪਰ ਦੂਜੇ ਥਾਂ ਤੇ ਜੇ ਆਪਾਂ ਜਿੱਥੋਂ ਆਏ ਆ ਉਸ ਚੀਜ਼ ਦੀ ਉਹੀ ਬੋਲ ਜੀ ਹਾਂ ਜਿਹੜਾ ਮੈਂ ਉਹਦੀ ਉਹਦੀ ਉਹ ਗੱਲ ਕਰ ਰਿਹਾ ਕਿ ਅੱਜ ਜਦ ਮੈਂ ਤੁਸੀਂ ਗੱਲ ਕੀਤੀ ਨਾ ਮੈਨੂੰ ਬੜਾ ਵਧੀਆ ਲੱਗਿਆ ਆਮ ਗੈਟਿੰਗ ਬੈਕ ਟੂ ਦੋਸ ਡੇ ਬਹੁਤ ਵਧੀਆ ਲੱਗਿਆ ਤੇ ਟਰੈਕਿੰਗ ਦਾ ਤੁਸੀਂ ਜ਼ਿਕਰ ਕੀਤਾ ਹਾਂਜੀ ਤੇ ਟਰੈਕਿੰਗ ਜੋ ਤੁਸੀਂ ਕਦੋਂ ਜਦੋਂ ਤੁਸੀਂ ਕਹਿ ਰਹੇ ਹੋ ਵੀ 2-3 ਸਾਲ ਪਹਿਲਾਂ ਮੈਂ ਡਿਲੀਵਰੀ ਕਰਨ ਗਿਆ ਮੈਨੂੰ ਅਜੀਬ ਚੀਜ਼ ਲੱਗੀ ਕਿ ਤੁਸੀਂ ਸਿੰਗਿੰਗ ਆਲਰੇਡੀ ਕਰ ਰਹੇ ਹੋ ਤੁਹਾਡੇ ਗਾਣੇ ਹਿੱਟ ਹੋ ਗਏ ਤੇ ਮੈਂ ਅਸਲ ਤੇ ਜਦੋਂ ਦਾ ਕੈਨੇਡਾ ਆਇਆ ਉਹ ਟਰੱਕ ਚਲਾਉਣਾ ਤੇ ਲਾਸਟ ਅਸੀਂ ਅਸੀਂ 2000 18 ਤੋਂ ਆਪਣੀ ਕੰਪਨੀ ਖੋਲੀ ਤੇ ਇੱਕ ਟਰੱਕ ਨਾਲ ਹੀ ਹੁਣ ਸਾਡੇ ਕੋਲ ਆਲਮੋਸਟ ਹੈਗੇ ਨੇ 40 ਕ ਟਰੱਕ ਹੂੰ ਤੇ ਪਰ ਡੈਨ ਸੋਚਦਾ ਸੀਗਾ ਮੈਨੂੰ ਵੀ ਨਾਲ ਤੁਹਾਡਾ ਇੱਕ ਸਿੰਗਿੰਗ ਤਾਂ ਚਲੋ ਮੈਂ ਕਰ ਹੀ ਰਿਹਾ ਆਂ ਜਿਦਾਂ ਮੇਰਾ ਬ੍ਰਦਰ ਆ ਨਾਲ ਮੇਰਾ ਪਾਰਟਨਰ ਆ ਇੱਕ ਤੁਹਾਡਾ ਬਿਜ਼ਨਸ ਵੀ ਹੋਣਾ ਚਾਹੀਦਾ ਨਾਲ ਵੀ ਜਿਹਦੇ ਚ ਤੁਸੀਂ ਗੁੱਡ ਦੇ ਤਾਂ ਨੂੰ ਇੱਕ ਪਾਸੇ ਨਹੀਂ ਤਾਂ ਦੂਜੇ ਪਾਸੇ ਤੁਹਾਡੇ ਕੋਲ ਬੈਕਅਪ ਤਾਂ ਹੋਣਾ ਚਾਹੀਦਾ ਬੜੇ ਬੈਕਅਪ ਲੈ ਕੇ ਚੱਲਦੇ ਸੀ ਜੇ ਤੁਸੀਂ ਉਹ ਚੱਕਰ ਇਹ ਸੀਗਾ ਉਹਦੋਂ ਬੈਚਲਰ ਦੀ ਕਰਨ ਲੱਗੇ ਸੀ ਸਿੰਗਿੰਗ ਦੀ ਦੇ ਨਾਲ 3D ਐਨੀਮੇਸ਼ਨ ਨਹੀਂ ਉਹ ਚੱਕਰ ਇਹ ਸੀਗਾ ਵੀ ਮੈਂ ਅਸਲ 'ਚ ਕੰਪਨੀਆਂ ਦੇ ਉਸ ਟਾਈਮ ਦੇ ਵਿੱਚ ਪੈਸੇ ਨਹੀਂ ਸੀ ਜਿਆਦਾ ਹਨਾ ਤੇ ਕੰਪਨੀਆਂ ਦੇ ਬੜੇ ਮੈਂ ਗਿੜੇ ਕੱਢੇ ਇੱਕ ਕੰਪਨੀ ਆ ਮੈਂ ਉਹਨਾਂ ਨਾਮ ਨਹੀਂ ਲਾਉਂਗਾ ਉਹਦਾ 5 ਘੰਟੇ ਇੱਕ 4.5 ਘੰਟੇ ਉਹਨੇ ਸਾਨੂੰ ਆਫਿਸ ਦੇ ਬਾਹਰ ਬਿਠਾ ਕੇ ਭੇਜ ਦਿੱਤਾ ਕੋਈ ਬੰਦਾ ਮਿਲਿਆ ਵੀ ਨਹੀਂ ਪਹਿਲਾਂ ਕਹੀ ਗਿਆ ਵੀ ਭਾਜੀ ਬਿਜ਼ੀ ਨੇ ਮਿਲਦੇ ਨੇ ਤੁਹਾਨੂੰ ਅੱਧੇ ਘੰਟੇ ਬਾਅਦ ਇੱਕ ਘੰਟੇ ਬਾਅਦ ਦੋ ਘੰਟੇ ਬਾਅਦ 4.5 ਘੰਟੇ ਅਸੀਂ ਬਾਹਰ ਰਿਸੈਪਸ਼ਨ ਤੇ ਬਹਿ ਕੇ ਅਸੀਂ ਵਾਪਸ ਆ ਗਏ ਉਹ ਚੀਜ਼ਾਂ ਇਦਾਂ ਦੀਆਂ ਮਤਲਬ ਫੇਸ ਕੀਤੀਆਂ ਲਾਈਫ ਦੇ ਵਿੱਚ ਵੀ ਉਦੋਂ ਇੰਨੇ ਪੈਸੇ ਨਹੀਂ ਸੀ ਹੈਗੇ ਜੇ ਮੈਂ ਇੱਥੇ ਟਰੱਕ ਵੀ ਚਲਾਉਂਦਾ ਸੀ ਕੰਮ ਕਰਦਾ ਸੀਗਾ ਤਾਂ ਜਿੰਨੇ ਪੈਸੇ ਮੈਂ ਜੋੜਨੇ ਜੋੜ ਕੇ ਗਾਣੇ ਲਾ ਦੇਣੇ ਫਿਰ 3-4 ਮਹੀਨੇ ਲੱਗ ਜਾਣੇ ਅਗਲੇ ਗਾਣੇ ਲਈ ਜੌਰਡਨ ਨੂੰ ਫਿਰ ਉਹ ਗਾਣੇ ਦੇ ਪੈਸੇ ਲਾ ਦੇਣੇ ਫਿਰ ਯਾਰ ਸੋਚਿਆ ਨਹੀਂ ਯਾਰ ਇਦਾਂ ਨਹੀਂ ਗੱਲ ਬਣਨੀ ਵੀ ਆਪਣਾ ਕੁਝ ਹੋਣਾ ਚਾਹੀਦਾ ਵੀ ਤੁਹਾਡੇ ਕੋਲ ਕਿਉਂਕਿ ਮੈਂ ਕੰਪਨੀਆਂ ਤੋਂ ਪੈਸੇ ਨਹੀਂ ਕਿਸੇ ਤੋਂ ਵੀ ਲੈਂਦਾ ਸੀਗਾ ਆਪ ਸਾਰਾ ਕੁਝ ਮੈਂ ਆਪਦੇ ਚੈਨਲ ਤੇ ਰਿਲੀਜ਼ ਕਰਦਾ ਵੀ ਨਹੀਂ ਯਾਰ ਜਦ 0 'ਚ ਨਹੀਂ ਕਿਸੇ ਨੇ ਸਟਾਰਟ ਸਾਥ ਸਾਧ ਦਿੱਤਾ ਹੋਣ ਕਿਸੇ ਦੀ ਲੋੜ ਨਹੀਂ ਹੈਗੀ ਵੀ ਹੁਣ ਆਪਦਾ ਹੀ ਕੁਝ ਕਰਾਈ ਕਰੀਏ ਵੀ ਆਪਦਾ ਇਨਕਮ ਸੋਰਸ ਜਿਹੜਾ ਆ ਆਪਣੀ ਇਨਕਮ ਵਧਾਈਏ ਤੁਸੀਂ ਮੈਂ ਆਪ ਲਈ ਸਾਰਾ ਕੁਝ ਕਰਦਾ। ਉਦੋਂ ਉਦੋਂ ਤੁਸੀਂ ਇੱਥੇ ਘਰਾਂ ਦੀ ਦੌੜ 'ਚ ਪੈ ਗਏ ਸੀ ਕਿ ਨਹੀਂ? ਘਰ ਬਾਏ ਘਰ ਮੈਂ ਬਾਏ ਕਰ ਲਿਆ ਸੀਗਾ ਹਾਂਜੀ। ਤੇ ਟਰੱਕਿੰਗ ਕਰਦੇ ਕਰਦੇ ਮਤਲਬ ਜਿਹਨੂੰ ਡਰਾਈਵਰੀ ਕਰਦੇ ਸੀਗੇ। ਹਾਂਜੀ। ਮਤਲਬ ਡਰਾਈਵਰੀ ਤਾਂ ਮਿਲਦਾ 6 ਮਹੀਨੇ ਕੀਤੀ ਹੋਣੀ ਆ। ਫਿਰ ਉਹ ਓਨਰ ਵੇਟਰ ਹਾਂਜੀ। ਫਿਰ ਮੇਰਾ ਬ੍ਰਦਰ ਚਲਾਉਂਦਾ ਸੀਗਾ ਟਰੱਕ ਉਹ ਕਹਿੰਦਾ ਨਹੀਂ ਆਪਾਂ ਨਹੀਂ ਚਲਾਉਣੇ ਕਿਸੇ ਦੇ ਨਹੀਂ ਚਲਾਉਣੇ ਹੈਗੇ। 6 ਮਹੀਨਾ ਬਾਅਦ ਹੀ ਅਸੀਂ ਟਰੱਕ ਲੈ ਲੇ ਦੋ ਫਿਰ ਉਹ ਓਨਰ ਵੇਟਰ ਬਣ ਗਏ। ਫਿਰ ਕੰਪਨੀ ਖੋਲ ਲਈ ਜਲਦ ਥੋੜੇ ਚੰਨਾ ਬਾਅਦ ਹੀ। ਮੈਂ ਉਦੋਂ ਸੋਚਿਆ ਸੀ ਵੀ ਨਹੀਂ ਯਾਰ ਆਪਦੇ ਪੈਸੇ ਹੋਣੇ ਚਾਹੀਦੇ ਆ ਤੁਹਾਡੇ ਕੋਲ ਇੰਨੇ ਕੋ ਹੋਣੇ ਚਾਹੀਦੇ ਕੋਈ ਕਿਸੇ ਨਾਲ ਦੇਖਣਾ ਨਾ ਪਵੇ ਤੁਹਾਨੂੰ ਕੰਪਨੀਆਂ ਤੋਂ ਨਾ ਮੰਗੜੇ ਪਾਣ ਹਮ ਠੀਕ ਆ ਹੁਣ ਰਮਨਦਮਾ ਦੀ ਕਿਰਪਾ ਹੈ। ਕੀ ਕਿਉਂਕਿ ਹੁਣ ਅਗੇਨ ਮੈਂ ਦੂਜੇ ਤਰਫ ਚਲਾ ਗਿਆ ਕਿ ਇਥੇ ਕੀ ਹੁੰਦਾ ਪਹਿਲੀ ਗੱਲ ਤਾਂ ਉਹ ਚੀਜ਼ ਨਹੀਂ ਮੇਰੇ ਪਾਸ ਰਹੀ ਜਿਵੇਂ ਕਿ ਤੁਹਾਡਾ ਆਲਰੇਡੀ ਗਾਣੇ ਹਿੱਟ ਚੱਲ ਰਹੇ ਨੇ ਤੁਹਾਡੀ ਆ ਚੀਜ਼ ਦੀ ਰੀਅਲਾਈਜੇਸ਼ਨ ਹੀ ਆਉਣੀ ਕਿ ਮੇਰਾ ਕੰਮ ਵੀ ਹੋਣਾ ਚਾਹੀਦਾ। ਹਮ ਕਿਉਂਕਿ ਤੁਸੀਂ ਜੇ 15 ਚ ਕਿਸੇ ਕਿਸੇ ਦਾ ਐਡਾ ਤਖੜਾ ਹਿੱਟ ਗਾਣਾ ਗਿਆ ਤੇ ਬੰਦਾ ਤਾਂ ਐਂ ਹੀ ਕਹਿ ਦਿੰਦਾ ਵੀ ਮੈਂ ਤਾਂ ਹੁਣ ਗਾਣਿਆਂ ਤੇ ਫੋਕਸ ਕਰੂੰਗਾ ਭਾਵੇਂ 5 ਸਾਲ ਲੱਗਣ ਭਾਵੇਂ 10 ਉਹ ਤੁਹਾਡੀ ਰੀਅਲਾਈਜੇਸ਼ਨ ਹੋਣੀ ਵੀ ਨਹੀਂ ਮੈਂ ਨਾਲ-ਨਾਲ ਟਰੈਕਿੰਗ ਵੀ ਕਰਨੀ ਆ ਅਸਲ ਚ ਚੱਕਰ ਇਹ ਆ ਵੀ ਮੈਨੂੰ ਮੈਨੂੰ ਐ ਲੱਗਦਾ ਵੀ ਆਪਣੇ ਲੋਕਾਂ ਦੀ ਮੈਂਟੈਲਿਟੀ ਕੁਝ ਹੋਰ ਤਰ੍ਹਾਂ ਦੀ ਆ ਇਸੇ ਚੀਜ਼ ਤੇ ਮੈਂ ਅੱਗ ਗਿਆ ਉਹ ਲੱਗਾ ਸੀ ਹਾਂ ਉਹ ਚੰਗੀ ਚੀਜ਼ ਨੂੰ ਐਪਰੀਸ਼ੀਏਟ ਕਰਨਾ ਇਹਨਾਂ ਚਾਹੁੰਦੇ ਨਹੀਂ ਹੈਗੇ ਲੋਕ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਂ ਚੰਗੀਆਂ ਚੀਜ਼ਾਂ ਗਾਵਾਂ ਬੈਨਰ ਗਾਇਆ ਸੀਗਾ ਇੱਕ ਮੋਟੀਵੇਸ਼ਨਲ ਫਿਰ ਮੈਂ ਬਾਪੂ ਦੇ ਗਾਣੇ ਗਾਏ ਫਿਰ ਹੋਰ ਗਾਏ ਤਾਂ ਮੈਨੂੰ ਸ਼ੋਅ ਤਾਂ ਕਿ ਵੀ ਨਹੀਂ ਆਉਂਦਾ ਸੀ ਪੈਸੇ ਕਿੱਥੋਂ ਆਣੇ ਸਿਰਫ YouTube ਇੱਕ ਸੋਰਸ ਸੀਗਾ ਇਨਕਮ ਦਾ ਤਾਂ YouTube ਤੋਂ ਕਿੰਨੇ ਕੇ ਪੈਸੇ ਆਉਂਦੇ ਆ ਉਹ ਤਾਂ ਗਾਣੇ ਦੇ ਪੈਸੇ ਹੀ 5 ਮਹੀਨੇ ਬਾਅਦ ਪੂਰੇ ਹੁੰਦੇ ਸੀ ਸੋ ਕੋਈ ਮੈਨੂੰ ਇਹ ਲੱਗਦਾ ਸੀ ਕਿ ਮੇਰੀ ਮੇਰੀ ਹੌਬੀ ਆ ਮੈਂ ਪੈਸੇ ਕਮਾਉਣ ਲਈ ਨਹੀਂ ਕਰ ਰਿਹਾ ਕਿਉਂਕਿ ਮੈਂ ਇੰਨਾ ਜਿਵੇਂ ਸਿੱਖਿਆ ਆ ਕਿ ਮੈਨੂੰ ਇਹ ਨਹੀਂ ਸੀਗਾ ਕਿ ਮੇਰੇ ਦੋ ਗਾਣੇ ਨਹੀਂ ਚੱਲੇ ਤੋ ਯਾਰ ਮੈਂ ਗਾਉਣਾ ਛੱਡ ਦੇਣਾ ਮੈਂ ਨਹੀਂ ਗਾਉਣਾ ਕਿਉਂਕਿ ਮੈਂ ਇਹ ਸੋਚ ਕੇ ਆਇਆ ਹੀ ਨਹੀਂ ਸੀ ਲਾਈਨ ਦੇ ਵਿੱਚ ਕਿ ਮੈਂ ਸਿਰਫ ਆਪਣਾ ਸੁਆਦ ਲੈਣ ਲਈ 2-4 ਗਾਣੇ ਕੱਢਣੇ ਆ ਚੱਲ ਗਿਆ ਠੀਕ ਹੈ ਨਹੀਂ ਤਾਂ ਬਸ ਨਾ ਮੈਂ ਤਾਂ ਜਦ ਤੱਕ ਲਾਸਟ ਸਾਹ ਆ ਆ ਤਦ ਤੱਕ ਗਾਈ ਜਾਣਾ ਪੈਸੇ ਬਚਣ ਨਾ ਬਚਣ ਉਹ ਡਿਫਰੈਂਟ ਸਟੋਰੀ ਹੈ ਕਿਉਂਕਿ ਮੈਂ ਪੈਸੇ ਲਈ ਗਾਉਂਦਾ ਹੀ ਨਹੀਂ ਆ ਮੈਨੂੰ ਮੇਰੇ ਅੰਦਰ ਇੱਕ ਰੂਹ ਆ ਜਿਹੜੀ ਮੈਨੂੰ ਆਪ ਮੈਂ ਜੋ ਮੇਰਾ ਦਿਲ ਕਰਦਾ ਉਹ ਮੈਂ ਗਾਉਣਾ ਆ ਤੇ ਮੈਂ ਉਦੋਂ ਵੀ ਗਾਉਂਦਾ ਸੀਗਾ ਜਦੋਂ ਪੈਸੇ ਨਹੀਂ ਸੀਗੇ ਕੁਝ ਵੀ ਨਹੀਂ ਬਣਦਾ ਸੀਗਾ ਤੇ ਹੁਣ ਵੀ ਮੈਂ ਆਪਦੇ ਪੈਸੇ ਲਾ ਰਿਆ ਮੈਂ ਕਿਸੇ ਤੋਂ ਪੈ ਤੇ ਮੈਨੂੰ ਇਹੀ ਲੱਗਦਾ ਵੀ ਮੈਂ ਪਤਾ ਨਹੀਂ ਫਿਊਚਰ ਕੀ ਆ ਬਟ ਮੈਂ ਤਾਂ ਉਨਾ ਚਿਰ ਗਾਉਂਗਾ ਜਦ ਤੱਕ ਮੇਰਾ ਮੇਰੇ ਰੂਹ ਚਾਹੁੰਦੀ ਆ ਵੀ ਮੈਂ ਗਾਵਾਂ ਬਟ ਇਹ ਆ ਵੀ ਆਪਣੇ ਲੋਕ ਚੰਗੀ ਚੀਜ਼ ਨੂੰ ਅਪਰੀਸ਼ੀਏਟ ਨਹੀਂ ਕਰਦੇ ਬਾਪੂ ਗਾਣਾ ਮੇਰਾ ਆਲਮੋਸਟ 100 ਮਿਲੀਅਨ ਹੋਣ ਵਾਲਾ ਆ ਤੇ ਉਹ ਗਾਣੇ ਤਾਂ ਮੈਨੂੰ ਇੱਕ ਵੀ ਸ਼ੋ ਨਹੀਂ ਆਇਆ ਅਜ ਤੱਕ ਆਬਵੀਅਸਲੀ ਆਹੀ ਗੱਲ ਉਹ ਗਾਣੇ ਤਾਂ ਮੈਨੂੰ ਇੱਕ ਵੀ ਸ਼ੋ ਨਹੀਂ ਆਇਆ ਅੱਛਾ ਦੂਜੀ ਗੱਲ ਜਿਹੜੇ ਮੁੰਡੇ ਨੇ ਉਹ ਗਾਣੇ ਦਾ 뮤직 ਕੀਤਾ ਉਹ ਮੁੰਡਾ ਕਹਿੰਦਾ ਵੀ ਕਹਿੰਦਾ ਵੀਰ ਜੀ ਮੈਂ ਇਤੋਂ ਵੱਡਾ ਗਾਣਾ ਹੋਰ ਕੀ ਬਣਾ ਸਕਦਾ ਜਿਹੜਾ 100 ਮਿਲੀਅਨ ਵਿਊ ਹੋਣ ਵਾਲੇ ਹੋਣ ਤੇ ਮੈਨੂੰ ਉਹ ਇੱਕ ਵੀ ਅੱਜ ਤੱਕ ਕਾਲ ਨਹੀਂ ਆਈ ਵੀ ਤੂੰ ਉਹ ਗਾਣੇ ਦਾ ਮਿਊਜ਼ਿਕ ਕੀਤਾ ਸੀਗਾ ਸਾਡਾ ਮਿਊਜ਼ਿਕ ਕਰਦੇ ਉਦੋਂ ਦਾ ਤੇ ਜੇ ਉਹੀ ਕੋਈ ਚੱਕਮਾ ਗਾਣਾ ਹੁੰਦਾ ਤੇ ਉਹ ਉਹਨੂੰ ਵੀ ਕੰਮ ਆਉਣਾ ਸੀਗਾ ਮਤਲਬ ਚੰਗੀ ਚੀਜ਼ ਨੂੰ ਮੈਨੂੰ ਸਮਝ ਨਹੀਂ ਆਉਂਦੀ ਵੀ ਤੇ ਫੇਰ ਆਪਾਂ ਪੰਡ ਦਿੰਨੇ ਆ ਕਿ ਸਿੰਗਰ ਚੱਕਵੇਂ ਗਾਉਂਦੇ ਕਿਉਂਕਿ ਹੁਣ ਧੌਣ ਫੜ ਕੇ ਥੋੜੀ ਤੁਹਾਨੂੰ ਇਹੀ ਸਿਖਾਇਆ ਜਾ ਰਿਹਾ ਹੈ ਕਿ ਗਾ ਉਹੀ ਕੁਛ ਕੀ ਮਾਰ ਕੇ ਲੰਘ ਮਾਰਕਟ ਸੁਣਨਾ ਚਾਹੁੰਦੀ ਆ ਉਹ ਗਾ ਕਮਰਸ਼ੀਅਲ ਜਿਆਦਾ ਹੋਣਾ ਹੁਣ ਉਸ ਤੋਂ ਬਾਅਦ ਮੇਰੇ ਬਾਪੂ ਦੇ ਤਿੰਨ ਗਾਣੇ ਆ ਗਏ ਹੁਣ ਤੱਕ ਚੌਥਾ ਗਾਣਾ ਫਿਰ ਅਸੀਂ ਕੀਤਾ ਇੱਕ ਉਹ ਗਾਣਾ ਮੈਨੂੰ ਬਹੁਤ ਪਸੰਦ ਸੀਗਾ ਦੀਪ ਬੜਾ ਅੱਛੇ ਭਾਜੀ ਦਾ ਲਿਖਿਆ ਆਲਮੋਸਟ ਮੈਨੂੰ ਲੱਗਦਾ ਮੇਰੇ ਕੋਲ 4 ਸਾਲ ਤੋਂ ਗਾਣਾ ਪਿਆ ਹੋਣਾ ਉਹ ਤੈਨੂੰ ਕੋਰਾਵੇ ਜਵਾਬ ਕੁੜੀ ਕਹਿੰਦੀ ਆ ਮੁੰਡੇ ਨੂੰ ਵੀ ਤੈਨੂੰ ਕੋਰਾਵੇ ਜਵਾਬ ਲੈ ਜਾ ਮੋੜ ਕੇ ਗੁਲਾਬ ਐਰ ਗੈਰ ਨਾ ਕੁੜੀ ਨੂੰ ਐਵੇਂ ਜਾਣੀ ਮੈਂ ਬਾਬਲੇ ਦੇ ਘਰੇ ਵਾਂਗ ਰਾਣੀਆਂ ਦੇ ਰਹਿੰਦੀ ਤੂੰ ਕੀ ਦਿਲ ਦੀ ਬਣਾਉਣਾ ਮੈਨੂੰ ਰਾਣੀ ਕਿ ਆਹ ਇਹਦੋਂ ਵਧੀਆ ਕੀ ਗੱਲ ਹੋ ਸਕਦੀ ਆ ਤੇ ਉਹ ਗਾਣਾ ਚੱਲੇ ਨਹੀਂ ਉਹ ਤੁਸੀਂ ਸੁਣੋ ਗਾਣਾ ਕਿੰਨਾ ਸੋਹਣਾ ਆ ਕਿੰਨੀਆਂ ਸੋਹਣੀਆਂ ਉਹਦੀਆਂ ਲਾਈਨਾਂ ਨੇ ਸਾਰਾ ਕੁਝ ਮੈਂ ਸੋਚਿਆ ਸੀ ਪਿਆਰ ਲੋਕੀ ਅਪਰੀਸ਼ੀਏਟ ਕਰੋਗੇ ਬੜੀ ਚੀਜ਼ ਸੋਹਣੀ ਚੀਜ਼ ਨੂੰ ਸੁਣ ਕੇ ਪਰ ਲੋਕੀ ਚੰਗੀ ਚੀਜ਼ ਨਹੀਂ ਸੁਣਨਾ ਚਾਹੁੰਦੇ ਇੱਥੇ ਨਾ ਮੈਂ ਇੱਕ ਪਿੰਡ ਡ੍ਰੌਪ ਕਰਨਾ ਚਾਹੁੰਨਾ ਕਿ ਤੁਸੀਂ ਇਸ ਚੀਜ਼ ਤੇ ਐਗਰੀ ਕਰੋਗੇ ਹੁਣ ਨਾ ਲੋਕਾਂ ਦਾ ਲੋਕੀ ਮੈਂ ਇਹਨਾਂ ਵੇਖ ਲਿਆ ਵੀ ਅਸੀਂ ਵੀ ਉਹੀ ਕੰਮ ਕਰ ਰਹੇ ਹਾਂ ਹੈਨਾ ਲੋਕਾਂ ਦਾ ਸਹਾਰਾ ਪਤਾ ਕਿਵੇਂ ਦਾ ਜਿਵੇਂ ਨਿਆਣੇ ਨਹੀਂ ਹੁੰਦੇ ਨਿਆਣੇ ਇੱਕ ਤਾਂ ਹੋਗੇ 3-4 ਸਾਲ ਦੇ ਜਮਾਈ 5-6 ਮਹੀਨੇ ਦਾ ਨਿਆਣਾ ਨਹੀਂ ਹੁੰਦਾ ਉਹਨਾਂ ਨੂੰ ਨਾ ਜੇ ਤੁਸੀਂ ਹੁਣ ਬੱਚੇ ਨੂੰ ਕੀ ਦੱਸਾਂਗੇ ਆਪਾਂ ਵੀ ਆ ਗਾਜਰਾ ਨੇ ਆ ਖਾਓ ਆ ਮਟਰ ਆ ਖਾਓ ਆ ਹੈਲਦੀ ਚੀਜ਼ਾਂ ਨੇ ਵਿਦਲਿਆ ਉਹ ਜਾਂਦਾ ਚਾਕਲੇਟ ਨੂੰ ਮਿੱਠੀਆਂ ਚੀਜ਼ਾਂ ਨੂੰ ਹੈਨਾ ਉਹੀ ਗੱਲ ਹੋ ਗਈ ਆਡੀਅנס ਦੀ ਹਾਂ ਆਡੀਅנס ਨੂੰ ਆਪ ਨੂੰ ਨਹੀਂ ਪਤਾ ਕਿਉਂਕਿ ਇਹ ਆ ਕਿ ਜਦੋਂ ਚੋਂਡਾ ਗਿਆ ਕੌਣ ਜਵਾਬ ਦੇਗਾ ਜਿਵੇਂ ਹੁਣ ਅਸੀਂ ਵੀ ਆਂ ਕਈ ਵਾਰੀ ਅਸੀਂ ਵੀ ਉਹ ਗਾਣੇ ਬਿਨਾ ਦਿਮਾਗ ਚ ਆਇਆ ਉਹੀ ਪਸੰਦ ਕਰਨ ਲੱਗ ਜੰਨੇ ਆ ਜਿਹੜੇ ਥੋੜੇ ਜਿ ਚੱਕਵੇਂ ਨੇ ਬਿਲਕੁਲ ਤੇ ਇਹਦੇ ਅੰਦਰ ਐ ਹੋ ਸਕਦਾ ਹੈ ਕਿ ਤੁਸੀਂ ਹੁਣ profession ਦਾ ਥੋੜਾ ਅਸੀਂ ਕੀ ਕਰਦੇ ਹਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਹੁਣ ਅਸੀਂ ਰੀਸੈਂਟਲੀ ਜੋ ਸੋਚਿਆ ਕਿ ਜੋ ਆਡੀਅנס ਨੂੰ ਚਾਹੀਦਾ ਨਾ ਦੋ ਉਹੀ ਤੋਂ ਬਿਲਕੁਲ 100% plus ਜਿਹੜਾ ਵਿੱਚ ਜਿਵੇਂ ਸ਼ੈਰੀ ਬਾਈ ਹੋਣਾ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਕਿਹਾ ਵੀ ਸਾਰੇ ਚੰਗੇ ਸੌਂਗ ਦਾ ਨਤੀਜਾ ਉਹੀ ਹੈ ਕੋਈ ਵੀ ਕੋਈ ਵੀ ਆਰਟਿਸਟ ਆ ਮਤਲਬ ਅਸਲ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਜਿਹੜਾ ਇੱਕ ਵਧੀਆ ਆਰਟਿਸਟ ਆ ਨਾ ਜਿਹਨੂੰ ਸੱਚੀ ਪਤਾ ਵੀ ਗਾਇਕੀ ਕੀ ਆ ਉਹ ਚੰਗੀ ਚੀਜ਼ ਗਾਉਣਾ ਹੀ ਚਾਹੁੰਦਾ ਚੰਗੀ ਚੀਜ਼ ਦੀ ਮਾੜੀ ਚੀਜ਼ ਗਾਉਣਾ ਹੀ ਨਹੀਂ ਚਾਹੁੰਦਾ ਉਹ ਗਾਉਂਦਾ ਹੀ ਨਹੀਂ ਉਹਦਾ ਦਿਲ ਨਹੀਂ ਕਰਦਾ ਗਾਉਣ ਨੂੰ ਪਰ ਉਹਨੂੰ ਅੱਖ ਕੇ ਗਾਉਣੀ ਪੈਂਦੀ ਆ ਕਿ ਯਾਰ ਮੈਂ ਕਿੰਨਾ ਚਿਰ ਸੇਵਾ ਕਰੀ ਜਾਵਾਂ ਪਰ ਜਿਹੜੇ ਨਹੀਂ ਗਾਉਂਦੇ ਜਿਵੇਂ ਲਾ ਲੋ ਵਡਾਲੀ ਹੋਣੀ ਹੋਗੀ ਤੇ ਕਿੰਨੇ ਐਵੇਂ ਦੇ ਨੇ ਮਾਸਟਰਸ ਲਈ ਹੋਰ ਵੀ ਮੈਨੂੰ ਤਾਂ ਹੁਣ ਨਾ ਹੀ ਇਹ ਆ ਰਹੇ ਨੇ ਕਮਾਲ ਖਾਨ ਹਾਂਜੀ ਕਿੰਨੇ ਉਹ ਸਿੰਗਰ ਨੇ ਜਿਨ੍ਹਾਂ ਨੇ ਕਲਾਸਿਕ ਸਿੱਖਿਆ ਇੱਕ ਤਰੀਕੇ ਦੇ ਨਾਲ ਗਾਉਂਦੇ ਨੇ ਉਹ ਗੁਰਦਾਸ ਮਾਨ ਸਾਹਿਬ ਟਾਈਪ ਦੇ ਨਾਲ ਤਾਂ ਗੱਲ ਪਹੁੰਚਣੀ ਡਿਫਰੈਂਟ ਹੈ ਵੀ ਕਿਹੜੇ ਸਮੇਂ ਤੇ ਲੱਗਣਾ ਉਹਨਾਂ ਨੇ ਇੱਕ ਮਿੱਠੇ ਮਿੱਠੇ ਜਿਹਾ ਵੀ ਛੱਡੇ ਬਿਲਕੁਲ ਬਟ ਉਸ ਚੀਜ਼ ਤੇ ਨਹੀਂ ਗਏ ਲੇਕਿਨ ਉਹਨਾਂ ਨੂੰ ਟਾਈਮ ਸਪੈਨ ਕਿੰਨਾ ਲੱਗ ਗਿਆ ਲੋਕਾਂ ਦੇ ਦਿਲਾਂ 'ਚ ਪਰ ਅੱਜ ਕੱਲ ਉਹ ਗੱਲ ਹੈ ਵੀ ਰੋਟੀ ਕੱਪੜਾ ਮਕਾਨ ਦੀ ਜ਼ਰੂਰੀ ਹੈ ਬਿਲਕੁਲ ਬਿਲਕੁਲ ਤੁਸੀਂ ਕਿੰਨਾ ਚਿਰ ਕਿੰਨਾ ਕ ਚਿਰ ਤੁਸੀਂ ਹਰੇਕ ਗਾਣੇ ਤੇ 10-10 ਲੱਖ ਰੁਪਏ ਲਾ ਕੇ ਤੇ ਮੁੜ ਕੇ ਵੇਟ ਕਰੋ ਭਈ ਯਾਰ ਮੈਨੂੰ YouTube ਤੋਂ ਕਦ ਪੈਸੇ ਪੂਰੇ ਹੋਊਗੇ ਤੁਹਾਡੇ ਨਾਲ ਆਹੀ ਸਿਨੈਰੀਓ ਆ ਹੁਣ ਅਸੀਂ ਜੇ ਮੰਨ ਲਓ 15 ਵੀਡੀਓ ਕਰਦੇ ਆ ਪਹਿਲਾਂ ਤਾਂ ਸਾਡਾ ਕੰਮ ਹੋਰ ਹੁੰਦਾ ਸੀਗਾ ਸਾਡਾ ਜਿਵੇਂ ਹੁਣ ਇੱਥੇ ਵੀ ਹੈ ਕੈਨੇਡਾ ਤੁਹਾਨੂੰ ਪਤਾ ਹੈ ਕਿ ਹਰ ਕਿਸੇ ਦਾ ਇੱਕ profession ਹੋਊਗਾ ਨਾਲ ਹੋਰ ਨਾ ਕੁਝ ਹੈ ਨਾ ਇਹ ਸਾਡੀ ਹੌਬੀ ਹੈ ਹੂੰ ਹੁਣ ਅੱਜ ਜੋ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਆ ਨਾ ਅਸੀਂ ਤੁਹਾਡੇ ਤੋਂ ਪੈਸੇ ਲੈਣਾ ਤੁਹਾਡੇ ਸਾਡੇ ਦੇ ਲੈਣੇ ਦੇਣੇ ਪਰ ਇਹ ਚੀਜ਼ ਅਸੀਂ ਕਰ ਰਹੇ ਹਾਂ ਰੂਲ ਹੀ ਰੂਲ ਹੀ ਬਿਲਕੁਲ ਤੇ ਵਿੱਚ ਵਿੱਚ ਸਾਨੂੰ ਉਹ ਚੀਜ਼ ਵੀ ਛੱਡਣੀ ਪੈਂਦੀ ਹੈ ਕਿ ਸਾਨੂੰ ਉਹ ਚੀਜ਼ ਕਰਦੇ ਸਵਾਦ ਨਹੀਂ ਆਉਂਦਾ ਵੀ ਯਾਰ ਉਹ ਮਜਬੂਰੀ ਬਣ ਜਾਂਦੀ ਹੈ ਬੜ ਕਰਨਾ ਪੈਂਦਾ ਕਰਨਾ ਪੈਂਦਾ ਬਿਲਕੁਲ ਕਿਉਂ ਕਿਉਂਕਿ ਜੱਜ ਦੀ ਚੀਜ਼ ਸੁਣਾਉਣ ਦੇ ਲਈ ਸਾਨੂੰ ਉਹੋ ਚੀਜ਼ ਕਰਨੀ ਪੈਣੀ ਹੈ ਕਿ ਉਹਦੇ ਤੇ ਜਦੋਂ ਕਲਿੱਕ ਕਰਨਗੇ ਤਾਂ ਗਲਤੀ ਨਾਲ ਇੱਧਰ ਆ ਜਾਣ 100% ਬਿਲਕੁਲ ਸੋ ਇਹ ਇਹ ਆਈ ਡੋਟ ਨੋ ਇਹ ਚੀਜ਼ ਨੂੰ ਮੈਂ ਮੈਂ ਤਾਂ ਹੁਣ ਸਮਝੌਤਾਕਾਰ ਬੈਠਾ ਮੈਨੂੰ ਤਾਂ ਨਹੀਂ ਹੈਗੀ ਉਮੀਦ ਕਿ ਇਸ ਚੀਜ਼ ਤੇ ਕਿਸੇ ਨੂੰ ਸਮਝਾਇਆ ਜਾ ਸਕੇ ਸਮਝਾਇਆ ਉਹਨਾਂ ਨੂੰ ਜਾ ਸਕਦਾ ਹੈ ਵੀ ਜਿਨ੍ਹਾਂ ਨੇ ਸਮਝਣ ਨੂੰ ਤਿਆਰ ਹੋਵੇ ਆਪਣੀ ਆਡੀਅנס ਬਹੁਤ ਦੂਰ ਆਲੇ ਵੀ ਇਹ ਚੀਜ਼ ਆਈ ਡੋਟ ਨੋ ਕਿਵੇਂ ਇਹਨੂੰ ਟੈਕਲ ਕਰੀਏ ਮੈਨੂੰ ਪਰ ਐਂ ਲੱਗ ਰਿਹਾ ਹੁਣ ਭਈ ਲੋਕ ਜਿਹੜਾ ਇੱਕ ਦੌਰ ਆਇਆ ਸੀਗਾ ਨਾ ਗਾਇਕੀ ਦਾ ਹੋਰ ਸਟਾਈਲ ਦਾ ਉਹ ਲੰਘ ਗਿਆ ਪੁਰਾਣੀਆਂ ਕੰਪੋਜ਼ ਪੁਰਾਣਾ ਸਾਰਾ ਕੁਝ ਆ ਕੇ ਨਵੇਂ 뮤직 ਚ ਆ ਰਿਹਾ ਕੰਪੋਜ਼ ਪੁਰਾਣੀਆਂ ਨੇ ਲਿਰਿਕਸ ਪੁਰਾਣੇ ਨੇ ਹੁਣ ਆਪਾਂ ਕਰਨ ਦੇ ਗਾਣੇ ਦੀ ਗੱਲ ਆ ਲਈਏ ਇਤੋਂ ਜਿਆਦਾ ਹੋਰ ਦੇਸੀ ਗਾਣਾ ਕੀ ਹੋ ਸਕਦਾ ਵੀ ਚੁੰਨੀ ਮੇਰੀ ਰੰਗ ਦੇ ਲਲਾਰੀਆ ਮਰਿਆਰ ਦੀ ਗੱਡੀ ਦੇ ਨਾਲ ਦੀ ਹੁਣ ਨਾ ਤਾਂ ਜਵਾਕਾਂ ਨੂੰ ਲਲਾਰੀ ਪਤਾ ਹੋਣਾ ਕੀ ਆ ਤੇ ਉਹ ਜਵਾ ਦੇਸੀ ਲਫਜ਼ ਆ ਪਰ ਉਹ ਚ ਸਰ ਬੀਟ ਹੁਣ ਉਹੀ ਗਾਣਾ ਦੇਸੀ ਬਣਾਇਆ ਹੁੰਦਾ ਤਾਂ ਕਿਸੇ ਨੇ ਸੁਣਨਾ ਨਹੀਂ ਸੀ ਉਹਦੀ ਬੀਟ ਜਿਹੜੀ ਆ ਉਹ ਬੀਟ ਸਾਨੂੰ ਇੱਕ ਰੂਹ ਜਿਹਾ ਸਵਾਦ ਜਿਹਾ ਲਿਆ ਰਹੀ ਆ ਹਨਾ ਮਤਲਬ ਮੈਨੂੰ ਐਂ ਲੱਗਦਾ ਵੀ ਉਹ ਚੀਜ਼ਾਂ ਦੁਬਾਰਾ ਪਰ ਬੀਟ ਤੁਹਾਨੂੰ ਸੈਂਸੇਸ਼ਨ ਦੇ ਸਕਦੀ ਆ ਐਵਰਗ੍ਰੀਨ ਨਹੀਂ ਐਵਰਗ੍ਰੀਨ ਨਹੀਂ ਐਵਰਗ੍ਰੀਨ ਲਿਰਿਕਸ ਤੇ ਮੈਲੋਡੀ ਲੈ ਕੇ ਜਾਊਗੀ ਤਾਂ ਹੀ ਤੁਹਾਡੀ ਗੱਲ ਬੜੀ ਵਧੀਆ ਏ ਕਿਉਂ ਪੁਰਾਣੀ ਚੀਜ਼ ਇੱਕ ਵਰਤੀ ਆ ਹੁਣ ਇਹਦੇ ਦੇ ਅੰਦਰ ਮੇਰੇ ਇੱਕ ਹੋਰ ਕਲਿੱਕ ਹੁੰਦਾ ਕਾਕਾ ਹੂੰ ਉਹ ਦੇਂਦਰ ਕਿਵੇਂ ਹੈ ਕਿ ਉਹ ਵੋਕੇਬਲਰੀ ਉਹਦੀ ਕਿੰਨੀ ਵਾਸਟ ਹੈ ਮੈਂ ਰੀਡ ਕੀਤਾ ਉਹ ਕਿੰਨੀ ਵਾਸਟ ਜੀ ਯੂਜ਼ ਕਰਦਾ ਜਿਵੇਂ ਉਹਦੀ ਉਹ ਗੱਲ ਨੱਕ ਥੋੜੀ ਬਟ ਮਤਲਬ ਉਹ ਵਰਡਸ ਹੀ ਐਵੇਂ ਦੇ ਯੂਜ਼ ਕਰ ਗਿਆ ਕਿ ਬੰਦਾ ਬੀਟ ਤੋਂ ਬੋਰ ਹੋ ਜਾਊਗਾ ਬਟ ਕਦੇ-ਕਦੇ ਕਲਿੱਕ ਕਰੂਗਾ ਕਿ ਯਾਰ ਉਹ ਤਾਂ ਸੁਣ ਲਈਏ ਵੀ ਉਹ ਘੈਂਟ ਆ ਸਹੀ ਆ ਤੇ ਦੂਜੀ ਗੱਲ ਮੈਂ ਉਸੇ ਦੇ ਵਾਪਸ ਜਾਣਾ ਵੀ ਜਦੋਂ ਤੁਸੀਂ ਟਰੈਕਿੰਗ ਕਰਦੇ ਸੀ ਮੈਨੂੰ ਦੂਜੀ ਚੀਜ਼ ਸਭ ਤੋਂ ਵਧੀਆ ਬਤਾ ਕੀ ਲੱਗੀ ਇੱਥੇ ਲੋਕੀ ਬੁੱਠਾ ਕਰਦੇ ਨੇ ਕੈਨੇਡਾ ਜ ਤੁਸੀਂ ਜਿਆਦਾ ਰਹੇ ਮੇਰੇ ਤੋਂ ਤੁਹਾਨੂੰ ਵੱਧ ਪਤਾ ਹੈ ਲੋਕ ਕੀ ਕਰਦੇ ਨੇ ਟਰੱਕਿੰਗ ਕੀਤੀ ਪੈਸੇ ਜੋੜੇ ਤੁਸੀਂ ਵੀ ਉਹੀ ਕੀਤਾ ਕੀ ਟਰੱਕਿੰਗ ਕੀਤੀ ਪੈਸੇ ਜੋੜੇ ਇੱਕ ਬਿਜ਼ਨਸ ਜੋ ਤੁਹਾਡਾ ਸਿੰਗਿੰਗ ਸੀਗਾ ਤੁਸੀਂ ਉਹ ਟਰਾਈ ਕੀਤਾ ਤੁਹਾਡੀ ਹੌਬੀ ਸੀਗੀ ਹੈ ਨਾ ਉਹ ਕੀਤੀ ਲੋਕ ਕੀ ਕਰਦੇ ਨੇ ਟਰੱਕਿੰਗ ਕੀਤੀ ਪੈਸੇ ਜੋੜੇ ਕੋਈ ਬਿਜ਼ਨਸ ਖੋਲ ਲਿਆ ਟਰੱਕਿੰਗ ਛੱਡਤੀ ਥੋੜਾ ਸਕਸੈਸ ਵੀ ਗਿਆ ਲੇਕਿਨ ਤੁਸੀਂ ਟਰੱਕਿੰਗ ਨਹੀਂ ਛੱਡੀ ਬਿਲਕੁਲ ਲੋਕੀ ਇਹਦੇ ਤੋਂ ਪੁੱਛਦਾ ਟਰੱਕਿੰਗ ਤੋਂ ਅੱਕੇ ਨਹੀਂ ਜਦੋਂ ਟਰੱਕਿੰਗ ਕਰਦੇ ਸੀ ਨਹੀਂ ਇਹ ਤੇ ਬੋਧਾ ਕਿੰਨੇ ਹੁੰਦੇ ਨੇ ਅਸਲ ਤੇ ਵਿੱਚ ਜਦੋਂ ਮੈਨੂੰ ਐ ਲੱਗਦਾ ਵੀ ਤੁਸੀਂ ਉਦੋਂ ਅੱਕ ਜਾਂਦੇ ਕਿਸੇ ਚੀਜ਼ ਤੋਂ ਜਦੋਂ ਤੁਹਾਨੂੰ ਯਾਦ ਹੋਣਾ ਵੀ ਜਦੋਂ ਆਪਾਂ ਪਿੰਡੇ ਹੁੰਦੇ ਸੀ ਇੰਡੀਆ ਛੋਟੇ ਛੋਟੇ ਹੁੰਦੇ ਸੀ ਹੁਣ ਵੀ ਹੁਣ ਵੀ ਮਤਲਬ ਹੁਣ ਵੀ ਤਾਂ ਤੁਹਾਡੀ ਕੋਈ ਤੁਸੀਂ ਪੋਡਕਾਸਟ ਕਰਦੇ ਹੋ ਤੁਸੀਂ ਕੋਈ ਨਵਾਂ ਇਕੁਪਮੈਂਟ ਐਡ ਕਰਦੇ ਹੋ ਵਿੱਚ ਕੈਮਰਾ ਲੈ ਕੇ ਆਉਣੇ ਕਿੰਨਾ ਚਾਹ ਹੁੰਦਾ ਤੁਹਾਨੂੰ ਚਾਹ ਜਾਂ ਚੜ ਜਾਂਦੇ ਹੈ ਕਿਉਂਕਿ ਨਵੀਂ ਚੀਜ਼ ਅਸੀਂ ਇਹ ਚੀਜ਼ ਕਰ ਰਹੇ ਹਾਂ ਅਸੀਂ ਜਦੋਂ ਤੁਹਾਨੂੰ ਲੱਗਦਾ ਨਾ ਵੀ ਯਾਰ ਹੁਣ ਕਰ ਲਾਗੇ ਸੀ 2-3 ਟਰੱਕ ਐਡ ਕਰ ਲਈਦੇ 4 ਟਰੱਕ ਨਵੇਂ ਲਾਇਓ 4 ਟਰੇਲਰ ਨਵੇਂ ਲਾਇਓ ਕੁਝ ਐਡ ਕਰ ਲੋ ਹੋਰ ਚੀਜ਼ ਐਡ ਕਰ ਲੋ ਮਤਲਬ ਤੁਹਾਨੂੰ ਦਿਲ ਲੱਗਾ ਰਹਿੰਦਾ ਇੱਕ ਚੀਜ਼ ਦੇ ਨਾਲ ਮੈਨੂੰ ਇਹ ਲੱਗਦਾ ਵੀ ਕੋਈ ਵੀ ਚੀਜ਼ ਆ ਮੈਂ ਸਾਡਾ ਨਾ ਅਸਲ ਪਰ ਜਦੋਂ ਡਰਾਈਵਰ ਸੀ ਜਦ 6 ਮਹੀਨੇ ਆਨਰ ਅਪਰੇਟਰ ਰਹੇ ਤੁਸੀਂ ਇਹੀ ਚੀਜ਼ ਐਡ ਆਨ ਕਰੀਗੀ ਪਰ ਕਿਉਂਕਿ ਜਿਹੜਾ ਨੇ ਨਹੀਂ ਕੀਤੀ ਨਾ ਟਰਕਿੰਗ ਟਰਕਿੰਗ ਗਾਣਿਆਂ ਜਿਵੇਂ ਦਿਖਾਈ ਜਾਂਦੀ ਹੈ ਉਵੇਂ ਨਹੀਂ ਆ ਬਹੁਤ ਇਟ ਟੇਕਸ ਮੈਂ ਤਾਂ ਇੱਕ ਕਰੇ ਜਨ ਬਾਲਸ ਟੂ ਡੂ ਟਰੱਕਿੰਗ ਇੱਕ ਛੋਟੀ ਜੀ ਗੱਲ ਯਾਦ ਆਈ ਮੈਨੂੰ ਮੈਂ ਉਦੋਂ ਨਾ ਬੈਨਰਗਾਣਾ ਨਵਾਂ ਨਵਾਂ ਹਿੱਟ ਹੋਇਆ ਸੀਗਾ ਮੈਂ ਮਹੀਨਾ ਕੋ ਹੋਇਆ ਸੀਗਾ ਤੇ ਮੈਂ ਇੰਡੀਆਨਾ ਦੇ ਵਿੱਚ ਨਾ ਪੰਪ ਤੇ ਤੇਲ ਪਾ ਰਿਹਾ ਸੀ ਹੂੰ ਤੇ ਦੂਜੇ ਟਰੱਕ ਤੋਂ ਮੁੰਡਾ ਉਤਰ ਕੇ ਥੱਲੇ ਆ ਗਿਆ ਵੀਰੇ ਫੋਟੋ ਖਿਚਾਉਣੀ ਮੈਂ ਇੱਦੀ ਪਜਾਮਾ ਪਾਇਆ ਹੈ ਤੇਲ ਪਾ ਰਿਆ ਟਰੱਕ ਦੇ ਵਿੱਚ ਕਹਿੰਦਾ ਵੀਰੇ ਮੈਂ ਫੋਟੋ ਖਿਚਾਉਣੀ ਮੈਂ ਕਾਚਾ ਵੀਰੇ ਮੇਰੇ ਹਾਲਾਤ ਹੈ ਨਹੀਂ ਫੋਟੋ ਵਾਲੇ ਨਾ ਪਰ ਮੈਨੂੰ ਐ ਉਦੋਂ ਫੀਲ ਹੁੰਦਾ ਸੀਗਾ ਵੀ ਨਹੀਂ ਯਾਰ ਆਰਟਿਸਟ ਦੀ ਲਾਈਫ ਡਿਫਰੈਂਟ ਹੋਣੀ ਚਾਹੀਦੀ ਆ ਹਾਂ ਹੀ ਬਈ ਆਰਟਿਸਟ ਪਰ ਫਿਰ ਮੈਨੂੰ ਲੱਗਦਾ ਸੀਗਾ ਯਾਰ ਵੀ ਪੈਸੇ ਵੀ ਚਾਹੀਦੇ ਆ ਜੇ ਜੇ ਤੁਸੀਂ ਉਸ ਚੱਕਰ ਚ ਉਸ ਟਾਈਮ ਆਪਣਾ ਮਨ ਸਮਝਾ ਕੇ ਟ੍ਰੈਕਿੰਗ ਛੱਡ ਦੇ ਝੁਗਾ ਚੌੜ ਹੋ ਜਾ ਹਾਂ ਬਿਲਕੁਲ ਬਿਲਕੁਲ ਕਿਉਂਕਿ ਇੱਕ ਗਾਣਾ ਹੀ ਕਿਸੇ ਦਾ ਹਿੱਟ ਹੋ ਜੇ ਉਹ ਕਈ ਹੱਜਪੁਰ ਕਈ ਹੋ ਜਾਂਦੇ ਨੇ ਜਿਹੜੇ ਧਰਤੀ ਛੱਡ ਜਾਂਦੇ ਨੇ ਹੁਣ ਮੈਨੂੰ ਐ ਲੱਗਦਾ ਵੀ ਮੈਂ ਬੜੀਆਂ ਕਈ ਪੁਰਾਣੇ ਆਰਟਿਸਟ ਨੇ ਉਹਨਾਂ ਦੇ ਮੈਂ ਇੰਟਰਵਿਊ ਦੇਖਦਾ ਹੁੰਨਾ ਜਾ ਰਾਈਟਰ ਨੇ ਕਹਿੰਦੇ ਨੇ ਕਿ ਵੀਰੇ ਸੀ ਜਦੋਂ ਹਿੱਟ ਸੀਗੇ ਉਸ ਟਾਈਮ ਤੇ ਸਾ ਸਾਡੇ ਦੋ ਗਾਣੇ ਹਿੱਟ ਹੋ ਗਏ ਪਰ ਉਹ ਦੋ ਗਾਣੇ ਹਿੱਟ ਹੋ ਕੇ ਸਾਡੀ ਲਾਈਫ ਖਰਾਬ ਕਰ ਗਏ ਸਾਨੂੰ ਕਿਸੇ ਹੋਰ ਕੰਮ ਜੋਗਾ ਨਹੀਂ ਰਹਿਣ ਦਿੱਤਾ ਯਾਰ ਐਵੇਂ ਨਹੀਂ ਰਹਿਣ ਦਿੱਤਾ ਉਹ ਤੋ ਡੀਗੋ ਆ ਤੁਹਾਨੂੰ ਕੰਮ ਨਹੀਂ ਕਰਨ ਦਿੰਦੀ ਹੂੰ ਤੁਸੀਂ ਫੂਕ ਛੱਗ ਗਏ ਹਾਂ ਉਹੀ ਚੱਕਰ ਆ ਉਹ ਉਹ ਨਾਸ਼ਕੋ ਹੁਣ ਹੁਣ ਮੈਂ ਆ ਹੁਣ ਮੈਂ ਆ ਮੇਰਾ 파ਰਟਨਰ ਮੇਰਾ ਬ੍ਰਦਰ ਅਸੀਂ ਤਿੰਨੇ ਜਾਣੇ ਕੰਮ ਕਰਦੇ ਆ ਹੁਣ ਟਰੱਕ ਖਰਾਬ ਹੁੰਦਾ ਕੋਈ ਜਾ ਕੋਈ ਵੀ ਪ੍ਰੋਬਲਮ ਏ ਬੀ ਸੀ ਆਉਂਦੀ ਅਸੀਂ ਆਪੇ ਚੱਕ ਕੇ ਵੜ ਜੀਦਾ ਯਾਰ ਇਹ ਕੀ ਗੱਡੀ ਗੱਲ ਆ ਹੁਣ ਜੇ ਸਾਡੇ ਕੋਲ ਇੱਕ ਟਰੱਕ ਸੀਗਾ ਕੰਮ ਤਾਂ ਸਾਡੀ ਭੁੱਲ ਗਿਆ ਤੁਹਾਨੂੰ ਕੰਮ ਤਾਂ ਤੁਹਾਨੂੰ ਸਾਰਾ ਆਉਂਦਾ ਆ ਹੁਣ ਕੋਈ ਟਰੱਕ ਦੇ ਥੱਲੇ ਵੜਨਾ ਟਰੇਲਰ ਥੱਲੇ ਵੜਨਾ ਕੁਝ ਵੀ ਤੁਸੀਂ ਕਰਨਾ ਤੁਸੀਂ ਡਰਦੇ ਆ ਯਾਰ ਕੋਈ ਨਹੀਂ ਯਾਰ ਮੈਂ ਤਾਂ ਹੁਣ 40 50 ਟਰੱਕਾਂ ਦਾ ਮਾਲਕ ਆ ਮੈਂ ਨਹੀਂ ਕੁਝ ਕਰਨਾ ਪਲੱਸ ਤੁਹਾਡੇ ਨਾਲ ਇੱਕ ਹੋਰ ਸਕੁਅਰ ਜੁੜ ਗਿਆ ਵੀ ਤੁਸੀਂ ਸਿੰਗਰ ਵੀ ਆ ਮੈਂ ਆਰਟਿਸਟ ਵੀ ਹਾਂਜੀ ਬਿਲਕੁਲ ਹਾਂਜੀ ਵੀ ਮੈਂ ਥੋੜਾ ਹਾਂ ਪਰ ਹੁਣ ਉਹ ਚੀਜ਼ ਜੇ ਤੁਸੀਂ ਫਿਰ ਉਹੀ ਪਹੁੰਚਣਾ ਨਹੀਂ ਇਸ ਲਈ ਫਿਰ ਉਹੀ ਗੱਲ ਆ ਗਈ ਨਾ ਫਿਰ ਜੇ ਤੁਸੀਂ ਉਹ ਚੀਜ਼ ਨੂੰ ਉਹ ਤੁਹਾਡੀ ਈਗੋ ਹੋ ਜਾਂਦੀ ਮੈਨੂੰ ਲੱਗਦਾ ਵੀ ਯਾਰ ਨਹੀਂ ਯਾਰ ਮੈਂ ਹੁਣ ਆਇਆ ਮੈਂ ਕਿਉਂ ਕਰਾਂ ਯਾਰ ਨਹੀਂ ਯਾਰ ਉੱਥੇ ਜਦੋਂ ਤੁਸੀਂ ਕਰਦੇ ਆ ਤੁਸੀਂ ਮਿਹਨਤ ਕਰਦੇ ਆ ਤਾਂ ਤੁਹਾਡੀ ਮਿਹਨਤ ਨੂੰ ਕੋਈ ਕਦੀ ਜ਼ਿੰਦਗੀ ਜੀ ਨਹੀਂ ਦਿੰਦਾ ਕਿਸੇ ਪਾਸੇ ਵੀ ਕਿਸੇ ਪਾਸੇ ਵੀ ਤੁਸੀਂ ਕਰੋ ਮਿਹਨਤ ਨੂੰ ਕੋਈ ਜ਼ਿੰਦਗੀ ਜੀ ਨਹੀਂ ਮੈਂ ਇੰਨਾ ਵੀ ਦੱਸਦਾ ਜੇ ਤੁਸੀਂ ਸਿੰਗਿੰਗ 'ਚ ਵੀ ਐਵੇਂ ਕਰੀ ਜਾਓਗੇ ਨਾ ਮੈਂ ਕੋਈ ਬਾਬਾ ਨਹੀਂ ਨਿਰਮਲ ਬਾਬਾ ਨਾਲ ਸੋਚ ਲਿਓ ਮੈਨੂੰ ਵੀ ਮੈਂ ਕਿਰਪਾ ਦੇਣਾ ਜੇ ਤੁਸੀਂ ਸਿੰਗਿੰਗ ਦੇ ਵੀ ਲੱਗੇ ਰਹੇ ਹੋ ਨਾ ਦੇਖਿਓ ਤੁਸੀਂ ਬੈਨਰ ਕੀ ਹੁਣ ਤਾਂ ਮੈਨੂੰ ਅਜੇ ਪਤਾ ਲੱਗਿਆ ਨੋਟੋਰੀਅਸ ਜੱਟ 2 ਵਾਲਾ ਉਹਨਾਂ ਤੋਂ ਤਾਂ ਕਿਤੇ ਕ੍ਰਾਸ ਕਰੋਗੇ ਬਾਪੂ ਤੋਂ ਵੀ ਉਹ ਕੰਸਿਸਟੈਂਸੀ ਲੱਗਿਆ ਰਹੋ ਕੁਝ ਵੀ ਆਪ ਜ਼ਿੰਦਗੀ 'ਚ ਮੈਨੂੰ ਇੱਕ ਬੰਦੇ ਨੇ ਗੱਲ ਦੱਸੀ ਸੀ ਕਹਿੰਦਾ ਜ਼ਿੰਦਗੀ 'ਚ ਕਦੀ ਕਿਸੇ ਦਾ ਦਿਲ ਨਾ ਦੁਖਾਓ ਕਦੀ ਕਿਸੇ ਦਾ ਮਾੜਾ ਨਾ ਸੋਚੋ ਰੱਬ ਤੁਹਾਡਾ ਕਦੀ ਮਾੜਾ ਨਹੀਂ ਹੋਣ ਦਿੰਦਾ ਸਭ ਤੋਂ ਪਹਿਲਾਂ ਤੁਹਾਡੇ ਮਾੜੇ ਹੋਣ ਦੀ ਸ਼ੁਰੂਆਤ ਉੱਥੇ ਹੁੰਦੀ ਹੈ ਜਦ ਤੁਸੀਂ ਕਿਸੇ ਦਾ ਮਾੜਾ ਕਰਦੇ ਹੋ ਜੇ ਤੋ ਤੁਸੀਂ ਕਿਸੇ ਦਾ ਮਾੜਾ ਨਹੀਂ ਸੋਚੋਗੇ ਤਾਂ ਤੁਹਾਡਾ ਕਿਵੇਂ ਮਾੜਾ ਹੋ ਜਾਊਗਾ ਤਾਂ ਆਪਾਂ ਜਦੋਂ 네ਗੇਟਿਵਿਟੀ ਕ੍ਰੀਏਟ ਹੀ ਨਹੀਂ ਕਰ ਰਹੇ ਤਾਂ ਤੁਹਾਡੇ ਨਾਲ 네ਗੇਟਿਵ ਕਿਵੇਂ ਹੋਊਗਾ ਹਰ ਇੱਕ ਦਾ ਜੇ ਤੁਸੀਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਮਾੜਾ ਨਾ ਸੋਚੋ ਪਰ ਜਦੋਂ ਕੋਈ ਤੁਹਾਡੀ ਬੁਰਾ ਕਰਕੇ ਜਾਂਦਾ ਉਹ ਪਰਮਾਤਮਾ ਹੈਗਾ ਸਾਰੇ ਹਿਸਾਬ ਦਾ ਕਰਨੇ ਵਾਲਾ ਪਰ ਜੇ ਤੁਸੀਂ ਹੋਣ ਗਏਦੇ ਹੋ ਵੀ ਯੂਸ ਫੈਸਟੀਵਲ ਚ ਪਾਰਟਿਸਿਪੇਟ ਨਹੀਂ ਕਰਨ ਦਿੱਤਾ ਸੀਗਾ ਤੂੰ ਪਰਮਾਤਮਾ ਉਸ ਟਾਈਮ ਤਾਂ ਗੁੱਸਾ ਚੜਦਾ ਹੋਣਾ ਚੜਦਾ ਸੀ ਪਰ ਕੀ ਕਰ ਸਕਦੇ ਤੁਸੀਂ ਨਾ ਕੁਛ ਨਾ ਉਸ ਵੇਲੇ ਤੁਸੀਂ ਰਿਐਕਟ ਨਾ ਕਰੋ ਬਸ ਉਹ ਥੋੜਾ ਟਾਈਮ ਆ ਉਹਨੂੰ ਪੀ ਲਓ ਕਿਉਂਕਿ ਮੈਨੂੰ ਐ ਲੱਗਦਾ ਭਈ ਜਿਹੜੇ ਲੋਕ ਤੋਂ ਤੁਹਾਨੂੰ ਤੁਹਾਡੇ ਨਾਲ ਸympathy ਕਰਦੇ ਨੇ ਨਾ ਕਿ ਭਈ ਮੈਂ ਯਾਰ ਇਹ ਬੰਦਾ ਬੜਾ ਨਾਈਸ ਆ ਮੈਂ ਯਾਰ ਐ ਕਰਾਂ ਉਹ ਸਿਰਫ ਉਦੋਂ ਕਰਦੇ ਨੇ ਜਦੋਂ ਤੁਹਾਡੇ ਤੇ ਮਾੜਾ ਟਾਈਮ ਹੁੰਦਾ ਹੂੰ ਜਦੋਂ ਤੂੰ ਤੁਹਾਡੇ ਕੋਲ ਚਾਰ ਪੈਸੇ ਆ ਜਾਂਦੇ ਨੇ ਤੁਸੀਂ ਵਧੀਆ ਕੋਠੀ ਬਣਾ ਲਈ ਆ ਜਾਂ ਤੁਹਾਡੇ ਕੋਲ ਵਧੀਆ ਕਾਰ ਆ ਸਾਲੇ ਉਹੀ ਬੰਦੇ ਜਲਸ ਕਰਨ ਲੱਗ ਜਾਂਦੇ ਨੇ ਉਹ ਕਿਉਂ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਤੁਹਾਡੀ ਖੁਸ਼ੀ ਦੇ ਵਿੱਚ ਖੁਸ਼ੀ ਨਹੀਂ ਆ ਤੁਹਾਡੇ ਦੁੱਖ ਦੇ ਨਾਲ ਉਹਨਾਂ ਨੂੰ ਖੁਸ਼ੀ ਮਿਲਦੀ ਆ ਤੇ ਉੱਤਾਂ ਨੂੰ ਸਿਰਫ ਜਿਤਾ ਰਹੇ ਆ ਵੀ ਮੈਂ ਤੇਰੇ ਲਈ ਯਾਰ ਆ ਆ ਯਾਰ ਮੈਨੂੰ ਤੇਰੇ ਨਾਲ ਦੁੱਖ ਆ ਤੇ ਤੂੰ ਦੁੱਖ 'ਚ ਆ ਪਰ ਉਹ ਦੁੱਖ ਨਹੀਂ ਹੁੰਦਾ ਉਹ ਖੁਸ਼ੀ ਹੁੰਦੀ ਆ ਤੇ ਉਹਨਾਂ ਬੰਦਿਆਂ ਨੂੰ ਹੀ ਫਿਰ ਤੁਹਾਡੀ ਖੁਸ਼ੀ 'ਚ ਖੁਸ਼ੀ ਕਿਉਂ ਨਹੀਂ ਹੁੰਦੀ ਰਾਈਟ ਫੇਰ ਉਹਨੇ ਕੀ ਜੀ ਗੱਲ ਵੀ ਫੜ ਲੈਣਗੇ ਵੀ ਤੂੰ ਤੂੰ ਤਾਰੀ ਬਦਲ ਗਿਆ ਹਾਂ ਬਸ ਇਹੀ ਗੱਲ ਹੈ ਤੇ ਉਹ ਤੇ ਆਉਣਾ ਮੈਂ ਉਸੇ ਗੱਲ ਤੇ ਕਿ ਤੁਸੀਂ ਹੁਣ ਕਹਿ ਰਹੇ ਹੋ ਅੱਜ ਦੀ ਰੇਟ ਤੇ ਕਿ ਮਾਫ ਕਰ ਦਈਏ ਮੈਂ ਹੁਣ ਆਪਣੀ ਗੱਲ ਕਰਾਂ ਨਾ ਮੈਂ ਵੀ ਮੈ ਗਰੀ ਕਰਦਾ ਕਿਉਂਕਿ ਹੁਣ ਮੈਂ ਵੀ 25 ਕ੍ਰਾਸ ਕਰ ਗਿਆ ਪਰ ਉਸ ਤੋਂ ਪਹਿਲਾਂ ਨਾ ਜਦੋਂ 16 17 18 ਸਾਲ ਦੀ ਉਮਰ ਹੁੰਦੀ ਹੈ ਉਹ ਉਦੋਂ ਬੜਾ ਐਗਰੈਸ਼ਨ ਸੀਗਾ ਮੇਰੇ 'ਚ ਤਾਂ ਸੀਗਾ ਉਦੋਂ ਮੈਨੂੰ ਲੱਗਾ ਸਾਰਿਆਂ ਚ ਇੰਝ ਹੁੰਦਾ ਉਹਦੋਂ ਮੈਂ ਮੈਨੂੰ ਐ ਹੁੰਦਾ ਸੀਗਾ ਵੀ ਜੇ ਉਦੋਂ ਮੇਰੇ ਨਾਲ ਕਿਸੇ ਨੇ ਗਲਤ ਕੀਤੀ ਆ ਜਾਂ ਕੁਝ ਵੀ ਕੀਤਾ ਉਹ ਬੰਦਾ ਬੰਦਾ ਹੀ ਚੱਕਦੀ ਆਣਾ ਮਤਲਬ ਮੈਂ ਇੰਨਾ ਬੰਦੇ ਰਹੁੰਦਾ ਵੀ ਫੈਂਟੀ ਤਾਂ ਚੰਗੀ ਲਈਏ ਮਤਲਬ ਬੰਦੇ ਦਾ ਇਹਦੇ ਫੈਂਟੀ ਲਾਈਏ ਜਾ ਕੇ ਜਾਂ ਕੁਝ ਵੀ ਕਰੀਏ ਇੱਕ ਵਾਰੀ ਹੋਇਆ ਵੀ ਐ ਸਾਡੇ ਨਾਲ ਜਦੋਂ ਮੈਂ ਪਹਿਲੀ ਵੀਡੀਓ ਕੀਤੀ ਤੇ ਰਾਜਸਥਾਨ ਵਾਲੀ ਨਹੀਂ ਉਹ ਤੋਂ ਪਹਿਲਾਂ ਇੱਕ ਕੀਤੀ ਸੀ ਜਿਹੜੀ ਤੁਹਾਨੂੰ ਦੱਸਿਆ ਮੈਂ 70000 ਰੁਪਏ ਦਿੱਤਾ ਬੰਦੇ ਨੂੰ ਹਾਂ ਮੈਂ ਨਾ ਨਹੀਂ ਲਊਗਾ ਉਹਦਾ ਬੰਦੇ ਦਾ ਉਹਨੇ ਮੈਨੂੰ ਕਹਿੰਦਾ ਵੀ ਮਿੱਠਾ ਪਿਆਰਾ ਬਣ ਕੇ ਵੀਰੇ ਮੈਨੂੰ 10000 ਰੁਪਏ ਹੋਰ ਚਾਹੀਦਾ ਮੈਂ ਬਾਪੂ ਤੋਂ ਮੰਗ-ਮੰਗ ਕੇ 10000 ਰੁਪਏ ਦਿੱਤਾ ਉਹ ਮੁੜ ਕੇ 7000 ਦਾ ਵੀਡੀਓ ਤਾਂ ਲਾਤਾ ਨਾ ਉਹ ਗਿਡੀ ਹੋ ਰਿਲੀਜ਼ ਹੋਵੇ ਨਾ ਕੁਝ ਵੀ ਹੋਵੇ ਉਹਨੇ ਹੀ ਮੈਨੂੰ ਕਹਿੰਦਾ ਮੈਂ ਰਿਲੀਜ਼ ਕਰਾਉਂ ਸਾਰਾ ਕੁਝ ਕਰਕੇ ਦਊਂਗਾ ਇਹਨੇ ਪੈਸੇ ਦੇ ਦੇ ਸਾਰਾ ਕੁਝ ਹੋ ਗਿਆ ਮੁੜ ਕੇ ਜਿਹੜਾ 10000 ਰੁਪਏ ਲਿਆ ਉਹ ਵੀ ਨਾ ਵਾਪਸ ਕਰੇ ਮੇਰਾ ਫੋਨ ਚੱਕਣਾ ਬੰਦ ਕਰਤਾ ਫਿਰ ਕੀ ਹੋਇਆ ਮੇਰਾ ਇੱਕ ਮਿੱਤਰ ਐ ਮੁੰਡਾ ਇੰਗਲੈਂਡ ਚ ਹੁਣ ਜੌਨ ਨਗਰਾਵਾਂ ਦੱਸਿਆ ਮੈਂ ਕਿਹਾ ਭਾਜੀ ਇਦਾਂ ਕਰਕੇ ਚੱਕਰ ਆ। ਮੈਂ ਚੱਲ ਗੱਡੀ ਚੱਕ। ਅਸੀਂ ਚੱਕੀ ਬੈਠੇ ਚੌਰ ਪੌਂਟ ਜਾਣੇ ਜਾ ਕੇ ਢਾਲਿਆ ਉੱਥੇ ਜਾ ਕੇ। ਹੂੰ ਫਲੈਟ ਚ ਜਾ ਕੇ ਉਹਨੂੰ ਜਿਹੜਾ ਉੱਥੇ ਬੰਦਾ ਇੱਕ ਹੋਰ ਸੀਗਾ। ਉੱਥੇ ਇੱਕ ਹੋਰ ਆਰਟਿਸਟ ਮੈਂ ਉਹਦਾ ਨਾਮ ਨਹੀਂ ਲਊਂਗਾ ਹੁਣ ਉਹ ਵੀ ਆ ਗਿਆ ਉਹਨੇ ਵੀ ਚੰਗੀ ਅੱਜ ਬੜਾ ਮਾਰੀਆਂ ਆਉਂਦੇ ਤੇ ਅੱਛਾ ਮਤਲਬ ਉਹ ਇੱਕ ਟਾਈਮ ਉਹ ਸੀਗਾ ਬਈ ਬੜਾ ਗੁੱਸਾ ਆਉਂਦਾ ਕਿਹਾ ਯਾਰ ਕਿਸੇ ਨੇ 10000 ਰੁਪਏ ਪੰਜ ਹਜ਼ਾਰ ਕਿਉਂ ਐ ਹੁੰਦਾ ਸੀ ਵੀ ਯਾਰ ਇਦਾਂ ਕਿਦਾਂ ਹੋ ਗਿਆ ਸਾਡਾ ਬੰਦਾ ਫਿਰ ਕੀ ਹੋਣਾ ਫਿਰ ਨਾ ਜਦੋਂ ਕਿਤੇ ਗੁੱਸਾ ਆਉਣਾ ਨਾ ਚੇਤਾ ਆਉਣਾ ਵੀ ਯਾਰ ਉਹ ਸਾਡੇ ਐਂ ਕੀਤਾ ਸੀ ਸਾਡੇ ਨਾਲ ਜਿਹੜੇ ਨਾਲ ਦੇ ਹੁੰਦੇ ਸੀ ਉਹ ਲਾਫ ਉਹਨੂੰ ਫੋਨ ਕਰ ਜਦੋਂ ਕਿਤੇ ਮੜ ਜਾ ਬਸ ਉਹ ਉਹ ਵਿਚਾਰਾ ਵੀ ਉਸੇ ਗੱਲ ਤੋਂ ਵੀ ਆ ਗਿਆ ਕਹਿੰਦਾ ਯਾਰ ਇਹਨਾਂ ਨੂੰ ਸਮਝਾਓ ਕਹਿੰਦਾ ਇਹ ਸੰਦੂ ਹੁਣੀ ਕਹਿੰਦਾ ਜਿੱਦਣ ਕਦੇ ਸ਼ਾਮ ਨੂੰ ਬੈਠੇ ਹੁੰਦੇ ਆ ਮੈਨੂੰ ਫੋਨ ਕਰਕੇ ਗਾਲਾਂ ਬਹੁਤ ਘੜਦੇ ਕਹਿੰਦਾ ਕਹਿੰਦਾ ਹੁਣ ਤਾਂ ਮੈਨੂੰ ਕੁੱਟ ਵੀ ਲਿਆ ਇਹਨਾਂ ਨੇ ਕੋ ਗਾਲਾਂ ਨਾ ਘਟਿਆ ਕਹਿੰਦੇ ਫੋਨ ਕਰਕੇ ਮਲੇ ਇੱਕ ਟਾਈਮ ਉਹ ਸੀਗਾ ਵੀ ਕੁੱਟ ਕੇ ਵੀ ਰੱਜ ਨਹੀਂ ਹੁੰਦਾ ਸੀ ਹਾਂ ਮਤਲਬ ਬੰਦੇ ਨੂੰ ਹੁੰਦਾ ਵੀ ਇੰਨੇ ਹੀ ਯਾਰ ਇਹਨੇ ਮੇਰੇ ਨਾਲ ਕੀਤਾ ਸੀ ਕਿਦਾਂ ਕੀਤਾ ਹਨਾ ਪਰ ਮੈਨੂੰ ਲੱਗਦਾ ਵੀ ਉਹ ਉਹ ਬੈਸਟ ਨਹੀਂ ਆ ਹੁਣ ਜਦੋਂ ਤੁਸੀਂ ਤੁਹਾਡੇ ਕਹਿਣ ਵਾਂਗੂ ਵੀ 25 ਕ੍ਰਾਸ ਕਰਦੇ ਹੋ ਤਾਂ ਤੁਹਾਨੂੰ ਅਕਲ ਫੇਰ ਆਉਣੀ ਸ਼ੁਰੂ ਹੁੰਦੀ ਹੌਲੀ ਹੌਲੀ ਵੀ ਮੇਰੇ ਖਿਆਲ ਨਾਲ ਉਹ ਜਿਆਦਾ ਵੱਡਾ ਜੇ ਨੇ ਗਲਤ ਕੀਤਾ ਆ ਉਹਨੂੰ ਮਾਫ ਕਰ ਦਿਓ ਜਿਹੜਾ ਮਾਫ ਕਰਨੇ ਵਾਲਾ ਨਾ ਉਹ ਜਾਦੇ ਵੱਡਾ ਤੁਹਾਨੂੰ ਬਹੁਤ ਗੁੱਸਾ ਆਉਂਦਾ ਮੈਨੂੰ ਬਹੁਤ ਗੁੱਸਾ ਆਉਂਦਾ ਸੀਗਾ ਮੈਨੂੰ ਹੁੰਦਾ ਸੀ ਵੀ ਨਹੀਂ ਯਾਰ ਇਹਨੇ ਐ ਕੀਤਾ ਆ ਮੈਂ ਇਹਦੇ ਨਾਲ ਐਂ ਕਰਨਾ ਪਰ ਉਹ ਚ ਵੜਿਆਈ ਨਹੀਂ ਆ ਕੋਈ ਵੀ ਉਹਦੇ ਚ ਤੁਹਾਡਾ ਘਾਟਾ ਹੀ ਘਾਟਾ ਸਹੀ ਹੈ ਮੈਂ ਕਿਉਂਕਿ ਉਹ ਜਿਹੜੀ ਜਿਹੜੀ ਬਰਾਬਰ ਕਰਤਾ ਤੁਸੀਂ ਉਹ ਤਾਂ ਖਤਮ ਆ ਪਰ ਜੇ ਜਿਹਨੇ ਕਰਤਾ ਤੁਸੀਂ ਉਹ ਛੱਡਤਾ ਤੋ ਰੱਬ ਨੇ ਤੁਹਾਡਾ ਪਤਾ ਨਹੀਂ ਕੀ ਕੀ ਚੰਗਾ ਕਰ ਦਿੰਨਾ ਮੁੜ ਕੇ ਸਹੀ ਗੱਲ ਆ ਮੈਂ ਕਿਹਾ ਹੋਰ ਰੱਬ ਤੇ ਛੱਡ ਦੋ ਜਦੋਂ ਮੈਂ ਤੁਹਾਡੀ ਗੱਲ ਸੁਣ ਕੇ ਮੈਨੂੰ ਵੀ ਇਹੀ ਕਿਹੋ ਜੀ ਗੱਲ ਚਿੱਤੇ ਆ ਗਈ ਸਾਡੇ ਘਰੇ ਲੱਗਾ ਸੀ ਇੱਕ ਪੇਂਟਰ ਅੱਛਾ ਜੀ ਤੇ ਉਹਦਾ ਗੱਲ ਹੋ ਗਈ ਉਹਦਾ ਨਾਂ ਜੋ 10-12000 ਦੀ ਉਹਨੇ ਪੈਸੇ ਭਰੇ ਤੇ ਉਹ ਆਇਆ ਨਹੀਂ ਉਸ ਤੋਂ ਬਾਅਦ ਕੰਮ ਤੇ ਤੇ ਮੈਨੂੰ ਗੱਲ ਰੱਖ ਕੇ ਮੈਂ ਗਿਆ ਲੈ ਪੈਸੇ ਤਾਂ ਲੈ ਗਿਆ ਕਿ ਬੰਦਾ ਆਇਆ ਨਹੀਂ ਕਿਤੇ ਕੋਈ ਨਾ ਆਜੂਗਾ ਜੇ ਹੋਇਆ ਜਿੱਦਾਂ ਵੀ ਮੈਂ ਮੈਗੀ ਕੀਤਾ ਮਗਾ ਜਿਹੜੀ ਪਤਾ ਕਿੱਥੇ ਰਹਿੰਦਾ ਕੋਈ ਹਲਰ ਕਹਿੰਦਾ ਨਹੀਂ ਮੈਨੂੰ ਕੁਝ ਨਹੀਂ ਪਤਾ ਇਹ ਹੋਇਆ ਮੈਂ ਕਿਹਾ ਚਲੋ ਐਂ ਕਰਦੇ ਨੰਬਰ ਦੇ ਦਿਓ ਮੈਨੂੰ ਉਹਦਾ ਮੈਂ ਉਹਨੂੰ ਫੋਨ ਕਰਨ ਲੱਗ ਗਿਆ ਰਾਤ ਨੂੰ ਤੇ ਬਦਲਾ ਕੀ ਕਿ ਉਹ ਚੱਕਿਆ ਨਹੀਂ ਡਿਸਟਰਬ ਯਾ ਕਰਨੀ ਮੈਨੂੰ ਸੀ ਤੰਗ ਕਰਾ ਇਹਨੂੰ ਰਾਤ ਨੂੰ ਆਪ ਤੇ 2-2 ਵਜੇ ਤੱਕ ਸੋਣਾ ਇੱਕ ਦਿਨ ਮੈਂ ਕਿਹਾ ਇਹ ਐਡਰੈਸ ਘੜਾਉਣਾ ਮੈਂ ਫੋਨ ਕੀਤਾ ਮੈਂ ਕਿਹਾ ਸਰ ਆਪकी ਲੋਟਰੀ ਨਿਕਲ ਆਈ ਹੈ ਮੈਂ ਕਿਹਾ ਮੈਂ ਆਪ ਘਰ ਪੇ ਪੈਸੇ ਦੇ ਕੇ ਜਾਵਾਂਗਾ ਐਡਰੈਸ ਉਸ ਤੋਂ ਉਹਨੇ ਵੀ ਦੇਤਾ ਐਡਰੈਸ ਆਪਣਾ ਅੱਛਾ ਮੈਂ ਰੈਡੀ ਹੋਇਆ ਫਿਰ ਮੈਂ ਕਿਹਾ ਵਾਹ ਰੈਸਾ ਚੱਲੀਏ ਇਹਦੇ ਕੋਲ ਹੈ ਗੱਡੀਆਂ ਦੀ ਨਹੀਂ ਆ ਮੈਨੂੰ ਚੀਜ਼ ਲੜਕੀ ਜਾਵੇ ਮੈਂ ਕਹਿਆ ਯਾਰ ਇਹ ਗੱਲ ਗਲਤ ਹੋਗੀ ਤੇ ਫਿਰ ਉਦੋਂ ਮੈਂ ਜੇ ਉਹਦੂ ਯਾਰ ਦੋਸਤਾਂ ਨੂੰ ਦੱਸਦਾ ਚੱਲ ਜਾਂਦੇ ਕੁਝ ਕਰ ਆਉਂਦੇ ਉਹ ਅੱਜ ਰਿਗਰਟ ਹੋਣਾ ਸੀਗਾ ਤੇ ਹੁਣ ਉਹੀ ਗੱਲ ਕਿਨੇ ਕਿ ਡੈਡੀ ਨੇ ਕਿਹਾ ਸੀ ਸੁਣ ਲਿਆ ਚੰਗੇ ਰਹਿ ਗਏ ਕੁਝ ਨਹੀਂ ਜਿੱਤਿਆ ਵੈਸੇ ਉਹ ਵਾਲੀ ਵੀ ਦੱਸੀ ਆ ਆਪਦੀ ਮੈਨੂੰ ਮੈਨੂੰ ਜਸਟ ਸਟੋਰੀਸ ਸੁਣਾਉਣ ਲੱਗਾ ਨਾ ਮੈਨੂੰ ਉਸ ਚੀਜ਼ ਤੇ ਹੱਸ ਆਇਆ ਜਿਹੜੀ ਰੈਸਟੋਰੈਂਟ ਤੋਂ ਬਦਲਾ ਲੈ ਕੇ ਆਇਆ ਹੈ ਅੱਛਾ ਭਾਈ ਕੰਮ ਤੇ ਰੱਖਿਆ ਮੈਨੂੰ ਬੰਦੇ ਨੇ ਇੱਥੇ ਕੈਨੇਡਾ ਦੀ ਗੱਲ ਹੈ ਇੱਕ ਰੈਸਟੋਰੈਂਟ ਨਾਮੀ ਗ੍ਰਾਮੀ ਰੈਸਟੋਰੈਂਟ ਚ ਇਹਨੂੰ ਨਵੇਂ ਆਏ ਨੂੰ ਕੰਮ ਤੇ ਰੱਖਿਆ ਓਕੇ ਮੈਨੂੰ ਰੱਖ ਲਿਆ ਭਾਈ ਬੰਦਾ ਕਹਿੰਦਾ ਕਿ ਮੈਂ 2-4 ਦਿਨ ਕੰਮ ਜਿੱਦਾ ਕੀਤਾ ਜਿੰਦਾ ਕੋਲਿਜ ਦੇ ਨਾਲ ਨਾਲ ਇੱਟੇ ਕੰਮ ਕਰਨਾ ਕਹਿੰਦਾ 2.5 ਡਾਲਰ ਘੰਟੇ ਦੇ ਦਊਗਾ ਮਤਲਬ ਜਦੋਂ ਪੇ ਲੈਣ ਗਿਆ ਨਾ ਮੈਂ ਉਹਨੇ ਮੈਨੂੰ 2.5 ਡਾਲਰ ਦੇ ਹਿਸਾਬ ਨਾਲ ਪੈਸੇ ਕੱਟ ਕੇ ਦਿੱਤੇ ਅੱਛਾ ਤੇ 2.5 ਡਾਲਰ ਘੰਟੇ ਦੇ ਹਾਂਜੀ ਅੱਛਾ ਮੈਂ ਦੇਖਾ ਮੈਂ ਯਾਰ ਆ ਕੀ ਹੋ ਗਿਆ ਕਿ 2.5 ਡਾਲਰ ਘੰਟੇ ਦੇ ਦਿੱਤੇ ਮਗਾ ਚੱਲ ਕੋਈ ਨਾ ਹਲੇ ਮੇਰੇ ਸ਼ਿਫਟ ਦੇ ਘੰਟੇ ਦੁੱਪ ਪਏ ਸੀਗੇ ਮੈਂ ਗਿਆ ਮੈਂ ਕੰਮ ਤੇ ਕੋਈ ਇਹੋ ਜਿਹਾ ਕਰੂੰਗਾ ਕਿ ਯਾਦ ਰਹੂਗਾ ਕਿ ਬੰਦਾ ਕੋਈ ਆਇਆ ਸੀ ਉਹ ਤਾਂ 6:00 8:00 ਦੇ ਦਿਨ ਸਕਿੱਡ ਪਈ ਸੀਗੀ ਮੈਂ ਹੌਲੀ ਜਿਹਾ ਬਲੇਡ ਸੱਲਿਓ ਲੈ ਕੇ ਉੱਪਰ ਤੱਕ ਕਰਤਾ ਤੇ ਜਿੰਨੇ ਸੀ ਨਾ ਉਹ ਐਦਾਂ ਕੀਤਾ ਜਿਦੋਂ ਕੋਈ ਚੱਕੂਗਾ ਉਦੋਂ ਪੂਰਾ ਐ ਖਿਲਰ ਜਾ ਕਰਨਾ ਉਹਨੇ ਮੈਂ ਕਿਹਾ ਉਹ ਤਾਂ ਜਿੰਨੇ ਤੋਂ ਮੇਰੇ ਮਾਰੇ ਮੈਂ ਇੱਥੇ ਬਰਾਬਰ ਕਰਕੇ ਜਾ ਉਹ ਤਾਂ ਕੱਲ ਦਾ ਕੀ ਨੇ ਕੀ ਦੇਖਿਆ ਪਰ ਉਹ ਹੱਸਦੇ ਆਂ ਇਹ ਚੀਜ਼ਾਂ ਵੀ ਇੰਨੇ ਵੀ ਜਦੋਂ ਯੰਗ ਸੀਗਾ ਉਦੋਂ ਕੀਤਾ ਹਣੋ 2.5 ਡਾਲਰ ਛੱਡੋ ਉਸ ਤੋਂ ਵੱਡੇ ਵੱਡੇ ਵੀ ਜਦੋਂ ਆਪਣੇ ਨਾਲ ਕੋਈ ਧੋਖਾ ਧੜੀ ਕਰ ਜਾਂਦਾ ਹਨਾ ਫਿਰ 1 ਪੁਆਇੰਟ ਤੇ ਜਾ ਕੇ ਐ ਹੁੰਦਾ ਹੈ ਕਿ ਕਿਉਂਕਿ ਸਾਨੂੰ ਨਾ ਪਤਾ ਇਹ ਮੈਨੂੰ ਬਿਲੀਵ ਹੈ ਹੁੰਦਾ ਜਦੋਂ ਜਦਾਂ ਅਸੀਂ ਮੈਚੁਰ ਹੁੰਨੇ ਆ ਕਈ ਲੋਕ ਤਾਂ ਕਹਿ ਦਿੰਦੇ ਨੇ ਕਿ ਇਹ ਟੈਸਟੋਸਟਰੋਨ ਦੀ ਹੁੰਦੀ ਹੈ ਕਿ એનર્ਜੀ ਤੁਹਾਡੇ ਚ ਜ਼ਿਆਦਾ ਹੁੰਦੀ ਹੈ ਜਵਾਨੀ ਚ ਹਨਾ ਦੂਜੀ ਚੀਜ਼ ਹੈ ਨਾ ਮੇਰੇ ਸਹਾਂ ਨਾਲ ਆਪਾਂ ਕੀ ਸਿੱਖ ਜੰਨੇ ਆ ਜਿਹੜਾ ਲਾਅ ਆਫ ਨੇਚਰ ਨਹੀਂ ਹੈ ਕੀ ਜੋ ਤੁਸੀਂ ਗੱਲ ਕਰ ਗਏ ਆਲਰੇਡੀ ਉਸ ਚੀਜ਼ ਨੂੰ ਨਾ ਹੁਣ ਇਹ ਤਾਂ ਆਪਾਂ ਬੜੇ ਆਰਾਮ ਨਾਲ ਕਹਿ ਦਿੰਨੇ ਆ ਕਿਸੇ 18 19 ਸਾਲ ਦੇ ਬੰਦਾ ਜੇ ਕੋਈ ਦੇਖ ਰਿਹਾ ਹੋਊਗਾ ਨਾ ਉਹਨੇ ਉਹਦੇ ਸਿਰ ਦੇ ਉੱਤੋਂ ਦੀ ਲੰਘ ਜਾਣੀ ਆ ਵੀ ਹੁੰਦਾ ਹੈ ਜੋ ਆਮ ਵਾਪਸ ਆਉਂਦਾ ਆਏ ਗੱਲਾਂ ਹੀ ਬਣੀਆਂ ਨੇ ਪਰ ਹੁਣ ਆਪਾਂ ਬਿਲੀਵ ਕਰਦੇ ਆ ਨਾ ਵੀ ਜੇ ਤੁਸੀਂ ਮੰਨ ਲਓ ਅੱਜ ਮੈਂ ਕੁਝ ਕਾਂਡ ਕਰਾਂ ਤੁਹਾਡੇ ਨਾਲ ਐਵੇਂ ਤੇ ਤੁਸੀਂ ਕੁਝ ਵੀ ਨਾ ਕਰੋ ਪਰ ਉਹ ਹੈਬਿਟ ਮੇਰੀ ਇੱਕ ਥਾਂ ਤੇ ਨਹੀਂ ਟਿਕਣੀ ਮੈਂ ਵਾਰ-ਵਾਰ ਕਰੂੰਗਾ ਮਲਟੀਪਲ ਲੋਕਾਂ ਦੇ ਨਾਲ ਰਾਈਟ ਪਰ ਕਦੇ ਨਾ ਕਦੇ ਜਾ ਕੇ ਉਹਦਾ ਮੈਨੂੰ ਬੈਕ ਲੈਸ਼ ਐਵੇਂ ਦਾ ਮਿਲਣਾ ਤੁਸੀਂ ਤਾਂ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਮੰਨ ਲਓ ਜੇ ਉਹ ਹੀ ਗੱਲ ਵਿੱਚ ਮੈਂ ਰੋਜ਼ 100 ਬੰਦੇ ਨੂੰ ਥੱਪੜ ਮਾਰਦਾ 99 ਨੇ ਕੁਝ ਨਹੀਂ ਕੀਤਾ ਉਹਨਾਂ ਚੋਂ ਇੱਕ ਨੇ ਵੀ ਜਵਾਬ ਦੇ ਦਿੱਤਾ ਉਹੀ ਹੈ ਕਿ ਜਿਹੜਾ ਕਹਿੰਨੇ ਆ ਨਾ ਕਿ ਜੇ ਕੋਈ ਬੁਰਾ ਕਰ ਰਿਹਾ ਜਾਣ ਦੋ ਬਿਲਕੁਲ ਕਿਉਂਕਿ ਜਿਹੜਾ ਹੈਗਾ ਹੀ ਜਿਹਨੂੰ ਕਹਿੰਦੇ ਸਿਉਂਕ ਹੈ ਸਿਉਂਕ ਨੇ ਪਹਿਲਾਂ ਲੱਕੜ ਖਾਣੀ ਆ ਮਾੜੇ ਇਨਸਾਨ ਨੇ ਪਹਿਲਾਂ ਬਗਾਨਿਆਂ ਨੂੰ ਖਾਣਾ ਬਿਲਕੁਲ ਬਿਲਕੁਲ ਫਿਰ ਸਿਉਂਕ ਨੇ ਆਪਣੇ ਆਪ ਨੂੰ ਖਾਣਾ ਫਿਰ ਮਾੜੇ ਇਨਸਾਨ ਨੇ ਜਿਹੜੇ ਉਹਦੇ ਆਪ ਦੇ ਕਰੀਬੀ ਨੇ ਉਹਨਾਂ ਨੂੰ ਖਾਣਾ ਬਿਲਕੁਲ ਜਿੱਥੋਂ ਤੱਕ ਮੈਂ ਸੋਚਦਾ ਮੈਨੂੰ ਐਂ ਲੱਗਦਾ ਭਈ ਜੇ ਤੁਸੀਂ ਇਹ ਲਾਅ ਆਫ ਨੇਚਰ ਆ ਜੇ ਤੁਸੀਂ ਆਪ ਚੰਗੇ ਹੋ ਨਾ ਤੇ ਤੁਹਾਡੀ ਤੁਸੀਂ ਆਪ ਚੰਗੇ ਬਣ ਕੇ ਰਹੋ ਚੰਗੇ ਕੰਮ ਕਰੋ ਤੇ ਤੁਹਾਡੀ ਜ਼ਿੰਦਗੀ 'ਚ ਚੰਗੇ ਲੋਕ ਹੀ ਜੁੜਦੇ ਜਾਂਦੇ ਨੇ ਤੇ ਮਾੜੇ ਆਪਣੇ ਆ ਵੀ ਬਾਹਰ ਨਿਕਲਦੇ ਜਾਂਦੇ ਨੇ ਹਮ ਇਹ ਤੁਸੀਂ ਅਜ਼ਮਾ ਕੇ ਦੇਖਿਓ ਸਾਰੇ ਜਣੇ ਆਪਣੀ ਲਾਈਫ ਦੇ ਵਿੱਚ ਆਪ ਚੰਗੇ ਬਣ ਜਓ ਆਬੀਸਲੀ ਆਬੀਸਲੀ ਤੇ ਤੁਹਾਡੇ ਨਾਲ ਚੰਗੇ ਬੰਦੇ ਜੁੜੀ ਜਾਊਗੇ ਜੇਹੋ ਜੀ ਤੁਹਾਡੀ ਨੇਚਰ ਹੈ ਨਾ ਤੁਹਾਨੂੰ ਉਹੀ ਬੰਦੇ ਚੰਗੇ ਲੱਗਣੇ ਨੇ ਉਹਨੇ ਕੋ ਚੋਰ ਆ ਨਾ ਉਹਦਾ ਕਦੀ ਸਾਧ ਯਾਰ ਨਹੀਂ ਹੋਊਗਾ ਐਗਜ਼ੈਕਟ ਉਹਦੇ ਚੋਰ ਦੇ ਚੋਰੀ ਯਾਰ ਹੋਊਗਾ ਕਿਉਂਕਿ ਉਹ ਚੋਰ ਜਿਹੜਾ ਆ ਉਹਨੂੰ ਪਸੰਦ ਹੀ ਉਹ ਆਉਂਦਾ ਵੀ ਜਿਹੜਾ ਚੋਰੀ ਕਰਦਾ ਹਮ ਤੇ ਜਿਹੜਾ ਸਾਧ ਆ ਉਹਦੇ ਚੋਰੀ ਯਾਰ ਨਹੀਂ ਹੁੰਦੇ ਹਮ ਸੋਚ ਆਪ ਜਿੱਦ ਭਾਵੇਂ ਚੋਰ ਸਾਧ ਦੇ ਭੇਖ ਚ ਵੀ ਬੈਠਾ ਹੋਵੇ ਨਾ 10 ਸਾਧਾ ਨੂੰ ਬੇਵਕੂਫ ਬਣਾ ਲੂਗਾ ਉਹ ਇੱਕ ਨਾ ਇੱਕ ਥਾਂ ਤੇ ਜਾ ਕੇ ਉਹਦਾ ਪਤਾ ਲੱਗ ਜਾਣਾ ਬਿਲਕੁਲ ਸਾਧ ਨਹੀਂ ਉਹ ਥਣਾ ਚੋਰੀ ਆ ਕਿਉਂਕਿ ਉਹ ਜਿਹੜੀ ਜਿਹੜਾ ਤੁਹਾਡਾ ਜਿਹੜੇ ਤੁਹਾਡੀ ਸੁਭਾਅ ਆ ਨੇਚਰ ਆ ਤੁਸੀਂ ਛੱਡ ਨਹੀਂ ਸਕਦੇ ਉਹਨੂੰ ਉਹੀ ਗੱਲ ਆ ਨਾ ਕਿ ਕੁੱਤੇ ਨੂੰ ਸ਼ੇਰ ਦੀ खाल ਦਾ ਪਾ ਦੋਗੇ ਪਰ ਉਹ ਸ਼ੇਰ ਜਿਹੜਾ ਬਣਿਆ ਹੋਊਗਾ ਉਹਨੇ ਕਰਨਾ ਉਹਨੇ ਦਹਾੜਨਾ ਉਹਨੇ ਬਹੁ ਬਹੁ ਵੀ ਕਰਨਾ ਬਿਲਕੁਲ ਬਿਲਕੁਲ ਸੋ ਇੱਥੇ ਇਹੀ ਹੁੰਦਾ ਨਾ ਜਿਵੇਂ ਹੁਣ ਕਈ ਬਾਹਰ ਆ ਜਾਂਦੇ ਨੇ ਕਈਆਂ ਨੂੰ ਪੈਸਾ ਆ ਜਾਂਦਾ ਕਈਆਂ ਕੋਲੇ ਫੇਮ ਆ ਜਾਂਦੀ ਹੈ ਬਟ ਉਹ ਜਿਹੜੀ ਉਹਦੇ ਪ੍ਰਿੰਸੀਪਲ ਠੀਕ ਨਹੀਂ ਹੁਣ ਆਹ ਜੋ ਵੀ ਚੀਜ਼ਾਂ ਅਸੀਂ ਕਰ ਰਹੇ ਆਂ ਲਾਈਕ ਆਹ ਪੋਡਕਾਸਟਿੰਗ ਇਹ ਉਹ ਮੇਨ ਨਹੀਂ ਹੈ ਕਿ ਮੋਰਲਸ ਉਧਰ ਜਾਣ ਕਿਸੇ ਦੇ ਹੁਣ ਆਹ ਗੱਲਾਂ ਵੀ ਮੈਂ ਪਿਕ ਕਰ ਰਿਹਾ ਇਹਨੂੰ ਮੈਂ ਇੰਟਰਵਿਊ ਵੀ ਰੱਖ ਸਕਦਾ ਸੀ ਕਿ ਤੁਹਾਡੇ ਤੋਂ ਤੁਹਾਡੇ ਕੈਰੀਅਰ ਬਾਰੇ ਪੁੱਛਿਆ ਤੁਹਾਡੀ ਅੱਗੇ ਪਿੱਛੇ ਪੁੱਛਿਆ ਬੱਸ ਚਲੋ ਜੀ ਬਾਤ ਚਾੜੇ ਚਿਪਸ ਖਾਦੇ ਕਰੋ ਕਰੀ ਪਰ ਆਤ ਤੁਸੀਂ ਆਪਣੀ ਲਾਈਫ ਚੋਂ ਕੀ ਗੇਨ ਕੀਤਾ ਉਹ ਚੀਜ਼ ਜਾਣਨੀ ਬੜੀ ਜ਼ਰੂਰੀ ਸੀ ਕਿਉਂਕਿ ਮੈਨੂੰ ਉਹ ਹਿੰਟ ਆ ਰਹੀ ਸੀ ਕਿ ਜੀ ਮਾਸਟਰ ਸਾਡਾ ਮਾੜਾ ਸੀ ਫਿਰ ਮੈਂ ਪਤਾ ਜਾਂ ਟਕਾ ਕੇ ਤਾਂ ਕੋਈ ਰਿਹਾ ਨਹੀਂ ਹੋਣਾ ਵੀ ਕੋਈ ਕਰਨ ਨਹੀਂ ਮਾਸਟਰ ਜੀ ਕਰ ਲਓ ਤੁਸੀਂ ਮਾੜਾ ਤੇ ਮੈਨੂੰ ਲੱਗਾ ਬੈਨਰ ਗਾਣਾ ਵੀ ਮਾਸਟਰ ਲਈ ਸੀਗਾ ਹਾਂ ਵੈਸੇ ਉਹ ਗਾਣਾ ਕੀ ਲਿਖਿਆ ਕਿਨੇ ਸੀਗਾ ਭਾਜੀ ਨਹੀਂ ਉਹ ਮੇਰਾ ਮਿੱਤਰ ਆ ਜੀਤ ਕੁਲੀ ਵਾਲਾ ਓਕੇ ਉਹਦਾ ਲਿਖਿਆ ਹੋਇਆ ਗੀਤ ਆ ਉਹ ਤੇ ਪਹਿਲੇ ਦਿਨ ਤੋਂ ਅਸੀਂ ਇਕੱਠੇ ਆ ਦਾ ਤੋਂ ਅਸੀਂ ਗਾਣੇ ਉਹ ਵੀ ਕਿਸੇ ਨੂੰ ਦਿੰਦਾ ਨਹੀਂ ਗਾਣੇ ਤੇ ਮੈਂ ਵੀ ਕਿਸੇ ਦੇ ਗਾਉਂਦਾ ਨਹੀਂ ਗਾਣੇ। ਅੱਛਾ ਮੇਰੇ ਲਈ ਵੀ ਲਿਖਦਾ। ਤੇ ਕੁਦਰਤੀ ਸਾਡਾ ਸੁਭਾਅ ਇਹੋ ਜਿਹਾ ਵੀ ਉਹਨੇ ਵੀ ਟਰਾਈ ਕੀਤੀ ਕਿਸੇ ਨੂੰ ਗਾਣੇ ਦੇਣ ਦੀ। ਉਹਦੇ ਆਪ ਦੀ ਤਸੱਲੀ ਨਹੀਂ ਹੁੰਦੀ। ਕਿਸੇ ਨੂੰ ਗਵਾ ਕੇ ਤੇ ਮੈਂ ਵੀ ਕਿਸੇ ਦੇ ਟਰਾਈ ਕੀਤੀ ਗਾਉਣ ਦੀ ਤਾਂ ਮੈਨੂੰ ਵੀ ਮਜ਼ਾ ਨਹੀਂ ਆਉਂਦਾ। ਉਹ ਕਹਿੰਦਾ ਕੁਦਰਤੀ ਇਹੋ ਜਿਹਾ ਸੱਭ ਬਣਿਆ। కెਮਿਸਟਰੀ ਆਮਦੀ ਉਹ। ਵੀ ਉਹ ਲਿਖਦਾ ਆ ਉਹਨੂੰ ਗਾਉਣਾ ਨਹੀਂ ਆਉਂਦਾ ਜਮਾ ਵੀ ਨਾ ਉਹਨੂੰ ਕੰਪੋਜ਼ ਬਣਾਉਣੀਆਂ ਆਉਂਦੀਆਂ ਨੇ। ਕਹਿੰਦਾ ਮੈਂ ਜਿਵੇਂ ਲਿਖਦਾ ਆ ਹੂੰ ਤੂੰ ਜਿਵੇਂ ਗਾਉਣਾ ਮੈਨੂੰ ਲੱਗਦਾ ਹੁੰਦਾ ਵੀ ਇਹ ਗਾਣੇ ਦੀ ਐਂ ਕੰਪੋਜ਼ ਬਣਨੀ ਚਾਹੀਦੀ ਸੀ ਤੂੰ ਉਵੇਂ ਹੀ ਬਣਾ ਦਿੰਨਾ ਫੇ ਪਤਾ ਨਹੀਂ ਕਹਿੰਦਾ ਕਿਵੇਂ ਹੁੰਦਾ ਇਹ ਰੱਬ ਵੱਲੋਂ ਹੀ ਮੈਨੂੰ ਵੀ ਕਹਿੰਦਾ ਪਤਾ ਲੱਗਦਾ ਵੀ ਇਹ ਕਿੱਦਾਂ ਹੋ ਜਾਂਦਾ ਤੇ ਜੋ ਮੈਂ ਚਾਹੁੰਦਾ ਕਹਿੰਦਾ ਉਹੀ ਕੰਪੋਜ਼ ਬਣ ਜਾਂਦੀ ਆ ਉਹੀ ਗਾਣੇ ਦੀ ਜਿੱਦਾਂ ਮੈਂ ਲਿਖਿਆ ਹੁੰਦਾ ਹੂੰ ਮੈਂ ਰਾਈਟਰਾਂ ਤੇ ਗੱਲ ਕਰਨੀ ਚਾਹੁੰਦਾ ਜ਼ਰੂਰ ਭਈ ਉਹੀ ਵੀ ਤੁਸੀਂ ਹੋਰ ਰਾਈਟਰ ਕਿਉਂ ਨਹੀਂ ਟਰਾਈ ਕੀਤੇ ਇਹ ਮੇਰਾ ਇਹਦਾ ਇੱਕ ਰੀਜ਼ਨ ਤਾਂ ਇਹਦਾ ਇਹੀ ਆ ਵੀ ਮੈਂ ਹੋਰਾਂ ਨਾਲ ਟਰਾਈ ਕੀਤਾ ਬਟ ਨਹੀਂ ਪਰ ਇੱਕ ਚੀਜ਼ ਰਾਈਟਰਾਂ ਦੀ ਨਾ ਇੱਕ ਮੈਂ ਪੁਰਾਣੇ ਰਾਈਟਰਾਂ ਦੀਆਂ ਵੀ ਬੜੀਆਂ ਦੇਖਦਾ ਉਹਨਾਂ ਇੰਟਰਵਿਊ YouTube ਤੇ ਜਾਂ ਹੁਣ ਦੇ ਵੀ ਲਾ ਲਈਏ ਜਿਹੜੇ ਬੜੇ ਫੇਮਸ ਨੇ ਆ ਉਹ ਕਈ ਰਾਈਟਰ ਹਨ ਪੁਰਾਣੇ ਜਿਹੜੇ ਉਹ ਕਹੂਗੇ ਵੀ ਯਾਰ ਫਲਾਨੇ ਸਿੰਗਰ ਨੇ ਸਾਡਾ ਗਾਣਾ ਗਾਇਆ ਸੀਗਾ ਉਹ ਫਲਾਨੇ ਟਾਈਮ ਦੇ ਵਿੱਚ ਉਹ ਬੜਾ ਹਿੱਟ ਹੋ ਗਿਆ ਅਸੀਂ ਯਾਰ ਅੱਜ ਰੋਲ ਰਹੇ ਹਾਂ ਸਾਨੂੰ ਕੋਈ ਪੁੱਛਦਾ ਨਹੀਂ ਹੈਗਾ ਉਹ ਜਿਸ ਟਾਈਮ 'ਚ ਗਾਣਾ ਗਾਇਆ ਹੁੰਦਾ ਉਸ ਟਾਈਮ 'ਚ ਉਹ ਰਾਈਟਰਾਂ ਦੀ ਵੀ ਪੂਰੀ ਝਟਾਈ ਹੋਊਗੀ ਤੇ ਕੋਈ ਵੀ ਰਾਈਟਰ ਜਿਹੜਾ ਆ ਤੁਹਾਨੂੰ ਫ੍ਰੀ ਚ ਗਾਣਾ ਨਹੀਂ ਦਿੰਦਾ ਕਿਸੇ ਰਾਈਟਰ ਕੋ ਚਲੇ ਜਾਓ ਮੈਂ ਆਪਣੀ ਲਾਈਫ ਚ ਆਪਣਾ ਆਪਣਾ ਦੇਖਿਆ ਹੋਇਆ ਸਾਰਾ ਕੁਝ ਕਹਿੰਦਾ ਵੀ ਇੱਕ ਬੰਦਾ ਉਹਦੇ ਕੋਲ ਗਏ ਅਸੀਂ ਕਹਿੰਦਾ ਵੀ ਮੈਂ ਕਿਹਾ ਵੀਰ ਜੀ ਗਾਣਾ ਲੈਣਾ ਹੈ ਤਾਂ ਕਹਿੰਦਾ ਵੀ 2.5 ਲੱਖ ਰੁਪਏ ਲਵਾਂਗੇ ਅੱਛਾ ਮੈਂ ਕਿਹਾ ਜੇ ਗਾਣਾ ਚੱਲਿਆ ਨਾ ਚੱਲਿਆ ਕਹਿੰਦਾ ਤੇਰੀ ਪ੍ਰੋਬਲਮ ਹੈ ਮੇਰੀ ਥੋੜੀ ਆ ਹੁਣ ਜਿਹੜਾ ਸਿੰਗਰ ਆ ਉਹਨੇ ਰਾਈਟਰ ਨੂੰ ਵੀ ਪੈਸੇ ਦੇ ਦਿੱਤੇ ਸਿੰਗਰ ਨੇ ਫਿਰ ਉਹਨੇ ਵੀਡੀਓ ਡਾਇਰੈਕਟਰ ਨੂੰ ਵੀ ਸਟਾਰਟ ਚ ਹੀ ਪੈਸੇ ਦੇ ਦਿੱਤੇ ਵੀਡੀਓ ਚੱਲੇ ਨਾ ਚੱਲੇ ਡਿਫਰੈਂਟ ਸਟੋਰੀ ਮਿਊਜ਼ਿਕ ਡਾਇਰੈਕਟਰ ਨੂੰ ਵੀ ਦੇ ਦਿੱਤੇ ਸਾਰੇ ਪੈਸੇ ਦੇ ਇਨਵੈਸਟ ਕਰ ਰਿਹਾ ਆ ਸਿੰਗਰ ਆਰਟਿਸਟ ਆਪ ਸਿੰਗਰ ਤੇ ਜਦੋਂ ਹਿੱਟ ਹੁੰਦਾ ਇਹਨੇ ਸਾਰੇ ਹੋ ਜਾਂਦੇ ਨੇ ਨਾਲ ਉਹਦੇ ਰਾਈਟ ਤੇ ਜਦੋਂ ਉਹ ਹਿੱਟ ਹੋ ਗਏ ਮੁੜ ਕੇ ਉਹਨਾਂ ਨੂੰ ਨਹੀਂ ਪੁੱਛਦਾ ਫਿਰ ਕਦੇ ਰੋਂਦੇ ਨੇ ਯਾਰ ਤੁਸੀਂ ਕਿਹੜਾ ਰਿਸਕ ਲਿਆ ਸੀਗਾ 2 ਲੱਖ ਦਾ 2.5 ਲੱਖ ਦਾ ਜਾਂ 10000 ਦਾ ਜਾਂ 20000 ਦਾ ਕੋਈ ਕੋਈ ਵੀ ਜਿਹੜਾ ਆ ਮਿਊਜ਼ਿਕ ਡਾਇਰੈਕਟਰ ਇਹ ਕਹਿ ਦੇਵੇ ਵੀਰ ਵੀਰੇ ਕੋਈ ਨਹੀਂ ਤੂੰ ਗਾਣਾ ਰਿਲੀਜ਼ ਕਰ ਜਦੋਂ ਚੱਲੂਗਾ ਉਦੋਂ ਪੈਸੇ ਦੇ ਦੇ ਕੋਈ ਕਹਿੰਦਾ ਹੈ ਕੋਈ ਵੀ ਰਾਈਟਰ ਹੈ ਕਹਿੰਦਾ ਵੀ ਤੂੰ ਗਾਣਾ ਰਿਲੀਜ਼ ਕਰ ਲੈ ਜੇ ਚੱਲ ਗਿਆ ਤਾਂ ਪੈਸੇ ਦੇ ਦੇ ਜਾਂ ਮੈਂ ਤਾਂ ਬੰਦੇ ਨੂੰ ਇਹ ਵੀ ਤਾਂ ਕਹਿੰਦਾ ਸੀਗਾ ਜੇ ਗਾਣਾ ਚੱਲ ਗਿਆ ਤਾਂ ਅੱਧੇ-ਅੱਧੇ ਪੈਸੇ ਕਹਿੰਦਾ ਨਹੀਂ ਮੇਰੇ ਦੇ ਦੇ ਤੇਰਾ ਘਟ ਤੇ ਤੂੰ ਚਾਹੇ ਕਰੋੜ ਕਮਾ ਲਾ ਚਾਹੇ 100 ਰੁਪਇਆ ਬਿਨਾ ਬਣੇ ਯਾਰ ਜਦ ਤੁਸੀਂ ਰਿਸਕ ਨਹੀਂ ਲੈਂਦੇ ਉਹ ਤੁਸੀਂ ਪੈਸੇ ਲੈ ਕੇ ਸਾਰਾ ਕੰਮ ਕਰਦੇ ਹੋ ਫਿਰ ਮੁੜ ਕੇ ਕਿਉਂ ਰੋਂਦੇ ਆ ਵੀ ਫਲਾਨਾ ਸਿੰਗਰ ਮੇਰੇ ਗਾਣੇ ਗਾਉਂਦਾ ਸੀਗਾ ਉਹ ਮੈਨੂੰ ਹੁਣ ਹਿੱਟ ਉਹ ਬੜਾ ਹਿੱਟ ਆ ਅੱਜ ਤੇ ਅੱਜ ਮੈਨੂੰ ਕੋਈ ਪੁੱਛਦਾ ਨਹੀਂ ਤੇ ਤੁਸੀਂ ਵੀ ਉਹਦੇ ਨਾਲ ਖੜੋ ਮੇਰਾ ਮੇਰਾ ਤਾਂ ਇਹੀ ਮੰਨਣਾ ਆ ਯਾਰ ਪਰ ਇਹਦੇ ਚ ਇਹਦੇ ਚ ਨਾ ਜਦਾਂ ਆਈ ਡੋਟ ਨੋ ਇਹ ਚੀਜ਼ ਜੋ ਤੁਸੀਂ ਗੱਲ ਕੀਤੀ ਆ ਤੁਸੀਂ ਹੰਡਾਈ ਆ ਤੁਹਾਡੇ ਨਾਲ ਹੋਈ ਆ ਤੁਸੀਂ ਐਗਰੀ ਕਰਦੇ ਹੋ ਜਿਹੜਾ ਓਪਨਲੀ ਸੋਚੂਗਾ ਨਾ ਇਸ ਚੀਜ਼ ਨੂੰ ਫੈਕਟ ਵੀ ਆ ਪਰ ਜਿਹੜਾ ਜਿਹਨੇ ਜਦਾਂ ਮੈਂ ਮੋਸਟਲੀ ਕਿਉਂਕਿ ਮੈਂ ਵੀ ਉਹ ਚੀਜ਼ਾਂ ਦੇਖੀਆਂ ਨੇ ਉਹ ਇੰਟਰਵਿਊ ਦੇਖੇ ਨੇ ਉਹ ਉਹ ਚੀਜ਼ਾਂ ਦੇਖੀਆਂ ਨੇ ਵੀਡੀਓਜ਼ ਦੇਖੀਆਂ ਨੇ ਕਿ ਰਾਈਟਰ ਮੈਂ ਕਲਿੱਕ ਕਰਕੇ ਤੁਹਾਡੀ ਗੱਲ ਨੂੰ ਕਿ ਰਾਈਟਰ ਮੈਂ ਰੋਂਦੇ ਹੋਏ ਦੇਖੇ ਨੇ ਪਰ ਕਈ ਰਾਈਟਰਾਂ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਜਮੇ ਵਿਚਾਰੇ ਪਤਾ ਨਹੀਂ ਆ ਤਾਂ ਪੋਟਰੇਵੇਂ ਕਰਦੇ ਨੇ ਆਪਣੇ ਆਪ ਨੂੰ ਨਾ ਨਾ ਕੋਈ ਵੀ ਕੋਈ ਵੀ ਜਿਹੜੇ ਜਮੇ ਕਹਿ ਦਿੰਦੇ ਨੇ ਵੀ ਅਸੀਂ ਜਮੇ ਕੁੱਲੀ 'ਚ ਰਹਿੰਦੇ ਆ ਸਾਨੂੰ ਤਾਂ ਸਿੰਗਰ ਨੇ ਬਾਅਦ 'ਚ ਪੁੱਛਿਆ ਨਹੀਂ ਮੈਂ ਇੱਕ ਐਗਜ਼ਾਮਪਲ ਲੈ ਰਿਹਾ ਆ ਆਪਣਾ ਨਾਂ ਨਹੀਂ ਲੈਣੇ ਕਿਸੇ ਦਾ ਹਾਂ ਬਿਲਕੁਲ ਮੈਂ ਮੈਂ ਮੰਨਦਾ ਹੈ ਹੋਊਗਾ ਬਟ ਉਹ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਭਈ ਉਹ ਰਾਈਟਰ ਨੇ ਫ੍ਰੀ ਚ ਗਾਣਾ ਦਿੱਤਾ ਸੀ ਉਹ ਰਾਈਟਰ ਨੇ ਚਾਹੇ 5000 10000 15000 20000 ਜਿੰਨੀ ਵੀ ਉਹਨੇ ਮੰਗੇ ਹੋਊਗੇ ਉਸ ਆਰਤ ਸਿੰਘ ਕੋਈ ਵੀ ਜਿਹੜਾ ਪੰਜਾਬ ਦਾ ਹਨ ਹੈਗਾ ਆ ਰਾਈਟਰ ਆ ਉਹ ਫ੍ਰੀ ਚ ਗਾਣੇ ਦਿੰਦਾ ਹੀ ਨਹੀਂ ਪਹਿਲੀ ਤਾਂ ਗੱਲ ਆ ਜਿਹੜੇ ਨਵੇਂ ਮੁੰਡੇ ਜੁੜਦੇ ਨੇ ਤੁਹਾਡੇ ਨਾਲ ਜੇ ਤੁਹਾਡਾ ਕਿਸੇ ਸਿੰਗਰ ਦਾ ਮਾੜਾ ਨਾਂ ਆ ਉਹਦੇ ਨਾਲ ਨਵੇਂ ਮੁੰਡੇ ਜੁੜਦੇ ਨੇ ਉਹਨਾਂ ਨੂੰ ਹੁੰਦਾ ਵੀ ਸਾਡਾ ਵੀ ਉਹਦੇ ਨਾਲ ਲੱਗ ਕੇ ਨਾਂ ਬਣ ਜਾਏ ਉਹ ਫ੍ਰੀ ਚ ਗਾਣੇ ਦਿੰਦੇ ਨਹੀਂ ਬਟ ਜਿਹੜੇ ਆਲਰੇਡੀ ਸਟੈਬਲਿਸ਼ ਨੇ ਉਹ ਤਾਂ ਪੈਸੇ ਹੀ ਨੇ ਰੁਪਈਆ ਮੈਗਾ ਹਾਂ ਉਹੀ ਮੈਂ ਗੱਲ ਇੱਕ ਅੱਡ ਕਰਨੀ ਚਾਹੁੰਦਾ ਸੀ ਕਿ ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ ਇੱਕ ਫਿਰ ਦੂਜੇ ਪਾਸੇ ਉਹ ਤੁਸੀਂ ਦੱਸੋਗੇ ਕਿ ਤੁਹਾਡਾ ਪ੍ਰੋਫੈਸ਼ਨ ਹੈ ਤੁਸੀਂ ਇਸ ਗੱਲ ਨੂੰ ਤਾਂ ਐਗਰੀ ਕਰੋਗੇ ਕਿ ਜਿਹੜੇ ਤੁਹਾਨੂੰ ਇੱਕ ਨਿਊ ਰਾਈਟਰ ਹੈ ਹਾਂਜੀ ਉਹ ਜੇ ਤੁਹਾਨੂੰ ਦੇ ਰਿਹਾ ਉਹਨੇ ਇੱਕ ਰੀ ਚਲੋ 5-10000 ਰਿਲੇ ਕਿਉਂਕਿ ਉਹਨੂੰ ਉਹ ਚੀਜ਼ ਦੀ ਆਪਦੀ ਦੀ ਵਰਥ ਨਹੀਂ ਪਤਾ ਬਿਲਕੁਲ ਹਾਂਜੀ ਉਹਨੇ ਦੇਤਾ ਤੁਸੀਂ ਗਾਤਾ ਗਾਣਾ ਹਿੱਟ ਹੋ ਗਿਆ ਫਿਰ ਮੈਂ ਸਮਝਦਾ ਕਿ ਇੱਕ ਸਿੰਗਰ ਦਾ ਫਰਜ ਬਣਦਾ ਜੇ ਉਹਦੇ ਕੋਲੇ ਕੰਮ ਨਹੀਂ ਆਇਆ ਤੇ ਤੁਹਾਡੀ ਆਪਸ ਚ ਗੱਲ ਨਹੀਂ ਹੋ ਰਹੀ ਤੇ ਤੁਹਾਨੂੰ ਪਤਾ ਲੱਗਦਾ ਕਿ ਉਹ ਬੰਦੇ ਨੂੰ ਲੋਡ ਹੈ ਫਿਰ ਹੈਲਪ ਕਰਨੀ ਚਾਹੀਦੀ ਬਿਲਕੁਲ ਕਰਨੀ ਚਾਹੀਦੀ ਵੀ ਫਿਰ ਤਾਂ ਬਿਲਕੁਲ ਉਹ ਗੱਲ ਪਹਿਲਾਂ ਮੈਨੂੰ ਪੋਰਟਰ ਐਸ ਐ ਇਦਾਂ ਹੋਈ ਕਿ ਕਿਉਂਕਿ ਵੀਡੀਓਜ਼ ਉਹਨਾਂ ਨਹੀਂ ਸਾਹਮਣੇ ਆਉਂਦੀਆਂ ਨੇ ਨਾ ਜ਼ਿਆਦਾਤਰ ਮੈਂ ਵੀ ਉਹੀ ਵੀਡੀਓ ਨੂੰ ਹੀ ਕਰ ਰਿਹਾ ਬਈ ਜੋ ਕਿ ਉਹਨਾਂ ਦੇ ਵਿੱਚੋਂ ਇੱਕ ਦੋ ਇੱਕ ਦੋ ਰਾਈਟਰਾਂ ਤੱਕ ਮੈਂ ਪਹੁੰਚ ਕੀਤੀ ਜਿਨ੍ਹਾਂ ਦੀੋਂ ਮੈਂ ਵੀਡੀਓ ਦੇਖੀਆਂ ਮੈਨੂੰ ਲੱਗਾ ਨਹੀਂ ਯਾਰ ਵੀ ਆਪਾਂ ਕਿਤੇ ਨਾ ਕਿਤੇ ਚਲੋ ਹੈਲਪ ਕਰਦੇ ਆ ਜਾਂ ਕੁਝ ਵੀ ਉਹ ਬੰਦੇ ਗੱਲ ਹੀ ਉਹਨਾਂ ਦਾ ਤਰੀਕੇ ਨਾਲ ਗੱਲ ਉਹ ਜਿਹੜੇ ਇੰਟਰਵਿਊ ਤੇ ਗੱਲ ਕਰਦੇ ਨੇ ਉਹ ਡਿਫਰੈਂਟ ਆ ਜੋ ਤੁਸੀਂ ਉਦਾਂ ਉਹਨਾਂ ਨਾਲ ਰੀਅਲ ਲਾਈਫ 'ਚ ਗੱਲ ਕਰਦੇ ਹੋ ਤਾਂ ਉਹ ਡਿਫਰੈਂਟ ਆ ਅੱਛਾ ਖਾਤੀਏ ਦੰਦ ਹੋ ਗਏ ਦਿਖਾਉਂਦੇ ਹੋ ਹਾਂ ਹਾਂ ਬਹੁਤ ਫਰਕ ਸੋ ਕੋਈ ਨਾ ਕੋਈ ਤਾਂ ਜਿਹੜਾ ਸਿੰਗਰ ਵੀ ਜਿੰਨਾ ਤੱਕ ਮਿਹਨਤ ਕਰੇ ਪਹੁੰਚਦਾ ਆ ਮੈਂ ਸਮਝ ਰਿਹਾ ਤੁਹਾਡੀ ਗੱਲ ਕਿ ਜਿਹੜੇ ਕੁਝ ਰਾਈਟਰ ਐਵੇਂ ਦੇ ਵੀ ਨੇ ਜਿਨ੍ਹਾਂ ਦੇ ਇਹ ਮੈਂ ਜਿਹੜੇ ਪੁਆਇੰਟ ਦੀ ਗੱਲ ਕਰ ਰਿਹਾ ਉਹ ਇਹ ਹੈ ਕਿ ਕਿਸੇ ਦਾ ਇੱਕ ਦਾ ਗਾਣਾ ਲਿਖਿਆ ਸੀ ਉਹ ਚੜ ਗਿਆ ਫਿਰ ਉਡੀਕ ਉਡੀਕ ਕਿਸੇ ਨੇ ਸਾਰ ਨਹੀਂ ਲਈ ਸਮਝ ਆਉਂਦੀ ਹੈ ਬਟ ਜੇ ਤੁਸੀਂ 10 ਗਾਣੇ ਦਿੱਤੇ ਆ 10 ਗਾਣੇ ਲਿਖੇ ਆ 10 20 ਕੁਝ ਵੀ ਲਾਓ 5 ਵੀ ਲਿਖੇ ਆ ਤੇ 5 ਚੋਂ 4 ਹਿੱਟ ਹੋਏ ਨੇ ਅੱਡ ਅੱਡ ਸਿੰਗਰਾਂ ਨੇ ਲਿਖਿਆ ਤੇ ਤੁਹਾਨੂੰ ਕੋਈ ਵੀ ਕ੍ਰੈਡਿਟ ਨਹੀਂ ਦੇਣ ਆਇਆ ਫੇਰ ਤਾਂ ਕਸੂਰ ਕਿਤੇ ਨਾ ਕਿਤੇ ਹਾਂ ਬਿਲਕੁਲ ਇਹੀ ਤਾਂ ਗੱਲ ਆ ਬਿਲਕੁਲ ਹੁਣ ਜਦੋਂ ਇੱਕ ਬੰਦੇ ਨਾਲ ਇੱਕ ਬੰਦਾ ਜੁੜਿਆ ਹੋਇਆ ਸਪੋਜ਼ ਕਰੋ ਹੁਣ ਮੈਂ ਹੀ ਆਪਣੀ ਗੱਲ ਦੱਸਦਾ ਹੁਣ ਕੁਲੀ ਵਾਲਾ ਮੇਰੇ ਗਾਣੇ ਲਿਖਦਾ ਅਸੀਂ ਕਦੀ ਪੈਸੇ ਦੀ ਗੱਲ ਨਹੀਂ ਕੀਤੀ ਕਿਉਂਕਿ ਸਾਨੂੰ ਰੋਟੀ ਅੰਡਰਸਟੈਂਡਿੰਗ ਆ ਕਦੀ ਵੀ ਨਹੀਂ ਨਾ ਉਹਨੇ ਮੈਨੂੰ ਕਿਹਾ ਮੈਨੂੰ ਪੈਸੇ ਦੇ ਦੇ ਨਾ ਮੈਂ ਉਹਨੂੰ ਕਿਹਾ ਵੀ ਤੂੰ ਕਿੰਨੇ ਪੈਸੇ ਲੈਣੇ ਆ ਗਾਣੇ ਦੇ ਮੈਨੂੰ ਪਤਾ ਮੈਂ ਉਹਦੇ ਹੀ ਗਾਣੇ ਗਾਉਣੇ ਆ ਤੇ ਉਹਨੂੰ ਪਤਾ ਵੀ ਇਹਨੇ ਮੇਰੇ ਗਾਣੇ ਗਾਉਣੇ ਆ ਕਿਉਂਕਿ ਅਸੀਂ ਉਹ ਜਿਹੜੀ ਇੱਕ ਉਹ ਗੱਲਬਾਤ ਆ ਉਸ ਤੋਂ ਬਾਹਰ ਆ ਸੀ ਸਾਰੀ ਤੋਂ ਪੈਸਿਆਂ ਦੇ ਲੈਣ ਦੇਣ ਵਾਲੀ ਤੋਂ ਇਹ ਵਾਈਬ ਹੀ ਮੈਚ ਕਰਨੀ ਚਾਹੀਦੀ ਆ ਨਾ ਮੇਨ ਗੱਲ ਇਹ ਆ ਵੀ ਤੁਸੀਂ ਇੱਕ ਦੂਜੇ ਲਈ ਕੀ ਹੋ ਕਿੰਨਾ ਕੁ ਮੈਨੇ ਰੱਖਦਾ ਇੱਕ ਬੰਦਾ ਹੁਣ ਮੈਨੂੰ ਐ ਆ ਵੀ ਜੇ ਕੋਈ ਗਾਣਾ ਕੋਈ ਵੀ ਹਿੱਟ ਹੁੰਦਾ ਤੇ ਮੈਂ ਉਹ ਮੇਰੇ ਨਾਲ ਆ ਤਾਂ ਉਹਨੂੰ ਮੈਂ ਅਸੀਂ ਜ਼ਿੰਦਗੀ 'ਚ ਇੱਕ ਦੋ ਵਾਰੀ ਇਕੱਠੇ ਹੋਏ ਟੀਮ ਬਣ ਗਈ ਥੋੜੀ ਹਾਂ ਅਸੀਂ ਇੱਕ ਜਾਂ ਦੋ ਵਾਰੀ ਇਕੱਠੇ ਹੋਏ ਆ ਇੱਕ ਸ਼ੋਅ ਤੇ ਹਾਂ ਉਹ ਪਹਿਲੀ ਵਾਰੀ ਇੰਡੀਆ ਕਿਉਂਕਿ ਉਹ ਅਮਰੀਕਾ ਚ ਰਹਿੰਦਾ ਹੈ ਇੰਡੀਆ ਗਿਆ ਹੋਇਆ ਸੀਗਾ ਤੇ ਮੈਨੂੰ ਸੀਗਾ ਵੀ ਮੇਰਾ ਮੇਰਾ ਸ਼ੋਅ ਸੀਗਾ ਇੰਡੀਆ ਅਸੀਂ ਇਕੱਠੇ ਗਏ ਦੋਨੇ ਮੈਨੂੰ ਪਹਿਲੀ ਵਾਰੀ ਇਕੱਠੇ ਹੋਏ ਸੀ ਤੇ ਮੈਂ ਨਾਲ ਹੀ ਉਹਨੂੰ ਸ਼ੋਅ ਤੇ ਲੈ ਕੇ ਗਿਆ ਆਪਣੇ ਉੱਥੇ ਪਈ ਉਹਨੂੰ ਉਹਨੂੰ ਦੇਖ ਮੇਰੇ ਗਾਣੇ ਗਾਏ ਜਿਹੜੇ ਲਿਖੇ ਹੋਏ ਆ ਉਹ ਸਟੇਜ ਤੇ ਅਗੇ ਕਿਵੇਂ ਗਾਉਂਦਾ ਕਿਵੇਂ ਤਾਂ ਲੱਗਦੇ ਕਿਦਾਂ ਲੱਗਦੇ ਉਹ ਚੀਜ਼ਾਂ ਉਹ ਚੀਜ਼ਾਂ ਜਿਹੜੀ ਬੌਂਡ ਜਿਹੜਾ ਨਾ ਉਹ ਹੁਣ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਜਦੋਂ ਆਪਾਂ ਕੰਮ ਹੀ ਪੈਸੇ ਲਈ ਕਰ ਰਹੇ ਆ ਤੇ ਫੇਰ ਆਪਾਂ ਕਾਤੇ ਐਕਸਪੈਕਟ ਕਰ ਰਹੇ ਹੋਈ ਇਹ ਗ ਮੇਰੀਲੀ ਆਊਟਸਾਈਡ ਦ ਬਾਕਸ ਤੋਂ ਦੇਖਣੀ ਨਾ ਬੜੀ ਚੀਜ਼ ਅਜੀਬ ਹੈ ਜਿਹੜੀ ਗੱਲ ਤੁਸੀਂ ਕਰਨੀ ਗਈ ਕਿ ਮੇਰੇ ਟੈਨਸ਼ਨ ਨਹੀਂ ਆ 2.5 ਲੱਖ ਦੇ ਗਾਣਾ ਲੈ ਜਾ ਫਿਰ ਜੇ ਉਸ ਨੀਤ ਨਾਲ ਲਿਖੇ ਹੋਏ ਗਾਣੇ ਉਹ ਉਹ ਤਾਂ ਫਿਰ ਤੁੱਕਾ ਹੀ ਉਹ ਤਾਂ ਫਿਰ ਉਹੀ ਚੱਲਦੇ ਹੋਣਗੇ ਤੇਰੇ ਲੱਕ ਤੇ ਮਾਰਿਆ ਦਿਨ ਤੱਕ ਦਿਨ ਤੱਕ ਉਸ ਟਾਈਪ ਦੇ ਗਾਣੇ ਆਉਣਗੇ ਹਾਂ ਉਹੀ ਤਾਂ ਗੱਲ ਵੀ ਜੇ ਉਹ ਗਾਣੇ ਤੁਸੀਂ ਗੱਲ ਹੀ ਸਟਾਰਟ ਪੈਸੇ ਤੋਂ ਕੀਤੀ ਆ ਵੀ ਮੈਂ ਇੰਨੇ ਪੈਸੇ ਲਵਾਂਗਾ ਵੀ ਤੇਰਾ ਗਾਣਾ ਚੱਲੇ ਨਾ ਚੱਲੇ ਕੱਲੋਂ ਸਿੰਗਰ ਹਿੱਟ ਹੋ ਜਾਂਦਾ ਉਹ ਗਾਣਾ ਗਾ ਕੇ ਫਿਰ ਤੁਸੀਂ ਉਹ ਤੁਹਾਨੂੰ ਪੁੱਛਦਾ ਨਹੀਂ ਫਿਰ ਤੁਸੀਂ ਕਿਉਂ ਰੋਂਦੇ ਹੋ ரைਟ ਜੋ ਤੁਸੀਂ ਮੰਗਿਆ ਉਹ ਤੁਹਾਨੂੰ ਮਿਲ ਗਿਆ ਉਹ ਤਾਂ ਮਿਲ ਗਿਆ ਜੋ ਤੁਸੀਂ ਮੰਗਿਆ ਸੀ ਅਗਲੇ ਨੇ ਦੇ ਦਿੱਤਾ ਪਰ ਮਾ ਅਗਲਾ ਕਿੰਨੇ ਵੀ ਬੈਡ ਸਿਚੁਏਸ਼ਨ ਚ ਹੋਵੇ ਉਸ ਵੇਲੇ ਕੀ ਪਤਾ ਅਗਲੇ ਨੇ ਕਿੱਥੋਂ ਪੈਸੇ ਫੜ ਕੇ ਦਿੱਤੇ ਕਿਵੇਂ 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 ਸਿੰਗਰ ਜਿਹੜਾ ਕੋਲ ਕੋਈ ਬਾਦੂ ਪੈਸੇ ਨੇ ਕੋਈ ਨਵਾਂ ਸਿੰਗਰ ਆ ਉਹ ਕਿਸੇ ਪੁਰਾਣੇ ਆਰਟਿਸਟ ਰਾਈਟਰ ਕੋਲ ਜਾਂਦਾ ਇਹਦੇ ਤੇ ਮੈਂ ਹਾਂ ਹਾਂ ਤੁਸੀਂ ਕਿਸੇ ਪੁਰਾਣੇ ਰਾਈਟਰ ਕੋਲ ਜਾਂਦਾ ਜਿਹਦਾ ਥੋੜਾ ਜਿਹਾ ਨਾਮ ਬਣਿਆ ਹੋਇਆ ਵੀਰੇ ਗਾਣਾ ਉਹ ਕੋਈ ਕਫਰੀ ਖਣ ਦਊਗਾ ਉਹਨੂੰ ਪਿਓ ਉਹ ਜਿਹੜਾ ਸਿੰਗਰ ਆ ਵਿਚਾਰਾ ਉਹ ਕਿੱਥੋਂ ਲੈ ਗਿਆ ਹੋਊਗਾ ਪੈਸੇ ਫੜ ਕੇ ਮੈਂ ਦਿੱਸ ਪੁੱਠੀ ਹੋਰ ਵੀ ਇੱਕ ਹੋਰ ਪੈਰਲ ਲੈ ਆਉਣਾ ਮੰਨ ਲਓ ਰਾਈਟਰ ਸੀਗਾ ਸਿੰਗਰ ਇੱਕ ਗਾਣਾ ਚੜਦਾ ਉਸ ਤੋਂ ਬਾਅਦ ਰਾਈਟਰ ਦੀ ਚੜ੍ਹਾਈ ਹੋ ਜਾਂਦੀ ਆ ਸਿੰਗਰ ਦੀ ਟੈਟੇਰੀ ਹੋ ਜਾਂਦੀ ਆ ਕਦੇ ਉਹ ਸਿਨੈਰੀਓ ਸੁਨੇ ਨੇ ਮੈਨੂੰ ਨਹੀਂ ਲੱਗਦਾ ਬਾਅਦ ਚ ਰਾਈਟਰ ਕਹਿ ਦੋ ਵੀ ਚੱਲ ਯਾਰ ਤੇਰਾ ਕੰਮ ਵਧੀਆ ਨਹੀਂ ਚੱਲਿਆ ਬਟ ਤੇਰੇ ਕਰਕੇ ਮੈਨੂੰ ਫੇਮ ਮਿਲੀ ਤੇ ਮੈਂ ਤੈਨੂੰ ਫ੍ਰੀ ਚ ਦੇ ਦਿੰਨਾ ਇਹ ਇੱਕ ਡਿਫਰੈਂਟ ਸਿਨੈਰੀਓ ਆ ਹਾਂ ਮਤਲਬ ਜਿਹੜੀ 뮤직 ਲਾਈਨ ਆ ਨਾ ਮੈਨੂੰ ਐ ਲੱਗਦਾ ਵੀ ਇਹ ਸਾਰਾ ਕੁਝ ਪੈਸੇ ਨਾਲ ਹੀ ਚੱਲਦਾ ਇੱਥੇ ਕੁਝ ਨਹੀਂ ਹੈਗਾ ਆਈ ਗੈਸ ਆਪਾ ਪੋਡਕਾਸਟ ਆ ਇੰਟਰਵਿਊ ਨਹੀਂ ਆਈ ਗੈਸ ਹੁਣ ਤੁਸੀਂ ਬਿਜ਼ਨਸ ਕਰਦੇ ਹੋ ਤੁਸੀਂ ਟਰਾਂਸਪੋਰਟ ਦਾ ਇਹ ਚੀਜ਼ਾਂ ਨਾ ਕਿਉਂਕਿ ਜੋ ਤੁਸੀਂ ਗੱਲ ਕਰਤੀ ਤੁਸੀਂ ਇਹਨੂੰ ਐਜ਼ ਇਹ ਲੈ ਗਏ ਕਿ ਦੁਨੀਆਦਾਰੀ ਇਦਾਂ ਚੱਲ ਰਹੀ ਹੈ ਬਟ ਮੈਂ ਹੁਣੇ ਬੈਟਲ ਆ ਕੇ ਕਹਿ ਸਕਦਾ ਤੁਸੀਂ ਆਪੇ ਮੰਨੋਗੇ ਇਸ ਚੀਜ਼ ਨੂੰ ਤੁਹਾਡੇ ਬਿਜ਼ਨਸ ਦੇ ਅੰਦਰ ਵੀ ਐਵੇਂ ਹੋਇਆ ਹੋਊਗਾ ਕਿ ਕੋਈ ਤੁਹਾਨੂੰ ਟੱਕਰਿਆ ਹੋਊਗਾ ਐਜ਼ ਅ ਉਹ ਤੁਹਾਨੂੰ ਸੈਲਰੀ ਆ ਬਾਇਰ ਆ ਕੰਟਰੈਕਟ ਕੋਈ ਬਿਜ਼ਨਸ ਕੰਪਨੀ ਦਾ ਐਵੇਂ ਹੋਊਗਾ ਬਟ ਬਾਅਦ ਤੁਸੀਂ ਹੁਣ ਆਪੇ ਕਹੋਗੇ ਕਿ ਹਾਂ ਉਹਦੇ ਨਾਲ ਮੇਰੀ ਐਵੇਂ ਦਾ ਬੌਂਡ ਬਣ ਗਿਆ ਕਿ ਉਹ ਬਿਜ਼ਨਸ ਤੋਂ ਪਾਰਦਾ ਹੋਇਆ ਕਿ ਨਹੀਂ ਬਿਲਕੁਲ ਪਰ ਉਹ ਉਹਨਾਂ ਚਿਹਰੇ ਜਿੰਨਾਂ ਚਿਰ ਬਿਜ਼ਨਸ ਦੇ ਰਿਹਾ ਹਮ ਜਦੋਂ ਬਿਜ਼ਨਸ ਬੰਦ ਖਤਮ ਪਰ ਜੇ ਹੁਣ ਤੁਹਾਡੇ ਤੁਹਾਡਾ ਜਿਹੜਾ ਫਰੈਂਡ ਹੈ ਜਿਹੜਾ ਰਾਈਟਰ ਹੈ ਤੁਹਾਡਾ ਜੇ ਉਹ ਤੁਹਾਨੂੰ Song ਦੇਣੇ ਬੰਦ ਕਰ ਦੇ ਕਿਉਂਕਿ ਅਸੀਂ ਉਹਦੇ ਅਸੀਂ ਸ਼ੁਰੂ ਪੈਸੇ ਨਾਲ ਸ਼ੁਰੂ ਹੀ ਨਹੀਂ ਕੀਤਾ ਕੰਮ ਕਿ ਇਹ ਅਗੇ ਇਸ ਤਰੀਕਾ ਸਟਾਰਟਿੰਗ ਪੈਸੇ ਤੋਂ ਚੀਜ਼ ਮੈਂ ਜੇ ਦੁਨੀਆਦਾਰੀ ਦੇ ਅੱਖਾਂ ਤੋਂ ਥੋੜੇ ਫਿਰ ਐਵੇਂ ਦੇ ਬੌਂਡ ਹੋਰ ਹੈਗੇ ਕਿ ਨਹੀਂ ਨਾ ਉਹਦੇ ਪੈਸੇ ਵਾਲੇ ਨਾ ਨਾ ਯਾਰ ਇਹ ਬੈਟ ਆਊਟ ਹਾਂ ਨਾ ਬਹੁਤ ਘਟ ਨੇ ਅੱਛਾ ਇਹ ਇਹ ਵੀ ਪੁਆਇੰਟ ਇੱਥੇ ਰੇਜ਼ ਹੁੰਦਾ ਹੈ ਕਿ ਜਦੋਂ ਆਪਾਂ ਕਾਲਜਾਂ 'ਚ ਹੁੰਨੇ ਆਂ ਕਿਆ ਗੈਂਗ ਹੁੰਦੀ ਆਪਣੀ ਵੀ ਬਾਈਕਾਂ ਤੇ ਗੱਡੀਆਂ ਤੇ ਜਾਣਾ ਫੋਨ ਲਾਓ ਗਾਲਾਂ ਕੱਢਦੇ ਹਾਂ ਹਨਾ ਬਦਲੇ ਵਿੱਚ ਪੇੜਾਂ ਵਾਲੇ ਤੇ ਇੱਥੇ ਆਉਣੇ ਆ ਇੱਥੇ ਵੀ ਜਿੱਦਾਂ ਜੇ ਕਾਲਜ ਆਏ ਆ ਤੇ ਸ਼ੁਰੂ ਸ਼ੁਰੂ ਦੇ ਇੱਕ ਦੋ ਸਾਲ ਦਾ ਵੀਕਐਂਡ ਤੇ ਏਡੇ ਏਡੇ ਝੁੰਡ ਲੱਗਦੇ ਹੁੰਦੇ ਨੇ ਭਾਵੇਂ ਅਸੀਂ ਜਾਣਦੇ ਨਾ ਹੋਈਏ ਇੱਕ ਦੂਜੇ ਨੂੰ ਬਟ ਫੋਟੋਆਂ ਪੈਂਦੀਆਂ ਨੇ ਵੀ ਦਿਸ ਇਜ਼ ਦਾ ਹੁੱਡ ਹੈ ਨਾ ਉਹ ਚੀਜ਼ਾਂ ਕਿਵੇਂ ਛਟਣੀਆਂ ਸ਼ੁਰੂ ਹੁੰਦੀਆਂ ਨੇ ਆਪਣਾ ਐਕਸਪੀਰੀਅੰਸ ਦੱਸੋ ਸਮਾ ਇਹ ਐ ਤਾਂ ਨਹੀਂ ਹੁੰਦਾ ਕਿ ਮੇਰਾ ਵਿਆਹ ਹੋ ਗਿਆ ਕਬੀਲਦਾਰੀ ਹਾਂ ਅਸਲ ਦੇ ਵਿੱਚ ਨਾ ਸਮਾ ਇੱਕ ਨਾ ਤੁਸੀਂ ਪੜ੍ਹੀ ਹੋਣੀ ਲਾਈਨ ਸਮਾ ਕਹਿੰਦਾ ਇੱਕ ਮਿਸ਼ੇ ਦੀ ਲਿਖੀ ਹੋਈ ਆ ਬੇ ਮੇਰੀ ਜਾਨ ਸਮਾਂ ਬੜੀ ਕੁੱਤੀ ਚੀਜ਼ ਐ ਜਿਹੜਾ ਸਮਾਂ ਆ ਨਾ ਉਹ ਬੜੀ ਬੜਾ ਕੁਝ ਦਿਖਾ ਦਿੰਦਾ ਤੁਹਾਨੂੰ ਬੰਦੇ ਤੁਹਾਨੂੰ ਬਦਲਦੇ ਕਿਵੇਂ ਨੇ ਜਿਹੜੇ ਤੁਹਾਨੂੰ ਲੱਗਦਾ ਹੁੰਦਾ ਨਾ ਮੇਰੇ ਨਾਲ ਜ਼ਿੰਦਗੀ ਚ ਆਹੀ ਹੋਇਆ ਮੋਸਟਲੀ ਜਿਹੜੇ ਬੰਦੇ ਮੈਨੂੰ ਬਹੁਤ ਚੰਗੇ ਲੱਗਦੇ ਨੇ ਨਾ ਜਿਹਨਾਂ ਨੂੰ ਪਹਿਲੀ ਵਾਰੀ ਮੈਂ ਮਿਲਦਾ ਆ ਭਈ ਯਾਰ ਆਹ ਤਾਂ ਬੰਦਾ ਬੜਾ ਘੈਂਟ ਆ ਮੈਂ 2 ਮਿੰਟ ਚ ਮੈਂ ਜੱਜ ਕਰਕੇ ਦੱਸ ਦਿੰਨਾ ਉਹ ਬੰਦਾ ਉਹ ਨਹੀਂ ਬੈਡ ਨਿਕਲਦਾ ਤੇ ਜਿਹੜੇ ਬੰਦਾ ਮੈਂ ਮੈਨੂੰ ਲੱਗਦਾ ਹੁੰਦਾ ਭਈ ਯਾਰ ਆਹ ਬੰਦਾ ਨੇ ਯਾਰ ਇਹ 1.7 ਮਿੰਟ 15 ਮਿੰਟ 20 ਮਿੰਟ ਗੱਲ ਕਰਕੇ ਮੈਨੂੰ ਲੱਗਦਾ ਵੀ ਯਾਰ ਨਹੀਂ ਯਾਰ ਉਹ ਬੰਦਾ ਆਲਵੇਸ ਗੁੱਡ ਨਿਕਲਦਾ ਲਾਈਫ ਦੇ ਵਿੱਚ ਤੇ ਉਹ ਜਿਹੜੀ ਜਿਹੜੀ ਯਾਰੀ ਦੋਸਤੀ ਤੁਸੀਂ ਕਾਲਜ ਵਾਲੀ ਗੱਲ ਕਰਦੇ ਹੋ ਉਹਨਾਂ ਦੇ ਵਿੱਚੋਂ ਵੀ ਮੈਨੂੰ ਲੱਗਦਾ ਵੀ ਗਿਣਤੀ ਦੇ 2-3 ਦੋਸਤ ਹੀ ਹੁੰਦੇ ਨੇ ਬਸ ਜਿਹੜੇ ਤੁਹਾਡੇ ਨਾਲ ਐਂਡ ਤੱਕ ਜਾਂਦੇ ਨੇ ਬਾਕੀ ਤਾਂ ਸਭ ਆਏ ਗਏ ਡਰਾਮਾ ਯਾਈ ਲੱਗਦਾ ਰਹਿੰਦਾ ਮੈਨੂੰ ਤਾਂ ਆਪ ਹੁਣ ਆਈ ਨਹੀਂ ਲੱਗਦਾ ਵੀ ਯਾਰ ਉਦੋਂ ਐ ਹੁੰਦਾ ਸੀਗਾ ਮੈਨੂੰ ਇੱਕ ਵਾਰੀ ਇੱਕ ਬੰਦੇ ਨੇ ਮੈਂ ਲੱਗਦਾ ਫਸਟ ਇਅਰ ਚ ਪੜਦਾ ਸੀਗਾ ਐ ਬਦਮਾਸ਼ੀ ਬੂ ਸ਼ੀ ਦਾ ਸ਼ੌਂਕ ਸੀਗਾ ਉਦੋਂ ਨਾ ਨਾ ਕੋਲਜ ਜਾਂਦਾ ਰਹਾ ਬੰਦਾ ਖੁੰਚ ਸੀ ਹਾਂ ਤੇ ਮੈਨੂੰ ਕਹਿੰਦਾ ਵੀ ਕਿੰਨੇ ਯਾਰ ਦੋਸਤ ਨੇ ਮੈਂ ਕਿਹਾ ਪਾਜੀ ਟਾਂਡੇ ਇੱਕ ਹੈਗੇ 15 20 ਬਾਕੀ ਜਲੰਧਰ ਆ ਮੈਂਗਾ ਕੋਲਜ ਪੜਦੇ ਸਾਰੇ ਆ 25 30 ਉੱਥੇ ਹੋਊਗੇ ਨਸਾਰੇ ਯਾਰ ਨੇ ਮੈਂ ਕਿਹਾ ਹਾਂਜੀ ਸਾਰੇ ਯਾਰ ਨੇ ਕਹਿੰਦਾ ਸੋਚ ਲੈ ਇੱਕ ਵਾਰ ਮੈਂ ਕਿਹਾ ਹਾਂਜੀ ਬਾਜੀ ਸੋਚ ਲਿਆ ਕਹਿੰਦਾ ਉਹਨਾਂ ਚੋਂ ਕਿੰਨੇ ਬੰਦਿਆਂ ਨਾਲ ਤੂੰ ਆਪਣੀ ਭੈਣ ਦੀ ਆਪਣੀ ਮਾਂ ਦੀ ਕੋਈ ਗੱਲ ਸ਼ੇਅਰ ਕਰ ਸਕਦਾ ਮੈਂ ਸੋਚਣ ਚ ਪੈ ਗਿਆ ਹੂੰ ਯਾਰ ਇਹ ਕਿੱਦਾਂ ਦੀ ਗੱਲ ਕੀਤੀ ਬੰਦੇ ਨੇ ਸੋਚਣਾ ਸ਼ੁਰੂ ਕੀਤਾ ਉਹਨਾਂ ਵੀ ਨਹੀਂ ਉਹਨਾਂ ਵੀ ਨਹੀਂ ਉਹਨਾਂ ਵੀ ਨਹੀਂ ਉਹਨਾਂ ਜੋ 40 50 ਉਹਨੂੰ ਗਿਣਾਈ ਸੀ ਮੈਂ ਅੰਡ ਤੇ ਰਹਿ ਗਏ ਦੋ ਬੰਦੇ ਹੂੰ ਮੇਰੇ ਭਾਜੀ ਦੋ ਕੋ ਬੰਦੇ ਕਹਿੰਦਾ ਉਹੀ ਯਾਰ ਨੇ ਬਸ ਹੋਰ ਕੋਈ ਯਾਰ ਨਹੀਂ ਕਹਿੰਦਾ ਜਿਹੜੇ ਬੰਦਿਆਂ ਨਾਲ ਤੋਂ ਆਪਣੀਆਂ ਪਰਸਨਲ ਗੱਲਾਂ ਸ਼ੇਅਰ ਕਰ ਸਕਦਾ ਉਹੀ ਯਾਰ ਨੇ ਬਾਕੀ ਇਹਦਾ ਕਹਿੰਦਾ ਸਭ ਦਿਖਾਵਾ ਹੀ ਆ ਸੱਚਣਾ ਪਲੱਸ ਜਿੰਨਾ ਬੰਦਾ ਕਿਹੜਾ ਤਜਰਬਾ ਜਿੰਨਾ ਬੰਦਿਆਂ ਦੇ ਨਾਲ ਤੁਸੀਂ ਆਪਣੀ ਮਾਂ ਭੈਣ ਨੂੰ ਕੱਲੇ ਛੱਡ ਸਕਦੇ ਹੋ ਨਹੀਂ ਜਿੰਨਾ ਨਾਲ ਗੱਲ ਕਰ ਸਕਦੇ ਹੋ ਜਿੰਨਾ ਨਹੀਂ ਨਹੀਂ ਉਹਨਾਂ ਨੇ ਤਾਂ ਉਹੀ ਕਿਹਾ ਮੈਂ ਮੈਂ ਫਿਰ ਉਸ ਚੀਜ਼ ਨੂੰ ਬਲੀਵ ਕਰਦਾ ਕਿ ਘਰੇਵਾਰਨ ਵਾਲੇ ਜਿਹੜੇ ਬੰਦੇ ਨੇ ਹਾਂ ਬਸ ਬਸ ਕਹਿੰਦਾ ਉਹੀ ਨੇ ਉਹੀ ਤੁਹਾਡੇ ਯਾਰ ਨੇ ਤੇ ਮੈਂ ਆਪਣੇ ਯਾਰੋ ਦੋਸਤਾਂ ਨਾਲ ਗੱਲ ਸ਼ੇਅਰ ਕਰਦਾ ਹਾਂ ਉਹਨਾਂ ਕਹਿੰਦਾ ਵੀ ਜਿਹੜੀ ਆ ਪਹਿਲੀ ਉਂਗਲੀ ਆ ਨਾ ਚੀਚੀ ਕਹਿੰਦਾ ਜਿੱਦਣ ਤੇਰੇ ਯਾਰ ਚੀਚੀ ਤੋਂ ਟੱਪ ਜੂਗਾ ਤਾਂ ਮੈਨੂੰ ਮਿਲਿਆ ਆਗੇ ਜਿੱਦਣ ਤੇ ਅੱਜ ਤੱਕ ਮੈਨੂੰ ਐ ਲੱਗਦਾ ਵੀ ਉਹ ਇੱਕ ਟਾਈਮ ਤੇ ਇੱਕ ਇੱਕ ਟਾਈਮ ਦੇ ਉੱਪਰ ਬਹੁਤ ਮੁਸ਼ਕਲ ਨੇ ਵੀ ਤੁਹਾਡੇ ਤਿੰਨ ਤੋਂ ਉੱਪਰ ਯਾਰ ਹੋਊਗੇ ਜਿਨ੍ਹਾਂ ਨਾਲ ਤੁਸੀਂ ਆਪਣੀਆਂ ਸਾਰੀਆਂ ਪਰਸਨਲ ਗੱਲਾਂ ਕਰ ਸਕਦੇ ਆ ਏ ਟੂ ਜ਼ेड ਗੱਲਾਂ ਆਪਣੀ ਵਾਈਫ ਦੀਆਂ ਆਪਣੀ ਭੈਣ ਦੀਆਂ ਮਾਂ ਦੀਆਂ ਸਾਰੀਆਂ ਗੱਲਾਂ ਉਹ ਤਿੰਨ ਹੀ ਮਸੀ ਹੁੰਦੇ ਨੇ ਬੰਦਾ ਹੋਣਾ ਔਖਾ ਨਹੀਂ ਲੱਗਦਾ ਹਾਂ ਨਾ ਹਾਂ ਬਿਲਕੁਲ ਕਿਉਂਕਿ ਬੀਗ ਜਨਨੀਆਂ ਦਾ ਦੇਖਿਆ ਕਿ ਉਹ ਫੇਰ ਵੀ ਉਹਨਾਂ ਦੀ ਅੜੜ ਰਿਸ਼ਤੇ ਨੇ ਹਾਂ ਹੁਣ ਤੁਸੀਂ ਪਿਓ ਦੀ ਗੱਲ ਕੀਤੀ ਹੈ ਨਾ ਬਿਲਕੁਲ ਪਿਓ ਤੁਹਾਡਾ ਸ਼ਾਂਤ ਰਹਿੰਦੀ ਸੀ ਤੁਹਾਡੇ ਗਾਣੇ ਦੇ ਵੀ ਉਹਨਾਂ ਨੇ ਨਾ ਤੁਹਾਡੀ ਵਧਾਈ ਕੀਤੀ ਫਾਦਰ ਸਾਹਿਬ ਨੇ ਨਾ ਤੁਹਾਨੂੰ ਫਾਲਤੂ ਦੇ ਪੰਪ ਦਿੱਤੇ ਉਹਨਾਂ ਨੇ ਕਿਸੇ ਨਾਲ ਗੱਲ ਕਰ ਲਈ ਤੁਹਾਡੇ ਮੂੰਹ ਤੇ ਥੋੜੀ ਤਾਰੀਫ ਨਹੀਂ ਕੀਤੀ ਸਗੋਂ ਇਹ ਬੌਂਡ ਜਿੱਦਾਂ ਆਪਾਂ ਕਹਿ ਲਈਏ ਵੀ ਕਰੇ ਹੋਣਾ ਚਾਹੀਦਾ ਸੀ ਪਰ ਹੁਣ ਜਦੋਂ ਤੁਸੀਂ ਉਹਨਾਂ ਨੂੰ ਫਾਦਰ ਸਾਹਿਬ ਤੁਹਾਡੇ ਨਹੀਂ ਰਹੇ 2022 'ਚ 21 'ਚ ਵਿੱਚ ਵਿੱਚ ਆਪਣੀ ਅਗਲੀ ਜਰਨੀ ਲਈ ਨਿਕਲ ਜਾਂਦੇ ਨੇ ਉਸ ਤੋਂ ਬਾਅਦ ਹੁਣ ਬੀਂਗਾਂ ਬੰਦਾ ਕਿਉਂਕਿ ਇਹ ਚੀਜ਼ ਆਪਾਂ ਫੀਲ ਕਰ ਸਕਦੇ ਹਾਂ ਸਾਡੇ ਰਹੇ ਨਹੀਂ ਯਾਰ ਓਕੇ ਮੈਨੂੰ ਯਾਰ ਬਾਪੂ ਤੋਂ ਐਂ ਲੱਗਦਾ ਹੁੰਦਾ ਵੀ ਤੁਸੀਂ ਬਾਪੂ ਵਾਲੀ ਗੱਲ ਛੱਡੀ ਐ ਮੈਂ ਉਹਦੇ ਨਾਲ ਉਹਦੇ ਰਿਗਾਰਡਿੰਗ ਥੋੜੀ ਜਿਹੀ ਗੱਲ ਕਰਦਾ ਵੀ ਜਦੋਂ ਬਾਪੂ ਜਿਉਂਦਾ ਸੀ ਮੈਂ ਜ਼ਿੰਦਗੀ 'ਚ ਬੜਾ ਕੁਝ ਉਹਨੂੰ ਦਿਖਾਉਣਾ ਚਾਹੁੰਦਾ ਸੀ ਬਾਪੂ ਆਹ ਵੀ ਹੋਵੇ ਆਹ ਵੀ ਹੋਵੇ ਆਹ ਵੀ ਹੋਵੇ ਬਾਪੂ ਦੇ ਜਾਣ ਤੋਂ ਬਾਅਦ ਬੜਾ ਕੁਝ ਮਿਲ ਗਿਆ ਬੜਾ ਕੁਝ ਪਤਾ ਨਹੀਂ ਯਾਰ ਅੰਦਰੋਂ ਕੋਈ ਚੀਜ਼ ਦਾ ਚਾਹ ਨਹੀਂ ਹੁੰਦਾ ਉਹਦੇ ਸਾਡੇ ਕੋਲ ਸੀਗੇ ਬੈਂਚਾ ট্রাক ਸੀਗੇ ਤੇ ਹੁਣ 40 ਨੇ ਹੁਣ ਮੈਨੂੰ ਐ ਲੱਗਦਾ ਹੁੰਦਾ ਵੀ ਯਾਰ ਜਦੋਂ ਮੈਂ ਯਾਰਡ ਚ ਦੇਖਦਾ ਆਂ ਵੀ ਯਾਰ ਇੰਨੇ ਟਰੇਲਰ ਟਰੱਕ ਖੜੇ ਨੇ ਵੀ ਬਾਪੂ ਨੇ ਗੇੜਾ ਮਾਰਨਾ ਸੀਗਾ ਉਹਨੇ ਐਂ ਦੇਖੀ ਜਾਣਾ ਸੀਗਾ ਵੀ ਔਰ ਆ ਆ ਸ਼ਾਪ ਜੇ ਕੰਮ ਦੇਖੀ ਜਾਣਾ ਸੀਗਾ ਨਾ ਹਰ ਇੱਕ ਪਲ ਤੇ ਬਾਪੂ ਚੇਤੇ ਆਉਂਦਾ ਵੀ ਐ ਯਾਰ ਕੋਈ ਵੀ ਮਤਲਬ ਅਸੀਂ ਨਵੀਂ ਚੀਜ਼ ਐਡ ਕਰਦੇ ਆਂ ਨਾ ਆਫਿਸ ਲਿਆ ਆ ਕੁਝ ਵੀ ਕਰਦੇ ਆਂ ਪਤਾ ਨਹੀਂ ਯਾਰ ਅੰਦਰੋਂ ਕਿਸੇ ਚੀਜ਼ ਦਾ ਚਾਅ ਨਹੀਂ ਹੁੰਦਾ ਕਿਸੇ ਚੀਜ਼ ਦਾ ਵੀ ਕਿ ਉਹ ਜਿਹਨੇ ਐ ਲੱਗਦਾ ਹੁੰਦਾ ਵੀ ਜਿਹਨੇ ਸਭ ਤੋਂ ਵੱਧ ਖੁਸ਼ ਹੋਣਾ ਸੀ ਉਹ ਤਾਂ ਹੈ ਹੀ ਨਹੀਂ ਯਾਰ ਜੇ ਤੁਸੀਂ ਜ਼ਿੰਦਗੀ 'ਚ ਇਹਨੇ ਮਰਜ਼ੀ ਤਰੱਕੀ ਕਰ ਲਓ ਜਦੋਂ ਜਿਹਨੇ ਸਭ ਤੋਂ ਵੱਧ ਖੁਸ਼ ਹੋਣਾ ਹੁੰਦਾ ਨਾ ਉਹ ਨਹੀਂ ਤਾਂ ਹੁੰਦਾ ਤੁਹਾਨੂੰ ਕਿਸੇ ਚੀਜ਼ ਦਾ ਚਾਣ ਹੀ ਹੁੰਦਾ ਚਾਹ ਜੇ ਨਹੀਂ ਚੜਦਾ ਅੰਦਰੋਂ ਵੀ ਮਿਲ ਹੀ ਜਾਂਦਾ ਸਾਰਾ ਕੁਝ ਜੋ ਪਰਮਾਤਮਾ ਤੋਂ ਮੰਗਦੇ ਸੀ ਉਹ ਸਾਰਾ ਕੁਝ ਦੇ ਹੀ ਜਾਂਦਾ ਪਰ ਪਤਾ ਨਹੀਂ ਅੰਦਰੋਂ ਐ ਹੁੰਦਾ ਯਾਰ ਉਹ ਹੋਣਾ ਚਾਹੀਦਾ ਸੀ ਫਿਰ ਬੜਾ ਸੁਆਦ ਸੀ ਜ਼ਿੰਦਗੀ ਦਾ ਹੁਣ ਭਾਵੇਂ ਤੁਸੀਂ ਆਪ ਇੱਥੇ ਪੈਸਿਆਂ ਨਾਲ ਮੇਲੇ ਲਵਾ ਦੋ ਗ੍ਰਾਮਟਨ 'ਚ ਕੈਨੇਡਾ 'ਚ ਪਰ ਉਹ ਕਿਸੇ ਮੇਲੇ 'ਚ ਜਾਣ ਦੇ ਲਈ ਜਿਹੜਾ ਬਾਪੂ ਤੋਂ 10 ਰੁਪਏ ਲੈਣੇ ਹੁੰਦੇ ਆ ਉਹਦਾ ਚਾ ਉਹਦਾ ਚ ਹਾਂ ਉਹਦਾ ਚ ਆ ਹੀ ਲੱਗਾ ਜਿਹੜਾ ਬਾਪੂ ਤੋਂ ਪੈਸੇ ਲੈ ਕੇ ਖਰਚਣ ਦਾ ਸੁਆਦ ਸੀਗਾ ਨਾ ਉਹ ਸੁਆਦ ਹੀ ਅਲੱਗ ਆ ਬਸ ਵੀ ਉਹੀ ਹੁਣ ਜਦੋਂ ਤੁਸੀਂ ਕਹ ਰਹੇ ਹੋ ਵੀ ਹੁਣ ਚਾ ਨਹੀਂ ਜੜਦਾ ਹੁੰਦਾ ਫੇਰ ਮੈਂ ਇਸ ਚੀਜ਼ ਨੂੰ ਵੀ ਦੇਖਦਾ ਕਿ ਹੌਲੀ ਹੌਲੀ ਅਸੀਂ ਵੀ ਬੱਪੂ ਬਣ ਜੰਨੇ ਆ। ਹੂੰ। ਨਹੀਂ। ਹੂੰ ਬਿਲਕੁਲ। ਕੱਲ ਨੂੰ ਫੈਮਲੀ ਹੁੰਦੀ ਆ। ਬੱਚੇ ਵੱਡੇ ਹੋਣਗੇ। ਕਿਉਂਕਿ ਅਸੀਂ ਉਸ ਫੇਸ ਤੋਂ ਦੇਖ-ਦੇਖ ਕੇ ਦੇਖ-ਦੇਖ ਕੇ ਅਸੀਂ ਵੀ ਉਮੀਦ ਇਹ ਹੋ ਜਾਗੇ ਕਿ ਸਾਨੂੰ ਅੰਦਰੋਂ ਤਾਂ ਖੁਸ਼ੀ ਹੋਊਗੀ। ਸਾਰੀ ਬਾਹਰ ਹੀ ਨਹੀਂ ਕੱਢਣੀ ਆਉਣੀ। ਬਿਲਕੁਲ। ਕਿਉਂਕਿ ਅਸੀਂ ਇਹ ਚੀਜ਼ ਦੇਖੀ ਨਹੀਂ ਜ਼ਾਹਿਰ ਹੁੰਦੀ। ਵੀ ਯਾਰ ਉਹ ਪੰਪ ਜਾ ਮਿਲਣਾ। ਥੋੜ ਥੋੜ ਤੁਸੀਂ ਇਹ ਸੋਚਦੇ ਰਹਿੰਦੇ। ਕੀ ਦੱਸਾਂ ਯਾਰ ਤੂੰ ਇਮੋਸ਼ਨਲ ਹੋ ਗਏ ਆ ਇਟਸ ਓਕੇ ਸੋ ਓਕੇ ਯਾ ਕੋਈ ਲਫ਼ਜ਼ ਨਹੀਂ ਯਾਰ ਆ ਤੁਹਾਡੀ ਇਨ ਜੈਸਚਰ ਚ ਇਨਾ ਇਨਾਫ ਹੈ ਕਿ ਇਹ ਇਹ ਫੈਕਟ ਹੈ ਕਿ ਇਹ ਮੰਨਦੇ ਹੋ ਕਿ ਅਸੀਂ ਵੀ ਬਾਪੂ ਬਣ ਜਾਣਾ ਇੱਕ ਦਿਨ ਹਾਂ ਬਿਲਕੁਲ ਫਾਦਰ ਦੀ ਚੁੱਪ ਦੇ ਪਿੱਛੇ ਦਾ ਰੀਜ਼ਨ ਆਪਾਂ ਨੂੰ ਥੋੜੇ ਟਾਈਮ ਬਾਅਦ ਜਾ ਕੇ ਪਤਾ ਲੱਗਦਾ ਹੈ ਵੀ ਪਿਓ ਕਿਉਂ ਨਹੀਂ ਸਾਨੂੰ ਉਹ ਜੋ ਅਸੀਂ ਪਿੱਠ ਤੇ ਸ਼ਾਬਾਸ਼ੀ ਪਾਲਦੇ ਆ ਉਹ ਕਿਉਂ ਨਹੀਂ ਮਿਲਦੀ ਕਿਉਂਕਿ ਅਸੀਂ ਵੀ ਜਦੋਂ ਉਹ ਡਾਊਨਫਾਲ ਦੇਖਦੇ ਆ ਆਪਣੀ ਛੋਟੀ ਛੋਟੀ ਲਾਈਫ ਦੇ ਅੰਦਰ ਹੀ ਜੋਬ ਕਦੇ ਜੋਬ ਜਾਂਦੀ ਹੈ ਜੋਬ ਕੋਈ ਨਵੀਂ ਮਿਲਦੀ ਹੈ ਉੱਚਾ ਚੜਦਾ ਜ਼ਿੰਦਗੀ 'ਚ ਆਉਂਦੇ ਜਾਂਦੇ ਲੋਕ ਬੜੇ ਦੇਖੇ ਨੇ ਬੜੇ ਸਵੇ ਵਾਲ ਦੇ ਵੇਖੇ ਹੁੰਦੇ ਨੇ ਇਨਸਾਨ ਨੇ ਤੇ ਉਨਾ ਸਾਰੀ ਚੀਜ਼ ਤੋਂ ਨਿਕਲਦਾ ਨਿਕਲਦਾ ਬੰਦਾ ਇੱਕ ਪਿਓ ਬਣ ਜਾਂਦਾ ਇੱਕ ਖਾਮੋਸ਼ ਆ ਸੋ ਜਦੋਂ ਤੁਹਾਡਾ ਲਾਈਫ ਦੇ ਅੰਦਰ ਕੋਈ ਵੀ ਐਵੇਂ ਦਾ ਰਿਆ ਹੋਵੇ ਵਿੱਚ ਤੁਸੀਂ ਥੱਲੇ ਗਏ ਹੋ ਡਾਊਨਫਾਲ ਵੇਖਿਆ ਹੋਵੇ ਉਹਦੇ ਬਾਰੇ ਕੋਈ ਗੱਲ ਕਰਨੀ ਹੋਵੇ ਜਦ ਬੈਨਰ ਆਇਆ ਤੇ ਬੈਨਰ ਤੋਂ ਬਾਅਦ ਚਾਰ ਮਾਰਚ ਨੂੰ ਮੇਰਾ ਵਿਆਹ ਹੋਇਆ ਸੀਗਾ ਹੂੰ ਹੂੰ 20 ਮਾਰਚ ਨੂੰ ਬੈਨਰ ਰਿਲੀਜ਼ ਹੋਇਆ ਸੀਗਾ 15 15 ਚ ਹਾਂਜੀ ਤੇ ਮੈਂ ਇੰਡੀਆ ਗਿਆ ਹੋਇਆ ਸੀਗਾ ਵੀਡੀਓ ਬਣਾਉਣ ਲਈ ਕਿਉਂ ਆ ਤਾਂ ਮੈਂ ਬੈਨਰ ਦੀ ਵੀਡੀਓ ਬਣਾਉਣ ਸੀਗਾ ਪਰ ਬਾਪੂ ਜੀ ਹੁਣੀ ਕਹਿੰਦੇ ਵੀ ਨਹੀਂ ਵਿਆਹ ਕਰਕੇ ਭੇਜਣਾ ਹੁਣ ਤੇਰਾ ਤੇ ਉਹ ਵਾਈਫ ਮੇਰੀ ਆਈ ਲੱਕੀ ਲਾਈਫ ਚ ਤੇ ਗਾਣਾ ਸੁਪਰ ਹਿੱਟ ਹੋ ਗਿਆ 4 ਮਾਰਚ ਨੂੰ ਵਿਆਹ ਹੋਇਆ ਸੀਗਾ 20 ਮਾਰਚ ਨੂੰ ਗਾਣਾ ਰਿਲੀਜ਼ ਹੋਇਆ ਉਸ ਤੋਂ ਬਾਅਦ ਮੈਂ ਇੱਥੇ ਆ ਗਿਆ ਕੈਨੇਡਾ ਆ ਗਿਆ ਕਿ ਕੰਮ ਕਰਨ ਲੱਗ ਗਿਆ ਟਰੱਕ ਚਲਾਉਣ ਲੱਗ ਗਿਆ ਤੇ ਸਾਰਾ ਕੁਝ ਬੈਲੈਂਸ ਕਰਨਾ ਮੈਨੂੰ ਥੋੜਾ ਲੱਗਦਾ ਸੀਗਾ ਵੀ ਹਾਰਡ ਆ 뮤직 ਨੂੰ ਟਾਈਮ ਨਹੀਂ ਸੀ ਦੇ ਹੁੰਦਾ ਤੇ ਫਿਰ ਤੋਂ ਬਾਅਦ 2 3 4 ਗਾਣੇ 5 ਗਾਣੇ ਕਾਫੀ ਗਾਣੇ ਕੀਤੇ ਪਰ ਸਾਰੇ ਫਲॉप ਕੋਈ ਗਾਣਾ ਕਿੰਨੇ ਕਿੰਨੇ ਟਾਈਮ ਫੇਸ ਚ ਅ ਸਾਲ ਚ ਮਿਲਦਾ ਇੱਕ ਦੋ ਗਾਣੇ ਮਸੀ ਆਉਂਦੇ ਸੀ ਹਾਂ ਮਤਲਬ ਜੇ ਤੁਸੀਂ 5 ਗਾਣੇ ਦੀ ਗੱਲ ਕਰ ਰਹੇ ਹੋ ਤਾਂ 4-5 ਸਾਲ ਲੱਗੇ ਹੋਣੇ ਹਾਂ ਮਤਲਬ 4 ਸਾਲਾਂ ਦੇ ਵਿੱਚ ਇੰਨੇ ਕੋਈ ਵੀ ਗਾਣਾ ਚੱਲਿਆ ਨਹੀਂ 19 ਤੱਕ ਮੈਂ ਇਸ ਚੀਜ਼ ਤੋਂ ਲਿੰਕ ਕਰ ਸਕਦਾ ਕਿਉਂਕਿ ਅਸੀਂ ਵੀ ਜਦੋਂ ਪੋਡਕਾਸਟਿੰਗ ਕਰਨੀ ਆ ਤੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਕੋਈ ਵੀ ਹੁਣ ਬਾਹਰ ਬੈਠਾ ਉਸ ਚੀਜ਼ ਨੂੰ ਕਹਿ ਦੂਗਾ ਵੀ ਲੈ ਗਾਣੇ ਨਹੀਂ ਚੱਲੇ ਤੇ ਅੱਜ ਗੱਲਾਂ ਕਰਨ ਆ ਗਿਆ ਬਟ ਕੈਨੇਡਾ 'ਚ ਜਿਹੜੇ ਲੋਕ ਰਹਿ ਰਹੇ ਨੇ ਉਹ ਇਸ ਚੀਜ਼ ਤੋਂ ਐਗਰੀ ਕਰ ਰਹੇ ਕਿ ਤੁਸੀਂ ਪੈਸ਼ਨ ਛੱਡੋ ਤੁਸੀਂ ਜੇ ਇੱਥੇ ਆਪਾਂ ਘਰ ਲੈਣਾ ਇੱਥੇ ਦੀ ਜ਼ਿੰਦਗੀ ਨੂੰ ਮੇਨਟੇਨ ਕਰਨਾ ਲੋਕਾਂ ਦੀਆਂ ਰਿਸ਼ਤੇਦਾਰੀਆਂ ਛੁੱਟ ਜਾਂਦੀਆਂ ਨੇ ਵੀ ਰਿਸ਼ਤੇਦਾਰੀਆਂ ਜੇ ਨਹੀਂ ਮਿਲ ਪਾਉਂਦੇ ਤੁਸੀਂ ਤਾਂ ਪੈਸ਼ਨ ਚੀਜ਼ ਕਰਨਾ ਮੈਂ ਅਸਲ ਦੇ ਵਿੱਚ ਦਿਲ ਤੋਂ ਹੋਰ ਤਰ੍ਹਾਂ ਸੀਗਾ ਮੈਂ ਜਦੋਂ ਗਾਣਾ ਚੱਲਿਆ ਬਹੁਤ ਬੈਨਰ ਤਾਂ ਮੈਂ ਮੈਨੂੰ ਲੱਗਦਾ 15 ਦਿਨ ਬਾਅਦ ਕ੍ਰੇਡ ਆ ਗਿਆ ਸੀ ਹਨ ਕੋਈ ਗਾਈਡ ਕਰਨ ਵਾਲਾ ਸੀ ਵੀ ਨਹੀਂ ਸੀਗਾ ਵੀ ਕੀ ਨੈਕਸਟ ਕੀ ਕਰਨਾ ਚਾਹੀਦਾ ਤੁਹਾਨੂੰ ਕਿੱਦਾਂ ਕਰਨਾ ਚਾਹੀਦਾ ਆ ਸੋ ਇੱਥੇ ਜਿੱਦਾਂ ਕਾਲਜ ਸੀਗੇ ਉਹਨਾਂ 'ਚ ਸ਼ੋ ਵਗੈਰਾ ਲਾਉਣੇ ਪਰ ਸਾਰੇ ਫਰੀਜ਼ ਯਾਰੀ ਦੋਸਤੀ 'ਚ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਪਰ ਚੀਕਾ ਪੈਣੀਆ ਉੱਥੇ ਬਸ ਉਹੀ ਚੀਜ਼ ਬੱਲੇ ਬੱਲੇ ਉਹਦੋਂ ਉਸ ਟਾਈਮ ਤੁਹਾਡੀ Song ਬਹੁਤ ਹਿੱਟ ਹੋ ਗਿਆ ਹਾਂ ਉਸ ਵੇਲੇ ਪੂਰਾ ਹਿੱਟ ਸੀਗਾ ਬੈਨਰ ਤੇ ਚੀਕਾ ਪੈਣੀਆ ਐਦਾਂ ਬੜਾ ਵਧੀਆ ਲੱਗਣਾ ਨਾ ਨਹੀਂ ਪਰ ਫਿਰ ਕਿਤੇ ਨਾ ਕਿਤੇ ਐਂ ਲੱਗਦਾ ਸੀਗਾ ਯਾਰ ਵੀ ਪੈਸਾ ਤਾਂ ਕੋਈ ਆ ਹੀ ਨਹੀਂ ਰਿਹਾ ਕਿਸੇ ਪਾਸਿਓਂ ਆਪਿਸ ਕਿਉਂਕਿ ਹਰ ਬੰਸਾ ਉਹੀ ਹੁੰਦਾ ਵੀ ਮਿਹਨਤ ਕਰ ਰਹੇ ਹਾਂ ਤੇ ਘੱਟੋ ਘੱਟ ਰੋਜ਼ੀ ਰੋਟੀ ਤਾਂ ਚੱਲੇ ਤੇ ਫਿਰ ਉਹਦੇ ਕਰਕੇ ਮੈਂ ਟਰੱਕ ਚਲਾਉਂਦਾ ਸੀਗਾ ਨਾਲ-ਨਾਲ ਟਰੱਕ ਚਲਾਉਂਦਾ ਸੀ ਤੇ ਨਾਲ ਫੈਮਿਲੀ ਮੈਨੇਜ ਕਰਨੀ ਕੰਮ ਵੀ ਕਰਨਾ ਤੇ ਮਿਊਜ਼ਿਕ ਨੂੰ ਵੀ ਟਾਈਮ ਦੇਣਾ ਸਾਰਾ ਕੁਝ ਉਹ ਉਹਦੇ ਚੱਕਰ ਦੇ ਵਿੱਚ ਟਾਈਮ ਹੀ ਨਹੀਂ ਸੀ ਦੇ ਪਾ ਰਿਹਾ ਮੈਂ ਸਾਲ 'ਚ 2-3 ਗਾਣੇ ਮਸੀ ਰਿਲੀਜ਼ ਹੁੰਦੇ ਸੀਗੇ ਤੇ ਮੈਨੂੰ ਐ ਲੱਗਦਾ ਹੁੰਦਾ ਸੀਗਾ ਵੀ ਮੇਰੇ ਜਿਹੜਾ ਤੇ ਮੈਂ ਗਾਣੇ ਕਰਨੇ ਚਾਹਣਾ ਉਹਨਾਂ ਦੀ ਵੀਡੀਓ ਇੰਡੀਆ ਜਾ ਕੇ ਬਣਾਉਣੀ ਆ ਇੰਡੀਆ ਹੀ ਬਣਨੀ ਆ ਇੱਥੇ ਨਹੀਂ ਬਣਨੀ ਉਹਨਾਂ ਦੀ ਵੀਡੀਓ ਅੱਛਾ ਉਸ ਤੋਂ ਬਾਅਦ ਹੋਇਆ ਕਿ ਇੱਕ ਗਾਣਾ ਹੋਰ ਮੈਂ ਕੀਤਾ ਮੈਂ ਹੁਣ ਨਾਂ ਨਹੀਂ ਲਊਂਗਾ ਉਹ ਜਿਹੜੇ ਵੀ ਵੀਡੀਓ ਡਾਇਰੈਕਟਰ ਆ ਉਹ ਐਂ ਕਰਦੇ ਸੀਗੇ ਵੀ ਪੈਸੇ ਲੈ ਲਓ ਪੈਸੇ ਜਿੰਨੇ ਹੀ ਲੈਣੇ ਆ ਪਰ ਕੰਮ ਬੜਾ ਬੇਕਾਰ ਕਰਨਾ ਕਿਸੇ ਕੰਮ ਦੀ ਕੋਈ ਵੀਡੀਓ ਨਹੀਂ ਕਰਨੀ ਫਿਰ ਮੈਨੂੰ ਲੱਗਦਾ ਨਹੀਂ ਯਾਰ ਇੰਡੀਆ ਜਾ ਕੇ ਮੈਨੂੰ ਲੱਗਦਾ ਬੈਟਰ ਮੈਂ ਕਰ ਸਕਦਾ ਉਹਦੇ ਚੱਕਰ ਚ ਸਾਲ ਚ 2 3 ਗਾਣੇ ਮਸੀ ਆਉਣੇ ਉਹ ਵੀ ਫਲॉप ਕਿਉਂਕਿ ਜਿਹੜਾ ਮੈਨੂੰ ਇਹ ਲੱਗਦਾ ਵੀ ਆਡੀਅנס ਨੂੰ ਹਰੇਕ ਮਹੀਨੇ ਮਹੀਨੇ ਚ ਜਾਂ ਦੋ ਗਾਣੇ ਆ ਕੇਣਾ ਚਾਹੀਦਾ ਚਾਹੀਦਾ ਉਹਨਾਂ ਨੂੰ ਯਾਦ ਰਵੇ ਪਿਆ ਆ ਆਰਟਿਸਟ ਹੈ ਹੁਣ ਵੈਸੇ 20 ਤੋਂ 23 ਤੱਕ ਆਉਣੇ ਆ ਵੀ ਹੁਣ ਤਾਂ ਮਹੀਨੇ 'ਚ ਵੀ ਜੇ ਇੱਕ ਗਾਣਾ ਆ ਜਾਵੇ ਬੰਦੇ ਤਾਂ ਭੁੱਲ ਜਾਂਦੇ ਬਿਲਕੁਲ 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 ਤੇ ਜਦੋਂ ਸਾਰਾ ਮੈਨੂੰ ਐ ਲੱਗਣ ਲੱਗ ਪਿਆ ਵੀ ਯਾਰ ਨਹੀਂ ਹੁਣ ਆਪਾਂ ਛੱਡਦੀਏ ਗਾਉਣਾ ਵੀ ਮੇਰੇ ਮੈਨੂੰ ਆਪਣੇ ਆਪ ਨੂੰ ਐ ਫੀਲ ਹੋਣ ਲੱਗ ਗਿਆ ਵੀ ਨੇ ਯਾਰ ਹੁਣ 25 26 ਪਲੱਸ ਹੋ ਗਏ ਆ ਵੀ ਹੁਣ ਆਪਾਂ ਜਿਹੜੇ ਨਵੇਂ ਮੁੰਡੇ ਆ ਉਹ ਹੀ ਉਹਨਾਂ ਦਾ ਹੀ ਕੰਮ ਆ ਇਹ ਕਰਨਾ ਹਨਾ ਵੀ 20 ਸਾਲ ਦੀ ਉਮਰ ਹੋਣੀ ਚਾਹੀਦੀ ਆ ਜੋ ਮੈਨੂੰ ਲੱਗਦਾ ਸੀ ਐਨਰਜੀ ਬਹੁਤ ਹੁੰਦੀ ਆ ਕਿਉਂਕਿ ਯੂਥ ਨਾਲ ਕਨੈਕਟ ਕਰਨਾ ਆਪਸੇ ਬੰਦੇ ਦਿਮਾਗ 'ਚ ਮੈਨੂੰ ਐ ਲੱਗਣ ਲੱਗ ਗਿਆ ਫਿਰ ਹੋਇਆ ਕਿ ਮੈਂ ਮੈਂ ਜਿੰਮ ਚ ਗਿਆ ਜਾਂਦਾ ਮੈਂ ਰੋਇ ਸੀ ਅੱਜ ਜਿੰਮ ਚਾਹੇ ਅੱਧਾ ਘੰਟਾ ਲਾ ਕੇ ਆ ਜਾ 15 ਮਿੰਟ ਦੋਈ ਜਾਣਾ ਵੀ ਨਾ ਆਜੇ ਤਾਂ ਕਰਨ ਪਰ ਮੈਂ ਗਿਆ ਤੇ ਮੈਂ ਟ੍ਰੈਡਮਿਲ ਤੋਂ ਜਦੋਂ ਚੜਿਆ ਉਹਦੇ ਤੇ ਨਾ ਗ੍ਰਾਫ ਬਣਿਆ ਹੋਇਆ ਸੀਗਾ ਇੱਕ ਪਾਸੇ ਏਜ ਗ੍ਰਾਫ ਇੱਕ ਪਾਸੇ ਹਾਰਟ ਰੇਟ ਦਾ ਗ੍ਰਾਫਟ ਗ੍ਰਾਫ ਬਣਿਆ ਸੀਗਾ ਤੇ ਮੈਂ ਜੋ ਦੇਖਿਆ ਵੀ 20 ਸਾਲ ਦੇ ਦਾ 25 ਸਾਲ ਦੇ ਬੰਦੇ ਦੀ ਜਿਹੜੀ ਹਾਰਟ ਰੇਟ ਦਾ ਕੋ ਬੜਾ ਫਰਕ ਨਹੀਂ ਮਾਈਨਰ ਜਿਹਾ ਡਿਫਰੈਂਸ ਆ ਛੋਟੀ ਜੀ ਗੱਲ ਸੀਗੀ ਉਹ ਤਾਂ ਮੈਨੂੰ ਗੱਲ ਬੜੀ ਇਕਦਮ ਕਰ ਗਈ ਹਾਂ ਭਈ ਯਾਰ ਫਰਕ ਦਾ ਸਾ ਕੁਛ ਵੀ ਨਹੀਂ ਹੈਗਾ 2 ਕਿ 2% ਦਾ ਤਾਂ ਮੈਂ ਵੀ ਢੇਰੀ ਢਾਈ ਬੈਠਾ ਹਾਂ ਨਾ ਮੈਂ ਨਹੀਂ ਯਾਰ ਆਹੀ ਗਾਣਾ ਕਰਨਾ ਹੁਣ ਆਪਾਂ ਬਾਪੂ ਕਰਨਾ ਗਾਣਾ ਜਿਹੜਾ ਮੈਨੂੰ ਚੰਗਾ ਲੱਗਦਾ ਮੈਂ ਉਹੀ ਕਰਨਾ ਮੈਂ 2-3 ਮਿਊਜ਼ਿਕ ਆਰਟਿਸਟਾਂ ਨੂੰ ਭੇਜਿਆ ਉਹਨਾਂ ਨੇ ਕਿਹਾ ਨਹੀਂ ਯਾਰ ਤੂੰ ਪੈਸੇ ਨਾ ਵੇਸਟ ਕਰ ਪਹਿਲਾਂ ਹੀ ਬੜੇ ਪੈਸੇ ਵੇਸਟ ਕਰ ਲਿਆ ਮੈਂ ਕਿਹਾ ਨਹੀਂ ਇਹੀ ਕਰਨਾ ਹੈ ਹੀ ਆ ਫਿਰ ਮੈਂ ਮੇਰਾ ਇੱਕ ਮਿੱਤਰ ਜੈਜ਼ ਬੁੱਟਰ ਨੂੰ ਭੇਜਿਆ ਉਹਨੇ ਗਾਣਾ ਬਣਾਇਆ ਤੇ ਜਦੋਂ ਆ ਗਿਆ ਬਣ ਕੇ ਫਿਰ ਮੈਂ ਇੱਕ ਦੋ ਜਣਾਂ ਨੂੰ ਗਾਣਾ ਸੁਣਾਇਆ ਵੀ ਸੁਣੋ ਦਾ ਗਾਣਾ ਉਹ ਨਹੀਂ ਯਾਰ ਇਹ ਗਾਣਾ ਇਦਾਂ ਨਹੀਂ ਹੋਣਾ ਚਾਹੀਦਾ ਇਹ ਗਾਣਾ ਭੰਗੜੇ ਵਾਲਾ ਹੋਣਾ ਚਾਹੀਦਾ ਆ ਜਿੱਦਾਂ ਉਹ ਮੋਜਾਂ ਭੋਲਣੀਆਂ ਜੋ ਬਾਪੂ ਦੇ ਸਿਰ ਤੇ ਕਰੀਆ ਉਦੋਂ ਦਾ ਮਿਊਜ਼ਿਕ ਹੋਣਾ ਚਾਹੀਦਾ ਆ ਤਾਂ ਨਹੀਂ ਯਾਰ ਮੈਨੂੰ ਮੈਨੂੰ ਲੱਗਦਾ ਵੀ ਗਾਣਾ ਇਮੋਸ਼ਨਲ ਇਦਾਂ ਹੀ ਹੋਣਾ ਚਾਹੀਦਾ ਜਿੱਦਾਂ ਦਾ ਬਣਿਆ ਵੀ ਬੈਸਟ ਆ ਹੁਣ ਤੱਕ ਦੀ ਮੇਰੀ ਉਸ ਗਾਣੇ ਦੀ ਸਭ ਤੋਂ ਸਸਤੀ ਵੀਡੀਓ ਸੀ ਜਿਹਦੇ ਤੇ ਅਸੀਂ ਸਿਰਫ ਇੱਥੇ ਸਿੰਕ ਕੀਤੇ ਇੰਡੀਆ ਮੈਂ ਆਪਣੇ ਦੋਸਤ ਨੂੰ ਪੈਸੇ ਭੇਜੇ ਮੇਰੇ ਨਾਲ ਪੜਦਾ ਸੀਗਾ ਕਰਦੇ ਵੀਡੀਓ ਜਿੱਦਾਂ ਇਹ ਤੈਨੂੰ ਠੀਕ ਲੱਗਦੀ ਆ ਉਹਨੇ ਆਪਣੇ ਹਿਸਾਬ ਨਾਲ ਵੀਡੀਓ ਕਰਤੀ ਮੈਂ ਕੋਈ ਮੇਰਾ ਇੰਟਰਫੀਰੈਂਸ ਨਹੀਂ ਉਹਦੇ ਚ ਕਰਕੇ ਅਸੀਂ ਗਾਣਾ ਰਿਲੀਜ਼ ਕਰਤਾ ਸਭ ਤੋਂ ਘੱਟ ਪੈਸੇ ਮੈਂ ਉਸ ਗਾਣੇ ਤੇ ਲਾਇਆ ਅੱਜ ਤੱਕ ਤੇ ਸਭ ਤੋਂ ਜ਼ਿਆਦਾ ਪੈਸੇ ਉਹ ਗਾਣੇ ਨੇ ਕਮਾ ਕੇ ਦਿੱਤੇ ਉਹ ਗਾਣੇ ਤੋਂ ਬਾਅਦ ਫਿਰ ਮੈਨੂੰ ਲੱਗਾ ਨਹੀਂ ਯਾਰ ਬੰਦੇ ਨੂੰ ਹਾਰ ਨਹੀਂ ਚਾਹੀਦਾ ਕਿਤੇ ਨਾ ਕਿਤੇ ਸਟਰਗਲ ਕਰੀ ਜਾਓ ਉਹ ਜਿਹੜੀ ਗੱਲਾਂ ਨਾ ਵੀ ਤੁਸੀਂ ਟੋਆ ਪੱਟਦੇ ਆਂ ਪੱਟਦੇ ਪਰ ਜਦੋਂ ਜ਼ਿਆਦਾ ਸੋਨਾ ਆਉਣ ਲੱਗਦਾ ਜਾਂ ਹੀਰੇ ਆਉਣ ਲੱਗਦੇ ਆ ਤੁਸੀਂ ਅੱਕ ਜਾਂਦੇ ਹੋ ਤੇ ਪਹੁੰਚਦੇ ਨਹੀਂ ਉੱਥੇ ਤੱਕ ਤਾਂ ਕਰੀ ਜਾਓ ਮੈਂਦ ਨੰਬਰ ਤਾਂ ਲੱਗਦਾ ਹੀ ਸਾਰਿਆਂ ਨੂੰ ਨਾ ਵੀਰੇ ਅਸੀਂ ਇਹ ਦੇਖਿਆ ਕਿ ਜਦੋਂ ਇਨਸਾਨ ਜਦਾਂ ਨਾਲ ਉਹ ਤੁਸੀਂ ਸੰਘਿੰਗ ਕਰ ਰਹੇ ਹੋ ਨਾ ਜਦੋਂ ਤਾਂ ਕਹੀ ਨਹੀਂ ਪਤਾ ਹੁੰਦਾ ਨਾ ਕਿ ਉਹਦੇ ਚੋਂ ਕੱਢਣ ਪਾਉਣ ਨੂੰ ਕੀ ਆ ਹਮ ਹਰ ਕਿਸੇ ਨੂੰ ਐਂ ਲੱਗਦਾ ਜਿਵੇਂ ਜਿਹੜੀ ਗੱਲ ਤੁਸੀਂ ਕਰਗੇ ਕਿ ਮੈਂ ਡਾਇਮੰਡ ਨੂੰ ਹੱਥ ਹੀ ਨਹੀਂ ਲਾਪਾਇਆ ਮੈਨੂੰ ਤਾਂ ਹੀਰਾ ਮਿਲਿਆ ਹੀ ਨਹੀਂ ਅਸਲ 'ਚ ਹੀਰਾ ਜਿਵੇਂ ਸ਼ੋਅ ਕੀਤਾ ਜਾਂਦਾ ਹੈ ਨਾ ਕਿ ਤੁਸੀਂ ਸਿੰਗਰ ਹੋ ਤੇ ਤੁਸੀਂ ਹਰ ਟਾਈਮ ਤੁਹਾਡੇ ਜਿੱਦਾਂ ਤੁਸੀਂ ਬਾਹਰ ਨਿਕਲੋਗੇ ਤੁਸੀਂ ਤੁਹਾਡੇ ਆਟੋਗ੍ਰਾਫ ਲੈਣਗੇ ਲੋਕ ਤੇ ਉਹ ਚੀਜ਼ ਕੰਸਿਸਟੈਂਟ ਰਹੂਗੀ ਜਦੋਂ ਹੁਣ ਤੁਹਾਡਾ ਇੱਕ Song ਚੱਲਿਆ ਕਈਆਂ ਲਈ ਉਹ ਕਿੰਨਾ ਡ੍ਰੀਮ ਸੀਗਾ ਬੈਨਰ ਤੱਕ ਦੀ ਗੱਲ ਕਰਦਾ ਜੋ ਕਿਸੇ ਦਾ ਇੱਕ ਚੱਲ ਜਾਂਦਾ ਕੋਈ ਇਹੀ ਦੁਆ ਕਰਦਾ ਫਿਰ ਅੱਪਾ ਹੋਰ ਕੁਝ ਨਹੀਂ ਮੇਰਾ ਇੱਕ ਹੀ ਗਾਣਾ ਚੱਲ ਜਾਵੇ ਬੈਨਰ ਵਰਗਾ ਕੋਈ ਐਵੇਂ ਚੜਜੇ ਵੀ ਤੁਹਾਡਾ ਉਹ ਚੜਿਆ ਉਸ ਤੋਂ ਬਾਅਦ ਤੁਸੀਂ ਅਗਲਿਆਂ ਨੂੰ ਦੇਖਿਆ ਵੀ ਆਰ ਮੌਕੇ ਤੇ ਜੋ ਵੀ ਹੋਣਗੇ ਵੀ ਅਸੀਂ ਐਵੇਂ ਦਾ ਘੈਂਟ ਕੰਮ ਕਰੀਏ ਪਰ ਰਿਐਲਿਟੀ ਇਹ ਹੈ ਜਦੋਂ ਤੁਸੀਂ ਉਹਨਾਂ ਦੇ ਸ਼ੂਸ 'ਚ ਜਾ ਜਾਂਦੇ ਨਾ ਮੇਬੀ ਹਾਂ ਜਾਂ ਫਿਰ ਹੁਣੇ ਹੀ ਦੱਸ ਦੋ ਉਹ ਅੱਜ ਦੀ ਡੇਟ ਤੇ ਜਿਨ੍ਹਾਂ ਨੂੰ ਤੁਹਾਨੂੰ ਦੇਖ ਕੇ ਹੋ ਰਿਹਾ ਵੀ ਮੇਰਾ ਵੀ ਐਵੇਂ ਦਾ ਹੋਵੇ ਅੱਜ ਦੀ ਡੇਟ ਤੇ ਕਿਉਂਕਿ ਪੰਜਾਬੀ ਇੰਡਸਟਰੀ ਮੈਂ ਇੰਨੀ ਦੇਖ ਚੁੱਕੇ ਹਾਂ ਪੰਜਾਬੀ ਕੀ ਬਾਲੀਵੁੱਡ ਹਾਲੀਵੁੱਡ ਹਰ ਕਿਸੇ ਦਾ ਇੱਕ ਫੇਜ਼ ਆਉਂਦਾ ਬਿਲਕੁਲ ਉਸ ਤੋਂ ਬਾਅਦ ਉਹ ਐਵੇਂ ਦਾ ਡਾਊਨਫਾਲ ਆਉਂਦਾ ਜੇ ਉਹ ਇਨਸਾਨ ਨੂੰ ਹੁਣ ਤੁਸੀਂ ਦਾ ਟਰੈਡਮਿਲ ਦੇ ਉਹ 25 ਤੇ 30 ਦਾ ਗੈਪ ਦੇਖ ਕੇ ਸਮਝ ਗਏ ਵੀ ਆਰ ਗੈਪ ਦਾ ਕੋਈ ਸਵਾਲ ਨਹੀਂ ਵੀ ਮੈਨੂੰ ਤਾਂ ਕੰਮ ਕਰਦੇ ਰਹਿਣਾ ਚਾਹੀਦਾ ਹੁਣ ਐਵੇਂ ਦਾ ਹੀ ਡਾਊਨਫਾਲ ਜਿਵੇਂ ਆ ਜਿਹੜੀ ਮੈਂ ਐਗਜ਼ਾਮਪਲ ਲੈ ਕੇ ਦੱਸਾਂ ਮੈਂ ਤਾਂ ਆਪ ਬੱਚਾ ਨਾ ਉਹਨਾਂ ਦੀ ਕਿਆ ਐਂਗਰੀ ਯੰਗਮੈਨ ਕਾਈਂਡ ਆਫ ਲਾ ਲਈ ਉਹਨਾਂ ਦਾ ਬੈਨਰ ਸੀਗਾ ਆਇਆ ਉਸ ਤੋਂ ਬਾਅਦ ਉਹ ਇਨਸਾਨ ਨੂੰ ਜਿਵੇਂ ਉਹ 30s 'ਚ ਪਹੁੰਚਦੇ ਨੇ ਆਪਦੇ 30s ਤੋਂ ਲੈ ਕੇ 50s ਤੱਕ ਕਿਸੇ ਨੇ ਮੂੰਹ ਨਹੀਂ ਲਾਇਆ ਉਹਨਾਂ ਦੀ ਇੱਕ ਮੂਵੀ ਆਈ ਕਿਹੜੀ ਉਹ ਸੂਰਯਵੰਸ਼ ਉਹ ਵੀ ੱੱਕੇ ਨਾਲ ਚਲਨ ਚੱਲਦੀ ਐ ਸੈਟ ਮੈਕਸ ਤੇ ਬਾਅਦ ਚ ਜਾ ਕੇ ਉਹਨਾਂ ਨੂੰ ਕਿਹੜੀ ਏਜ ਦੇ ਅੰਦਰ ਜਾ ਕੇ ਫੇਰ ਕੰਮ ਮਿਲਣ ਲੱਗਾ ਜੇ ਉਹ ਬੰਦਾ ਹਿੰਮਤ ਹਾਰ ਜਾਂਦਾ ਫੇਰ ਰਾਈਟ ਉਹ ਰਹੀ ਗੱਲ ਜਿਹੜਾ ਬਾਪੂ ਗਾਣਾ ਸੀ ਨਾ ਉਹ ਕਨੈਕਟ ਬਹੁਤ ਤਗੜਾ ਹੋਇਆ ਲੋਕਾਂ ਨਾਲ ਉਹ ਮਤਲਬ ਜੇ ਆਪਾਂ ਕੋਈ ਵੀ ਸੁਣਦੇ ਆ ਟੌਪ ਮੋਸ ਗਾਣੇ ਜਿਵੇਂ ਬਾਪੂ ਕਿਉਂਕਿ ਹਰ ਇੱਕ ਬੰਦੇ ਦਾ ਇੱਕ ਡ੍ਰੀਮ ਹੁੰਦਾ ਤੇ ਇੱਕ ਥੋੜਾ ਹੋਰ ਗਾਣਾ ਉਹ ਜਿਹਨੇ ਕਦੀ ਟਰਾਲੀ ਨੂੰ ਨਹੀਂ ਬੈਕ ਲਾਇਆ ਕਰਦਾ ਟਰਾਲੀ ਦੀ ਜੌਬ ਮਿੱਤਰੋ ਜਿਹਾ ਹੈ ਨਾ ਉਹ ਗਾਣਾ ਚਲੋ ਜਿੱਦਾਂ ਵੀ ਪਰ ਇੱਥੇ ਦੇ ਲੋਕਾਂ ਨੇ ਉਹ ਵੀ ਬਹੁਤ ਸੁਣਿਆ ਕਿ ਉਹ ਵੀ ਕਨੈਕਟ ਕਰਦਾ ਦੀ ਇੱਥੇ ਕਿਵੇਂ ਆਇਆ ਸੀ ਕਿਉਂ ਬਾਪੂ ਤੋਂ ਬਾਅਦ ਆਇਆ ਕਿ ਪਹਿਲਾਂ ਉਹ ਪਹਿਲਾਂ ਆਇਆ ਸੀ ਕਿਉਂਕਿ ਆਬਵੀਅਸਲੀ ਉਹ ਫਰੈਸ਼ ਜਿਹਾ ਸੀਗਾ ਮੇਰੇ ਸੋਨ ਨੂੰ ਉਹੀ ਕਰ ਸਕਦੇ ਸੀ ਜਿਹੜਾ ਤਾਜ਼ਾ ਤਾਜ਼ਾ ਇੰਡੀਆ ਤੋਂ ਆਇਆ ਹਾਂ ਬਿਲਕੁਲ ਬਿਲਕੁਲ ਉਹ ਥੋੜਾ ਬਾਪੂ ਤੋਂ 1 ਸਾਲ 2 ਸਾਲ ਪਹਿਲਾਂ ਆਇਆ ਸੀਗਾ ਤੇ ਇੱਕ ਗੱਲ ਮੈਂ ਵਿੱਚ ਤੁਹਾਡੀ ਘਟਦਾ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਵੀ ਯੋ ਸੇ ਕੰਟੈਕਸਟ ਚ ਵਾਪਸ ਹਾਂ ਬਈ ਸਿੰਗਰ ਜਿਹੜੇ ਉਹ ਫੇਮ ਜੇ ਵਿੱਚ ਹੁੰਦੇ ਨੇ ਤਾਂ ਉਹ ਕਿਦਾਂ ਲੱਗਦੇ ਨੇ ਵੀ ਲਗਜ਼ਰੀ ਗੱਡੀਆਂ ਚ ਘੁੰਮਦੇ ਸਾਰਾ ਕੁਝ ਹੈ ਹੂੰ ਹੂੰ ਮੈਨੂੰ ਐ ਲੱਗਦਾ ਵੀ ਜਦੋਂ ਆਪਾਂ ਸਨੈਪਸ਼ਾਟ ਪਾਉਨੇ ਆ ਇੰਸਟਾਗ੍ਰam ਤੇ ਸਟੋਰੀ ਪਾਉਨੇ ਆ ਕੁਝ ਵੀ ਤੁਸੀਂ ਕਦੀ ਦੇਖਿਆ ਵੀ ਕਿਸੇ ਆਰਟਿਸਟ ਨੇ ਪਾਈ ਹੋਵੇ ਵੀ ਯਾਰ ਮੈਂ ਘਰ ਤਾਂ ਪਜਾਮਾ ਪਾ ਕੇ ਘੁੰਮਦਾ ਮੈਂ ਚਪਲਾਂ ਪਾ ਕੇ ਘੁੰਮਦਾ ਮੈਂ ਆਹ ਕਦੇ ਕਿਆਰੀ ਨੂੰ ਪਾਣੀ ਲਾ ਰਿਹਾ ਜਾਂ ਮੈਂ ਖੇਤਾਂ ਨੂੰ ਪਾਣੀ ਲਾ ਰਿਹਾ ਨਹੀਂ ਪਾਉਂਦੇ ਕਿਤੇ ਵੀ ਕੁਝ ਵੀ ਆਲਵੇਸ ਉਹ ਪਾਉਗੇ ਜਿੱਥੇ ਉਹ ਪੂਰੇ ਸੂਟਡ ਬੂਟਡ ਤਿਆਰ ਹੋਏ ਆ ਐਨ ਪੂਰਾ ਤੇ ਜਿਹੜਾ ਯੂਥ ਦੇਖਦਾ ਨਾ ਮੈਨੂੰ ਲੱਗਦਾ ਉਹਨਾਂ ਨੂੰ ਐਂ ਲੱਗਦਾ ਵੀ ਯਾਰ ਆਹੀ ਲਾਈਫ ਗੁੱਡ ਆ ਪਰਫੈਕਟ ਆਹੀ ਲਾਈਫ ਆ ਸਿੰਗਰ ਦੀ ਲਾਈਫ ਜਿਹੜੀ ਆ ਉਹ 24 ਆਵਰ ਆਹੀ ਰਹਿੰਦੀ ਨਹੀਂ ਐਂ ਨਹੀਂ ਐ ਥੋੜੀ ਆ ਯਾਰ ਉਹ ਤਾਂ ਸਿਰਫ ਜਦ ਕਿਤੇ ਤਿਆਰ ਹੋ ਕੇ ਚੱਲਿਆ ਤਾਂ ਸਟੋਰੀ ਪਾਤੀ ਪਰ ਉਹ ਉਹ ਥੋੜੀ ਸਟੋਰੀ ਪਾਉਂਦਾ ਜਦੋਂ ਘਰ ਬੈਠਾ ਆਪਣੇ ਜਵਾਕਾਂ ਕੋਲ ਬਿਠਾਇਆ ਜਾਂ ਆਪਣੀ ਮੰਮੀ ਕੋਲ ਬਿਠਾ ਡੈਡੀ ਕੋਲ ਬਿਠਾਇਆ ਕਿਤੇ ਵੀ ਆਪਣੇ ਕੈਜੂਅਲ ਕੱਪੜਿਆਂ ਦੇ ਵਿੱਚ ਬੈਠੇ ਹੋ ਪਾਉਂਦੇ ਨਹੀਂ ਹੈਗੇ ਉਹ ਵੀ ਲਾਈਫ ਦਿਖਾਉਣੀ ਚਾਹੀਦੀ ਹੈ ਨਾ ਆਪਣੀ ਯਾਰ ਆਮ ਬੰਦੇ ਨੂੰ ਲੱਗੇ ਨਹੀਂ ਯਾਰ ਇਹ ਸਾਡੇ ਵਰਗਾ ਹੀ ਆ ਬੰਦੇ ਇਹ ਕੋਈ ਸਪੈਸ਼ਲ ਨਹੀਂ ਆ ਮੈਨੂੰ ਇਹ ਲੱਗਦਾ ਹੁੰਦਾ ਵੀ ਕਲਰ ਕਿਤੇ ਨਾ ਕਿਤੇ ਉਹ ਚੀਜ਼ ਗਲਤ ਜਾ ਰਹੀ ਆ ਬ੍ਰਾਂਡ ਪਾ ਕੇ ਤੁਸੀਂ ਪਾ ਦਿੰਨੇ ਹੋ ਜਿਹੜੇ ਤੁਹਾਨੂੰ ਫੋਲੋ ਕਰਦੇ ਆ ਉਹ ਉਹੀ ਬ੍ਰਾਂਡ ਸੋਚੂ ਯਾਰ ਉਹਨੇ ਉਹ ਬ੍ਰਾਂਡ ਪਾਇਆ ਸੀ ਮੈਂ ਵੀ ਉਹੀ ਲੈਣਾ ਪਰ ਉਹ ਥੋੜੀ ਦਿਖਾਉਂਦੇ ਆ ਜਦੋਂ ਯਾਰ 15 ਡਾਲਰ ਵਾਲੀ ਟੀ-ਸ਼ਰਟ ਪਾ ਕੇ ਬੈਠ ਉਹੀ ਦਿਖਾਉਣਾ ਚਾਹੀਦਾ ਹਾਂ ਨਾਲੇ ਜੇ ਉਸ ਚੀਜ਼ ਦੀ ਇਹ ਇਹ ਨਾ ਇੱਕ ਚੀਜ਼ ਤਰੀਕੇ ਦੀ এডੂਕੇਸ਼ਨ ਆ ਯਾ ਤੇ ਇਹ ਹੁਣ ਤੁਹਾਨੂੰ ਤਜਰਬੇ ਨਾਲ ਆਈ ਕਈਆਂ ਨੂੰ ਨਹੀਂ ਆਉਂਦੀ ਇਹ ਗੱਲ ਮੈਂ ਕਰਨਾ ਤਾਂ ਚਾਹੁੰਦਾ ਸੀ ਕਿਉਂਕਿ ਜਦੋਂ ਕਿੰਨੇ ਹੀ ਐਵੇਂ ਦੇ ਸਿੰਗਰ ਨੇ ਜਦੋਂ ਕਿੰਨੇ ਹੀ ਲਿਰਿਕਸ ਦੀ ਤੁਸੀਂ ਗੱਲ ਕਰ ਗਏ ਬੜੀ ਘੈਂਟ ਮੈਂ ਸੋਚ ਵੀ ਨਹੀਂ ਸਕਦਾ ਇਹ ਪੁਆਇੰਟ ਤੇ ਕੋਈ ਵੀ ਆਰਟਿਸਟ ਹੈ ਲਿਰਿਕਸ ਵਾਲਾ ਆਰਟਿਸਟ ਹੈ 뮤ਜ਼ਿਕ ਵਾਲਾ ਹੈ ਕੋਈ ਵੀ ਹੈ ਤਾਂ ਫੋਟ ਛੱਡੋ ਆਪਾਂ ਹਨੀ ਸਿੰਘ ਦੀ ਮੈਂ ਇੱਕ ਐਗਜ਼ਾਮਪਲ ਦੱਤਾ ਮਤਲਬ ਬੱਚਨ ਦਾ ਮਿਊਜ਼ਿਕ ਇੰਡਸਟਰੀ ਦੇ ਅੰਦਰ ਤਾਂ ਦੇ ਦੇ ਦਿੰਨਾ ਹਨੀ ਸਿੰਘ ਦਾ ਕਿਸੇ ਟਾਈਮ ਤੇ ਉਹਨੇ ਪੂਰੇ ਇੰਡੀਆ ਨੂੰ ਛੱਡੋ ਜਿੱਥੇ-ਜਿੱਥੇ ਇੰਡੀਅਨ ਜੀਆ ਪੰਜਾਬੀ ਹੈਗੇ ਨੇ ਕਿਉਂ ਉਹ ਬੰਦੇ ਨੇ ਜਿਹਨੂੰ ਕਹਿੰਦੇ ਨੇ ਆ ਫਾੜਤਾ 3G ਦੇ ਟਾਈਮ ਤੇ ਉਹ ਵੀ ਹਾਂ ਬਿਲਕੁਲ 3G 2G 3G ਟਾਈਮ ਦੇ ਕਹਿ ਲਾਗੇ ਕੁਝ ਗਾਣੇ ਸਟਾਰਟਿੰਗ ਦੇ ਉਹਦੇ ਬਲੂਟੂਥ ਵਾਲੇ ਵੀ ਸੀਗੇ ਤੇ ਉਹਨਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਸੀ ਤੇ ਉਹਨੇ ਉਹੀ ਲੈ ਕੇ ਚੱਲਿਆ ਵੀ ਮੇਰਾ ਜੇ ਸਟਾਰਡਮ ਹੈ ਇਹ ਤਾਂ ਚੱਲੂਗਾ ਮੇਰੇ ਨਾਲ ਬਿਲਕੁਲ ਬਟ ਹੈਲਥ ਨਾਲ ਦੀ ਚੀਜ਼ ਹੁਣ ਉਹਦੀ ਲਾਈਫ ਚ ਹੈਲਥ ਪ੍ਰੋਬਲਮ ਆਈ ਉਹ ਚੀਜ਼ ਦੀ ਨਾਲ ਦੀ ਨਾਲ ਦੱਸਣ ਦੇ ਬਜਾਏ ਉਹ ਰੱਖੀ ਗਿਆ ਜਿਵੇਂ ਹੁਣ ਤੁਹਾਡਾ ਕਹਿ ਰਹੇ ਮੇਰਾ ਇੱਕ ਡਾਊਨ ਫੇਜ਼ ਆਇਆ ਕਾਈਂਡ ਆਫ ਅ ਡਿਪਰੈਸ਼ਨ ਤੁਸੀਂ ਉਹਨੂੰ ਡੀਲ ਕਰ ਗਏ ਜੇ ਨਾ ਕਰ ਪਾਉਂਦੇ ਪਤਾ ਹੀ ਨਹੀਂ ਲੱਗਣਾ ਸੀ ਵੀ ਹਰ ਵੀ ਕਿੱਧਰ ਗਿਆ ਬਿਲਕੁਲ ਤੁਸੀਂ ਵੀ ਉਹ ਗਮਨਾਮ ਗਲੀਆਂ ਦੇ ਅੰਦਰ ਗਾਇਬ ਕਿੰਨੇ ਕਿੰਨੇ ਸਿੰਗਰ ਨੇ ਐਵੇਂ ਹੁਣ ਹਨੀ ਸਿੰਘ ਸੀਗਾ ਉਹ ਬਿਮਾਰ ਹੁੰਦਾ ਉਹਨੂੰ ਕੁਝ ਹੋਇਆ ਡਿਪਰੈਸ਼ਨ ਹੋਇਆ ਬਾਈਪੋਲਰ ਡਿਸਆਰਡਰ ਓਨੀ ਦਿਨ ਤੱਕ ਗਾਇਆ ਵੀ ਰਿਹਾ ਵੀ ਕਿ ਹੈ ਕੋਣ ਜਦੋਂ ਵਾਪਸ ਆਉਣ ਦੀ ਟ੍ਰਾਈ ਕਰਦਾ ਥੈਨ ਪਤਾ ਲੱਗਦਾ ਵੀ ਆ ਚੀਜ਼ ਸਫਰ ਕਰ ਰਿਹਾ ਫਿਰ ਕਿੰਨੇ ਹੀ ਲੋਕਾਂ ਨੂੰ ਇਹ ਹੈ ਵੀ ਯਾਰ ਇਹ ਸਫਰ ਕਰ ਰਿਹਾ ਤੇ ਪਰ ਮੇਰਾ ਇੱਕ ਗਿਲਾ ਰਹੂਗਾ ਨਾਲ ਉਹ ਫੇਰ ਵਾਪਸ ਬੈਕ ਦਾ ਟ੍ਰੈਕ ਹੋ ਰਹੇ ਨੇ I mean ਜੇ ਤੁਸੀਂ ਲਾਈਫ ਤੋਂ ਸਿੱਖ ਰਹੇ ਹੋ ਹੁਣ ਤੁਸੀਂ ਕਿਹਾ ਕਿ ਮੈਂ ਸਿੱਕਗੇ ਜਾ ਰਿਹਾ ਕਿ ਜਿੰਨਾ ਟਾਈਮ ਮੈਂ ਹੈਗਾ ਵੀ ਤੁਹਾਡਾ ਦੂਜੇ ਪਾਸੇ ਤੁਸੀਂ ਕਹਿ ਰਹੇ ਮੀਨੀ ਟ੍ਰੈਕਿੰਗ ਕੰਪਨੀ ਬਹੁਤ ਘੈਂਟ ਤੁਹਾਡੀ ਸਟੈਬਲਿਸ਼ ਹੋਈ ਪਈ ਆ ਬਟ ਤੁਸੀਂ ਐਜ਼ ਅ ਹੌਬੀ ਹੁਣ ਸਿੰਗਿੰਗ ਨੂੰ ਲੈ ਕੇ ਜਾ ਰਹੇ ਤਾਂ ਤਾਂ ਹੀ ਮੈਂ ਕਹਿ ਰਿਹਾ ਵੀ ਤੁਸੀਂ ਦੇਖਿਓ ਇੱਕ ਨਾ ਇੱਕ ਗਾਣਾ ਐਵੇਂ ਦਾ ਕ੍ਰੋਸਓਵਰ ਆਊਗਾ ਕਿ ਤੁਸੀਂ ਬਾਪੂ ਤੇ ਬੈਨਰ ਨੂੰ ਵੀ ਪਿੱਛੇ ਛੱਡ ਦੋਗੇ ਇਫ ਐਂਡ ਓਨਲੀ ਇਫ ਜੇ ਤੁਸੀਂ ਲੱਗੇ ਰਹੋਗੇ ਯਾ ਰਾਈਟ ਬਿਲਕੁਲ ਮੈਨੂੰ ਇਹ ਲੱਗਦਾ ਵੀ ਜੇ ਤੁਹਾਡਾ ਤੁਹਾਡੇ ਅੰਦਰ ਇੱਕ ਚੀਜ਼ ਆ ਨਾ ਪੈਸ਼ਨ ਆ ਨਾ ਕਿਸੇ ਚੀਜ਼ ਲਈ ਉਹ ਲੱਗੇ ਰਹੋ ਉਹਨੂੰ ਛੱਡੋ ਨਾ ਕਦੀ ਵੀ ਪਰ ਐ ਨਾ ਹੋਵੇ ਵੀ ਤੁਸੀਂ ਉਹਦੇ ਚੱਕਰ ਚ ਆਪਣਾ ਘਰ ਵੀ ਝਾੜ ਲਓ ਸਾਰਾ ਕੁਝ ਕਰ ਲਓ ਐ ਤੁਹਾਨੂੰ ਘਰ ਘੁਰ ਤਾਂ ਵੀਰੇ ਬਾਅਦ ਦੀ ਗੱਲ ਹੈ ਮਤਲਬ ਬਲੀਵ ਕਰਦੇ ਹੋ ਲੋਕੀ ਆ ਜਿਹੜਾ ਘਰ ਹੈ ਇਹਦੇ ਤੋਂ ਹੀ ਨਰਾਜ਼ ਹੋ ਜਾਂਦੇ ਬਿਲਕੁਲ ਕਿ ਯਾਰ ਮੈਂ ਉਹ ਚੀਜ਼ ਅਚੀਵ ਨਹੀਂ ਕਰ ਪਾਇਆ ਜਿਵੇਂ ਹੁਣ ਮੈਂ ਆ ਮੈਂ ਐਗਜ਼ਾਮਪਲ ਲਵਾਂ ਵੀ ਜੋ ਵੀ ਆ ਮੀਡੀਆ ਚੈਨਲ ਪੋਡਕਾਸਟਿੰਗ ਕੋਈ ਵੀ ਕਰ ਰਿਹਾ ਹੈ ਮੈਂ ਹੁਣ ਉਹਨੂੰ ਦੇਖ ਕੇ ਕਹਿ ਦਵਾਂ ਅਮਨੀ ਆਰ ਸਾਡੇ ਕੁਝ ਪੌਡਕਾਸਟ ਜਮੇ ਠੰਡੇ ਜਾਂਦੇ ਨੇ ਆਪਾਂ ਰਹਿਣ ਦੀ ਮੈਂ ਡਿਪਰੈਸ਼ਨ ਚ ਰਹਿਣ ਲੱਗ ਜਾ ਆਪਣੇ ਆਪ ਤੋਂ ਨਿਰਾਸ਼ ਹੋ ਜਾ ਨਹੀਂ ਡੇ 1 ਤੇ ਜਦੋਂ ਤੁਸੀਂ ਤੁਰੇ ਸੀਗੇ ਤੁਸੀਂ ਉੱਥੇ ਹਰ ਇਨਸਾਨ ਨੂੰ ਇਹੀ ਹੈ ਜਦੋਂ ਤੁਸੀਂ ਕੁਝ ਵੀ ਕਰ ਰਹੇ ਹੋ ਨਾ ਤੁਸੀਂ ਵਾਪਸ ਡੇ 1 ਤੇ ਚਲ ਜਾਇਆ ਕਰੋ ਪਰ ਜੇ ਡੇ 1 ਤੇ ਤੁਹਾਡੇ ਵਾਦੇ ਐਵੇਂ ਦੇ ਨੇ ਆਪਣੇ ਆਪ ਨਾਲ ਵੀ ਆਪਾਂ ਪਾੜ ਦਾਂਗੇ ਚੱਕ ਜਿੱਤ ਦਾਂਗੇ ਫਿਰ ਤੁਸੀਂ ਸਕਸੈਸ ਪਾਈ ਨਹੀਂ ਸਕਦੇ ਕਿਸੇ ਵੀ ਕੰਮ ਚ ਡੇ ਵਾਂ ਤੇ ਜੇ ਤੁਹਾਡੀ ਥਾਟ ਇਹ ਆ ਮੇਰੀ ਤਾਂ ਥਾਟ ਇਹ ਸੀ ਕਿ ਜਿੰਨਾ ਵੀ ਕਰਾਂਗੇ ਵਧੀਆ ਕਰਾਂਗੇ ਸਵਾਦ ਆਊਗਾ ਗੈਸਟ ਆਊਗਾ ਉਹਨੂੰ ਵੀ ਸਵਾਦ ਆਵੇ ਮੈਨੂੰ ਆਵੇ ਤੇ ਜੋ ਸਾਡੀ ਫੈਮਿਲੀ ਵਾਲੇ ਗੈਸਟ ਦੀ ਤੇ ਸਾਡੀ ਫੈਮਿਲੀ ਵਾਲੇ ਲੋਕ ਦੇਖਣਗੇ ਤੇ ਕਦੇ ਵੀ ਫਿਊਚਰ ਚ ਉਹਨਾਂ ਨੂੰ ਵਧੀਆ ਲੱਗੇ ਤੇ ਉਹ ਚੀਜ਼ ਨੇਚਰਲੀ ਇੰਨੀ ਸੋਹਣੀ ਹੁੰਦੀ ਆ ਨਾ ਜਿਹੜੀ ਚੀਜ਼ ਦੇ ਪਿੱਛੇ 마ਸੂਮੀਅਤ ਤੇ ਸ਼ਿੱਦਤ ਲੱਗੀ ਹੋਵੇ ਨਾ ਉਹ ਚੀਜ਼ ਰਾਈਟ ਗੋਡ ਡੈਮ ਹੀ ਹੁੰਦੀ ਆ ਤੇ ਦੂਜੀ ਗੱਲ ਮੈਂ ਮੈਨੂੰ ਇਹ ਲੱਗਦਾ ਬਈ ਸਾਨੂੰ ਕਦੀ ਵੀ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ ਹਮ ਮੈਂ ਹਰ ਇੱਕ ਦੀ ਲਾਈਫ ਪ੍ਰਮਾਤਮਾ ਨੇ ਅਲੱਗ-ਲੱਗ ਕੇ ਭੇਜੀ ਆ ਡੀਐਨਏ ਨਹੀਂ ਮਿਲਦੇ ਰੱਬ ਨੇ ਕਿੱਡੀ ਤਗੜੀ ਚੀਜ਼ ਦਿਖਾਤੀ ਯਾਰ ਜੇ ਤੁਹਾਡਾ ਮਿਲਣਾ ਹੀ ਨਹੀਂ ਕਿਸੇ ਨਾਲ ਹਾਂ ਹੁਣ ਥਰਡ ਪਰਸਨ ਆਪਾਂ ਆਪਣੇ ਆਪ ਨੂੰ ਕੰਪੇਅਰ ਕਰ ਰਹੇ ਆ ਮੰਨ ਲਓ ਕੋਈ ਆਰਟਿਸਟ ਆ ਉਹ ਬਹੁਤ ਹਿੱਟ ਆ ਹਮ ਮੈਂ ਆਪਣੇ ਉਹਨਾਂ ਨਾਲ ਕੰਪੇਅਰ ਕਰੀ ਜਾਵਾਂ ਔਰ ਮੈਂ ਉਹਦੇ ਨਾਲ ਕਿਦਾਂ ਕੰਪੇਅਰ ਕਰ ਸਕਦਾ ਉਹਦੀਆਂ ਆਦਤਾਂ ਲੱਗ ਨੇ ਉਹਦੇ ਸ਼ੌਂਕ ਲੱਗ ਨੇ ਉਹਦੇ ਸੋਚਣ ਦਾ ਨਜ਼ਰੀਆ ਅਲੱਗ ਆ ਮੇਰਾ ਅਲੱਗ ਆ ਮੈਂ ਮੇਰਾ ਤਾਂ ਜਿਹੜਾ ਰੀਅਲ ਬ੍ਰਦਰ ਆ ਉਹ ਮੇਰੇ ਵਾਂਗੂ ਨਹੀਂ ਸੋਚਦਾ ਮੈਂ ਆਪਣੇ ਜਿਹੜੇ ਨਾਲ ਜੰਮਿਆ ਉਹਨਾਂ ਵਰਗਾ ਜੇ ਮੈਂ ਨਹੀਂ ਸੋਚ ਸਕਦਾ ਜਾਂ ਉਹ ਮੇਰੇ ਵਰਗਾ ਨਹੀਂ ਸੋਚਦੇ ਤਾਂ ਮੈਂ ਥਰਡ ਪਰਸਨ ਨਾਲਗਾਤੇ ਆਪਣੇ ਆਪ ਨੂੰ ਕੰਪੇਅਰ ਕਰੀ ਜਾਵਾਂ ਜੇ ਕੋਈ ਹਿੱਟਾ ਕੋਈ ਕੁਛ ਵੀ ਉਹ ਉਹਦਾ ਸਟਾਈਲ ਆ ਇਆ ਉਹਦੀ ਜੋ ਪ੍ਰਮਾਤਮਾ ਨੇ ਉਹਨੂੰ ਲਿਖ ਕੇ ਭੇਜਿਆ ਆ ਜਦੋਂ ਮੇਰੀ ਕਿਸਮਤ ਸੁਣਾਇਆ ਉਦੋਂ ਮੈਨੂੰ ਮਿਲ ਜਾਣਾ ਜਿਹੜੀ ਚੀਜ਼ ਹੋਣੀ ਆ ਸ਼ਾਇਦ ਉਹਦੇ ਕੋਲ ਨਾ ਹੋਵੇ ਹਮ ਰਾਈਟ ਸੋ ਇਹ ਮੈਨੂੰ ਇਹ ਲੱਗਦਾ ਵੀ ਸਾਨੂੰ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਨਹੀਂ ਕਰਨਾ ਜੇ ਤਾਂ ਤੁਸੀਂ ਆਪਣੇ ਆਪ ਜੋ ਕਿੰਨੇ ਸੈਟੀਸਫਾਈ ਹੋ ਇਹ ਸਭ ਤੋਂ ਮੇਨ ਗੱਲ ਆ ਤੁਸੀਂ ਸੈਟੀਸਫਾਈ ਹੋ ਜੋ ਤੁਸੀਂ ਕਰ ਰਹੇ ਹੋ ਉਹਦੇ ਸੈਟੀਸਫਾਈ ਹੋ ਜੋ ਕਰਨਾ ਚਾਹੁੰਦੇ ਹੋ ਉਹ ਕਰੋ ਪਰ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਨਾ ਕਰੋ ਨਾ ਆਪਣੇ ਜਵਾਕਾਂ ਨੂੰ ਕਿਸੇ ਨਾਲ ਕੰਪੇਅਰ ਕਰੋ ਨਾ ਆਪਣੇ ਆਪ ਨੂੰ ਆਪਣੇ ਦੋਸਤਾਂ ਨੂੰ ਮੈਂ ਪਲਾਣੇ ਦਾ ਦੋਸਤ ਤਾਂ ਉਹਦੇ ਨਾਲ ਬਹੁਤ ਕਰਦਾ ਤੂੰ ਨਹੀਂ ਯਾਰ ਮੇਰੇ ਨਾਲ ਐ ਕਰਦਾ ਹਨਾ ਤੀਵੀਆਂ ਵਾਲਾ ਕੰਮ ਹਾਂ ਮੈਂ ਉਹਦੇ ਦੇਖ ਉਹਦਾ ਹਸਬੰਦ ਤਾਂ ਜੀ ਉਹ ਇਕੱਠੇ ਤੁਰ ਪੈਂਦੇ ਆ ਹਨਾ ਤੇ ਤੂੰ ਨਹੀਂ ਮੇਰੇ ਨਾਲ ਐ ਕਰਦਾ ਯਾਰ ਨਹੀਂ ਯਾਰ ਉਹ ਪਤਾ ਨਹੀਂ ਡਿਫਰੈਂਟ ਸਟੋਰੀ ਆ ਤੇਰਾ ਯਾਰ ਜਿੱਥੇ ਆ ਉਹ ਹੋ ਸਕਦਾ ਉਹ ਇਹਨੂੰ ਕਹੀ ਜਾਂਦਾ ਹੋਵੇ ਯਾਰ ਉਹ ਉਹਦਾ ਵਾੜਾ ਕਰਦਾ ਤੂੰ ਨਹੀਂ ਕਰਦਾ ਯਾਰ ਕੋਈ ਕਿਸੇ ਨੂੰ ਕਿਸੇ ਚੀਜ਼ ਨਾਲ ਕੰਪੇਅਰ ਨਾ ਕਰੋ ਹਰ ਇੱਕ ਹਰ ਇੱਕ ਬੰਦੇ ਲਈ ਪਰਫੈਕਟ ਆ ਹਰ ਇੱਕ ਬੰਦਾ ਤਾਂ ਉਹ ਆਪਣੇ ਟਾਈਮ ਜ਼ੋਨ ਦੇ ਹਿਸਾਬ ਨਾਲ ਸਹੀ ਆ ਹੁਣ ਇਹ ਕਿ ਹਰ ਇੱਕ ਦਾ ਸੋਚਣ ਦਾ ਨਜ਼ਰੀਆ ਜਿਹੜਾ ਆ ਉਹ ਡਿਫਰੈਂਟ ਆ ਹੁਣ ਆਪਾਂ ਤਿੰਨ ਜਣੇ ਬੈਠੇ ਆ ਆਪਾਂ ਤਿੰਨੋਂ ਮੈਂ ਅਲੱਗ ਅਲੱਗ ਕਰਦਾ ਤੁਸੀਂ ਅਲੱਗ ਕਰ ਤੁਸੀਂ ਅਲੱਗ ਕਰਦੇ ਆਪਾਂ ਇੱਕੋ ਚੀਜ਼ ਤਾਂ ਨਹੀਂ ਸੋਚ ਸਕਦੇ ਤੁਹਾਡੇ ਦਿਮਾਗ 'ਚ ਕੋਈ ਸੋਚ ਚੱਲ ਰਿਹਾ ਮੇਰੇ 'ਚ ਕੋਈ ਹੋਰ ਚੱਲ ਰਿਹਾ ਆਪਣੇ ਆਪਣੇ ਐਕਸਪੀਰੀਐਂਸਸ ਐ ਟੇਬਲ ਤੇ ਲਿਆ ਕੇ ਰੱਖ ਸਕਦੇ ਆ ਲਰਨ ਕਰ ਸਕਦੇ ਆ ਪਰ ਸਾਨੂੰ ਇੱਕ ਦੂਜੇ ਨੂੰ ਆਪਣੇ ਆਪ ਨੂੰ ਕਿਸੇ ਨਾਲ ਵੀ ਕਿਸੇ ਨਾਲ ਕੰਪੀਟਿਟ ਨਹੀਂ ਕਰਨਾ ਚਾਹੀਦਾ ਮੈਨੂੰ ਇਹ ਲੱਗਦਾ ਪੀ ਇੱਕ ਹੱਦ ਤੱਕ ਠੀਕ ਆ ਵੀ ਹਾਂ ਮੈਂ ਚੀਜ਼ ਅਚੀਵ ਕਰਨੀ ਆ ਉਹ ਡਿਫਰੈਂਟ ਚੀਜ਼ ਆ ਪਰ ਕਿਸੇ ਨੇ ਦੇਖ ਕੇ ਯਾਰ ਕਹਿੰਦਾ ਯਾਰ ਉਹ ਕਿਦਾਂ ਹੋ ਗਿਆ ਯਾਰ ਮੈਂ ਕਿਉਂ ਨਹੀਂ ਆ ਇਦਾਂ ਉਹ ਨਹੀਂ ਪਤਾ ਨਹੀਂ ਪਰਮਾਤਮਾ ਨੇ ਤੁਹਾਡੀ ਕਿਸਮਤ ਚ ਕੀ ਲਿਖਿਆ ਹੋਇਆ ਪਰ ਇਹ ਇਸ ਗੱਲ ਤੋਂ ਐਗਰੀ ਕਰਦੇ ਹੋ ਕਿ ਨੀ ਇਵਨ ਦੋ ਜਦੋਂ ਤੱਕ ਤੁਸੀਂ ਵੀ ਉਸ ਫੇਸ ਦੇ ਅੰਦਰ ਸੀਗੇ ਜਦੋਂ ਇਨਸਾਨ ਨੂੰ ਇਸ ਚੀਜ਼ ਦੀ ਰਿਅਲਾਈਜੇਸ਼ਨ ਨਹੀਂ ਨਾ ਹੁੰਦੀ ਬੜਾ ਪੇਨਫੁਲ ਆ ਤੇ ਇਹਦੀ ਰਿਅਲਾਈਜੇਸ਼ਨ ਬੜੀ ਬੇਲਕੋਲ ਬਿਲਕੁਲ ਥੋੜੀ ਰੀਅਲਾਈਜੇਸ਼ਨ ਹੈ ਉਹੀ ਉਹ 25 ਤੇ 30 ਵਾਲੇ ਸਕੇਲ ਤੋਂ ਹੋਗੀ ਸਹੀ ਗੱਲ ਆ ਮੈਂ ਉੱਥੇ ਹੀ ਮੈਨੂੰ ਪਤਾ ਨਹੀਂ ਉਹ ਚੀਜ਼ ਮੈਨੂੰ ਮਤਲਬ ਐ ਕਲਿੱਕ ਕੀਤੀ ਕਿਤੇ ਨਾ ਕਿਤੇ ਜਾ ਕੇ ਨਹੀਂ ਯਾਰ ਅਜੇ ਤੱਕ ਕੁਝ ਵੀ ਨਹੀਂ ਹੋਇਆ ਇਹ ਤਾਂ ਸ਼ੁਰੂ ਹੀ ਹੋਇਆ ਕੰਮ ਤੋਂ ਐਵੇਂ ਯਾਰ ਘਬਰਾਈ ਜਾਣਾ ਉਹ ਚੀਜ਼ ਨੇ ਜਿਆਦਾ ਬਹੁਤ ਜਿਆਦਾ ਕੀਤਾ ਇੱਕ ਫਿਰ ਮੈਂ ਜਦੋਂ ਅ ਹੋਰ ਚੀਜ਼ ਆ ਕਿ ਛੋਟੀ ਜੀ ਤੁਸੀਂ ਇੱਕ ਚੀਜ਼ ਦੇਖਿਓ ਤੁਸੀਂ ਆਪਣੀਆਂ ਹੁਣ ਤੋਂ 10 ਸਾਲ 5 ਸਾਲ 6 ਸਾਲ 7 ਸਾਲ ਪਿੱਛੇ ਦੀਆਂ ਆ ਫੋਟੋ ਕੱਢ ਲਿਓ ਹਾਂ ਤੋ ਤੁਹਾਨੂੰ ਆਪਣੇ ਆਪ ਉਦੋਂ ਉਦੋਂ ਐਂ ਲੱਗਦਾ ਹੋਣਾ ਤੁਹਾਨੂੰ ਆਪਣੇ ਆਪ ਨੂੰ ਜਦੋਂ 18 ਕ 20 ਸਾਲ ਦੇ ਹੁੰਦੇ ਸੀਗੇ ਨਾ ਪਰ ਮੈਂ ਉਦੋਂ ਐ ਲੱਗਦਾ ਸੀ ਮੈਂ ਹੀ ਘੈਂਟ ਆ ਬਸ ਹਣਾ ਮੇਰੇ ਤੋਂ ਉੱਪਰ ਤਾਂ ਹੈ ਹੀ ਕੋਈ ਨਹੀਂ ਹੁਣ ਜੇ ਤੁਸੀਂ ਆਪਣੀ ਫੋਟੋ 10 ਸਾਲ ਪਿੱਛੇ ਆ ਕੇ ਤੁਹਾਨੂੰ ਯਾਰ ਮੈਂ ਕੱਡਾ ਜਵਾਗ ਜਿਆ ਸੀ ਹਾਂ ਐਂ ਲੱਗਦਾ ਨਾ ਉਹ ਮੈਂ ਕਦੋਂ ਦਾ ਸੀਗਾ ਯਾਰ ਜਵਾਗਰ ਤੁਸੀਂ ਹੋਰ ਛੱਡੋ ਆ ਆਪਾਂ ਗੱਲਾਂ ਕਰ ਰਹੇ ਆ ਨਾ ਹੋ ਸਕਦਾ ਸਾਲ ਦੋ ਨੂੰ ਨਹੀਂ ਤਾਂ 5-10 ਸਾਲ ਬਾਅਦ ਪੱਕਾ ਹੋਊਗਾ ਕਿ ਯਾਰ ਕੀ ਭੋਰੀ ਆ ਅਸੀਂ ਬਹਿ ਗਏ ਉੱਤੇ ਬਟ ਇਹ ਨੈਚੁਰਲ ਹੈ ਹੋਣਾ ਵੀ ਚਾਹੀਦਾ ਬਿਲਕੁਲ ਬਿਲਕੁਲ ਇਹਨੂੰ ਹੀ ਗਰੋਥ ਕਹਿੰਦੇ ਨੇ ਸਿੱਖੀ ਵਰਡ ਹੈ ਨਾ ਹਾਂ ਆਪ ਸਾਡਾ ਉਹੀ ਰੱਖਿਆ ਗਿਆ ਕਿ ਹਰ ਦਿਨ ਸਿੱਖ ਹਰ ਦਿਨ ਗਰੋ ਕਰ ਜਿਹੜਾ ਖੜ ਗਿਆ ਉਹਦਾ ਗੰਦਲਾ ਪਾਣੀ ਆ ਹਮ ਰਾਈਟ ਤੇ ਕੋਈ ਬਾਬੇ ਦਾ ਜ਼ਿਕਰ ਜੀ ਜਿਹਨੇ ਤੁਹਾਡੀ ਹੈਲਪ ਕੀਤੀ ਹੋਵੇ ਕਿਉਂਕਿ ਤੁਸੀਂ ਆਫ ਦਾ ਸਕਰੀਨ ਬਾਈ ਨੇ ਬੜੀ 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 ਚੀਜ਼ਾਂ ਦੱਸੀਆਂ ਨੇ ਕਿ ਉਹਨਾਂ ਚੀਜ਼ਾਂ ਬਾਰੇ ਆਈ ਡੋਨਟ ਥਿੰਕ ਸੋ ਬਿਨਾ ਐਕਸਪੀਰੀਅੰਸ ਸੋ ਕੋਈ ਵੀ ਸਮਝ ਸਕਦਾ ਪਰ ਮੈਂ ਜਿੰਨਾ ਕਿ ਸਮਝਾ ਸਕਦਾ ਇੰਨਾ ਕਿ ਸਮਝਾ ਸਕਦਾ ਕਿ ਹੁਣ ਇਹ ਤਾਂ ਸਿਰਫ ਇੱਕ ਸਿੰਗਿੰਗ ਆਰਟਿਸਟ ਦੀ ਆਪਾਂ ਗੱਲ ਕਰ ਰਹੇ ਹਾਂ ਨਾ ਇੰਡਸਟਰੀ ਦੀ ਮੂਵੀ ਇੰਡਸਟਰੀ ਦੀ ਮੈਂ ਇਹ ਕਹਾਂਗਾ ਕਿ ਜਿੱਦਾਂ ਅੱਜ ਕੱਲ ਜਿਵੇਂ ਦੀ ਅੱਜ ਕੱਲ ਦੁਨੀਆ ਚੱਲ ਰਹੀ ਹੈ ਤੁਹਾਡਾ ਉਸ ਟਾਈਮ ਤੇ ਹੋਇਆ ਆਈ ਵੁੱਡ ਸੇ ਤੁਸੀਂ ਲੱਕੀ ਸੀਗੇ ਵੀ 18 19 20 ਚ ਤੁਸੀਂ ਡਿਪਰੈਸ਼ਨ ਚ ਗਏ ਅੱਜ ਦੀ ਡੇਟ ਤੇ ਕੋਈ ਡਿਪਰੈਸ਼ਨ ਜਾਊਗਾ ਨਾ ਮੈਂ ਨਹੀਂ ਕਹਿੰਦਾ ਉਹ ਨਿਕਲ ਪਊਗਾ ਕਿਉਂਕਿ ਦੁਨੀਆ ਇੰਨੀ ਵਲਚਰ ਗਾਇੰਡ ਹੋ ਗਈ ਹੈ ਕਿ ਝੂਠ ਜਿਹੜਾ ਵੀ ਜਿਹੜੀ ਉਹ ਬ੍ਰਾਂਡ ਦੀਆਂ ਗੱਲਾਂ ਹੁੰਦੀਆਂ ਸੀ ਹੁਣ ਅੱਜ ਕੱਲ ਤਾਂ ਜਿਵੇਂ ਕਹਿ ਲਓ ਵੀ ਲੋਕੀ ਫੈਮਿਲੀਜ਼ ਆਪਣੇ ਆਪ ਨੂੰ ਦਿਖਾਉਂਦੀਆਂ ਨੇ ਪੋਰਟਰੇ ਕਰਦੇ ਨੇ ਲੋਕ ਸੋਸ਼ਲ ਹੈਂਡਲਸ ਤੇ ਕਿਉਂਕਿ ਸੋਸ਼ਲ ਹੈਂਡਲਸ ਹੀ ਅੱਜ ਕੱਲ ਦੀ ਰਿਐਲਿਟੀ ਵੀ ਉਹੀ ਆਪਾਂ ਗੱਲ ਕਰ ਰਹੇ ਹਟੇ ਆ ਵੀ ਮੀਆਂ ਬੀਬੀ ਵਾਲੀ ਹਾਂ ਵੀ ਜ ਜਨਾਨੀਆਂ ਨੇ ਕਿਤੇ ਜਾਣਾ ਜਿਹੜੇ ਰੀਅਲ ਹੋਣਗੇ ਵਿਚਾਰੇ ਕੁਝ ਨਹੀਂ ਪੋਸਟ ਕਰਦੇ ਹਾਂ ਨਾਉ ਇਨਫਲੂਐਂਸ ਹੋਣ ਨਾਉ ਪੋਸਟ ਕਰ ਰਾਈਟ ਸੋ ਆਹ ਚੀਜ਼ਾਂ ਦੀ ਤਾਂ ਦੇਖਿਓ ਅੱਗੇ ਜਾ ਕੇ ਇਸ਼ੂ ਬਹੁਤ ਵੱਡੇ ਵੱਡੇ ਬਣਨਗੇ ਦੇ ਕਈ ਕਹਿ ਦਿੰਦੇ ਨੇ ਵੀ ਇਨਸਾਨੀਅਤ ਨੂੰ ਪਤਾ ਨਹੀਂ ਕਾਹਦੇ ਤੋਂ ਖਤਰਾ ਹੈ ਕਾਹਦੇ ਤੋਂ ਖਤਰਾ ਇੱਕ ਆਹ ਸਭ ਤੋਂ ਤਗੜਾ ਕੌਜ਼ ਇਹੀ ਹੈ ਇਨਸਾਨ ਨੂੰ ਆਪਣੇ ਉਮੀਦਾਂ ਤੋਂ ਸਭ ਤੋਂ ਤਗੜਾ ਖਤਰਾ ਹੋਣ ਵਾਲਾ ਉਹਨਾਂ ਦੇ ਟਾਈਮ ਦੇ ਅੰਦਰ ਕਿਉਂਕਿ ਜਿਹੜੀਆਂ ਉਮੀਦਾਂ ਅਸੀਂ ਲਾ ਕੇ ਬਹਿ ਜਾਂਦੇ ਆ ਨਾ ਕਿ ਉਹ ਐਵੇਂ ਆ ਉਹ ਐਵੇਂ ਆ ਡਿਪਰੈਸ਼ਨ ਆਲਵੇਸ ਕਮ ਐਟ that ਪਲੇਸ ਹੁਣ ਜਾਈਏ ਵਾਪਸ ਮੋਟਰ ਵਾਲੀਆਂ ਗੱਲਾਂ ਤੇ ਕਾਦੀ ਉਮੀਦ ਉੱਥੇ ਸਵੇਰੇ ਪੱਠੇ ਵੱਢਣੇ ਰਾਤ ਨੂੰ ਰੁਗ ਲਾਉਣੇ that's it ਉਦੋਂ ਕੋਈ ਨਹੀਂ ਹੁੰਦਾ ਵੀ ਸਰਪੰਚ ਵੀ ਬਣਨਾ ਬਿਲਕੁਲ ਬਿਲਕੁਲ ਤੇ ਉਦੋਂ ਕਿੱਡੀ ਸਿੰਪਲ ਲਾਈਫ ਨਜ਼ਾਰੇ ਹੁਣ ਇਹ ਹੁੰਦਾ ਵੀ 어 ਅਸੀਂ ਜੇ ਲੱਗੇ ਹੋਏ ਆ ਹੈ ਨਹੀਂ ਥੋੜਾ ਵੀ ਨਹੀਂ ਹੈਗਾ ਮੇਰੇ ਹਿਸਾਬ ਨਾਲ ਬਈ ਤੁਹਾਨੂੰ ਇਹ ਨਹੀਂ ਹੈਗਾ ਮੇਰੇ ਮਿਲੀਅਨ ਫਾਲੋਅਰਸ ਹੋ ਜਾਣਾ ਮੇਰਾ ਬਿਲਬੋਰਡ ਤੇ ਨਾਮ ਆ ਜਾਵੇ ਸਾਨੂੰ ਇਹ ਨਹੀਂ ਹੈਗਾ ਵੀ ਸਾਡੇ ਨਾਲ ਕੋਈ ਫਲਾਣਾ ਬੰਦਾ ਆ ਜਾਵੇ ਤਾਂ ਸਾਡੇ ਅਸੀਂ ਸਕਸੈਸਫੁਲ ਹਾਂ ਬਾਕੀ ਹੈ ਮੇਰਾ ਜ਼ਰੂਰ ਹੈ ਬਈ ਹਰ ਪਏ ਇਮਾਨਗਰ ਸੇਵਕਮਾਨ ਹੋਣੀ ਜਦੋਂ ਆਗੇ ਮੈਨੂੰ ਉਸ ਦਿਨ ਹੋਊਗਾ ਵੀ ਹਾਂ ਯਾਰ ਕਿਉਂਕਿ ਉਹ 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 ਬੰਦੇ ਨਾ ਉੱਥੇ ਜਾ ਕੇ ਵੀ ਇੱਕ ਨਾਰਮਲ ਰਹਿਣਾ ਸਿਖਾ ਗਏ ਨੇ ਕਿ ਸਿੰਪਲਿਸਿਟੀ ਜਾਂ ਚੀਜ਼ ਹੈ ਉਹੀ ਗੱਲਾਂ ਨੇ ਵੀ ਜੋ ਮੈਨੂੰ ਐ ਲੱਗਦਾ ਵੀ ਜਿਹੜੀ 뮤ਜ਼ਿਕ ਇੰਡਸਟਰੀ ਹੈ ਨਾ ਉਹਦੇ ਚ ਜੋ ਦਿਸਦਾ ਆ ਉਹ ਹੈ ਨਹੀਂ ਤੇ ਜੋ ਨਹੀਂ ਦਿਸਦਾ ਉਹਨੂੰ ਲੋਕੀ ਮੰਨਦੇ ਨਹੀਂ ਜੋ ਜੋ ਕੋਈ ਸੱਚਾਈ ਦਿਖਾਉਣਾ ਚਾਹੁੰਦਾ ਆ ਜੋ ਕੋ ਸੱਚ ਬੋਲਦਾ ਆ ਉਹ ਸੁਣਨਾ ਨਹੀਂ ਚਾਹੁੰਦੇ ਉਹਨਾਂ ਲੱਗਦਾ ਇਹ ਝੂਠ ਬੋਲ ਰਿਹਾ ਵੀ ਇਹ ਇਹ ਨਹੀਂ ਸੱਚ ਹੈਗਾ ਜੋ ਆਨ ਸਕਰੀਨ ਦਿਸਦਾ ਜੋ ਬੋਲ ਰਿਹਾ ਬੰਦਾ ਉਹ ਲੱਗਦਾ ਇਹ ਹੀ ਆ ਸਾਰਾ ਕੁਝ ਬਸ ਸੋ ਮੈਨੂੰ ਐਂ ਫੀਲ ਆਉਂਦਾ ਆ ਉਹ ਆਲਵੇਜ਼ ਪੋਰਟਰੇਲ ਹੁੰਦਾ ਕਿ ਆ ਕੋਈ ਵੀ ਲੋਕ ਨੇ ਕਿਸੇ ਵੀ ਉਹਦੇ ਤੇ ਨਾ ਜਾਓ ਕਿ ਜੋ ਦਿਖਾਈ ਦੇ ਰਿਹਾ ਉਹਨਾਂ ਨੇ ਤਾਂ ਉਹ ਕੰਮ ਹੈ ਉਹ ਉਹਨਾਂ ਨੂੰ ਤਾਂ ਕਿਸੇ ਤੋਂ ਪੁੱਛੀਏ ਨਾ ਕਿ ਤੁਸੀਂ ਇਹ ਕਰ ਕਿਉਂ ਰਹੇ ਕਿ ਉਹ ਵਿਚਾਰੇ ਤਾਂ ਸਾਫ਼ ਕਹਿੰਦੇ ਨੇ ਜੋ ਦਿਖਦਾ ਉਹ ਬਿਕਦਾ ਇਸ ਚੀਜ਼ ਨੂੰ ਆਰਟਿਸਟ ਨੂੰ ਵੀ ਸੋਚਣਾ ਚਾਹੀਦਾ ਕਿਉਂਕਿ ਜਿਹੜੀ ਗੱਲ ਤੁਸੀਂ ਆਲਰੇਡੀ ਕਰ ਗਏ ਹੋ ਇਟ ਟੇਕਸ ਕਰੇਜ ਤੇ ਟੇਕਸ ਕਿ ਮੈਂ ਆਪਣੀ ਉਸ ਚੀਜ਼ ਤੋਂ ਬਾਹਰ ਆ ਕੇ ਲਿਮਿਟੇਸ਼ਨਸ ਤੋਂ ਬਾਹਰ ਆ ਕੇ ਬੋਲਣ ਵਾਲੀਆਂ ਗੱਲਾਂ ਨਹੀਂ ਕਿ ਉਹ ਚੀਜ਼ਾਂ ਰਿਐਲਿਟੀ ਨਹੀਂ ਹੁੰਦੀ ਹੁਣ ਤੁਸੀਂ ਨਾਰਮਲੀ ਆਏ ਹੋ ਵੀ ਇੱਕ ਨਾਰਮਲ ਜਿਹਾ ਕੱਪੜੇ ਪਾ ਕੇ ਨਹੀਂ ਤਾਂ ਤੁਸੀਂ ਵੀ ਕਾਲੀਆਂ ਐਨਕਲਾ ਲਾ ਕੇ ਬੈਠੇ ਹੁੰਦੇ ਇਸ ਟਾਈਮ ਕਿਉਂਕਿ ਮੇਰੇ ਦੋ ਤਿੰਨ Song ਹਿੱਟ ਹੋਏ ਨੇ ਸੋ ਯਾ ਜੇ ਤੁਹਾਨੂੰ ਉਸ ਟਾਈਮ ਤੇ ਤੁਸੀਂ ਇਕੱਲੇ ਸੀਗੇ ਟੋਟਲੀ ਆ ਫਿਰ ਕੋਈ ਵੀ ਸੀਗਾ ਤੁਹਾਡੇ 2019-20 ਵਾਲੇ ਸੈਗਮੈਂਟ ਦੇ ਦੌਰਾਨ ਮੇਰੇ ਨਾਲ ਸਾਥ ਦੇਣ ਲਈ ਯਾ ਫੈਮਿਲੀ ਪਰ ਗੱਲ ਕੀਤੀ ਕਦੇ ਕਿਸੇ ਨਾਲ ਤੁਸੀਂ ਨਾ ਮੈਂ ਕਦੀ ਕਿਸੇ ਨਾਲ ਗੱਲ ਨਹੀਂ ਕੀਤੀ ਉਦੋਂ ਤਾਂ ਫਾਦਰ ਸਾਹਿਬ ਸੀਗੇ ਨਾ ਫਾਦਰ ਸਾਹਿਬ ਸੀਗੇ ਬਟ ਮੈਨੂੰ ਇਹ ਲੱਗਦਾ ਸੀਗਾ ਵੀ ਯਾਰ ਇਹ ਸਟਰਗਲ ਮੇਰੀ ਇਕੱਲੇ ਦੀ ਆ ਜਿਹੜਾ ਪੈਸ਼ਨ ਆ ਨਾ ਮੈਨੂੰ ਇਹ ਲੱਗਦਾ ਜਿਹੜਾ ਤੁਹਾਡਾ ਤੁਸੀਂ ਕੋਈ ਵੀ ਪੈਸ਼ਨ ਆ ਉਹਦੇ ਚ ਉਹ ਤੁਹਾਡਾ ਇਕੱਲਾ ਦਾ ਹੀ ਆ ਉਹਦੇ ਚ ਤੁਹਾਡਾ ਕੋਈ ਫੈਮਿਲੀ ਮੈਂਬਰ ਇਨਵੋਲਵ ਨਹੀਂ ਆ ਕਿਉਂਕਿ ਉਹ ਤੁਹਾਡਾ ਪੈਸ਼ਨ ਤੁਸੀਂ ਜੋ ਕਰਨਾ ਚਾਹੁੰਦੇ ਆ ਹਰ ਹਰ ਇੱਕ ਦਾ ਪੁਆਇੰਟ ਆਫ 뷰 ਆਪਣਾ ਆਪਣਾ ਆ ਜੇ ਤੁਹਾਡੀ ਵਾਈਫ ਆ ਉਹ ਤੁਹਾਡਾ ਸਾਥ ਦੇ ਸਕਦੇ ਆ ਤੁਹਾਡੀ ਫੈਮਲੀ ਤੁਹਾਡੀ ਵਾਈਫ ਤੁਹਾਡਾ ਬ੍ਰਦਰ ਤੁਹਾਡੇ ਮਾ ਤੁਹਾਡਾ ਪਿਓ ਤੁਹਾਡੇ ਭੈਣ ਭਰਾ ਸਾਰੇ ਤੁਹਾਡਾ ਸਾਥ ਦੇ ਸਕਦੇ ਆ ਪਰ ਉਹ ਚੀਜ਼ ਨੂੰ ਸਮਝ ਨਹੀਂ ਸਕਦੇ ਜੇ ਜੇ ਇਸ ਲੈਵਲ ਤੇ ਤੁਸੀਂ ਉਹ ਚੀਜ਼ ਨੂੰ ਚਾਹੁੰਦੇ ਹੋ ਸੋ ਜਿਹੜਾ ਤੁਹਾਡਾ ਪੈਸ਼ਨ ਆ ਉਹ ਤੁਹਾਨੂੰ ਬੋਤਾ ਵੀ ਕੀ ਪੈਸ਼ਨ ਆ ਤੁਹਾਡਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਸੋ ਜੇ ਤੁਹਾਡੀ ਫੈਮਲੀ ਤੁਹਾਡਾ ਸਾਥ ਦੇ ਸਕਦੀ ਹੈ ਪਰ ਉਹ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰ ਸਕਦੇ ਕਿਤੇ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਫੈਮਲੀ ਦੀ ਸਪੋਰਟ ਐਂਡ ਸਾਥ ਵੀ ਆਲ ਨੋ ਉਹਨਾਂ ਦੇ ਬਿਨਾ ਆਪਾਂ ਨਹੀਂ ਹੈਗੇ ਪਰ ਆਪਾਂ ਹਰ ਚੀਜ਼ ਉਹਨਾਂ ਨਾਲ ਸ਼ੇਅਰ ਵੀ ਨਹੀਂ ਕਰ ਸਕਦੇ ਪਰ ਕੁਝ ਕੁ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਨੇ ਵੀ ਜਿਹੜੀ ਨਾ ਚਾਹੁੰਦੇ ਹੋ ਜਾਂ ਵੀ ਨਾ ਉਹਨਾਂ ਦੇ ਪੈ ਜਾਂਦੀ ਐ ਫਾਰ ਐਗਜ਼ਾਮਪਲ ਜੇ ਸਾਡਾ ਕੰਮ ਹੈ ਹੁਣ ਕਿਸੇ ਨੂੰ ਨਹੀਂ ਪਤਾ ਅਸੀਂ ਫੈਮਲੀ ਸਾਡੀ ਕੀ ਐ ਕੀ ਨਹੀਂ ਪਰ ਜਦੋਂ ਕਿਸੇ ਨੇ ਮਾੜਾ ਰਿਵਿਊ ਦੇਣਾ ਉਹਨਾਂ ਨੇ ਇਹ ਨਹੀਂ ਦੇਖਣਾ ਉਹਨਾਂ ਨੇ ਗਾਲ ਸਭ ਤੋਂ ਪਹਿਲਾਂ ਕੱਢਣੀਆਂ ਮਾਪੇਣ ਦੀ ਬਸ ਬਿਲਕੁਲ ਕੁਝ ਵੀ ਆਉਂਦਾ ਸਭ ਤੋਂ ਪਹਿਲਾਂ ਆਉਂਦਾ ਫੈਮਲੀ ਦੇ ਆ ਕੰਮ ਸਾਡਾ ਆਉਣਾ ਉਹਨਾਂ ਤੇ ਤੇ ਇਸ ਚੀਜ਼ ਤੇ ਜਦੋਂ ਨੈਗੇਟਿਵਿਟੀ ਆਉਂਦੀ ਆ ਅੱਜ ਕੱਲ ਦਾ ਐ ਆ ਵੀ ਟਿਕਟੌਕ ਹੁਣ ਇੰਡੀਆ ਬੈਨ ਹੋ ਗਈ ਬਟ ਪੰਜਾਬੀ ਸਾਰੀ ਦੁਨੀਆ ਦੇ ਅੰਦਰ ਨੇ ਹਣਾ ਟਿਕਟੌਕ ਇੰਸਟਾਗ੍ਰam ਇੱਧਰ ਤੇ ਹੇਟ ਬੜੀ ਛੇਤੀ ਫੈਲਦੀ ਆ ਤੁਸੀਂ ਤਾਂ ਬੀਗਨ ਆਰਟਿਸਟ ਦੇਖ ਲੈਣਾ ਵੀ ਤੁਸੀਂ ਕੋਈ ਵੀ ਕੋਈ ਕੌਂਟ੍ਰੋਵਰਸੀ ਕੋਈ ਵੀ ਹੇਟਫੁਲ ਗੱਲ ਹੈ ਕੋਈ ਕਿਸੇ ਨੂੰ ਤੁਹਾਡਾ ਕੰਮ ਨਹੀਂ ਪਸੰਦ ਆਇਆ ਉਹਨਾਂ ਨੂੰ ਆਣਾ ਇਹ ਵੱਡਾ ਆਇਆ ਸਲਾਹ ਦੇਣ ਸਾਡੇ ਨਾਲ ਵੱਡਾ ਹੁੰਦਾ ਹੈ ਤੇ ਟਿਕਟੌਕ ਇੰਸਟਾ ਬੀਗਿੰਗ ਕੀ ਨਫ਼ਰਤ ਫਲਾਉਣ ਵਾਲੇ ਕੰਮ ਤੇ ਪਰਿਵਾਰਾਂ ਤੋਂ ਜਦੋਂ ਉਹਨਾਂ ਨੂੰ ਇਹ ਚੀਜ਼ ਫੇਸ ਕਰਨੀ ਪੈਂਦੀ ਹੈ ਜਦੋਂ ਉਹਨਾਂ ਤਾਂ ਕਈ ਚੀਜ਼ ਜਾਂਦੀ ਹੈ ਹਾਉ ਉਹ ਐਕਸਪੀਰੀਅੰਸ ਤੁਹਾਡਾ ਕਿਵੇਂ ਦਾ ਰਹਿੰਦਾ ਯੋ ਕਿ ਇਹ ਵੀ ਇੱਕ ਲਰਨਿੰਗ ਜਰਨੀ ਆ ਨਾ ਮੈਨੂੰ ਇਹ ਲੱਗਦਾ ਵੀ ਜਦੋਂ ਦੋ ਲੋਕੋ ਚੀਜ਼ ਪਸੰਦ ਨਹੀਂ ਜੇ ਉਹਦਾ ਮੈਨੂੰ ਕੋਈ ਗਾਣੇ ਪਸੰਦ ਨਹੀਂ ਹੈਗੇ। ਜਾਂ ਮੈਨੂੰ ਕੋਈ ਚੀਜ਼ ਪਸੰਦ ਨਹੀਂ ਆ ਤੁਸੀਂ ਉਹਨੂੰ ਸਕਿਪ ਕਰ ਦਿਓ। ਹੂੰ। ਇਨਸਟੈਡ ਆਫ ਕਿ ਤੁਸੀਂ ਉਹਨੂੰ ਗਾਲਾਂ ਕੱਢੋ ਯਾਰ ਤਾਂ ਮੈਂ ਹਰ ਇੱਕ ਦੀ ਆਪਣੀ ਲਾਈਫ ਹੈ ਉਹਨੂੰ ਚੰਗਾ ਲੱਗਾ ਉਹਨੇ ਕਰਤਾ ਪਰ ਤੁਸੀਂ ਗਾਲਾਂ ਕਿਉਂ ਕੱਢ ਰਹੇ ਹੋ ਯਾਰ? ਨਹੀਂ ਤੁਹਾਨੂੰ ਚੀਜ਼ ਪਸੰਦ ਆਈ ਤੁਸੀਂ ਉਹਨੂੰ ਸਕਿਪ ਕਰ ਦਿਓ। ਨਾਲੇ ਜੇ ਅਗਲੇ ਨੂੰ ਕੁਝ ਕਹਿਣਾ ਵੀ ਹੈ ਤਾਂ ਤਮੀਜ਼ ਨਾਲ ਕਹਿ ਦਿਓ। ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਦਾ ਵੀ ਮੈਂ ਗਾਣਾ ਜਿਹੜਾ ਮੇਰਾ ਰੀਸੈਂਟ ਆਇਆ ਸੀਗਾ ਬਾਪੂ ਯਾਰ ਬਾਪੂ ਵਰਗਾ ਯਾਰ ਨਹੀਂ ਮਿਲਣਾ ਦੁਨੀਆ ਤੇ ਮੈਂ ਉਹ ਟਿਕਟੌਕ ਦੇ ਉੱਪਰ ਗਾਣਾ ਪਾਤਾ ਉਹਦਾ ਹਨਾ ਕਲਿੱਪ ਆਇਆ ਥੱਲੇ ਕਿਸੇ ਬੰਦੇ ਦਾ ਕਮੈਂਟ ਆਇਆ ਤੂੰ ਰੌਣੀ ਅੰਕਲ ਨੂੰ ਹਰੇ ਗਾਣੇ ਚ ਬਾਪੂ ਬਣਾ ਲੈਣਾ ਕੀ ਗੱਲ ਇਹਨੂੰ ਹੀ ਮੁੰਡਾ ਖਲਾਸੀ ਬਾਪੂ ਆਪਣਾ ਬੰਦੇ ਨੇ ਕਿਸੇ ਨੇ ਕਮੈਂਟ ਕੀਤਾ ਥੱਲੇ ਹੈ ਤੇ ਫਿਰ ਮੈਂ ਉਹਨੂੰ ਥੱਲੇ ਕਮੈਂਟ ਕੀਤਾ ਹੂੰ ਕਿ ਬ੍ਰਦਰ ਮੇਰਾ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਆ ਹੂੰ ਤੇ ਮੈਨੂੰ ਤਾਂ ਹਰੇਕ ਪਿਓ ਚੋਈ ਆਪਣਾ ਪਿਓ ਦੀਦਾ ਹਰੇਕ ਬੰਦੇ ਚ ਪਿਓ ਦੀਦਾ ਫਿਰ ਉਹਦਾ ਥੱਲੇ ਰਿਪਲਾਈ ਆਇਆ ਕਿ ਕਈ ਵਾਰ ਅਸੀਂ ਕਾਲੀ ਦੇ ਵਿੱਚ ਕਮੈਂਟ ਕਰ ਜਾਂਦੇ ਆ ਪਰ ਸਾਨੂੰ ਪਤਾ ਨਹੀਂ ਹੁੰਦਾ ਉਹਦੀ ਬੈਕ ਐਂਡ ਤੇ ਕੀ ਸਟੋਰੀ ਆ ਹੂੰ ਉਹ ਬੰਦੇ ਨੇ ਥੱਲੋਂ ਥੱਲੇ ਰਿਪਲਾਈ ਕੀਤਾ ਮੈਨੂੰ ਸੋ ਅਸੀਂ ਮੈਨੂੰ ਐ ਲੱਗਦਾ ਵੀ ਅਸੀਂ ਇੱਕਦਮ ਕਿਸੇ ਲਈ ਹੇਟ ਆਪਣੇ ਦਿਲ ਚ ਇੰਨੀ ਭਰਿਓ ਆ ਅਸੀਂ ਸੋਚਦੇ ਵੀ ਨਹੀਂ ਆ ਵੀ ਕੀ ਕਹਿਣਾ ਕਿ ਨਹੀਂ ਕਹਿਣਾ ਜੋ ਦਿਲ ਚਾਹਿਆ ਚੱਕ ਦੋ ਹਮ ਪਰ ਯਾਰ ਇਹ ਜਦੋਂ ਅਸੀਂ ਮੈਂ ਫਿਰ ਦੇਖਦਾ ਸੀਗਾ YouTube ਦੇ ਉੱਪਰ ਵੀ ਗੁਰਬਾਣੀ ਨੂੰ ਵੀ ਲੋਕਾਂ ਨੇ ਡਿਸਲਾਈਕ ਕੀਤਾ ਹੋਇਆ ਬਾਬੇ ਦੀ ਬਾਣੀ ਨੂੰ ਵੀ ਡਿਸਲਾਈਕ ਕਰ ਦਿੰਦੇ ਆ ਕਿਹੋ ਜਿਹੇ ਲੋਕ ਨੇ ਉਹ ਸੋ ਮੇਰੇ ਖਿਆਲ ਨਾਲ ਥੋੜੇ ਜਿ ਮੈਚੂਰ ਹੋਣ ਦੀ ਲੋੜ ਆ ਆਪਾਂ ਜੇ ਕਿਸੇ ਨੂੰ ਕੋਈ ਦੱਸਣਾ ਚਾਹੁੰਦੇ ਆ ਕਿਸੇ ਨੂੰ ਕੁਝ ਕਹਿਣਾ ਚਾਹੁੰਦੇ ਆ ਉਹਨੂੰ ਚੰਗੇ ਚੰਗੇ ਵੇ ਨਾਲ ਦੱਸ ਦਈਏ ਵੀ ਹਾਂ ਮੈਨੂੰ ਤੁਹਾਡੀ ਆ ਚੀਜ਼ ਨਹੀਂ ਚੰਗੀ ਲੱਗੀ ਤੁਸੀਂ ਇਹਨੂੰ ਐਸ ਵੇਚ ਕਰ ਲਓ ਗਾਲਾਂ ਤਾਂ ਕੋਈ ਹੋਰ ਸੈਂਸ ਨਹੀਂ ਬਣਦੀ ਕੋਈ ਕੋਈ ਸੈਂਸਿਬਲ ਬੰਦਾ ਇਨ ਇਨ देयर ਰਾਈਟ ਸਟੇਟ ਆਫ ਮਾਈਂਡ ਹਾਂ ਦੇ ਵੁੱਡ ਨੈਵਰ ਬੀ ਅਬਿਊਜ਼ਿੰਗ ਐਨੀਉਨ ਜਿਹੜੀਆਂ ਗਾਲਾਂ ਕੱਢ ਰਹੇ ਨੇ ਸਪੋਸ ਸਪੋਸ ਕੁਝ ਵੀ ਏ ਬੀ ਸੀ ਆ ਉਹਦੇ ਥੱਲੇ ਕਮੈਂਟ ਕਰਤਾ ਤੋ ਜੋ ਉਹਦੀ ਭੈਣ ਪੜੂਗੀ ਆ ਕੇ ਆ ਉਹਦੀ ਕੋਈ ਵੀ ਫੈਮਿਲੀ ਮੈਂਬਰ ਪੜੂਗਾ ਉਹ ਕਿਦਾਂ ਦਾ ਲੱਗੂਗਾ ਉਹਨਾਂ ਨੂੰ ਆ ਕੇ ਪਚੰਗਾ ਲੱਗੂਗਾ ਨਾਲੇ ਹੁੰਦਾ ਵੀ ਇਦਾਂ ਜਿਹੜਾ ਕਮੈਂਟ ਆਪ ਕੀਤਾ ਹੋਣਾ ਤੁਹਾਡੇ ਜਿਹੜੇ ਫਾਲੋਅਰ ਦੇ ਤੁਹਾਡੇ ਉਹਨਾਂ ਨੂੰ ਟੌਪ ਤੇ ਦੇਖਦਾ ਹੋ ਬਿਲਕੁਲ ਉਹ ਟੌਪ ਤੇ ਚੀਜ਼ ਦੇਖਦੇ ਆ ਜਿਹੜੇ ਹੇਟ ਕਰਦੇ ਨੇ ਉਹ ਤਾਂ ਇਹੀ ਚੀਜ਼ ਪਾਉਂਦੇ ਨੇ ਉਹ ਤਾਂ ਸਭੋ ਜਾ ਕੇ ਲਾਈਕ ਕਰਦੇ ਆ ਦੂਜੀ ਗੱਲ ਇਹ ਪਤਾ ਨਹੀਂ ਕਮਿਊਨਿਟੀ ਦੀ ਜੀ ਕਿੱਥੋਂ ਆਈ ਨਾ ਆਪ ਨੂੰ ਕੋਈ ਸਕੂਲ 'ਚ ਜੀ ਸਿਖਾਈ ਗਈ ਆ ਨਾ ਘਰੋਂ ਇਹ ਇਹ ਕਿੰਨੀ ਜ਼ਿਆਦਾ ਆ ਲੋਕਾਂ ਵਿੱਚ ਫੈਲਦੀ ਪਈ ਤੇ ਕਿੰਨਾ ਜ਼ਿਆਦਾ ਇਹ ਲੋਕ ਫੈਨੋਮਨਾ ਇਸ ਇਜ਼ ਨਾਟ ਜਸਟ ਪੰਜਾਬੀ ਜਿਹੜੇ ਹੇਟ ਆ ਨਾ ਇਹ ਕਹ ਲਓ ਸੋਸ਼ਲ ਮੀਡੀਆ ਦਾ ਮਾਡਰਨ ਟਰੂ ਕਾਲਡ ਮਾਡਰਨ ਟਾਈਮ ਹੈ ਸਾਰਾ ਕੁਝ ਆਊਗਾ ਵਾਪਸੀ ਉਹਨਾਂ ਚੀਜ਼ਾਂ ਤੇ ਉਹੀ ਨੌਕੀਆ 3310 بڑے ਬਿਜ਼ਨਸਮੈਨ ਉਹੀ ਰੱਖਣ ਲੱਗ ਪਏ ਨੇ ਵਿਦਾਊਟ ਬਿਲਕੁਲ ਤੇ ਜਿਸ ਤੱਕ ਮੈਨੂੰ ਲੱਗਦਾ ਇਹ ਸਾਰਾ ਹੈ ਉਹੀ ਸ਼ਾਰਟ ਸਪੈਨ ਕਰਕੇ ਕਿਉਂਕਿ ਹਰ ਬੰਦਾ ਖੁਸ਼ ਬੜੀ ਛੇਤੀ ਹੋ ਜਾਂਦਾ ਐਸ ਪਾਈਪ ਕਰੋ ਠੀਕ ਹੈ ਤੇ ਉਹੀ ਜਿਹੜੀ ਤੁਹਾਡੇ ਅਲੀ ਗੱਲ ਆ ਵੀਰਲੇ ਨੇ ਕਿਹਾ ਵੀ ਕਈ ਵਾਰੀ ਐਸੀ ਬੜੀ ਛੇਤੀ ਚ ਕਮੈਂਟ ਕਰ ਦਿੰਨੇ ਆ ਸਾਨੂੰ ਬੈਕਸਟੋਰੀ ਨਹੀਂ ਪਤਾ ਹੁੰਦੀ ਆ ਆਬਵੀਅਸਲੀ ਨਹੀਂ ਬੈਕਸਟੋਰੀ ਪਤਾ ਹੁੰਦੀ ਕਿਉਂਕਿ ਤੁਸੀਂ ਬੰਦੇ ਦੇ ਢਾਈ ਜਾਂ 4 ਮਿੰਟ ਦੇ ਗਾਣੇ ਨੂੰ ਸੁਣਨ ਦੀ ਬਜਾਏ ਤੁਸੀਂ 15 ਸੈਕਿੰਡ ਸੁਣਿਆ ਫੋਦੂ ਫੋਦੂ ਲਿਖੋ ਫੋਦੂ ਚੱਲ ਜੀ ਉਹਦੇ ਨਾਲ ਥੋੜਾ ਸਰ ਗਿਆ ਬਿਲਕੁਲ ਹਮ ਅਗਲੇ ਦੀ ਕਿੰਨੀ ਹਾਰਡ ਵਰਕ ਹੈ ਤੁਸੀਂ ਹੁਣ ਜਦੋਂ ਦੱਸਦੇ ਹੁੰਦੇ ਸੀਗੀ ਆਪਣੀ ਬਿਗਨਿੰਗ ਫੇਸ ਚ ਤੁਸੀਂ ਟਰੱਕ ਚਲਾਇਆ ਸੇਵਿੰਗ ਕਰਨੀ Song ਬਣਾਉਣਾ ਕਿੰਨਾ ਹਿੱਟਨ ਟ੍ਰਾਇਲ ਮੈਥਡ ਹੈ ਬਿਲਕੁਲ ਇੱਕ ਰੇੜੀ ਲਾਉਣੀ ਹੋਵੇ ਇਨਸਾਨ ਨੇ 36 रेसिपीयां ਸੋਚੂਗਾ ਫੇਰ 6 ਨੂੰ ਫਾਈਨਲਾਈਜ਼ ਕਰੂਗਾ ਫੇਰ ਜਾ ਕੇ ਦੇਖੂਗਾ ਤੇ ਉਹਦੇ ਤੇ ਆ ਕੇ ਹੁਣ ਜਿਹਨੇ ਨਹੀਂ ਖਾਣਾ ਉਹ ਨਹੀਂ ਖਾਊਗਾ ਉਹ ਬਸ ਇਹ ਕਹਿ ਦੂਗਾ ਵੀ ਯਾਰ ਸਵਾਦ ਨਹੀਂ ਮੂੰਹ ਤੇ ਵੀ ਨਹੀਂ ਕੋ ਕੋ ਚਲਾ ਜਾਊਗਾ ਉਹ ਐ ਤਾਂ ਨਹੀਂ ਕਰੂਗਾ ਚੱਕ ਕੇ ਥੋੱਕ ਕੇ ਤੁਹਾਡੇ ਮੂੰਹ ਤੇ ਛੁੱਟ ਕੇ ਚਲਾ ਜਾਊਗਾ ਆਲ ਰਾਈਟ ਸੋਸ਼ਲ ਮੀਡੀਆ ਦਾ ਕਮੈਂਟ ਓਵੇਂ ਦਾ ਫੀਲ ਹੁੰਦਾ ਬਿਲਕੁਲ ਸੋ ਇਹ ਇਸ ਚੀਜ਼ ਤੇ ਜੋ ਵਿਊਅਰ ਨੇ ਆਈ ਊਡ ਸੇ ਕਿ ਐਕਟ ਥੋੜਾ ਜਿਆ ਮਚਿਊਰ ਯਾਰ ਜਿਹੜੀ ਜੀ ਤੁਸੀਂ ਆਪਦੇ ਤੇ ਨਹੀਂ ਸਹਿ ਸਕਦੇ ਕਿਸੇ ਨਾਲ ਕਰੋਨਾ ਹਾਂ ਹੈਨਾ ਕਿ ਜੇ ਤੁਸੀਂ ਨਹੀਂ ਕੁਝ ਮਾਰ ਪਰ ਇਹ ਚੀਜ਼ ਨਾ ਕਦੇ ਦੇਖੀ ਕਰਦੇ ਉਹ ਇਨਸਾਨ ਨੇ ਜਿਨ੍ਹਾਂ ਨੂੰ ਆਪ ਦਾ ਪਤਾ ਵੀ ਹੁੰਦਾ ਸਾਲੇ ਅਸੀਂ ਅੰਡਰ ਰੀਚੀਵਰ ਯਾ ਵੀ ਅਸੀਂ ਇਸ ਫੇਸ 'ਚ ਆ ਹੀ ਨਹੀਂ ਸਕਦੇ ਉਹ ਹੇਟ ਹੁੰਦੀ ਹੈ ਕਿਤੇ ਨਾ ਕਿਤੇ ਜਿਨ੍ਹਾਂ ਨੇ ਮਿੱਥਿਆ ਹੀ ਹੁੰਦਾ ਹੁਣ ਕਈ ਬੰਦੇ ਐਵੇਂ ਦੇ ਆ ਜਾਂਦੇ ਨੇ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਦੱਸਦਾ ਕਈ ਬੰਦਾ ਜਿਚਾ ਕੇ ਕਮੈਂਟ ਕਰੂਗਾ ਉਹਨੂੰ ਇਗਨੋਰ ਕਰੋਗੇ ਨਾ ਦੁੱਜੀ ਦੀ ਜੀ ਪੋਸਟ ਤੇ ਫੇਰ ਆ ਜੂਗਾ ਹੂੰ ਉਹਨੇ ਸੜੀ ਤੋਂ ਸੜੀ ਗੱਲ ਕਰਨੀ ਆ ਪੂਰੀ ਵੀਕ ਤੁਹਾਨੂੰ ਇੱਕ ਦਿਨ ਜਾ ਕੇ ਰਿਐਕਸ਼ਨ ਦੇਣਾ ਹੀ ਪੈਂਦਾ ਹੂੰ ਉਹਦਾ ਮਿਸ਼ਨ ਹੋ ਗਿਆ ਪਾਸ ਜੇ ਰਿਐਕਸ਼ਨ ਦੇ ਬਿਲਕੁਲ ਸੋ ਯਾ ਦਿਸ ਇਜ਼ ਦਿਸ ਇਜ਼ ਵਾਟ ਇਟ ਇਜ਼ ਇਹ ਸਾਨੂੰ ਹੁਣ ਡੀਲ ਕਰਨਾ ਪੈਣਾ ਇਨੀਆਂ ਚੀਜ਼ਾਂ ਦੇ ਨਾਲ ਤੇ ਜੇ ਇਹ ਇਹ ਹੀ ਲਾਈਫ ਆ ਜੇ 100 ਚੰਗੇ ਆ ਤਾਂ ਵਿੱਚੋਂ 10 ਮਾੜੇ ਹੋਣੇ ਹੀ ਆ ਇਹ ਤੁਹਾਨੂੰ 100 100 ਜਣੇ ਨੇ ਪਸੰਦ 100 ਤੁਸੀਂ ਤੁਹਾਡੇ ਵਿਊਅਰਸ ਨੇ ਉਹਨਾਂ ਦਾ ਜੋ ਜ਼ਰੂਰੀ ਨਹੀਂ ਹੈਗਾ ਵੀ ਸਾਰਿਆਂ ਨੂੰ ਤੁਸੀਂ ਪਸੰਦ ਆਉਂ। ਬਟ ਜਿਹਨੂੰ ਨਹੀਂ ਪਸੰਦ ਆ ਉਹ ਡਿਸਲਾਈਕ ਕਰੋ ਚਲੇ ਜਾਓ। ਗਾਲਾਂ ਹੇਅਰ ਕਟੜੀਆਂ ਤੋਂ ਮੈਨੂੰ ਲਾਦਾ ਨਹੀਂ ਕਿਸੇ ਨੂੰ ਵੀ ਕਿਸੇ ਵੀ ਆਰਟਿਸਟ ਨੂੰ ਜਾਂ ਆਰਟਿਸਟ ਨੂੰ ਨਹੀਂ ਕਿਸੇ ਨੂੰ ਵੀ ਲਾ ਲੋ ਵੀ ਜਿਹੜੇ ਪੋਡਕਾਸਟ ਵੀ ਕਰਦੇ ਨੇ ਜਾਂ ਕੋਈ ਇੰਟਰਵਿਊਜ਼ ਕਰਦੇ ਨੇ ਕੁਝ ਵੀ ਆ ਤੁਹਾਨੂੰ ਨਹੀਂ ਚੀਜ਼ ਪਸੰਦ ਡਿਸਲਾਈਕ ਕਰੋ। ਇੱਕ ਵੀ ਦੇ ਵਿੱਚ ਉਹਨੂੰ ਕਮੈਂਟ ਕਰੋ ਵੀ ਅਗਲਾ ਉਹ ਚੀਜ਼ ਨੂੰ ਸੁਧਾਰ ਸਕੇ ਉਹਨੂੰ ਉਹਨੂੰ ਆਪਣਾ ਸੁਜੈਸ਼ਨ ਦੋ ਥੋੜੀ ਯਾਰ ਤੁਸੀਂ ਜਿਹਨੇ ਸੱਚੀ ਇੰਨੀ ਕੰਸਰਨ ਨਾਲ ਮੈਸੇਜ ਕਰਨਾ ਲਾਈਕ ਕਮੈਂਟ ਕਰਨਾ ਹੈ ਨਾ ਉਹ ਗੰਦੇ ਕਮੈਂਟ ਕਰਦੇ ਨਹੀਂ ਜਿਹਨੇ ਕਰਨੀ ਥੋੜੀ ਇਮੇਜ ਖਰਾਬ ਹੈ ਉਹਨੇ ਹੀ ਉਹ ਤੁਹਾਨੂੰ ਪਿੰਚ ਹੀ ਉਹ ਕਰੂਗਾ ਗੱਲ ਕੋਈ ਇੱਕ ਤਾਂ ਹੁੰਦਾ ਨਾ ਵੀ ਗੱਲ ਐ ਹੱਥ ਲਾ ਕੇ ਵੀ ਸਮਝਾਈ ਜਾ ਸਕਦੀ ਹੈ ਕਚੁੰਡੀ ਲਾ ਕੇ ਵੀ ਜਿਹਨੇ ਦੇਣਾ ਹੀ ਦਰਦ ਹੈ ਉਹਦਾ ਚੁੰਡੀ ਮਾਰੂਗਾ ਉਹਨੇ ਹੱਥ ਟੈਪ ਨਹੀਂ ਕਰਨਾ ਮੈਂ ਤਾਂ ਕਹਿਣਾ ਵੀ ਕੁਝ ਨਹੀਂ ਹੈਗਾ ਯਾਰ ਸਟਿਕ ਉਹ ਦੰਨੂ ਕਰੋ ਕਰਕੇ ਨਾਲ ਉੱਤੇ ਬਲੌਕ ਲਿਖਿਆ ਆ ਜਾਂਦਾ ਵਸ ਉਹ ਕਰ ਦੋ ਦੈਟਸ ਇਟ ਕੰਮ ਖਤਮ ਇਹ ਬੜੀ ਬੜੀ ਲੋਕ ਜਿਹੜੀ ਕੰਟੈਂਟ ਬਣਾਉਂਦੇ ਨੇ ਸੌਂਗਸ ਨੇ ਆਰਟਿਸਟ ਨੇ ਉਹ ਸਾਰੇ ਇਹੀ ਕਹਿੰਦੇ ਨੇ ਵੀ ਅਸੀਂ ਬੰਦੇ ਰੱਖੇ ਹੋਏ ਨੇ ਜਾਂ ਫਿਰ ਅਸੀਂ ਵੀ ਆ ਉਹਨਾਂ ਦਾ ਫਰਜ਼ ਹੈ ਤੁਸੀਂ ਕਮੈਂਟ ਕਰੋ ਜੀ ਸਦਕੇ ਥੈਂਕ ਯੂ ਸਾਡੀ ਚੀਜ਼ ਨੂੰ ਤੁਸੀਂ ਰੀਚ ਚ ਲੈ ਗਏ ਹੋ ਹੁਣ ਅਗਲਾ ਸਾਡਾ ਫਰਜ਼ ਹੈ ਹੁਣ ਅਸੀਂ ਉਹਨੂੰ ਬਲੌਕ ਕਰੀਏ ਰਿਪਲਾਈ ਕਰੀਏ ਫਿਰ ਉਹਦੇ ਲਈ ਵੀ ਤਿਆਰ ਰਹੋ ਤੇ ਫੈਮਿਲੀ ਕਦੇ ਦੇਖਦੀ ਹੈ ਨਾ ਚੀਜ਼ਾਂ ਨੂੰ ਜਦੋਂ ਬਿਲਕੁਲ ਹੁਣ ਕਦੇ ਬੁਰਾ ਲੱਗਦਾ ਵੀ ਯਾਰ ਆਬਵੀਅਸ ਲੱਗਦਾ ਹਮ ਕਿਸੇ ਦੀ ਵੀ ਫੈਮਿਲੀ ਆ ਯਾਰ ਤੁਸੀਂ ਕੋਈ ਵੀ ਕੰਮ ਕਰਦੇ ਹੋ ਸਪੋਜ਼ ਕਰੋ ਇੱਕ ਬੰਦੇ ਨੇ ਕੋਈ ਦੁਕਾਨ ਖੋਲੀ ਆ ਉਹਦੀ ਫੈਮਿਲੀ ਨੂੰ ਪਤਾ ਹੀ ਹੋਊਗਾ ਵੀ ਉਹਦੇ ਵਿੱਚ ਕੀ ਕੀ ਵੇਚਣ ਲਈ ਰੱਖਿਆ ਹੋਇਆ ਉਹਨਾਂ ਨੇ ਕਿਹੜੀ ਕਿਹੜੀ ਆਈਟਮ ਵਿਕਦੀ ਆ ਕਿੰਨੇ ਗਾਹਕ ਆਉਂਦੇ ਆ ਕਿੰਨੀ ਉਹ ਚੋ ਇਨਕਮ ਹੁੰਦੀ ਆ ਹਰ ਇੱਕ ਦੀ ਫੈਮਿਲੀ ਨੂੰ ਪਤਾ ਹੁੰਦਾ ਐਵੇਂ 뮤직 ਵੀ ਤੇ ਐਹੀ ਹੈ ਹਮ ਹੁਣ ਜੇ ਅਸੀਂ ਮੈਂ ਗਾਣਾ ਬਣਾਇਆ ਵੀਡੀਓ ਬਣਾਈ ਸਾਰਾ ਕੁਝ ਬਣਾਇਆ ਤਾਂ ਮੇਰੀ ਫੈਮਲੀ ਨੂੰ ਆਬਵੀਅਸਲੀ ਪਤਾ ਹੋਊਗਾ ਤਾਂ ਉਹਨਾਂ ਨੇ ਉਹਨਾਂ ਥੱਲੇ ਖੋਲ ਕੇ ਦੇਖੂਗਾ ਵੀ ਹਾਂ ਕਿੰਨੇ ਕਿ ਗਾਣਾ ਚੱਲਿਆ ਕਿੰਨੇ ਕਮੈਂਟ ਆਇਆ ਸਾਰਾ ਕੁਝ ਦੇਖੂਗਾ ਸਾਰਾ ਕੁਝ ਆਬਵੀਅਸਲੀ ਪਲੱਸ ਜੇ ਕੁਛ ਵੀ ਕਈ ਵਾਰੀ ਤਾਂ ਐਵੇਂ ਹੀ ਹੋ ਜਾਂਦਾ ਨਾ ਬੰਦੇ ਨੂੰ ਕੌਨਫੀਡੈਂਸ ਕਿੱਥੋਂ ਆਉਂਦਾ ਕਿ ਮੈਂ ਸਹੀ ਕੰਮ ਕਰ ਰਿਹਾ ਕਿ ਨਹੀਂ ਜੇ ਬੰਦੇ ਨੂੰ ਡਾਊਟ ਵੀ ਹੁੰਦਾ ਕਿ ਯਾਰ ਕਿਤੇ ਮੇਰੇ ਚ ਤਾਂ ਨਹੀਂ ਗਲਤੀ ਦੇਨੋ ਫੈਮਲੀ ਦਾ ਰੋਲ ਵੀ ਬੜਾ ਤਕੜਾ ਹੁੰਦਾ ਹਾਂ ਬਿਲਕੁਲ ਜੇ ਤੁਹਾਡੀ ਫੈਮਲੀ ਦੀ ਏਟਲੀਸਟ ਤੁਸੀਂ ਸੁਣੋ ਨਾ ਪੋਲੋ ਜੋ ਮੈਨੇਜਮੈਂਟ ਇਹ ਉਹ ਉਹਦਾ ਬਾਅਦ ਚ ਆਉਂਦੀਆਂ ਨੇ ਚੀਜ਼ਾਂ ਉਹਨਾਂ ਨੇ ਤਾਂ ਪੈਸੇ ਚੁੱਕਣੇ ਕੰਮ ਕਰਨਾ ਐਡੀਟਰ ਤੁਹਾਡੇ ਜੀ ਉਹ ਸਭ ਅੱਡ ਹੈ ਜਦੋਂ ਤੁਹਾਡੀ ਫੈਮਲੀ ਕਹਿ ਰਹੀ ਹੈ ਨਾ ਕਿ ਆਹ ਚੀਜ਼ ਚੰਗੀ ਹੈ ਆਹ ਚੀਜ਼ ਮਾੜੀ ਹੈ ਬਟ ਜੇ ਫੈਮਲੀ ਚਾਹ ਵਾਲਾ ਫੇਰ ਤੁਹਾਡੇ ਤੋਂ ਕੋਈ ਤੁਹਾਨੂੰ ਰੱਬ ਨਹੀਂ ਬਚਾ ਸਕਦਾ ਯਾ ਮੈਂ ਇੱਕ ਗੱਲ ਮਨ ਚ ਆਈ ਜੀਤ ਦੀ ਜਿਹੜਾ ਜੀਤ ਕੁਲੀ ਵਾਲਾ ਮੇਰੇ ਗੀਤ ਲਿਖਦਾ ਜਿਹੜਾ ਮੇਰਾ ਕਾਸ ਯਾਰ ਕਹਿੰਦਾ ਮੈਂ ਉਹਨੂੰ ਜਿਹੜਾ ਗਾਣਾ ਲਗਾ ਕੇ ਭੇਜਦਾ ਨਾ ਮੈਂ ਕਹਿੰਦਾ ਯਾਰ ਆ ਗਾਣਾ ਆ ਗਾਣਾ ਬੜਾ ਸੂਟ ਕੀਤਾ ਬੋਕਲ ਨੂੰ ਆ ਕਰੀ ਆ ਆਪਾ ਹੂੰ ਕਹਿੰਦਾ ਤੈਨੂੰ ਉਹ ਤੈਨੂੰ ਸਾਲੇ ਸਾਰੇ ਸੂਟ ਕਰਦੇ ਆ ਕਹਿੰਦਾ ਟਾਈਮ ਹੀ ਨਹੀਂ ਚੰਗਾ ਚੱਲ ਰਿਹਾ ਵਾ ਸਾਬਣ ਸਾਰੇ ਸੂਟ ਕਰਦੇ ਜਿਹੜਾ ਮਰਜੀ ਗਏ ਜਾ ਮੈਂ ਕਹਿੰਦਾ ਇਹੀ ਮਤਲਬ ਉਹ ਕੀ ਆ ਇੱਕ ਐਪਰੀਸ਼ੀਏਸ਼ਨ ਆ ਇੱਕ ਦੂਜੇ ਨੂੰ ਹੌਸਲਾ ਇੱਕ ਦੂਜੇ ਨਾਲ ਹਨਾ ਮੈਨੂੰ ਐ ਲੱਗਦਾ ਹੁੰਦਾ ਕਿ ਜਦ ਤੱਕ ਤੁਹਾਨੂੰ ਤੁਹਾਡੇ ਆਪਣੇ ਯਾਰ ਤਹਾਡੇ ਫੈਮਿਲੀ ਤੁਹਾਨੂੰ ਸਪੋਰਟ ਨਹੀਂ ਇੱਕ ਵਧੀਆ ਪੋਜ਼ਿਟਿਵਿਟੀ ਨਹੀਂ ਦਿੰਦੇ ਨਾ ਤੁਸੀਂ ਜਿੰਨਾ ਮਰਜੀ ਬਾਹਰੋਂ ਤੁਹਾਨੂੰ ਲੱਖ ਨੈਗੇਟਿਵ ਮਿਲੀ ਜਾਵੇ ਜੇ ਤੁਹਾਨੂੰ ਘਰ ਚੋਂ ਪੋਜ਼ਿਟਿਵਿਟੀ ਮਿਲਦੀ ਹੈ ਨਾ ਤੁਸੀਂ ਕਿਸੇ ਦੀ ਖਿਆਰ ਨਹੀਂ ਕਰਦੇ ਫਿਰ ਹਮ ਤਾਂ ਅਸੀਂ ਟੁੱਟੇ ਹੋਇਆ ਹੋ ਤੁਸੀਂ ਐ ਤੁਹਾਡਾ ਪੂਰਾ ਸਰੀਰ ਟੁੱਟਿਆ ਹੋਇਆ ਦਿਮਾਗ ਤੋਂ ਤੁਸੀਂ ਪਰੇਸ਼ਾਨ ਹੋ ਲੋਕਾਂ ਦੀ ਲੋਕਾਂ ਨੇ ਪਰੇਸ਼ਾਨ ਕਰਤਾ ਤੁਹਾਨੂੰ ਨੈਗੇਟਿਵ ਕਰ ਕਰਕੇ ਤੁਸੀਂ ਘਰ ਪਹੁੰਚਦੇ ਹੋ ਜਾਂ ਆਪਣੇ ਯਾਰ ਨੂੰ ਫੋਨ ਕਰਦੇ ਹੋ ਕੋਈ ਚੱਕਰ ਨਹੀਂ ਸਾਲਾ ਚੱਕ ਦਾਂਗੇ ਛੋਟੀ ਜੀ ਕੀ ਐ ਕੋਈ ਹੈ ਕੁਛ ਨਹੀਂਗਾ ਕੁਛ ਵੀ ਨਹੀਂਗਾ ਯਾਰ ਕੁਛ ਵੀ ਨਹੀਂਗਾ ਬਸ ਉਹ ਸਾਰੀ ਦੁਨੀਆ ਦੀ ਨੈਗੇਟਿਵਿਟੀ ਤੁਹਾਡੀ ਜ਼ੀਰੋ ਹੋ ਜਾਂਦੀ ਤੁਸੀਂ ਪੋਜ਼ਿਟਿਵ ਹੋ ਜਾਂਦੇ ਹੋ ਤੇ ਦੂਜੇ ਪਾਸੇ ਪੁੱਠਾ ਵੀ ਆ ਜੇ ਬਾਹਰ ਤੁਸੀਂ ਜਿੰਨੇ ਮਰਜ਼ੀ ਸਕਸੈਸਫੁਲ ਹੋ ਗੋ ਤੁਹਾਡਾ ਸਰਕਲ ਤੁਹਾਡੀ ਫੈਮਿਲੀ ਤੁਹਾਡਾ ਯਾਰ ਮਾੜਾ ਹਾਂ ਬਿਲਕੁਲ ਬਿਲਕੁਲ ਸਾਬ 100% ਤੇ ਇਸ ਲਾਈਨ ਦੇ ਅੰਦਰ ਤਾਂ ਜ਼ਿਆਦਾਤਰ ਹੈ ਕਿੰਨੇ-ਕਿੰਨੇ ਅਸੀਂ ਦੇਖੇ ਨੇ ਕਿ ਉਹਨਾਂ ਦੇ ਸਰਕਲ ਮਾੜੇ ਤੇ ਨਤੀਜੇ ਮਾੜੇ ਤੇ ਐਨੀ ਹਾਉ ਕੈਨੇਡਾ ਕਿਵੇਂ ਲੱਗ ਰਿਹਾ ਤੁਹਾਨੂੰ ਕੈਨੇਡਾ ਵਧੀਆ ਹਮ ਪਰ ਪੈਸੇ ਨਾਲ ਹੀ ਸੱਚਣਾ ਸਾਰਾ ਕੁਝ ਮੈਨੂੰ ਐ ਲੱਗਦਾ ਹੁੰਦਾ ਵੀ ਜੇ ਜੇ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਨਾ ਕੈਨੇਡਾ ਚੰਗਾ ਨਾ ਪੰਜਾਬ ਚੰਗਾ ਹਮ ਜੇ ਪੈਸਾ ਆ ਪੰਜਾਬ ਵੀ ਚੰਗਾ ਕੈਨੇਡਾ ਵੀ ਚੰਗਾ ਪੈਸਾ ਹੋਣਾ ਬਹੁਤ ਜ਼ਰੂਰੀ ਆ ਕਦੇ ਤੋਂ ਬਣਾ ਯਾਰ ਤੁਸੀਂ ਕੀ ਹੈ ਮੈਨੂੰ ਮੈਨੂੰ ਐ ਲੱਗਦਾ ਹੁਣ ਕਿ ਮੈਂ ਕਿਸੇ ਤੋਂ ਮੰਗ ਮੰਗ ਕੇ ਕਦੀ ਪੈਸੇ ਨਹੀਂ ਲਾਏ ਨਾ ਕੰਪਨੀਆਂ ਨੇ ਲਾਏ ਆ ਆਪਣਾ ਕਮਾਇਆ ਆਪਣਾ ਕੀਤਾ ਜਿੰਨਾ ਚਿਰ ਪੈਸਾ ਨਹੀਂ ਸੀਗਾ ਉਨਾ ਚਿਰ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਕਿਸੇ ਨੂੰ ਐ ਲੱਗਦਾ ਸੀਗਾ ਵੀ ਯਾਰ ਬੰਦੇ ਚਾਜ ਨਾਲ ਗੱਲ ਵੀ ਨਹੀਂ ਕਰਦੇ ਤੁਹਾਡੇ ਨਾਲ ਜਦੋਂ ਤੁਹਾਡੇ ਕੋਲ ਪੈਸਾ ਆਇਆ ਨਾ ਤੁਹਾਡੀ ਪਤਾ ਨਹੀਂ ਲੋਕੀ ਕਾਤੇ ਰਿਸਪੈਕਟ ਕਰਨ ਲੱਗ ਜਾਂਦੇ ਮੈਨੂੰ ਐ ਲੱਗਦਾ ਉਹਨਾਂ ਦਾ ਗੱਲ ਕਰਨ ਦਾ ਸਟਾਈਲ ਤੁਹਾਡੇ ਨਾਲ ਚੇਂਜ ਹੋ ਜਾਂਦਾ ਜਿਆਦਾ ਬੰਦੇ ਨੂੰ ਬਾਅਦ ਚ ਸਲਾਮ ਆ ਇੱਥੇ ਪੈਸੇ ਨੂੰ ਪਹਿਲਾਂ ਸਲਾਮ ਆ ਹਰ ਹਰ ਪਾਸੇ ਹੈਨਾ ਤੇ ਦੂਜੇ ਪਾਸੇ ਆਪਾਂ ਜੇ ਆਰਟਿਸਟ ਲਾ ਲਈਏ ਉਹਨਾਂ ਦੇ ਨਾਮ ਨੂੰ ਆ ਜਦੋਂ ਕੁਛ ਨਹੀਂ ਹੁੰਦਾ ਆਰਟਿਸਟ ਤੇ ਉਹੀ ਆਰਟਿਸਟ ਆ ਗੱਲ ਚਤੇ ਆ ਗਈ ਇੱਕ ਛੋਟੀ ਜੀ ਇੱਕ ਚੀਜ਼ ਤੁਸੀਂ ਨੋਟ ਕੀਤੀ ਕੀ ਜਿਹੜੇ ਜਿੰਦਾ ਨਾਲ ਪੜਦੇ ਹੁੰਦੇ ਆ ਆਪਣੇ ਪੁਰਾਣੇ ਯਾਰ ਦੋਸਤ ਹਨ ਮੈਨੂੰ ਇੱਕ ਬੰਦਾ ਕਹਿੰਦਾ ਅਸੀਂ ਬੜੇ ਚਿਰ ਦੀ ਗੱਲ ਆ ਇਹ ਰਾਉਂਡ ਮੈਨੂੰ ਲੱਗਦਾ ਵੀ 8 9 10 ਸਾਲ ਪਹਿਲਾਂ ਦੀ ਗੱਲ ਹੋਣੀ ਆ ਉੱਥੇ ਨਾ ਸਾਡੇ ਨਾਲ ਇੱਕ ਮੁੰਡਾ ਆਇਆ ਸਾਡੇ ਤੋਂ ਕਾਫੀ ਸੀਨੀਅਰ ਸੀਗਾ ਤੇ ਉਹ ਕਿਤੇ ਸਰਤਾਜ ਨਾਲ ਪੜਦਾ ਹੋਣਾ ਨਾ ਹੂੰ ਹੂੰ ਕਹਿੰਦਾ ਆ ਕੇ ਵੀ ਸਰਤਾਜ ਉਹਦਾ ਸਰਤਾਜ ਦੀ ਨਵੀਂ ਨਵੀਂ ਐਲਬਮ ਬਹੁਤ ਹਿੱਟ ਹੋਈ ਸੀ ਕਹਿੰਦਾ ਸਰਤਾਜ ਤੋਂਦਾ ਅਸੀਂ ਚਪੜਾ ਮਾਰ ਮਾਰਗਵਾਉਂਦੇ ਹੁੰਦੇ ਸੀ ਉਸਾ ਯਾਰ ਮੈਨੂੰ ਮੈਨੂੰ ਬੜੀ ਬੈਡ ਜੀ ਗੱਲ ਫੀਲ ਹੋਈ ਨਾ ਮਤਲਬ ਆਪਣੇ ਵੱਲੋਂ ਟੌਰ ਮਾਰਨ ਲਈ ਯਾਰ ਕਿਸੇ ਦੇ ਚਪੇੜਾ ਮਾਰ ਕੇ ਤੁਸੀਂ ਕਿੱਦਾਂ ਘਵਾ ਲੋਗੇ ਹੂੰ ਕੋ ਘਾਵਾਂਗਾ ਮਤਲਬ ਮਤਲਬ ਇੱਕ ਇੱਕ ਨਹੀਂ ਹੋ ਸਕਦਾ ਹਨਾ ਮਤਲਬ ਉਹਨੇ ਆਪਣੇ ਵੱਲੋਂ ਤਾਂ ਕੀਤਾ ਵੀ ਮੈਂ ਦੱਸਾਂ ਵੀ ਮੇਰੇ ਨਾਲ ਪੜਦਾ ਸੀਗਾ ਹੁਣ ਐ ਹੀ ਮੇਰੇ ਨਾਲ ਮੇਰੇ ਨਾਲ ਸੇਮ ਕਿਸੇ ਹੋਏ ਨੇ ਜਿਹੜੇ ਪੁਰਾਣੇ ਕਈ ਜਿਹੜੇ ਤਾਂ ਖਾਸ ਤਾਂ ਦੱਸਿਆ ਉਹੀ ਜਿਹੜੇ 2-3 ਯਾਰ ਦੋਸਤ ਹੁੰਦੇ ਨੇ ਉਹਨਾਂ ਲਈ ਤਾਂ ਤੁਹਾਡੀ ਇੱਜ਼ਤ ਉਹਨਾਂ ਦੀ ਇੱਜ਼ਤ ਸੇਮ ਗੱਲ ਆ ਉਹਨਾਂ ਨੂੰ ਕੋਈ ਫਰਕ ਨਹੀਂ ਆ ਉਸੀਂ 100 ਬੰਦੇ ਦੇ ਵਿੱਚ ਖੜੇ ਹੁੰਨਾ ਉਹਨਾਂ ਨੂੰ ਨਾ ਮੇਰੇ ਯਾਰ ਦੀ ਟੌਰ ਜ਼ਿਆਦਾ ਬਣੀ ਸਾਡੇ ਨਾਲੋਂ ਉਹਦੀ ਇੱਜ਼ਤ ਜ਼ਿਆਦਾ ਬਣੀ ਸਾਡੇ ਨਾਲੋਂ ਤੇ ਜਿਹੜੇ ਉਹ ਹੁੰਦੇ ਨਾ ਜਿਹੜੇ ਉਹਦਾ ਕਿਸੇ ਕੁਛ ਨਹੀਂ ਐਵੇਂ ਹੀ ਆਹ ਸਾਲਾ ਇਹ ਤਾਂ ਸਾਲਾ ਸਾਡੇ ਇੱਥੇ ਘੁੰਮਦਾ ਹੁੰਦਾ ਸੀ ਇਹਦਾ ਇਹਨੂੰ ਕੌਣ ਪੁੱਛਦਾ ਆ ਫਲਾਨਾ ਆ ਉਹ ਚੀਜ਼ਾਂ ਫਿਰ ਫੋਨ ਆਊਗਾ ਨਾ ਇੱਕ ਬੰਦੇ ਦਾ ਫੋਨ ਆਇਆ ਤੈਨੂੰ ਯਾਦ ਆ ਸੀਗਾ ਤੂੰ ਐਂ ਕੀਤਾ ਸੀਗਾ ਆ ਕੇ ਇੱਕ ਬੰਦਾ ਤਾਂ ਆਲਵੇਜ਼ ਐਂ ਕਰੂਗਾ ਤੈਨੂੰ ਯਾਦ ਆ ਮੈਂ ਨਾਮ ਨਹੀਂ ਲਾਉਂਗਾ ਜਤਾਂ ਉਹਨੂੰ ਪਤਾ ਲੱਗ ਜਾਣਾ ਆ ਵੀ ਉਦਾਂ ਜਦੋਂ ਉਹਨੇ ਵੀਡੀਓ ਦੇਖਣੀ ਉਹਨਾਂ ਜਦੋਂ ਮੈਨੂੰ ਫੋਨ ਕਰੂਗਾ ਫੋਨ ਕਰਕੇ ਉਹਨਾਂ ਨੇ ਰਾਤ ਨੂੰ ਤੈਨੂੰ ਪਤਾ ਤੇਰੀ ਗੱਡੀ ਖਰਾਬ ਹੋ ਗਈ ਸੀ ਛੋਟੇ ਹੱਥੀ ਪਿੱਛੇ ਲੈ ਪਾ ਕੇ ਲੈ ਕੇ ਗਏ ਸੀ ਅੱਛਾ ਯਾਰ ਠੀਕ ਆ ਮੈਨੂੰ ਪਤਾ ਤਾਂ ਲੈ ਕੇ ਗਏ ਸੀ ਗੱਲ ਉਹਨੇ ਆਪ ਮੈਨੂੰ ਕੀ ਮੈਨੂੰ ਕੀ ਤਾਂ ਹੋ ਗਈ ਸੀ ਯਾਰ ਖਰਾਬ ਫਿਰ ਹੁਣ ਅਸੀਂ ਕਿਹੜੇ ਕੋਈ ਅੰਬਾਨੀ ਦੀ ਏਲਾ ਦਾ ਵੀ ਜਿਹੜੇ ਹੈਲੀਕਾਪਟਰਾਂ 'ਚ ਘੁੰਮਦੇ ਸੀਗੇ ਉਹਨੇ ਨਾ ਉਹ ਗੱਲ ਵੀ ਕਰਨੀ ਐ ਨਾਲ ਜਦੋਂ 4-5 ਸਾਥ ਬੰਦੇ ਬੈਠੇ ਹੁੰਦੇ ਨੇ ਉਹਦੇ ਵਿੱਚ ਉਹਨਾਂ ਦੇ ਵਿੱਚ ਗੱਲ ਕਰਨੀ ਆ ਪਤਾ ਤੈਨੂੰ ਤੇਰੀ ਗੱਡੀਆਂ ਖਰਾਬ ਹੋ ਗਈ ਸੀ ਉੱਥੇ ਲੈ ਕੇ ਮੈਂ ਸੋਚਦਾ ਨਾ ਯਾਰ ਭਈ ਇਹ ਮਤਲਬ ਮੇਰੀ ਟੌਰ ਬਣਾ ਰਿਹਾ કે ਮੇਰੀ ਬੇਇੱਜ਼ਤੀ ਕਰ ਰਿਹਾ ਉੱਥੇ ਹਨਾ ਫਿਰ ਮੈਂ ਉਹ ਫੋਨ ਹੀ ਚੱਕਣਾ ਬੰਦ ਕਰਤਾ ਫਿਰ ਬੰਦੇ ਫਿਰ ਕਹਿੰਦੇ ਸਾਡਾ ਫੋਨ ਹੀ ਚੱਕਦਾ ਹੁੰਦੇ ਉਹ ਬੰਦੇ ਯਾਰ ਨਹੀਂ ਹੁੰਦੇ ਉਹ ਤਾਂ ਉਹ ਨੋਨ ਹੁੰਦੇ ਨੇ ਥੋੜੇ ਤੁਰੇ ਫਿਰਦੇ ਹਾਂ ਜਿਹੜਾ ਯਾਰ ਆ ਮੈਨੂੰ ਐ ਲੱਗਦਾ ਹੁੰਦਾ ਵੀ ਉਹ ਤਾਂ ਤੁਹਾਡੀ ਟੌਰ ਬਣਾਊਗਾ ਆਲਵੇਸ ਉਹ ਤਾਂ ਉਹਨੂੰ ਪਤਾ ਤੁਸੀਂ ਕਿਹੜੇ ਸਟਰਗਲ ਚੋਂ ਲੰਗੇ ਹੋ ਇਕੱਠੇ ਹੀ ਆ ਦੇਵੀ ਉਹਨਾਂ ਦੀ ਬੜੀ ਸੋਹਣੀ ਲਾਈਨ ਆ ਇੱਕ ਵੀ ਜਿਹੜੀ ਕਹਿੰਦਾ ਸਟਰਗਲ ਆ ਉਹ ਤਾਂ ਯਾਰਾਂ ਨੂੰ ਪਤਾ ਲੋਕਾਂ ਨੂੰ ਤਾਂ ਕਹਿੰਦਾ ਮੋਰੇ ਸਾਰਾ ਜੋ ਜਾਂ ਤਾਂ ਚੜਦਾ ਪਤਾ ਜਾਂ ਹਾਂ ਬਸ ਕੋਈ ਵੀ ਕੀਤਾ ਕਿਤੇ ਵੀ ਤੁਸੀਂ ਜਦੋਂ ਗਰਾਊਂਡ ਵਰਕ ਹੁੰਦਾ ਪਤਾ ਹੀ ਉਹਨਾਂ ਬੰਦਿਆਂ ਨੂੰ ਹੈ ਜਿਨ੍ਹਾਂ ਜਿਨ੍ਹਾਂ ਨੇ ਜਿਹੜੇ ਤੁਹਾਡੇ ਨਾਲ ਪਹਿਲੇ ਦਿਨ ਤੋਂ ਨੇ ਉਹਨਾਂ ਨੂੰ ਸਟੱਡੀ ਸਟਰਗਲ ਦਾ ਪਤਾ ਜਿਹਨਾਂ ਨੂੰ ਚੜਦੇ ਵੇਖਿਆ ਟੁੱਟਦੇ ਵੇਖਿਆ ਰੋਂਦੇ ਵੀ ਵੇਖਿਆ ਹਾਂ ਉਹਨਾਂ ਨੂੰ ਪਤਾ ਵੀ ਤੁਹਾਡੀ ਸਟਰਗਲ ਕੀ ਆ ਤੁਸੀਂ ਕਿਵੇਂ ਇੱਥੇ ਪਹੁੰਚੇ ਹੋ ਕਿੱਦਾਂ ਆਏ ਹੋ ਇੱਥੇ ਹੂੰ ਜਿਨ੍ਹਾਂ ਨੇ ਤੁਹਾਨੂੰ ਜਿਹੜੀ ਤੁਸੀਂ ਗੱਲ ਨਹੀਂ ਆ ਰਹੀ ਕੋਈ ਵੀ ਮੈਂ ਜਦੋਂ ਬੁਰਾ ਫੀਲ ਕਰਦਾ ਤੇ ਉਹਨਾਂ ਦਾ ਕਿਸੇ ਦਾ ਫੋਨ ਆ ਜਾਵੇ ਹਾਂ ਉਹ ਬੰਦਿਆਂ ਨੂੰ ਪਤਾ ਹੈ ਅਸਲ 'ਚ ਤਾਂ ਬਸ ਤੁਸੀਂ ਉਹਨਾਂ ਨੂੰ ਫੋਨ ਵੀ ਕਰ ਲਓ ਜਦੋਂ ਤੁਸੀਂ ਬੈਠ ਕਦੀ ਜ਼ਿੰਦਗੀ ਦੇ ਵਿੱਚ ਤੁਸੀਂ ਡਾਊਨ ਫੀਲ ਕਰਦੇ ਹੋ ਜਦੋਂ ਤੁਹਾਨੂੰ ਜ਼ਿੰਦਗੀ ਵਿੱਚ ਕੁਝ ਵੀ ਬੈਡ ਫੀਲ ਹੁੰਦਾ ਆਪਣੇ ਸਭ ਤੋਂ ਕਰੀਬੀ ਯਾਰ ਨੂੰ ਫੋਨ ਲਾ ਲਓ ਤੁਹਾਨੂੰ ਦੀ 5 ਮਿੰਟਾਂ ਚ ਸਾਰੀ ਸਟ्रेस ਦੂਰ ਸਹੀ ਗੱਲ ਆ 5 ਮਿੰਟਾਂ ਦੇ ਵਿੱਚ ਤੁਹਾਨੂੰ ਐਦਾਂ ਫੀਲ ਹੋਣ ਲੱਗ ਜਾਊਗਾ ਨਹੀਂ ਯਾਰ ਮੈਂ ਤਾਂ ਰਾਜਾ ਦੁਨੀਆ ਦਾ ਇਹੋ ਜਿਹਾ ਯਾਰ ਯਾਰ ਤਾਂ ਉਹੀ ਆ ਉਹ ਯਾਰ ਕਹਦੇ ਨੇ ਜਿਹੜਾ ਜਿੰਨੂੰ ਗੱਲ ਕਰਕੇ ਤੁਸੀਂ ਐ ਫੀਲ ਕਰਨ ਲੱਗ ਜਾਓ ਵੀ ਯਾਰ ਮੈਂ ਤਾਂ ਕੋਈ ਗੁਨਾਹ ਕਰਤਾ ਤੈਨੂੰ ਫੋਨ ਕਰਕੇ ਹਨਾ ਉਹ ਕਹਦੇ ਯਾਰ ਨੇ ਯਾਰ ਤਾਂ ਉਹ ਨੇ ਵੀ ਕੱਢਦੀ ਕਰਦਾ ਨਹੀਂ ਤਾਂ ਦੂਜੇ ਹੱਥ ਸੇ ਲੈ ਕੇ ਜਾਣਾ ਕਸ਼ਮੀਰੀ ਯਾਰ ਐਵੇਂ ਦੇ ਨਹੀਂ ਹੁੰਦੇ ਨੇ ਉਹਨਾਂ ਨੂੰ ਫੋਨ ਲਾ ਕੇ ਐਂ ਲੱਗਦਾ ਵੀ ਯਾਰ ਇਹਦੇ ਤੋਂ ਤਾਂ ਵਧੀਆ ਹੀ ਕਰ ਰਿਹਾ ਨਹੀਂ ਹੁੰਦਾ ਨਾ ਤੇ ਕਈ ਵਾਰੀ ਉਹ ਵੀ ਹੁੰਦੇ ਨੇ ਉਹਨਾਂ ਨੂੰ ਫੋਨ ਲਾਓ ਸਲਾਹ ਲਈ ਜੇ ਉਹਨਾਂ ਨੂੰ ਕਹਿ ਦਈਏ ਨਾ ਵੀ ਮੈਂ ਆਈਫੋਨ ਲੈ ਕੇ ਆਇਆ ਯਾਰ ਜੋ 2500 ਦਾ ਆਈਫੋਨ ਹੈ ਜੇ ਮੈਂ 1800 ਦਾ ਲੈ ਕੇ ਆਇਆ ਨਾ ਉਹ ਕਈ ਐਵੇਂ ਦੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਯਾਰ 1800 ਦਾ ਬਹੁਤ ਵਧੀਆ ਯਾਰ ਮੈਨੂੰ ਦੱਸੀ ਮੈਂ ਵੀ ਲੈ ਕੇ ਆਣਾ ਕਈ ਉਹੋ ਜਿਹੇ ਹੋਣਗੇ ਪੱਟੂ ਉਹਨਾਂ ਨੂੰ ਕਹਤਾ ਨਾ ਜੀ 1800 ਦਾ ਲੈ ਕੇ ਆਇਆ ਮੈਂ 2500 ਦਾ ਆਈਫੋਨ ਮੈਨੂੰ ਕਰਦਾ ਫੋਨ 1200 ਦਾ ਤੁਆਉਂਦਾ ਤੈਨੂੰ ਉਹ ਵੀ ਨੇ ਵੀ ਡਿਫਰੈਂਟ ਡਿਫਰੈਂਟ ਸਿਰਫ ਨਹੀਂ ਕਿ ਨੇਚਰ ਹੈ ਇਨਸਾਨ ਦੀ ਉਹਦਾ ਤੁਹਾਡੇ ਨਾਲ ਰਿਲੇਸ਼ਨ ਕਿਵੇਂ ਦਾ ਹੈ ਉਹ ਮੈਟਰ ਕਰਦਾ ਥੋੜੀ ਚੋ ਕੱਢਣ ਪਾਉਣ ਨੂੰ ਕੀ ਹੈ ਉਹਦੇ ਲਈ ਸਭ ਤੋਂ ਵੱਡੀ ਗੱਲ ਤੇ ਮੈਂ ਇੱਕ ਚੀਜ਼ ਹੋਰ ਕਹਿਣਾ ਹੁੰਨਾ ਵੀ ਮੈਂ ਕਈ ਵਾਰੀ ਇਹ ਇਹ ਚੀਜ਼ ਤੇ ਮੈਂ ਮੈਨੂੰ ਨੁਕਸਾਨ ਵੀ ਬੜੇ ਹੋਏ ਨੇ ਜ਼ਿੰਦਗੀ ਦੇ ਵਿੱਚ ਜਿਹਨੂੰ ਆਪਣਾ ਕਹੋ ਜਾਂ ਤਾਂ ਦਿਲੋਂ ਕਹੋ ਤੇ ਜਾਂ ਜਿਹਨਾਂ ਨਹੀਂ ਆ ਤਾਂ ਨਹੀਂ ਆ ਐਵੇਂ ਦੋ ਨੰਬਰੀਆਂ ਜਿਹੀ ਐਵੇਂ ਨਹੀਂ ਕਰਨੇ ਚਾਹੀਦੀਆਂ ਵੀਰ ਤੇ ਉਹ ਹੈਗੀ ਆ ਉਤੋਂ ਉਤੋਂ ਆ ਬੋਲਚਾਲਾ ਮੜੀ-ਮੋਟੀ ਆ ਉਹ ਕਦੀ ਯਾਰ ਯਾਰੀ ਬਈ ਉਂ ਰੱਖ ਲੀਏ ਕਦੇ ਕੰਮ ਆ ਜਾਊਗਾ ਹਾਂ ਕਦੇ ਕੰਮ ਆ ਜਾਊਗਾ ਪਰ ਨਾ ਮੇਰੀ ਜ਼ਿੰਦਗੀ ਦਾ ਇੱਕੋ ਸੁਖਲਾ ਜਾਂ ਜਾਂ ਦਿਨ ਆ ਜਾਂ ਰਾਤ ਵਿੱਚ ਵਿਚਾਲੇ ਵਾਲਾ ਕੁਝ ਨਹੀਂ ਹੈਗਾ ਜਿਹਨਾਂ ਹੈਗੀ ਆ ਤਾਂ ਪੂਰੀ ਹੈਗੀ ਆ ਜਿਹਨਾਂ ਨਹੀਂ ਆ ਤਾਂ ਨਹੀਂ ਆ ਜਿਹੜਾ ਨਹੀਂ ਚੰਗਾ ਲੱਗਦਾ ਉਹਦਾ ਨਾ ਕੋਈ ਬੋਲਚਾਲ ਨਹੀਂ ਆਪਣੀ ਮਮ ਅਜੇ ਇਹਦੇ ਤੇ ਮੈਂ ਜਵਾਨੀ ਦੇ ਜਾਨਾ ਇਹ ਚੀਜ਼ ਰਿਮੈਂਬਰ ਯੂਡ ਮੰਨੋਗੇ ਕਿ ਜਦੋਂ ਆਪਾਂ ਯੰਗ ਹੁੰਨੇ ਆ ਹੈਗਾ ਤਾਂ ਆਪਾਂ ਯੰਗ ਹੀ ਆ ਓਏ ਬਾਏ ਦਾ ਟਾਈਮ ਥੋੜੀ ਹੁਣ ਜਾ ਕੇ ਚੇਂਜ ਹੋਈ ਹੈ ਹੈਨਾ ਬਾਏ ਦਾ ਟਾਈਮ ਕੀ ਹੁਣ ਮੈਂ ਉਹ ਰਿਵੈਂਜ ਨਹੀਂ ਲੈਣਾ ਜਿਹੜਾ ਬਿਟਰਨੈਸ ਹੁੰਦੀ ਹੈ ਨਾ ਉਹ ਥੋੜੀ ਹੁਣ ਜਾ ਕੇ ਹਟੀ ਹੈ ਜਾਂ ਹੇਟ ਦੀ ਉਹੀ ਗੱਲ ਹੈ ਕਿ ਜਨਤਾ ਹੇਟ ਕਰਨ ਨੂੰ ਕਿਹੜਾ ਜ਼ੋਰ ਲੱਗਦਾ ਨਾ ਐਫਰਟ ਲੱਗਦੇ ਨੇ ਕਮੈਂਟ ਕਰਨਾ ਤੇ ਬੀਂਗ ਐਨ ਆਰਟਿਸਟ ਤੁਸੀਂ ਇਸ ਚੀਜ਼ ਤੇ ਜਦੋਂ ਰੋਡੇ ਤੇ ਆਉਂਦਾ ਬੀਂਗ ਐਨ ਸਟੈਬਲਿਸ਼ਡ ਵਨ ਕੀ ਮਿਲੀਅਨਸ Song ਚਾਉਦੇ ਨੇ ਵਾਇਰਲ ਹੁੰਦੀ ਆ ਦੁਨੀਆ ਸੁਣਦੀ ਆ ਘਰਾਂ ਦੇ ਦੇ ਘਰ ਫੈਮਿਲੀ ਚ ਸੁਣਨ ਵਾਲੇ ਨੇ ਤੇ ਉਦੋਂ ਕਿਵੇਂ ਦਾ ਲੱਗਦਾ ਤੁਹਾਨੂੰ ਮੈਨੂੰ ਇਹ ਲੱਗਦਾ ਵੀ ਜਿਹੜੇ ਤੁਹਾਡੇ ਰੀਅਲ ਫੈਨਸ ਨੇ ਨਾ ਜਿਹੜਾ ਤੁਹਾਨੂੰ ਪਸੰਦ ਕਰਦੇ ਨੇ ਉਹ ਉਹਨਾਂ ਨੂੰ ਜੇ ਤੁਹਾਡੇ 10 ਗਣੇ ਆਏ ਨੇ ਤਾਂ ਉਹਨਾਂ ਨੇ ਸੁਣਨੇ ਸੁਣਨੇ ਨਹੀਂ ਜ਼ਰੂਰੀ ਨਹੀਂ ਉਹਨਾਂ ਨੇ ਆ ਕੇ ਚੰਗਾ ਕਮੈਂਟ ਕਰਨਾ ਆ ਪਰ ਉਹਨੇ ਗਾਣਾ ਸੁਣਨਾ ਜਿਹੜੇ ਹੇਟਰਸ ਨੇ ਨਾ ਉਹ ਗਾਣਾ ਭਾਵੇਂ 10 ਕਿੰਟ ਦਾ ਨਾ ਸੁਣਨ ਪਰ ਕਮੈਂਟ ਜ਼ਰੂਰ ਕਰਕੇ ਜਾਉਗੇ ਹੂੰ ਜੇ ਆਪਾਂ ਹੁਣ 네ਗੇਟਿਵਿਟੀ ਦੀ ਗੱਲ ਲਈਏ ਹੁਣ ਦਿਲਜੀਤ ਦੀ ਲਾ ਲੋ ਵੀ ਉਹਦੇ ਤੇ ਕਿੰਨਾ ਕਰਤਾ ਵੀ ਲੂਮੀਨਾਟੀ ਜੁਆਇਨ ਕਰ ਲਿਆ ਉਹਨੇ ਇਹ ਕਰ ਲਿਆ ਉਹ ਕਰ ਲਿਆ ਸਿਰਫ ਇੱਕ ਵੀਡੀਓ ਦੇ ਬੇਸ ਤੇ ਸਿਰਫ ਇੱਕ ਵੀਡੀਓ ਦੇ ਬੇਸ ਤੇ ਹੈ ਨਾ ਪਰ ਜਦੋਂ ਉਹਨੇ ਆ ਕੇ ਸਾਹਮਣੇ ਦੱਸਿਆ ਤਾਂ ਰਿਐਲਿਟੀ ਕੁਝ ਹੋ ਰਹੀ ਸੀਗੀ ਮੈਨੂੰ ਐ ਲੱਗਦਾ ਵੀ ਜਦੋਂ ਆਪਾਂ ਇੱਕਦਮ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਉਹ ਬੰਦਾ ਐਜ਼ ਅ ਪਰਸਨ ਜਦੋਂ ਆਪਾਂ ਕਿਸੇ ਨੂੰ ਮਿਲਦੇ ਆ ਉਹ ਹੋ ਸਕਦਾ ਡਿਫਰੈਂਟ ਨੇਚਰ ਦਾ ਹੋਵੇ ਔਨ ਸਕਰੀਨ ਤੁਹਾਨੂੰ ਲੱਗਦਾ ਹੋਵੇ ਵੀ ਹਾਂ ਯਾਰ ਬੰਦਾ ਇਦਾਂ ਦਾ ਜਦੋਂ ਤੁਸੀਂ ਮਿਲੋ ਤੁਸੀਂ ਕੋ ਯਾਰ ਇਹ ਤਾਂ ਬੰਦਾ ਡਿਫਰੈਂਟ ਆ ਆਪਣੇ ਨਾਲ ਮੋਸਟਲੀ ਐ ਹੀ ਹੁੰਦਾ ਲਾਈਫ ਦੇ ਵਿੱਚ ਵੀ ਆਪਾਂ ਨੂੰ ਲੱਗਦਾ ਹੁੰਦਾ ਦੇਖਣ ਨੂੰ ਵੀ ਯਾਰ ਆ ਬੰਦਾ ਨਹੀਂ ਵਧੀਆ ਨਹੀਂ ਹੈਗਾ ਜਾਂ ਗੁੱਸੇ ਵਾਲਾ ਹੋਊਗਾ ਜਾਂ ਕੁਝ ਵੀ ਹੋਊਗਾ ਹਨ ਜਦੋਂ ਆਪਾਂ ਨੂੰ ਮਿਲਦੇ ਆ ਉਹ ਬਿਲਕੁਲ ਡਿਫਰੈਂਟ ਸੁਭਾਅ ਹੁੰਦਾ ਬੰਦੇ ਦਾ ਯਾਰ ਨਹੀਂ ਮੈਂ ਤਾਂ ਕੁਝ ਹੋਰ ਸੋਚਦਾ ਸੀਗਾ ਤਾਂ ਬੰਦਾ ਬੜਾ ਨਾਈਸ ਆ ਸੋ ਮੈਨੂੰ ਐਂ ਲੱਗਦਾ ਵੀ ਕਿਸੇ ਨੂੰ ਆਪਾਂ ਇੱਕ ਮਿੰਟ ਚ ਜੱਜ ਨਾ ਕਰੀਏ ਦੇਖੀ ਉਹਦੇ ਪਿੱਛੇ ਦੀ ਉਹਦੀ ਲਾਈਫ ਕਿਵੇਂ ਆ ਪਤਾ ਨਹੀਂ ਉਹ ਨਾਈਸ ਆ ਜਾਂ ਕਿਵੇਂ ਆ ਪਰ ਇੱਕਦਮ ਗਾਲਾਂ ਕੱਢਣੀਆਂ ਦਾ ਗੁੱਡ ਨਹੀਂ ਆ ਨਾ ਜੱਜ ਕਰਨਾ ਕਿਸੇ ਨੂੰ ਵੀ ਇੱਕਦਮ ਇਹ ਸਿਰਫ ਤੁਸੀਂ ਆਪਣੇ ਲਈ ਨਹੀਂ ਕਾਮਨ ਫੀਨੋਮੈਨਾ ਜਿਹੜਾ ਬਿਲਕੁਲ ਹਾਂ ਕਿਸੇ ਲਈ ਵੀ ਕਿਸੇ ਨੂੰ ਵੀ ਇਹ ਚੀਜ਼ ਉਹਨਾਂ ਨੇ ਸੁਣਨੀ ਵੀ ਨਹੀਂ ਜਿਨ੍ਹਾਂ ਲਈ ਅਸੀਂ ਕਹਿ ਰਹੇ ਹਾਂ ਨਾ ਉਹਨਾਂ ਨੇ ਤਾਂ ਕਿਉਂਕਿ ਇਸ ਚੀਜ਼ ਨੂੰ ਸੁਣਨਾ ਜਰਨਾ ਕਿੰਨਾ ਵੀ ਸਮਝਣਾ ਚੱਲ ਉਹਨਾਂ ਨੇ ਥੱਲੇ ਲੈ ਗਏ ਨਾ ਚੱਲ ਤੇ ਉਹੀ ਹੈ ਹੈ ਹਰ ਇੱਕ ਉਹੀ ਨਾ ਵੀ ਜਦੋਂ ਕਈ ਵਾਰੀ ਮੇਰੀ ਲਾਈਫ ਤੇ ਤਾਂ ਮੋਸਟਲੀ ਐ ਹੀ ਹੋਇਆ ਵੀ ਮੈਂ ਮੈਂ ਜਿੰਨੇ ਬੰਦਿਆਂ ਕੋਲ ਮਿਲਿਆ ਜਿਹੜਾ ਮੈਨੂੰ ਲੱਗਦਾ ਹੁੰਦਾ ਸੀ ਵੀ ਯਾਰ ਬੰਦਾ ਬੜਾ ਨਾਈਸ ਹੁਣ ਉਹ ਬੰਦਾ ਵਧੀਆ ਨਹੀਂ ਨਿਕਲਿਆ ਬਣਾ ਤੇ ਜਿਹੜੇ ਬੰਦੇ ਮੈਨੂੰ ਲੱਗਦੇ ਸੀਗੇ ਵੀ ਆਹ ਯਾਰ ਵਧੀਆ ਨਹੀਂ ਹੋਣੇ ਬੰਦੇ ਤਾਂ ਉਹ ਸਟਿਲ ਲਾਈਫ 'ਚ ਕਈ ਹੈਗੇ ਨੇ ਮਿਲਦੇ ਵਰਤਦੇ ਆਪਾਂ ਜਿਹਨਾਂ ਨੂੰ ਵੀ ਬੜੇ ਵਧੀਆ ਨਿਕਲਦੇ ਨੇ ਪਰ ਮੇਰੀ ਜ਼ਿੰਦਗੀ ਦਾ ਇੱਕ ਸੂਲ ਆ ਮੈਂ ਜੇ ਕਿਸੇ ਬੰਦੇ ਨੂੰ ਕੋਈ ਗੱਲ ਕੀਤੀ ਆ ਜਾਂ ਕਿਸੇ ਲਈ ਵੀ ਕੁਝ ਵੀ ਮੈਂ ਕਿਸੇ ਦੀ ਨੈਗੇਟਿਵ ਵੀ ਬੋਲਿਆ ਤਾਂ ਉਹ ਮੈਂ ਕਿਸੇ ਤੱਥ ਦੇ ਆਧਾਰ ਤੇ ਗੱਲ ਕੀਤੀ ਆ ਮੈਂ ਅੱਜ ਤੱਕ ਕਦੀ ਕਿਸੇ ਤੇ ਕੋਈ ਇਲਜ਼ਾਮ ਨਹੀਂ ਲਾਇਆ ਕਦੀ ਕੁਝ ਨਹੀਂ ਆਇਆ ਨਹੀਂ ਪਈ ਮੈਂ mucha ਕਿ ਕਹਦਾ ਜਿਹਨੂੰ ਮੈਂ ਜਾਣਦਾ ਹੀ ਨਹੀਂ ਆ ਜਿਹਨੂੰ ਮੈਂ ਕਦੀ ਮਿਲਿਆ ਹੀ ਨਹੀਂ ਬੰਦੇ ਨੂੰ ਮੈਨੂੰ ਕਿਵੇਂ ਜੱਜ ਕਰ ਸਕਦਾ ਪਤਾ ਨਹੀਂ ਉਹਦੀ ਪਰਸਨਲ ਲਾਈਫ ਕੀ ਆ ਉਹਦੀ ਪਰਸਨੈਲਿਟੀ ਕੀ ਆ ਤੁਸੀਂ ਕਿਸੇ ਨੂੰ ਮਿਲਦੇ ਆ ਤੁਹਾਨੂੰ ਪਤਾ ਲੱਗਦਾ ਹਾਂ ਯਾਰ ਵੀ ਆ ਬੰਦਾ ਯਾਰ ਰੀਅਲ ਲਾਈਫ 'ਚ ਹੋਰ ਹੋ ਯਾਰ ਆਪਾਂ ਸ਼ੋਅ ਐਂਗਰੀ ਜੰਨੇ ਆ ਹਨਾ ਵੀ ਨਹੀਂ ਯਾਰ ਐ ਗਲਤ ਆ ਪਰ ਤੁਸੀਂ ਉਹ ਗਲਤ ਨੂੰ ਗਲਤ ਕਹਿ ਨਹੀਂ ਸਕਦੇ ਮੈਨੂੰ ਐ ਲੱਗਦਾ ਵੀ ਸਮਾਂ ਸਮਾਜ ਜਿਹੜਾ ਹੈ ਆ ਵੀ ਜੋ ਜੇ ਗਲਤ ਆ ਉਹਨੂੰ ਕਹ ਦੋ ਯਾਰ ਇਹ ਵੀ ਠੀਕ ਆ ਠੀਕ ਤਾਂ ਹੈ ਹੀ ਹੈ ਇਹ ਵੀ ਇੱਕ ਮੈਂਸ਼ਿਓਰਿਟੀ ਦਾ ਲੈਵਲ ਹੈ ਇਹ ਵੀ ਉਮਰ ਦੇ ਨਾਲ ਆਉਂਦਾ ਹੈ ਕਿ ਕਿਉਂਕਿ ਜਿਹੜਾ ਤੁਹਾਡੇ ਨਾਲ ਗਲਤ ਕਰ ਰਿਹਾ ਹੈ ਇਹ ਤੁਹਾਡੇ ਦੇ ਨਾਲ ਐਂਟੀ ਹੋਇਆ ਪਿਆ ਜੇ ਤੁਸੀਂ ਉਹਦੇ ਪੁਆਇੰਟ ਤੋਂ ਜਾ ਕੇ ਦੇਖੋਗੇ ਉਹ ਆਪਣੀ ਦੁਨੀਆ ਵਿੱਚ ਠੀਕ ਹੈ ਬਿਲਕੁਲ ਸੋ ਤੁਸੀਂ ਕਿਸੇ ਨੂੰ ਸਮਝਾ ਨਹੀਂ ਸਕਦੇ ਬੀਇੰਗ ਅ ਪਰਸਨ ਯਾ ਕੁਛ ਵੀ ਹੈ ਤੇ ਕਮੈਂਟਸ ਵਾਲੇ ਤੇ ਚਲੋ ਵੀਰ ਜਿਨ੍ਹਾਂ ਨੇ ਕਰਨੇ ਨੇਗੇਟਿਵ ਉਹ ਕਰ ਹੀ ਜਾਣਗੇ ਬਾਕੀ ਜਿਹੜੇ ਪੋਜ਼ਿਟਿਵ ਦੇਖ ਰਹੇ ਨੇ ਇੱਕ ਇੱਕ ਆਹ ਚੀਜ਼ ਬੜੀ ਦੇਖਦਾ ਕਿ ਜਿਹੜੇ ਚੰਗੇ ਵਾਲੇ ਨੇ ਨਾ ਜਿਹੜੇ ਤੁਹਾਨੂੰ ਐਪਰੀਸ਼ੀਏਟ ਕਰਦੇ ਨੇ ਜੋ ਦੇਖਦੇ ਨੇ ਲਿਬਰਲ ਬੰਦਿਆਂ ਦੀ ਇੱਕ ਆ ਪ੍ਰੋਬਲਮ ਹੈ ਤੇ ਹਮੇਸ਼ਾ ਮੈਂ ਗੱਲ ਕਰੂੰਗਾ ਕਰਦਾ ਰਹੂੰਗਾ ਕਿ ਜਿਹੜੇ ਵਧੀਆ ਹੋ ਨਾ ਜਿਹੜੇ ਕਿਸੇ ਚੀਜ਼ ਨੂੰ ਸਪੋਰਟ ਕਰਦੇ ਹੋ ਜਿਵੇਂ ਇਹਨਾਂ ਦੇ ਫੈਨ ਨੇ ਜਿਹੜੀ ਸਾਡੇ ਕੰਮ ਨੂੰ ਪਸੰਦ ਕਰਦੇ ਨੇ ਜਦੋਂ ਕਦੇ ਦੇਖਦੇ ਹੋ ਕਿ ਕੋਈ ਸਾਡੀ ਗੈਰ ਹਾਜ਼ਰੀ ਜਿੱਥੇ ਅਸੀਂ ਨਹੀਂ ਹੈਗੇ ਵਿਰਿਆ ਨਹੀਂ ਹੈਗਾ ਉਦੋਂ ਜੇ ਕੋਈ ਕੁਝ ਵੀ ਬੋਲ ਰਿਹਾ ਪੁੱਠਾ ਸਦਾ ਇਨਸਟੈਡ ਆਫ ਇਗਨੋਰਿੰਗ ਇਟ ਫਾਈਟ ਨਹੀਂ ਕਰਨੀ ਟਰਾਈ ਕਰੋ ਕਿ ਉਹਦੀ ਗੈਰ ਹਾਜ਼ਰੀ ਦੇ ਅੰਦਰ ਵੀ ਨਾ ਤੁਸੀਂ ਆਪਣੀ ਹਾਜ਼ਰੀ ਲਵਾ ਜਾਓ ਹਮ ਕਿ ਯਾਰ ਹੁਣ ਜਿਵੇਂ ਮੈਂ ਆ ਮੇਰੀ ਫਲੋ ਮੈਂ ਕਿਸੇ ਦੀ ਫਲੋ ਜਿਵੇਂ ਹੁਣ ਦਿਲਜੀਤ ਵਿਰਿਆ ਹੁਣ ਇੱਥੇ ਨਹੀਂ ਹੈਗੇ ਭਾਈ ਹਨਾ ਬਟ ਆਪਾਂ ਉਹਨਾਂ ਦੀ ਗੱਲ ਕਰਕੇ ਅਸੀਂ ਉਹ ਚੀਜ਼ ਆਪਣੀ ਡਿਊ ਡਿਲੀਜੈਂਸ ਕਰਤੀ ਕਿ ਯਾਰ ਉਹ ਬੰਦਾ ਸਹੀ ਸੀਗਾ ਤੇ ਉਹਨਾਂ ਦਾ ਆ ਫੈਕਟ ਸੀਗਾ ਸੋ ਬੀਇੰਗ ਅ ਲਿਬਰਲ ਹੋਣੇ ਜੇ ਆਪਾਂ ਇਗਨੋਰ ਕਰ ਦਿੰਦੇ ਤੁਸੀਂ ਕਹਿ ਦਿੰਦੇ ਵੀ ਆਰ ਬੀਇੰਗ ਅ ਸਿੰਗਰ ਮੈਂ ਦਿਲਜੀਤ ਦਾ ਨਾਂ ਨਹੀਂ ਲੈਣਾ ਐਵੇਂ ਕੱਲ ਨੂੰ ਕੋਈ ਕੰਟਰੋਵਰਸੀ ਹੋ ਜਾਵੇ ਬਟ ਤੁਸੀਂ ਉਸ ਚੀਜ਼ ਤੋਂ ਉੱਤੇ ਨੂੰ ਉੱਠ ਕੇ ਤੁਸੀਂ ਇਹ ਸੋਚਿਆ ਵੀ ਯਾਰ ਇਹ ਗੱਲ ਕਰਨੀ ਜ਼ਰੂਰੀ ਹੈ ਹੀ ਵਾਸ ਰਾਈਟ ਤੇ ਆ ਗੱਲ ਹੋਣੀ ਚਾਹੀਦੀ ਸੋ ਜੇ ਐਵੇਂ ਹੋਣ ਲੱਗ ਜੇ ਨਾ ਡੋਨਟ ਯੂ ਥਿੰਕ ਕਿ ਦੁਨੀਆ ਇੱਕ ਸੌਖੀ ਥਾਂ ਹੋ ਜੂਗੀ ਰਹਿਣ ਨੂੰ ਪਰ ਇਹ ਵੀ ਆ ਵੀ ਜਿਵੇਂ ਤੁਹਾਡੇ ক্লোਜ਼ਡ ਵਨਸ ਨੇ ਹੁਣ ਆਪਾਂ ਇਸ ਚੀਜ਼ ਨੂੰ ਮੈਂ ਸਿਰਫ ਇਹ ਕਹਿ ਰਿਹਾ ਵੀ ਜਿਹੜੇ ਸਾਡੇ ਐਡਮਾਇਰਰ ਨੇ ਜਿਹੜੇ ਲਿਬਰਲ ਸੋਚ ਵਾਲੇ ਲੋਕ ਨੇ ਜਿਹੜੇ ਕਿਸੇ ਪੁਆਇੰਟ ਆਫ 뷰 ਨੂੰ ਲੈ ਕੇ ਆ ਜਾਂਦੇ ਨੇ ਕਿ ਵੀ ਇਹ ਠੀਕ ਆ ਪਰ ਜੇ ਕੋਈ ਪੁੱਠਾ ਬੋਲ ਰਿਹਾ ਤੇ ਇਗਨੋਰ ਨਾ ਮੈਂ ਚੰਗਾ ਕਹਣਾ ਨਾ ਮੈਂ ਮਾੜਾ ਇਗਨੋਰ ਕਰਕੇ ਨਿਕਲ ਜਾਂਦੇ ਨੇ ਪਰ ਉਸ ਟਾਈਮ ਬੜਾ ਬੁਰਾ ਲੱਗਦਾ ਵੀ ਜਦੋਂ ਕਿਸੇ ਲਈ ਆਪਾਂ ਖੜੇ ਹੋਈਏ ਤੇ ਜਦੋਂ ਉਹ ਨਾ ਖੜੇ ਉਸ ਟਾਈਮ ਮੈਨੂੰ ਤਾਂ ਬਹੁਤ ਲੱਗਦਾ ਟਾਈਮ-ਟਾਈਮ ਤੇ ਤਾਂ ਬੰਦਾ ਬਦਲ ਜਾਂਦਾ ਤੇ ਉਹ ਚੀਜ਼ ਮੈਨੂੰ ਐਂ ਲੱਗਦਾ ਵੀ ਜਦੋਂ ਸਾਨੂੰ ਦੁੱਖ ਕਿਹੜੇ ਚ ਜਦੰਦੀਆਂ ਨੇ ਜਦੋਂ ਅਸੀਂ ਕਿਸੇ ਦਾ ਬਹੁਤ ਕਰਦੇ ਆ ਨਾ ਤੇ ਉਹ ਤੁਹਾਡੇ ਨਾਲ ਤੋਖਾ ਕਰਦਾ ਕਰਦਾ ਮੈਨੂੰ ਐਂ ਲੱਗਦਾ ਵੀ ਜਦੋਂ ਕਿਸੇ ਨਾਲ ਤੁਸੀਂ ਬਹੁਤ ਕਰਦੇ ਆ ਫਿਰ ਉਹ ਚੀਜ਼ ਤੁਹਾਨੂੰ ਹਰਟ ਕਰ ਦੇਗੀ ਤਨ ਕਿਤੇ ਬਹੁਤ ਜ਼ਿਆਦਾ ਯਾਰ ਵੀ ਮੈਂ ਇਹਦਾ ਇਨਾ ਕੀਤਾ ਸੀ ਤੇ ਇਹਨੇ ਮੇਰੇ ਨਾਲ ਐਂ ਕਰਤਾ ਮੈਂ ਤਾਂ ਐਕਸਪੈਕਟ ਨਹੀਂ ਸੀ ਕੀਤਾ ਸੋ ਅਸਲ ਦੇ ਵਿੱਚ ਉਹ ਬੰਦਾ ਗਲਤ ਨਹੀਂ ਹੁੰਦਾ ਉੱਥੇ ਮੈਨੂੰ ਐਂ ਲੱਗਦਾ ਉੱਥੇ ਗਲਤ ਆਪਾਂ ਕਿਉਂਕਿ ਆਪਾਂ ਐਕਸਪੈਕਟ ਕਰਦੇ ਆ ਜਿੰਨਾ ਚਿਰ ਅਸੀਂ ਐਕਸਪੈਕਟ ਕਰਨਾ ਬੰਦ ਨਹੀਂ ਕਰਦੇ ਉਹਨਾਂ ਜਿਹੜੇ ਅਸੀਂ ਆਪਣੇ ਆਪ ਨੂੰ ਹਰਟ ਕਰੀ ਜਾਵਾਂਗੇ ਸਭ ਤੋਂ ਪਹਿਲੀ ਗੱਲ ਜਿਹੜੀ ਦੁੱਖ ਦਿੰਦੀ ਆ ਕਿ ਅਸੀਂ ਉਮੀਦ ਲਾ ਲੈਂਦੇ ਕਿਸੇ ਤੋਂ ਕਿ ਮੈਂ ਯਾਰ ਆਹ ਕੀਤਾ ਆ ਤੇ ਇਹਨੇ ਹੁਣ ਮੇਰੇ ਲਈ ਐ ਨਹੀਂ ਕੀਤਾ ਇਨੂੰ ਮੇਰੇ ਨਾਲ ਹੀ ਐ ਕਰਨਾ ਚਾਹੀਦਾ ਆ ਉਤੋਂ ਅਸੀਂ ਦੁੱਖ ਦੀ ਜਿਹੜਾ ਪੇਨ ਆ ਉਹਦੀ ਸ਼ੁਰੂਆਤ ਕਰਦੇ ਆ ਉਹਨੇ ਤਾਂ ਨਹੀਂ ਤੁਹਾਨੂੰ ਕਿਹਾ ਸੀਗਾ ਵੀ ਮੇਰਾ ਕਰ ਮੇਰੇ ਲਈ ਤੂੰ ਆ ਕਰ ਸਾਡਾ ਦਿਲ ਕੀਤਾ ਅਸੀਂ ਉਹਦਾ ਫੇਵਰ ਕਰਤਾ ਅਸੀਂ ਉਹਦੇ ਲਈ ਪਿਆਰ ਕੀਤਾ ਉਹਨੂੰ ਕੁਝ ਵੀ ਕੀਤਾ ਯਾਰੀ ਨਿਭਾਈ ਕੁਝ ਵੀ ਕੀਤਾ ਕੋਈ ਵੀ ਬਿਜ਼ਨਸ ਸੈਟਅਪ ਕਰਤਾ ਹਮ ਬਿਨੈ ਸੈਟਅਪ ਕਰਾਤਾ ਕਿਸੇ ਦਾ ਆਪਾਂ ਉਹ ਸਾਡਾ ਦਿਲ ਕੀਤਾ ਅਸੀਂ ਕਰਤਾ ਉਹਨੂੰ ਕਿਸੇ ਉਹਨੇ ਸਾਨੂੰ ਫੋਰਸ ਨਹੀਂ ਕੀਤਾ ਸੀ ਵੀ ਮੇਰੇ ਲਈ ਤੂੰ ਐ ਕਰ ਉਹ ਕਰਤਾ ਉਹਨੂੰ ਭੁੱਲ ਜਾਓ ਜਦੋਂ ਅਸੀਂ ਉਹ ਚੀਜ਼ ਨੂੰ ਭੁੱਲਣਾ ਭੁੱਲ ਜਾਾਂਗੇ ਉਹ ਚੀਜ਼ ਸਾਨੂੰ ਕੋਈ ਦੁੱਖ ਨਹੀਂ ਦਊਗੀ ਵੀ ਯਾਰ ਇਹ ਇਹ ਕਾਮਯਾਬ ਹੋ ਗਿਆ ਇਹਨੇ ਐ ਕਰ ਲਿਆ ਇਹਨੇ ਐ ਕਰ ਲਿਆ ਇਹ ਚੀਜ਼ਾਂ ਪਹਿਲਾਂ ਪਹਿਲਾਂ ਔਖੀਆਂ ਲਗੀਆਂ ਸੀ ਮੈਨੂੰ ਵੀ ਯਾਰ ਮੈਂ ਯਾਰ ਐਸ ਆ ਫਲਾਣੇ ਦਾ ਮੈਂ ਕੀਤਾ ਸੀਗਾ ਯਾਰ ਉਹਨੇ ਉਹਨੇ ਤਾਂ ਯਾਰ ਪੁੱਛਿਆ ਵੀ ਨਹੀਂ ਮੁੜ ਗਏ ਉਹਨੇ ਐ ਕਰਤਾ ਪਰ ਹੁਣ ਮੈਂ ਆਪਣੇ ਆਪ ਨੂੰ ਚੇਂਜ ਕਰਨਾ ਸ਼ੁਰੂ ਕੀਤਾ ਕਿਉਂਕਿ ਪਹਿਲੀ ਬੜੀ ਘੈਂਟ ਗੱਲ ਹੈ ਕਿ ਜਦੋਂ ਤੁਸੀਂ ਫੋਰਨ ਇਨਸਟੈਂਸ ਕਿਸੇ ਦਾ ਬਿਜ਼ਨਸ ਖਿਲਾਤਾ ਹੋ ਤਾਂ ਮੈਂ ਬਹੁਤ ਬਹੁਤ ਕੀਤਾ ਮੈਂ ਕੋਈ ਉਹ ਨਹੀਂ ਆ ਕੋਈ ਮਾਨ ਨਹੀਂ ਕਰ ਰਿਹਾ ਪਰ ਬੜੇ ਬੰਦਿਆਂ ਨੂੰ ਬੜੇ ਬੰਦੇ ਆ ਜਿਹੜੇ ਸਿੱਖ ਕੇ ਗਏ ਨੇ ਜਾਂ ਮੈਂ ਕਿਸੇ ਦੀ ਹੈਲਪ ਕੀਤੀ ਆ ਪਰ ਮੈਨੂੰ ਉਹ ਹਰਟ ਕਰਦੀਆਂ ਚੀਜ਼ਾਂ ਯਾਰ ਉਹ ਬੰਦਾ ਐਟ ਲੀਸਟ ਤੁਸੀਂ ਉਹ ਗਾਲਾਂ ਤਾਂ ਨਾ ਨਾ ਗੱਡੋ ਮੜ ਕੇ ਜਾ ਕੇ ਅਸੀਂ ਜੇ ਕਿਸੇ ਦਾ ਤੁਸੀਂ ਚੰਗਾ ਕੀਤਾ ਤੁਸੀਂ ਉਹਦੇ ਵਾਰ ਜਿਹਨੇ ਤੁਹਾਡਾ ਚੰਗਾ ਕੀਤਾ ਤੁਸੀਂ ਉਹਦੇ ਵੱਲ ਚੰਗਾ ਨਹੀਂ ਬੋਲ ਸਕਦੇ ਉਹਨੂੰ ਐਟਲੀਸਟ ਇਹ ਤਾਂ ਨਾ ਕਹੋ ਵੀ ਯਾਰ ਇਹਨੇ ਮੇਰੇ ਲਈ ਐ ਕਰਤਾ ਇਹ ਤਾਂ ਬੰਦਾ ਨਹੀਂ ਚੰਗਾ ਇਹਨੇ ਮੇਰਾ ਨੁਕਸਾਨ ਕਰਤਾ ਫਲਾਨਾ ਕਰਤਾ ਤੁਸੀਂ ਉਹ ਚੀਜ਼ਾਂ ਦਾ ਭੁੱਲ ਗਏ ਵੀ ਜਿਹੜੀਆਂ ਉਹਨੇ ਤੁਹਾਡੇ ਲਈ ਚੰਗੀਆਂ ਕੀਤੀਆਂ রাইਟ ਸੋ ਉਹ ਜਦੋਂ 네ਗਟਿਵਿਟੀ ਸੁਣਨ ਨੂੰ ਮਿਲਦੀ ਸੀ ਫਿਰ ਬੜਾ ਦੁੱਖ ਲੱਗਦਾ ਸੀ ਵੀ ਯਾਰ ਇਹ ਤਾਂ 네ਗਟਿਵ ਬਹੁਤ ਬੋਲੀ ਜਾਂਦੇ ਨੇ ਸਾਡੇ ਬਾਰੇ ਮੈਂ ਤਾਂ ਇਹਦਾ ਇੰਨਾ ਕੀਤਾ ਸੀਗਾ ਸੋ ਉਹਦੇ ਲਈ ਮੈਨੂੰ ਮੈਂ ਸੁਣਿਆ ਬਈ ਜਦੋਂ ਹੁਣ ਮੈਂ ਫੀਲ ਕੀਤਾ ਵੀ ਉਹਦਾ ਕੀ ਆਪਾਂ ਕੱਢ ਸਕਦੇ ਹਾਂ ਰਿਜ਼ਲਟ ਇਹੀ ਆ ਬਈ ਐਕਸਪੈਕਟ ਕਰਨਾ ਬੰਦ ਕਰ ਦੋ ਕਰਤਾ ਸੀਗਾ ਬਸ ਠੀਕ ਆ ਆਪਣਾ ਦਿਲ ਕੀਤਾ ਸੀ ਕਰ ਉਹਨੂੰ ਕਰਤਾ ਉਹਨੇ ਥੋੜੀ ਕਿਹਾ ਸੀ ਮੇਰਾ ਕਰੋ ਹਮ ਰਾਈਟ ਸੋ ਜਦੋਂ ਆਪਾਂ ਆਪਣੇ ਆਪਣੇ ਦਿਲ ਲਈ ਕਰਦੇ ਆ ਬੜੀ ਵਧੀਆ ਗੱਲ ਹੈ ਕਿ ਜੇ ਟਾਈਮ ਹਾਰਡ ਹੈ ਜੀ ਕਾ ਉਹਦੀ ਦੁਨੀਆ ਦਾ ਤੇ ਐਵੇਂ ਦੇ ਹਾਰਡ ਡਿਸੀਜਨ ਸਾਨੂੰ ਆਪਣੇ ਆਪ ਤੇ ਪਾਉਣੇ ਪੈਣੇ ਆ ਹੁਣ ਇੱਕ ਚੀਜ਼ ਹੋਰ ਸੀਗੀ ਸਪੋਜ਼ ਕਰੋ ਜਿਵੇਂ ਅਸੀਂ 파ਟਨਰ ਆ ਕੋਈ ਤੁਸੀਂ ਜਾਂ ਮੈਂ ਦੋਨੋਂ ਜਣੇ ਕਿਸੇ ਬਿਜ਼ਨਸ ਦੇ ਵਿੱਚ 파ਟਨਰ ਆ ਆਪਾਂ ਮੈਂ ਬਹੁਤ ਕੰਮ ਕਰ ਰਿਹਾ ਤੁਸੀਂ ਕੰਮ ਘੱਟ ਕਰ ਰਹੇ ਹੋ ਮੈਨੂੰ ਗੁੱਸਾ ਆ ਜਾਂਦਾ ਯਾਰ ਮੈਂ ਕੰਮ ਜ਼ਿਆਦਾ ਕਰੀ ਜਾਂਦਾ ਇਹ ਕੰਮ ਨਹੀਂ ਕਰਦਾ ਇਹ ਸਾਇ ਵੀ ਹੁਣ ਲਈ ਜਾਂਦਾ ਆਲਰਾਇਟ ਐਂ ਐਂ ਹੁੰਦਾ ਨਾ ਦਿੱਕ ਜਾਨਾ ਫੇ ਉਹ ਰਿਲੇਸ਼ਨ ਖਰਾਬ ਹੋ ਜਾਂਦੇ ਆ ਉੱਥੇ ਮੈਨੂੰ ਐਂ ਲੱਗਦਾ ਵੀ ਉਹ ਖਿਜਣ ਨਾਲੋਂ ਉਹ ਗੁੱਸਾ ਹੋਣ ਨਾਲੋਂ ਇੱਕ ਦੂਜੇ ਦੇ ਨਾਲ ਵੀ ਯਾਰ ਉਹ ਕੰਮ ਕਰੀ ਜਾਂਦਾ ਮੈਂ ਕੰਮ ਕਰੀ ਜਾਂਦਾ ਉਹ ਕੰਮ ਨਹੀਂ ਕਰਦਾ ਯਾਰ ਜੇ ਮੇਰਾ ਦਿਲ ਕਰ ਰਿਹਾ ਤਾਂ ਮੈਂ ਕੰਮ ਕਰ ਰਿਹਾ ਹੂੰ ਉਹ ਤਾਂ ਮੈਨੂੰ ਕਹਿ ਨਹੀਂ ਰਿਹਾ ਵੀ ਤੂੰ ਕੰਮ ਜ਼ਿਆਦਾ ਕਿਉਂ ਕਰਦਾ ਮੈਂ ਘੱਟ ਕਰਦਾ ਤੂੰ ਵੀ ਘੱਟ ਕਰ ਲੈ ਨਾ ਕਰ ਤੈਨੂੰ ਲੱਗਦਾ ਵੀ ਮੈਨੂੰ ਕਰਨਾ ਪੈਣਾ ਤਾਂ ਤੂੰ ਕਾਹੀ ਕਰ ਰਿਹਾ ਕੋਈ ਫੋਰਸ ਨਹੀਂ ਕਰ ਰਿਹਾ ਕਰਨ ਲਈ ਸੋ ਸਭ ਤੋਂ ਫਿਰ ਉਹ ਹੀ ਚੀਜ਼ ਆ ਗਈ ਐਕਸਪੈਕਟੇਸ਼ਨ ਵੀ ਉਹ ਮੇਰੇ ਜਿੰਨਾ ਕੰਮ ਕਰੇ ਨਹੀਂ ਕਰਦਾ ਤਾਂ ਦੁੱਖ ਲੱਗ ਰਿਹਾ ਆਪਣੇ ਆਪ ਨੂੰ ਸੋ ਕਿ ਐਕਸਪੈਕਟੇਸ਼ਨ ਜਦੋਂ ਅਸੀਂ ਉਹ ਬੰਦ ਕਰ ਦਾਂਗੇ ਬਿਨਾਂ ਸਟਾਰਟ ਕਰਨਾ ਕੁਝ ਵੀ ਕਰਨਾ ਰਨ ਕਰਨਾ ਸੋ ਇੱਕ ਦੂਜੇ ਤੋਂ ਐਕਸਪੈਕਟ ਨਾ ਕਰੋ ਸੋ ਉਹ ਆਪਣੀ ਮੇਰੀ ਚੋਇਸ ਆ ਮੈਨੂੰ ਕਿਹੜੀ ਚੀਜ਼ ਚ ਮਜ਼ਾ ਆ ਰਿਹਾ ਕੀ ਕਰਨਾ ਕਿਸੇ ਵੀ ਰਿਸ਼ਤੇ ਦੀ ਨਹੀਂ ਕਰਨ ਲੈ ਕਿਸੇ ਵੀ ਕਿਸੇ ਵੀ ਰਿਸ਼ਤੇ ਤੇ ਜੇ ਆਪਾਂ ਕੋਈ ਰਿਸ਼ਤਾ ਵੀ ਨਿਭਾ ਰਹੇ ਆ ਕਿਸੇ ਨਾਲ ਵੀ ਤੁਸੀਂ ਚਾ ਰਹੇ ਹੋ ਮੈਂ ਉਹਨਾਂ ਰਿਸ਼ਤਾ ਨਿਭਾਉਣਾ ਮੈਂ ਉਹਨੂੰ ਇੰਨਾ ਪਿਆਰ ਕਰਾਂ ਮੈਂ ਉਹਦੇ ਨਾਲ ਇਦਾਂ ਰਵਾਂ ਉਰਦਾਨੀ ਤੁਹਾਨੂੰ ਕਹਿ ਰਿਹਾ ਫੋਰਸ ਤਾਂ ਨਹੀਂ ਕਰ ਰਿਹਾ ਅਗਲਾ ਬੰਦਾ ਹਨਾ ਵੀ ਤੂੰ ਮੇਰੇ ਨਾਲ ਆ ਰਿਲੇਸ਼ਨ ਚ ਰਹਿ ਹੈ ਜਾਂ ਨਾ ਅਗਰ ਜਦੋਂ ਫਿਰ ਉਹ ਅਗਲਾ ਨਹੀਂ ਤੁਹਾਨੂੰ ਉੰਨਾ ਕਰਦਾ ਤੁਹਾਨੂੰ ਕਿਉਂ ਹਰਟ ਹੁੰਦਾ ਤਾਂ ਹੀ ਕਹਿੰਦੇ ਨੇ ਇੱਕ ਤਰਫਾ ਆਸ਼ਕਾਂ ਦੀ ਮੌਤ ਵੀ ਸਵਾਬ ਦੇ ਕੇ ਜਾਂਦੀ ਸੋ ਮੈਨੂੰ ਇਹ ਲੱਗਾ ਵੀ ਉਹ ਆਪਾਂ ਨੂੰ ਐਕਸਪੈਕਟ ਨਹੀਂ ਕਰਨਾ ਚਾਹੀਦਾ ਕਿਸੇ ਤੋਂ ਜੇ ਤੁਸੀਂ ਕਿਸੇ ਦਾ ਕਰਤਾ ਤੇ ਉਹ ਕਰਤਾ ਬਸ ਤੁਹਾਨੂੰ ਪਤਾ ਹੈ ਤਾਂ ਹੀ ਕਹਿੰਦੇ ਚੰਗਾ ਕਰਕੇ ਤੁਹਾਨੂੰ ਨੇ ਨੀ ਕੀ ਘਰ ਕੁਈ ਵਿੱਚ ਡਾਲਾਂ ਸਾਬਾ ਇਹ ਗੱਲ ਆ ਖੂਏ ਵਿੱਚ ਡਾਲ ਫਿਰ ਖੂਆ ਪੋਰ ਦੇ ਉੱਥੇ ਪੋਰ ਦੇਉ ਬਸ ਹੁਣ ਆ ਦੇਖੋ ਹੁਣ ਦੇਖੋ ਨਾ ਦੁਬਾਰਾ ਪੋਰ ਦੋ ਬਸ ਠੀਕ ਤੇ ਜਿਵੇਂ ਤੁਸੀਂ ਹੈਗੇ ਓਪਨ ਹਾਰਟਿਡ ਵਧੀਆ ਕਰਨ ਵਾਲੇ ਘਾਟੇ ਦਾ ਬੜੇ ਚੱਲੇ ਹੋਣੇ ਹੁਣ ਤਾਂ ਯੂ ਸੁ ਲੈਣੇ ਆਪਣੀ ਜ਼ਿੰਦਗੀ ਚ ਹਮ ਮੈਨੂੰ ਐ ਲੱਗਦਾ ਵੀ ਯਾਰ ਪਹਿਲਾਂ ਮੈਨੂੰ ਬਹੁਤ ਲੱਗਦਾ ਸੀਗਾ ਵੀ ਯਾਰ ਪਰ ਮੈਂ ਸਾਰਿਆਂ ਦਾ ਕਰੀ ਜਾਂਦਾ ਯਾਰ ਕੋਈ ਕੋਈ ਖੜਦਾ ਹੀ ਨਹੀਂ ਨਾਲ ਆ ਗਿਆ ਨਾ ਵੀ ਬੰਦੇ ਜਿਦਾਂ ਫਿਰ ਮੈਂ ਆਪਣੇ ਉਹਨਾਂ ਨੂੰ ਇੱਕ ਥਾਂ ਸਮਝਾ ਲਿਆ ਨਹੀਂ ਯਾਰ ਜੇ ਸੱਜਣਾ ਤੂੰ ਉਹਨਾਂ ਨੂੰ ਖੜੇ ਕਰ ਸਕਦਾ ਤਾਂ ਤੇਰੇ ਚ ਕਿੰਨੀ ਕੀ ਪੋਪੁਲਾਰਿਟੀ ਆ ਹੂੰ ਤੂੰ ਉਹਦਾਂ ਦੇ 10 ਹੋਰ ਕਰ ਲਾ ਜਿਹੜੇ ਤੇਰੇ ਤੋਂ ਸਿੱਖ ਕੇ ਜਾਂਦੇ ਆ ਜਦੋਂ ਤੂੰ ਕੰਮ ਕਰਦਾ ਆ ਜਿਹੜੇ ਤੇਰੇ ਤੋਂ ਸਿੱਖ ਕੇ ਜਾਂਦੇ ਆ ਕੋਈ ਬੰਦਾ ਆ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਆ ਸਪੋਜ਼ ਕਰੋ ਮੈਂ ਬਿਜ਼ਨਸ ਦੀ ਗੱਲ ਹੀ ਕਰਦਾ ਜਿੱਦਾਂ ਮੈਂ ਬਿਜ਼ਨਸ ਸ਼ੁਰੂ ਕੀਤਾ ਮੇਰੇ ਨਾਲ 4 5 6 7 ਬੰਦੇ ਕੰਮ ਕਰ ਰਹੇ ਆ ਹੁਣ ਉਹ ਬੰਦਿਆਂ ਨੇ ਇਹ ਦੇਖਿਆ ਵੀ ਆ ਬੰਦਾ ਇਦਾਂ ਕੰਮ ਕਰ ਰਿਹਾ ਉਹਨਾਂ ਨੇ ਆਪਣਾ ਬਿਜ਼ਨਸ ਸਟਾਰਟ ਕਰ ਲਿਆ ਜਾ ਕੇ ਹੂੰ ਸੋ ਉਹਦੇ ਨਾਲ ਕੀ ਹੁੰਦਾ ਕਿ ਯਾਰ ਇਹਨੇ ਆਪਣਾ ਕੰਮ ਸਟਾਰਟ ਕਰ ਲਿਆ ਹੁਣ ਉਹ ਉਹ ਚੀਜ਼ਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਕਿਸੇ ਨੂੰ ਹਰਟ ਕਰਦੀਆਂ ਹੋਗੀਆਂ ਹਨਾ ਵੀ ਯਾਰ ਉਹ ਤਾਂ ਆਪਣਾ ਕੰਪਨੀ ਖੋਲ ਲੀਆ ਉਹਨੇ ਆਪਣਾ ਕਰ ਲਿਆ ਜਾਂ ਐ ਕਰ ਲਿਆ ਪਰ ਮੈਨੂੰ ਐ ਲੱਗਦਾ ਵੀ ਨਹੀਂ ਯਾਰ ਜੇ ਉਹ ਬੰਦਾ ਤੁਹਾਡੇ ਤੋਂ ਸਿੱਖ ਕੇ ਜਾ ਰਿਹਾ ਕੁਝ ਤੁਹਾਡੇ ਚ ਕਿੰਨੀ ਕੈਪੇਬਿਲਿਟੀ ਹੋਗੀ ਤੁਸੀਂ ਉਦਾਂ ਦੇ 100 ਬੰਦੇ ਹੋਰ ਸਿਖਾ ਦਿਓ ਚਾਹੇ ਤੁਸੀਂ ਤਾਂ ਸਿਰਫ ਇੱਕ ਫ੍ਰੈਕਸ਼ਨ ਹੀ ਦਿੱਤਾ ਹਾਂ ਹਾਂ ਬਸ ਤੁਸੀਂ ਤੁਹਾਡੇ ਚ ਕਿੰਨੀ ਕੈਪੇਬਿਲਿਟੀ ਆ ਸਰੋਤ ਤੁਸੀਂ ਹੋ ਸਰੋਤ ਤੁਸੀਂ ਨਹੀਂ ਹੋ ਯਾ ਸੋ ਜਿਹੜਾ ਸੂਰਜ ਆ ਉਹ ਤੋਂ ਤਾਂ ਕਿੰਨੇ ਲੈ ਕੇ ਰੌਸ਼ਨੀ ਦੇ ਅੱਗੇ ਅੱਗੇ ਦਈ ਜਾਂਦੇ ਨੇ ਸੋ ਆਪਣੇ ਆਪ ਨੂੰ ਤੁਸੀਂ ਕਦੇ ਉਹ ਚੀਜ਼ ਤੇ ਬੈਡ ਨਾ ਫੀਲ ਕਰਾਓ ਕਿ ਨਹੀਂ ਯਾਰ ਉਹਨੇ ਐ ਕਰ ਲਿਆ ਉਹਦੀ ਕਿਸਮਤ ਆ ਜੇ ਇਹਨੇ ਜੋ ਕਰ ਲਿਆ ਉਹਦੀ ਕਿਸਮਤ ਆ ਉਹਨੇ ਉਹਦੀ ਕਿਸਮਤ ਦਾ ਖਾਣਾ ਤੁਹਾਡੀ ਕਿਸਮਤ ਨੂੰ ਕੋਈ ਖੋ ਨਹੀਂ ਸਕਦਾ ਕੋਈ ਨਹੀਂ ਖੋ ਸਕਦਾ ਜੋ ਤੁਹਾਡੀ ਕਿਸਮਤ ਚ ਲਿਖਿਆ ਆ ਮਿਹਨਤ ਕਰੋ ਬਸ ਤੁਹਾਡੀ ਕਿਸਮਤ ਕੋਈ ਨਹੀਂ ਖੋ ਸਕਦਾ ਮੈਨੂੰ ਇਹ ਲੱਗਦਾ ਨਾਲੇ ਮੈਂ ਮੈਂ ਇਸ ਚੀਜ਼ ਤੇ ਨਾ ਬੜਾ ਬਲੀਵ ਕਰਦਾ ਕਿ ਟਾਈਮ ਨਾ ਮੈਂ ਰੱਬ ਨੂੰ ਤਾਂ ਨਹੀਂ ਦੇਖਿਆ ਪਰ ਮੈਂ ਟਾਈਮ ਚ ਰੱਬ ਨੂੰ ਦੇਖਿਆ ਹੂੰ ਟਾਈਮ ਏਡੀ ਤਗੜੀ ਚੀਜ਼ ਆ ਨਾ ਕਿ ਜਿਵੇਂ ਕੋਈ ਖੋ ਕੇ ਲੈ ਵੀ ਗਿਆ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਆ ਤੁਮ ਇੱਕ ਪਾਸਾ ਲੈ ਕੇ ਜਾ ਸਕਦਾ ਮੇਰਾ ਤੂੰ ਮੈਨੂੰ ਮੇਰ ਤੋਂ ਨਹੀਂ ਲੈ ਕੇ ਜਾ ਸਕਦਾ ਹੂੰ ਬਿਲਕੁਲ ਜਿਹੜੀ ਤੁਹਾਡੇ ਅੰਦਰ ਨੌਲੇਜ ਆ ਹੂੰ ਜਿਹੜੀ ਤੁਸੀਂ ਭਰੀ ਬੈਠੇ ਹੋ ਆਪਣੇ ਅੰਦਰ ਜਿੰਨੀ ਤੁਸੀਂ ਨੌਲੇਜ ਇਕੱਠੀ ਕਰੀ ਫਿਰਿਆ ਉਹ ਜਿਹੜਾ ਰੱਬ ਨੇ ਦਿਮਾਗ ਤੁਹਾਨੂੰ ਦਿੱਤਾ ਆ ਉਹ ਸਾਰੇ ਵਣਿਆ ਉਹ ਉਹ ওই ਤੇ ਗੱਲ ਨਾ ਥੋੜੀ ਕੱਟ ਸਕਦਾ ਕੋਈ ਵੀ ਵਿੱਚੋਂ ਤੇ ਇਹੇ ਗੱਲ ਨਾ ਬਿਲੀਵ ਕਰਨ ਦੀ ਐ ਹਾਂ ਇਹ ਗੱਲ ਤੁਹਾਨੂੰ ਪਤਾ ਵੀ ਹੋਵੇ ਕਿ ਮੈਂ ਜੇ ਦਿੱਤਾ ਤੇ ਮੈਂ ਮੁੜ ਕੇ ਖੜਾ ਹੋ ਸਕਦਾ ਤੇ ਜਿਵੇਂ ਅਸੀਂ ਆਪਦੀ ਆਈ ਤੇ ਆ ਗਏ ਬਿਲਕੁਲ ਪਰ ਫੇਰ ਦੁਨੀਆ ਨੂੰ ਕਮਾ ਦੂੰਗਾ ਹਾਂ ਬਿਲਕੁਲ ਸੋ ਯਾ ਯੂ ਬਲੀਵਡ ਇਨ ਦਟ ਤਾਹੀ ਹੁਣ ਤੁਸੀਂ ਅੱਜ ਵੀ ਲੱਗੇ ਹੋ ਤੁਸੀਂ ਬਿਜ਼ਨਸ ਵੀ ਕਿੱਡਾ ਸੋਹਣਾ ਕਰ ਰਹੇ ਬਿਲਕੁਲ ਬਿਲਕੁਲ ਤੇ ਆ ਧੋਖੇ ਜਰਨੇ ਧੋਖੇ ਫੇਲੀਅਰਸ ਹਾਰਟ ਟਾਈਮਸ ਸੈਪਰੇਸ਼ਨਸ ਭਾਵੇਂ ਮਾਪਿਆਂ ਤੋਂ ਹੋਵੇ ਭਾਵੇਂ ਪਾਰਟਨਰਸ ਤੋਂ ਹੋਵੇ ਸਾਰੀ ਸਾਰੇ ਲੋਕਾਂ ਦੇ ਉਹਦੇ ਚਾਉਂਦਾ ਪਰ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਇਨਸਟੈਡ ਕਿ ਵੀ ਉਹਨੇ ਸਾਡੇ ਲਈ ਡਾ ਕੀਤਾ ਯਾ ਉਹ ਸੀਗਾ ਸਾਡੇ ਲਈ ਕੋਈ ਨਹੀਂ ਯਾਰ ਉਹ ਜਦੋਂ ਜਦੋਂ ਆਪਾਂ ਇਹ ਸੋਚੀ ਜਾਵਾਂਗੇ ਅਸੀਂ ਆਪਣੇ ਆਪ ਨੂੰ ਹਰਟ ਕਰਾਂਗੇ ਜਦੋਂ ਇਹ ਆਪਣਾ ਸੋਚ ਹੱਲ ਹੀ ਨਹੀਂ ਹੁੰਦਾ ਕੋਈ ਉਹਦਾ ਕੱਲ ਹੀ ਹੱਲ ਕੋਈ ਨਹੀਂ ਹਾਂ ਉਹ ਤਾਂ ਉਹ ਜ਼ੀਰੋ ਹੈ ਵੀ ਵਾਪਸ ਜਾ ਕੇ ਤੁਸੀਂ ਇੱਕ ਪੁਆਇੰਟ ਤੇ ਫੇਰ ਖੜ੍ਹ ਜਾਂਦੇ ਆ ਹੁਣ ਉਹਦੇ ਦੁੱਖ ਮਨਾਓ ਫੇਰ ਖੜ੍ਹਜੋ ਹੁਣ ਕੀ ਬਿਲਕੁਲ ਸੋ ਯਾ ਸੋ ਆਪਣੇ ਆਪ ਨੂੰ ਆਲਵੇਜ਼ ਇਹ ਸੋਚੋ ਕਿ ਮੈਂ ਪੰਜਾਬੀ ਜਿਵੇਂ ਆ ਕਹੜੇ ਹੋ ਜੂ ਬਸ ਨਹੀਂ ਤਾਂ ਰੋਈ ਜਾ ਕੋਈ ਫਾਇਦਾ ਨਹੀਂ ਨਯਾਰੇ ਲੋ ਜ਼ਿੰਦਗੀ ਤੇ ਮੇਰੇ ਤਾਂ ਕੰਨਾ ਪਤਾ ਨਹੀਂ ਕਿੱਡੀ ਕਿ ਜ਼ਿੰਦਗੀ ਆ ਸਹੀ ਗੱਲ ਹਰ ਇੱਕ ਦਾ ਆਪਣੀ ਜ਼ਿੰਦਗੀ ਦਾ ਇੱਕ ਸਹੀ ਗੱਲ ਹੈ ਕਿ ਤਨਾ ਇਹਦੇ ਚ ਮੈਂ ਐ ਸੋਚਦਾ ਹੁੰਨਾ ਆਪਣੇ ਨਾਲ ਲੋਕੇਲਿਟੀ ਦੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਜਿਬਾਲੀ ਤੁਸੀਂ ਆਪਣੇ ਆਪ ਨੂੰ ਸਮਝਣਾ ਹੈ ਨਾ ਦੁਨੀਆ ਦੀ ਕਦਰ ਕਰਨੀ ਆ ਜੇ ਤੁਹਾਡੇ ਘਰਾਂ ਚ ਕੁਝ ਐਵੇਂ ਦਾ ਨਹੀਂ ਹੋਇਆ ਵਧੀਆ ਗੱਲ ਹੈ ਮਾੜਾ ਟਾਈਮ ਨਹੀਂ ਆਇਆ ਆਪਣੇ ਨਾਲ ਘਰਾਂ ਚ ਇਹ ਦੇਖ ਲਿਆ ਕਰੋ ਵੀ ਸਭ ਤੋਂ ਲਾਗੇ ਤਾਂ ਕਿ ਪੁਰਾਣਾ ਕੋਈ ਦਰਖਤ ਲੱਭ ਲਓ ਉਹਦੀ ਏਜ ਪਤਾ ਕਰੋ ਵੀ ਉਹਦੀ ਉਮਰ ਕਿੱਡੀ ਆ ਫਿਰ ਜਦੋਂ ਉਮਰ ਆਮ ਹੁੰਦੀ ਹੈ ਦਰਖਤਾਂ ਦੀ 2 200 3 300 ਆਮ ਨਾਲ ਇੰਨੀ ਆਮ ਨਾਲ ਉਸ ਚੀਜ਼ ਨੂੰ ਪ੍ਰੋਪੋਰਸ਼ਨੇਟ ਕਰੋ ਆਪਣੀ ਏਜ ਨਾਲ ਤੁਸੀਂ ਇੱਕ ਫ੍ਰੈਕਸ਼ਨ ਨਿਕਲੋਗੇ ਸਹੀ ਗੱਲ ਹੁਣ ਜੇ ਤੁਸੀਂ ਚੱਕੋਗੇ ਆਪਣੀ ਏਜ ਨੂੰ ਉਸ ਦਰਖਤ ਦੇ ਲਈ ਜਿਵੇਂ ਆਪਾਂ ਆ ਨਾ ਸਾਡੇ ਲਈ ਉਹ ਜਿਵੇਂ ਕੁੱਤਾ ਨਹੀਂ ਹੁੰਦਾ ਕੁੱਤੇ ਦੀ ਲਾਈਫ ਹੂੰ ਕੁੱਤਾ 10 15 ਸਾਲ ਜਿੰਦਾ ਤੇ ਆਪਾਂ ਕਹਿੰਦੇ ਆ ਯਾਰ ਐਵੇਂ ਭੱਜਿਆ ਫਿਰਦਾ ਵੀ ਆਵੇਂ ਪੁੱਛਣੋਂ ਨੇ ਉਧਰ ਉਧਰ ਵਿਚਾਰਾ ਵੀ ਕੀੜੀ ਕਿ ਲਾਈਫ ਐ ਦੀ ਕੀੜੀ ਦੀ ਲੈ ਲੋ ਐਗਜ਼ੈਂਪਲ ਬਟ ਉਹਦੀ ਲਾਈਫ ਸਪੈਨ ਦੇ ਅੰਡਰ ਉਹ ਪਤਾ ਨਹੀਂ ਕਿੰਨੀ ਟੈਨਸ਼ਨਾਂ 'ਚ ਫਿਰ ਰਿਹਾ ਹੋਣਾ ਕੀੜੀ ਨੇ ਕੀ ਕੰਮ ਕਰਨਾ ਹੈ ਕੁੱਤੇ ਨੇ ਕਿੰਨਾ ਕੁਝ ਕਰਨਾ ਆਪਣੀ ਬਿਜ਼ਨਸ ਡੀਲਿੰਗ 'ਚ ਲੱਗਾ ਹੋਇਆ ਇਨਸਾਨ ਵੀ ਦੇ ਆਪਣੇ ਆਪ ਨੂੰ ਐ ਸੋਚ ਕੇ ਚੱਲੇ ਨਾ ਨਾ ਤਾਂ ਉਹ ਕਦੇ ਦੁਖੀ ਹੋਊਗਾ ਦੂਜੀ ਗੱਲ ਇਹ ਵੀ ਫਿਰ ਉਹ ਐਕਸਪੈਰੀਮੈਂਟ ਤੇ ਜੋ ਉਹਦਾ ਪੈਸ਼ਨ ਹੈ ਜਿਵੇਂ ਉਹਨਾਂ ਥੋੜਾ ਤੁਸੀਂ ਉੰਨੀ ਚ ਬਹਿ ਜਾਂਦੇ ਵੀ ਯਾਰ ਫੱਕਟ ਮੇਰੇ ਤੋਂ ਨਹੀਂ ਹੋ ਰਿਹਾ ਮੈਂ ਨਹੀਂ ਹੁਣ ਕਰਨਾ ਤੇ ਨਾ ਤੁਸੀਂ ਫਿਰ ਬਿਜ਼ਨਸ ਕਰ ਪਾਉਂਦੇ ਤੇ ਨਾ ਮੁੜ ਕੇ ਤੁਸੀਂ ਅੱਜ ਦੀ ਡੇਟ ਦੇ ਉੱਤੇ ਜਿੰਨੇ ਵੀ ਸੌਂਗਸ ਲਿਖ ਰਹੇ ਹੋ ਅੱਗੇ ਵੀ ਪ੍ਰੋਜੈਕਟਸ ਆ ਰਹੇ ਨੇ ਨਾ ਤੁਸੀਂ ਉਹ ਕਰ ਪਾਉਂਦੇ ਤੇ ਇੱਕ ਚੀਜ਼ ਮੈਨੂੰ ਹੋਰ ਲੱਗਦੀ ਵੀ ਜੇ ਲਾਈਫ ਨੂੰ ਇੰਜੋਏ ਜ਼ਰੂਰ ਕਰਨਾ ਚਾਹੀਦਾ ਘੁੰਮੋ ਦੁਨੀਆ ਦੇਖੋ ਯਾਰ ਆਪਾਂ ਕੱਲਾ ਕੰਮ ਹੀ ਥੋੜੀ ਕਰਨਾ ਆ ਇੱਥੇ ਘੁੰਮੋ ਦੁਨੀਆ ਦੇਖੋ ਵੀ ਰੱਬ ਨੇ ਕੀ ਕੀ ਕਿੱਥੇ ਕਿੱਥੇ ਕੀ ਕੀ ਬਣਾਇਆ ਹੋਇਆ ਹੈ ਕਵਾਲਾ ਨਹੀਂ ਕਿੰਨੀ ਛੋਟੀ ਜਿੰਦਗੀ ਆ ਜਿਹੜੀ ਚੀਜ਼ ਪਿੱਛੇ ਆ ਦੌੜੇ ਫਿਰਦੇ ਆ ਤੁਹਾਨੂੰ ਲੱਗਦਾ ਵੀ 60 ਸਾਲਾਂ ਬਾਅਦ 100 ਸਾਲ ਬਾਅਦ ਲਾ ਲੋ 100 ਸਾਲ ਬਾਅਦ ਇੱਥੇ ਕੀ ਹੋਣਾ ਸਾਡੀ ਦੂਜੀ ਤੀਜੀ ਕਿਹੜੀ ਪੀੜ੍ਹੀ ਹੋਣੀ ਆ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਅਸੀਂ ਕੌਣ ਸੀਗੇ ਉਹਨਾਂ ਨੇ ਇੱਥੇ ਕੀ ਬਣਾਉਣਾ ਪਤਾ ਜੀ ਇਹਨੂੰ ਢਾ ਕੇ ਮੋਲ ਬਣ ਜਾਣਾ ਕੀ ਬਣ ਜਾਣਾ ਕਿਹੜੀ ਚੀਜ਼ ਦੇ ਪਿੱਛੇ ਆਪਾਂ ਦੌੜੇ ਫਿਰਦੇ ਆ ਬਟ ਹਾਂ ਇੱਕ ਗੁੱਡ ਲਾਈਫ ਜੀਣ ਲਈ ਸਾਨੂੰ ਇਹਦੇ ਤੇ ਬੜੀ ਕੰਟਰੋਵਰਸ਼ਲ ਜੀ ਗੱਲ ਕਰਨ ਲੱਗਾ ਵਾਂ ਕਿ ਮੈਨੂੰ ਕਈ ਵਾਰੀ ਨਾ ਜਿਵੇਂ ਹੁਣ ਆਪਣੇ ਇੱਥੇ ਲੋਕਲ ਆਪਾਂ ਬ੍ਰਾਮਟਨ ਜੀਟੀਐਸ ਹਨ ਤੇ ਇੱਥੇ ਜਿਵੇਂ ਕਹਿ ਨਹੀਂ ਦਿੰਦੇ ਸਟੂਡੈਂਟਾਂ ਨੇ ਗੰਦ ਪਾਇਆ ਪਲਾਜ਼ਿਆਂ ਚ ਇਹ ਉਹ ਪਰ ਮੈਂ ਜਦੋਂ ਉਹਦਾ ਦੂਜਾ ਇਨਸਪੈਕਟ ਦੇਖਾਂ ਨਾ ਮੈਨੂੰ ਵਧੀਆ ਵੀ ਲੱਗਦਾ ਯਾਰ ਉਹ ਚਿੱਤਰਾਜ਼ੀ ਰੱਖਣ ਦਏ ਨੇ ਵੀ ਅਗਲੇ ਮੌਕੇ 'ਚ ਨੇ ਜੀਰੇ ਨੇ ਮਿਹਨਤ ਕਰਦੇ ਨੇ ਉਹਨਾਂ ਨੇ ਚੀਜ਼ਾਂ ਲਈਆਂ ਹੋਈਆਂ ਨੇ ਇੰਜੋਏ ਕਰ ਰਹੇ ਨੇ ਹੁਣ ਦੂਜੇ ਹੱਥ ਤੇ ਉਹਨਾਂ ਨੂੰ ਸਿਆਣੀਆਂ ਸਲਾਹ ਦੇਈ ਜਾਓ ਵੀ ਤੁਸੀਂ ਕਰ ਲਓ 25 ਸਾਲ ਬਾਅਦ ਕੀ ਪਤਾ ਉਹਨਾਂ ਚ ਕਿੰਨੇ ਨੇ ਹੁਣ ਨਹੀਂ ਹੋਣਾ ਹੂੰ ਏ ਵੀ ਆ ਦੂਜੇ ਪਾਸੇ ਇਹ ਵੀ ਯਾਦ ਰੱਖਣਾ ਚਾਹੀਦਾ ਵੀ ਇੰਨਾ ਵੀ ਕਿਉਂਕਿ ਅੰਤ ਤੇ ਅਤ ਵਿੱਚ ਫਰਕ ਹੁੰਦਾ ਨਾ ਉਸ ਅਤ ਦੇ ਅੰਦਰ ਅੰਦਰ ਆਪਣਾ ਅੰਤ ਨਾ ਲਿਖ ਦਿਓ ਬੀਜੇਪ ਲਾਜ਼ਿਆਂ ਵਿੱਚ ਮौज ਕਰਨੀ ਆ ਕਰੋ ਯਾਰ ਜੀ ਸਾਥ ਕੇ ਕਰੋ ਮਹਿਨਤ ਵੀ ਕਰੋ ਸਾਰਾ ਕੁਝ ਕਰੋ ਪਰ ਇੰਨਾ ਵੀ ਯਾਦ ਰੱਖੋ ਕਿ ਇੱਕ ਸਰਕਲ ਵੀ ਅਸੀਂ ਇੰਜੋਏ ਕਰਨਾ ਮੈਨੂੰ ਉਹ ਉਹ ਚੀਜ਼ ਬੜੀ ਹੁੰਦੀ ਹੈ ਵੀ ਆਪਾਂ ਛੋਟੀ ਉਮਰੇ ਜ਼ਿੰਮੇਵਾਰੀਆਂ ਵੀ ਪੈ ਗਈਆਂ ਨਾ ਉਹਨਾਂ ਤੇ ਉਸ ਉਮਰੇ ਤਾਂ ਆਪਾਂ ਨਿਆਰੇ ਲੈਂਦੇ ਸੀਗੇ ਹਾਂ 24 25 ਸਾਲਾਂ ਦੀ ਉਮਰ ਤੱਕ ਤਾਂ ਮੈਂ ਉਹ ਹੀ ਨਿਆਰੇ ਲੈਂਦੇ ਸੀ ਉਹ ਤਾਂ 20 ਸਾਲਾਂ ਦੇ 16 ਸਾਲਾਂ ਦੇ ਵਿਚਾਰੇ ਕੰਮ ਕਰਨ ਲੱਪੇ 18 ਦੇ ਹੂੰ ਕਿੰਨੀ ਕੀ ਇੰਜੋਏ ਕਰ ਲੂਗਾ ਯਾਰ ਵਿਚਾਰੇ ਕੰਮ ਤਾਂ ਸਾਨੂੰ ਕਰਨਾ ਹੀ ਪਾਣਾ ਉਹਨੂੰ ਹੂੰ ਇਤਸਾ ਇਤਸਾ ਤਾਂ ਬਹੁਤ ਐਵੇਂ ਦੀਆਂ ਸਟੋਰੀਜ਼ ਨੇ ਵੀ ਹਰ ਬੰਦੇ ਨੂੰ ਜੇ ਰੋਕ ਕੇ ਪੁੱਛੀ ਹੈ ਨਾ ਹਾਂ ਕਿੰਨੇ ਲੋਕ ਉਹ ਨੇ ਬੱਸਾਂ ਦੇ ਅੰਦਰ ਖੜੇ ਹੁੰਦੇ ਨੇ ਆਪਣੇ ਮੁੰਡੇ ਕੁੜੀਆਂ ਘਰਾਂ ਦੇ ਘਰ ਉਹਨਾਂ ਦੇ ਸਿਰ ਤੇ ਚੱਲ ਰਹੇ ਨੇ ਤੇ ਉਹਨਾਂ ਨੂੰ ਵੇਖ ਕੇ ਯਕੀਨ ਨਹੀਂ ਹੁੰਦਾ ਹੂੰ ਬੜਾ ਸਰਪ੍ਰਾਈਜ਼ ਹੁੰਦਾ ਵੀ ਯਾਰ ਵਾਹ ਮੈਂ ਮੈਂ ਤਾਂ ਕਈ ਵਾਰੀ ਨਾ ਕਹਿਣਾ ਨਾ ਵੀ ਧੰਦੇ ਰਹੇ ਵਿਚਾਰੇ ਇੰਨੀ ਮਿਹਨਤ ਕਰਦੇ ਆ ਇੰਨੀ ਮਿਹਨਤ ਕਰਕੇ ਫਿਰ ਫੀਸਾਂ ਦਿੰਦੇ ਨੇ ਫਿਰ ਕਿਰਾਏ ਦਿੰਦੇ ਨੇ ਫਿਰ ਜੇ ਉਹ ਐਨਜੋਏ ਕਰਦੇ ਆ ਤਾਂ ਉਹ ਸਾਰਿਆਂ ਨੂੰ ਦੁੱਖ ਦੇ ਹੂੰ ਫਿਰ ਜਿਹੜੇ ਲੋਕ ਸਭ ਤੋਂ ਜ਼ਿਆਦਾ ਦੁਖੀ ਨੇ ਉਹਨਾਂ ਤੋਂ ਉਹ ਮੈਨੂੰ ਲੱਗਦਾ ਉਸ ਉਮਰ ਦੇ ਵਿੱਚ ਉਹਨਾਂ ਨੇ ਕਦੇ ਕੰਮ ਵੀ ਨਹੀਂ ਕੀਤਾ ਹੋਣਾ ਜਿਹੜੇ ਸਮਰਚੂ ਕੰਮ ਕਰਦੇ ਨੇ ਦਿਹਾੜੀਆਂ ਲਾਉਂਦੇ ਨੇ ਸ਼ਿਫਟਾਂ ਸਾਰਾ ਕੁਝ ਕਰਦੇ ਨੇ ਹੋਰ ਛੱਡੋ ਜਿਹੜੇ ਦੁਖੀ ਨੇ ਉਹਨਾਂ ਦੇ ਆਉਣ ਵਾਲੀਆਂ ਪੀੜ੍ਹੀਆਂ ਤੇ ਉਹਨਾਂ ਦੀਆਂ ਐਗਜ਼ਿਸਟਿੰਗ ਪੀੜ੍ਹੀਆਂ ਸਮਝ ਕੇ ਹੋਣਗੇ ਜਿਹੜੇ ਮੈਂ ਜਿਹੜੀ ਸਭ ਤੋਂ ਜ਼ਿਆਦਾ ਮੈਨੂੰ ਇੱਕ ਚੀਜ਼ ਲੱਗਦੀ ਸੀ ਭਈ ਜਿਹੜੇ ਜਿਹੜੇ ਇੰਡੀਆ ਦੇ ਬੌਰਨ ਆਉਂਦੇ ਨੇ ਜਿੰਨੇ ਵੀ ਨੇ ਸਭ ਤੋਂ ਪਹਿਲੀ ਗੱਲ ਆਪਣੇ ਮਾਪਿਆਂ ਨੂੰ ਨਹੀਂ ਛੱਡਦੇ ਹੂੰ ਉਹਨਾਂ ਦਾ ਇੱਕੋ ਹੀ ਡ੍ਰੀਮ ਹੁੰਦਾ ਫਿਰ ਉਹੀ ਗੱਲ ਪੇ ਬਾਪੂ ਨੂੰ ਐਸ ਕਰਾਉਣੀ ਆ ਜਿੰਨੇ ਵੀ ਜਿੰਨੇ ਵੀ ਭੈਣ ਭਰਾ ਮਰੇ ਆਉਂਦੇ ਨੇ ਸਾਰਿਆਂ ਦੇ ਹੀ ਆ ਵੀ ਅਸੀਂ ਆਪਣੇ ਬੇਪਿਓ ਆਪੋ ਨੂੰ ਐਸ਼ ਕਰਾਉਣੀ ਯਾਰ ਜਿਵੇਂ ਅਸੀਂ ਦਲਾ ਇੰਨੀਆਂ ਦਿਹਾੜੀਆਂ ਲਾ ਰਹੇ ਆ ਕੁਝ ਕਰ ਰਹੇ ਆ ਕਿਉਂਕਿ ਸਾਡੇ ਜਿਹੜੇ ਮਾਪਿਓ ਆ ਉਥੇ ਉਹ ਕੋ ਐਡੇ ਸ਼ਾਹੂ ਘਰ ਨਹੀਂ ਹੁੰਦੇ ਉਥੇ ਕੋ ਲਗਜ਼ਰੀ ਗੱਡੀਆਂ ਲੈ ਲੈ ਘੁੰਮਣ ਤੇ ਜੇ ਮੈਂ ਕਹਿੰਨਾ ਇੱਥੇ ਹੁਣ ਸਰਕਾਰ ਨੇ ਦਿੱਤੀ ਆ ਸਹੂਲਤ ਮਿਲਦੀਆਂ ਆ ਗੱਡੀਆਂ ਦਾ ਯਾਰ ਕਈਆਂ ਨੂੰ ਦੁੱਖਦੀਆਂ ਬੜੀਆਂ ਵੀ ਕਾਤੇ ਸਟੂਡੈਂਟ ਗੱਡੀਆਂ ਲੈ ਲੈ ਘੁੰਮੀ ਜਾਂਦੇ ਨੇ ਤੈਨੂੰ ਪੂਰੇ ਕਰਦੇ ਵੀ ਤਾਂ ਠੀਕ ਆ ਬਟ ਲਿਮਟ ਚ ਰਹਿ ਕੇ ਜਿਹੜੀਆਂ ਪਲਾਜ਼ਾਂ ਚ ਲੜਾਈਆਂ ਹੁੰਦੀਆਂ ਆ ਯਾਰ ਨਹੀਂ ਸਹੀ ਲੱਗਦਾ ਕਿਉਂਕਿ ਆਪਾਂ ਦੂਜੀ ਕੰਟਰੀ ਚ ਆਏ ਆ ਮਾਪਿਓ ਨੇ ਉੱਥੇ ਇੰਨੇ ਨਾ ਪੈਸਾ ਚੱਕ ਕੇ ਸਾਨੂੰ ਭੇਜਿਆ ਚੱਕ ਕੇ ਡਿਪੋਰਟ ਕਰ ਦੇਊਗਾ ਤਾਂ ਕੀ ਰਹਿ ਜਾਣਾ ਬੱਲੇ ਆਪਣਾ ਹੋਈਆ ਇੰਜੋਏ ਕਰੋ ਹਾਂ ਇੰਜੋਏ ਲਾਈਫ ਨੂੰ ਕਰੋ ਪੂਰਾ ਸੋਲ ਇੱਕ ਲਾਈਨ ਮਾਰ ਲਓ ਬਸ ਕਿ ਉਹਦੇ ਚੋਂ ਟਰਮਸ ਆਪਣੀਆਂ ਡਿਸਾਈਡ ਕਰ ਲਓ ਕਿ ਇੱਕ ਹਿੰਦੀ ਪੰਜਾਬੀ ਚ ਕਿਵੇਂ ਦੱਸਾਂ ਵੀ ਇੱਕ ਤਮੀ ਇਸੇ ਇੱਕ ਮੈਨਰ ਐਵੇਂ ਦੇ ਹੋਣ ਥੋੜੇ ਵੀ ਤੁਹਾਨੂੰ ਪਤਾ ਹੋਵੇ ਵੀ ਉਹੀ ਗੱਲ ਬਸ ਮੈਂ ਤਾਂ ਇਹ ਕਹਿਣਾ ਵੀ ਜਦੋਂ ਬਾਹਲੀ ਹੱਤ ਕਰਾਉਣ ਨੂੰ ਦਿਲ ਕਰੇ ਤਾਂ ਪਹਿਲੇ ਬਾਪੂ ਦਾ ਸੋਚ ਲਿਆ ਕਰੋ ਸਹੀ ਗੱਲ ਹੈ ਪਿਆਰ ਉਹਨੇ ਇੰਨੇ ਪੈਸੇ ਲਾ ਕੇ ਭੇਜਿਆ ਪੇ ਜੇ ਇਥੋਂ ਰਿਪੋਰਟ ਕਰਤਾ ਤਾਂ ਕੀ ਕਰਾਂਗੇ ਉਹਨਾਂ ਨੇ ਜਿਹੜੀ ਜ਼ਿੰਦਗੀ ਕੱਟੀ ਆ ਬਾਪੂਆਂ ਨੇ ਸਾਡੇਆਂ ਨੇ ਸਾਰੀ ਜ਼ਿੰਦਗੀ ਖੇਤਾਂ ਦੇ ਵਿੱਚ ਕਿੱਦਾਂ ਯਾਰ ਮੈਨੂੰ ਤਾਂ ਕਈ ਵਾਰੀ ਐ ਹੁੰਦਾ ਹੁੰਦਾ ਵੀ ਬਾਪੂ ਨੇ ਨਾ ਉਪਰਲੀ ਬਾਹਣ ਜਾਣਾ ਤੇ ਦੁਪਹਿਰ ਨੂੰ ਆ ਜਾਣਾ ਥੋੜਾ ਜਿਹਾ ਟਾਈਮ ਸਵੇਰੇ ਚੱਲ ਜਾਣਾ ਬੈੱਡ ਦੇ ਉੱਪਰ ਵੀ ਨਹੀਂ ਲੰਮੇ ਪੜਨਾ ਆ ਕੇ ਥੱਲੇ ਫਰਸ਼ ਤੇ ਲੰਮੇ ਪੈਣਾ ਕਿਉਂਕਿ ਕੱਪੜੇ ਜਿਹੜੇ ਵੱਡੇ ਹੁੰਦੇ ਸੀ ਮਿੱਟੀ ਮੁੱਟੀ ਦਾ ਫਰਸ਼ ਤੇ ਲੰਮੇ ਪਾ ਜਾਣਾ ਉੱਥੋਂ ਹੀ ਉੱਠ ਕੇ ਘੰਟਾ ਦਾ ਘੰਟਾ ਰੈਸਟ ਕਰਕੇ ਫਿਰ ਚੱਲ ਜਾਣਾ ਤੇ ਉਹ ਉਹ ਕਿਹਦੇ ਕਰਕੇ ਉਹ ਇੰਨੀ ਮਿਹਨਤ ਕਰੀਗੇ ਸਾਡੇ ਕਰਕੇ ਤੇ ਫਿਰ ਜੇ ਆਪਾਂ ਉਹਨਾਂ ਦਾ ਐਂ ਕਰੀਏ ਤਾਂ ਯਾਰ ਕੋਈ ਗੱਲ ਜੀ ਨਹੀਂ ਬਣਦੀ ਮੈਨੂੰ ਲੱਗਦਾ ਤੁਸੀਂ ਕਿਸੇ ਹੋਰ ਲਈ ਨਾ ਸੋਚੋ ਤੁਸੀਂ ਕਿਸੇ ਹੋਰ ਦੀ ਨਾ ਸੁਣੋ ਕਿਸੇ ਦੀ ਨਾ ਸੋਚੋ ਹਾਂ ਸਿਰਫ ਉਹਨਾਂ ਦੀ ਸੋਚੋ ਜਿਨ੍ਹਾਂ ਨੇ ਤੁਹਾਡੇ ਲਈ ਆਪਣੀ ਜ਼ਿੰਦਗੀ ਲਾਤੀ ਸਾਰੀ ਕਿਹਦੇ ਲਈ ਯਾਰ ਮਾਂ ਪਿਓ ਕਿਹਦੇ ਲਈ ਕਰਦੇ ਨੇ ਉਹਨਾਂ ਲਈ ਸੋਚੋ ਜ਼ਰੂਰ ਯਾ ਸੋ ਹੁਣ ਤੱਕ ਤਾਂ ਬਹੁਤ ਘੈਂਟ ਗੱਲਾਂ ਐਵੇਂ ਆ ਜਿਹੜੇ ਦੇਖ ਰਹੇ ਨੇ ਮੈਂ ਦੁਬਾਰਾ ਦੱਸਦਾ ਕਿ ਮੇਰੇ ਸਾਹਮਣੇ ਅਸੀਂ ਆਫ ਦਾ ਕੈਮਰਾ ਇੰਨੀਆਂ ਗੱਲਾਂ ਕਰ ਗਏ ਕਿ ਉਹਦੇ ਅੰਦਰ ਦੇ ਦੋ ਪੋਡਕਾਸਟ ਆਲਰੇਡੀ ਨਿਕਲ ਜਾਣਗੇ ਕੈਮਰੇ ਦੇ ਉੱਤੇ ਸਾਡੀਆਂ ਅੱਖਾਂ ਵੀ ਐਵੇਂ ਆ ਰਹੀਆਂ ਹੋਣਗੀਆਂ ਕਿ ਸਾਨੂੰ 5-5 ਘੰਟੇ ਹੋ ਗਏ ਆ ਬੈਠੇ ਨੂੰ ਤੇ ਸੈਡ ਇਨਫ ਤੁਸੀਂ ਉਹ ਚੀਜ਼ਾਂ ਮਿਸ ਕਰ ਜੋਗੇ ਕਦੇ ਫਿਊਚਰ ਦੇ ਅੰਦਰ ਜ਼ਰੂਰ ਕਰਾਂਗੇ ਬਾਈ ਦੋ ਇੱਕ ਚੀਜ਼ ਜ਼ਰੂਰ ਪੁੱਛਣੀ ਜਦੋਂ ਮੈਂ ਦੇਖਿਆ ਵੀ ਨਾ ਤੁਹਾਡੀ ਪ੍ਰੋਫਾਈਲ ਤੇ ਤੁਹਾਨੂੰ ਫਟ ਬੜੇ ਹੋ ਤੁਸੀਂ ਹਾਉ ਰਾਜ ਕੀ ਹੈ ਉਹ ਵੀਰੇ ਮੈਨੂੰ ਐਂ ਲੱਗਦਾ ਵੀ ਆਪਣਾ ਸਭ ਤੋਂ ਜ਼ਿਆਦਾ ਜਿਹੜੀ ਕੀਮਤੀ ਚੀਜ਼ ਸਾਡੇ ਕੋਲ ਰੱਬ ਨੇ ਦਿੱਤੀ ਉਹ ਸਾਡਾ ਸਰੀਰ ਹੈ ਤੇ ਮੈਨੂੰ ਐ ਲੱਗਦਾ ਵੀ ਜੇ ਅਸੀਂ ਆਪਣੇ ਆਪ ਦਾ ਨਹੀਂ ਖਿਆਲ ਰੱਖ ਸਕਦੇ ਅਸੀਂ ਕਿਸੇ ਦਾ ਨਹੀਂ ਰੱਖ ਸਕਦੇ ਆਪਣੇ ਮਾਪਿਓ ਭੈਣ ਭਰਾ ਘਰ ਵਾਲੀ ਬੱਚੇ ਸਾਰਾ ਕੁਝ ਬਾਅਦ ਚ ਆਉਂਦਾ ਜੇ ਤੁਸੀਂ ਆਪਣੇ ਆਪ ਨੂੰ ਨਹੀਂ ਨਾ ਸੰਭ ਸਕਦੇ ਉਸ ਤੋਂ ਬਿਨਾ ਕੁਝ ਨਹੀਂ ਹੈਗਾ ਕਿਉਂਕਿ ਇਹਨੂੰ ਕਿਸੇ ਨੇ ਨਹੀਂ ਸੰਭਣਾ ਜਦੋਂ ਤੁਸੀਂ ਬਹਿ ਗਏ ਕਿਸੇ ਨੇ ਨਹੀਂ ਸੰਭਣਾ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਸੰਭੋ ਜੇ ਆਪਣੇ ਆਪ ਨੂੰ ਤੰਦਰੁਸਤ ਰੱਖੂਗੇ ਤਾਂ ਹੀ ਤੁਸੀਂ ਬਾਕੀਆਂ ਦਾ ਖਿਆਲ ਰੱਖ ਸਕਦੇ ਆ ਰੱਬੀ ਮਾਰਦਾ ਕੋਈ ਕਹਿ ਨਹੀਂ ਸਕਦਾ ਬਟ ਆਪਣੇ ਹੱਥ ਆਪਣੇ ਜੋ ਜਿੰਨੀ ਤੁਸੀਂ ਐਕਸਰਸਾਈਜ਼ ਜ਼ਰੂਰ ਕਰੋ ਮੈਂ ਇਹ ਕਹਿੰਨਾ ਵੀ ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਫਿੱਟ ਰੱਖੂਗੇ ਛੋਟੀ ਜੀ ਗੱਲ ਮੈਂ ਦੱਸਦਾ ਸਾਰੀ ਦੁਨੀਆ ਆਪਾਂ ਪੈਸੇ ਪਿੱਛੇ ਢੋੜੇ ਫਿਰਦੇ ਆ ਮੋਸਟਲੀ ਮੈਂ ਆਪਣੇ ਯਾਰਾਂ ਦੋਸਤਾਂ ਤੋਂ ਜਾਂ ਕਈਆਂ ਤੋਂ ਕਹਿੰਦੇ ਸੁਣਿਆ ਮੈਂ ਕਹੂੰਗਾ ਯਾਰ ਜਿਮ ਜਾਇਆ ਕਰੋ ਓਏ ਟਾਈਮ ਨਹੀਂ ਲੱਗਦਾ ਯਾਰ ਮੈਂ ਅੱਜ ਬਹੁਤ ਜ਼ਰੂਰੀ ਕੰਮ ਸੀਗਾ ਅਜ ਐਸਾਗਾ ਮੈਨੂੰ ਨਾ ਇੱਕ ਉਹ ਸੇਮ ਡੇ ਇੱਕ ਇੰਸਟਾ ਦੇ ਉੱਪਰ ਇੱਕ ਛੋਟੀ ਜੀ ਰੀਲ ਆ ਗਈ ਉਸ ਦਿਨੇ ਉਹ ਜਿੱਦਾਂ ਰੱਬ ਨੇ ਹੀ ਕਹਿਤਾ ਵੀ ਤੂੰ ਆਜਵਾਬ ਦੇਦੇ ਓ ਬੰਦੇ ਉਹਦੇ ਚ ਇੱਕ ਬੰਦਾ ਕਹਿੰਦਾ ਵੀ ਰੱਬ ਨਾ ਕਰੇ ਤੁਹਾਡੇ ਸੱਟ ਲੱਗ ਜੇ ਤੁਹਾਡੇ ਲੱਤ ਟੁੱਟ ਗਈ ਬਾਹ ਤੇ ਸੱਟ ਲੱਗੀ ਕੁਝ ਵੀ ਹੋ ਗਿਆ ਤਾਨੂੰ ਕੋਈ ਜੌਬ ਨਹੀਂ ਸੁਜਣੀ ਕੋਈ ਤੁਹਾਨੂੰ ਰਿਸ਼ਤਾ ਨਾ ਤਾਂ ਨਹੀਂ ਸੁਜਣਾ ਤੁਹਾਨੂੰ ਸਿਰਫ ਇੱਕੋ ਚੀਜ਼ ਹੁਣੀ ਮੇਰੀ ਬਾਹ ਠੀਕ ਹੋ ਜਾਏ ਜੋ ਮੇਰੇ ਹੋਇਆ ਨਾ ਮੇਰਾ ਸਰੀਰ ਤੰਦਰੁਸਤ ਹੋ ਜਾਏ ਮੈਨੂੰ ਰੱਬਾ ਕੋਈ ਜੌਬ ਨਹੀਂ ਚਾਹੀਦੀ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਮੈਨੂੰ ਸਿਰਫ ਮੇਰਾ ਮੇਰੀ ਬਾਡੀ ਤੰਦਰੁਸਤ ਹੋ ਜਾਏ ਸੋ ਇਹਦਾ ਮਤਲਬ ਕੀ ਆ ਕਿ ਸਾਡਾ ਸਭ ਤੋਂ ਪਹਿਲਾਂ ਸਾਡਾ ਦਿਮਾਗ ਵੀ ਇਹੀ ਕਹਿੰਦਾ ਵੀ ਤੂੰ ਤੰਦਰੁਸਤ ਰਹਿ ਤੇ ਤੰਦਰੁਸਤ ਤਾਂ ਪਤਾ ਹੀ ਰਵਾਂਗੇ ਨਾ ਜੇ ਆਪਣੇ ਸਿੱਧੇ ਵਰਜਿਸ ਕਰਾਂਗੇ ਸੋ ਮੇਰੇ ਖਿਆਲ ਨਾਲ ਸਭ ਤੋਂ ਜ਼ਿਆਦਾ ਜ਼ਰੂਰੀ ਆ ਐਟ ਦੀ ਐਂਡ ਕੋਈ ਤੁਹਾਡਾ ਮੈਸੇਜ ਅੱਜ ਕੱਲ੍ਹ ਦੀ ਯੂਥ ਲਈ ਹੋ ਗਿਆ ਜਾਂ ਜੋ ਵੀ ਲਾਈਫ ਦਾ ਐਕਸਪੀਰੀਅੰਸ ਜੋ ਵੀ ਦੇਖ ਰਹੇ ਨੇ ਈਵਰ ਸਭ ਤੋਂ ਬੋਲਦਾ ਫਿਟ ਰਹੋ ਹਮ ਐਕਸਰਸਾਈਜ਼ ਕਰੋ ਜ਼ਰੂਰ ਤੇ ਬਾਕੀ ਜ਼ਿੰਦਗੀ ਚ ਨਜ਼ਾਰੇ ਲਓ ਜ਼ਿੰਦਗੀ ਚ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਆ ਮੈਨੂੰ ਐਂ ਲੱਗਦਾ ਵੀ ਪੋਜ਼ਿਟਿਵਿਟੀ ਜਿਹੜੀ ਆ ਉਹ ਤੁਹਾਡੀ ਜ਼ਿੰਦਗੀ ਚੇਂਜ ਕਰ ਦਿੰਦੀ ਆ ਜਿਹੜੇ 네ਗੇਟਿਵ ਬੰਦੇ ਤੁਹਾਨੂੰ ਲੱਗਦਾ ਵੀ ਯਾਰ ਆਹ ਬੰਦੇ ਨਾਲ ਮੈਂ ਗੱਲ ਕਰਦਾ ਤਾਂ ਮੈਨੂੰ ਯਾਰ ਐ ਫੀਲ ਹੋਣ ਲੱਗ ਜਾਂਦਾ ਉਹ ਬੰਦੇ ਆਪਣੀ ਜ਼ਿੰਦਗੀ ਵਿੱਚ ਕੱਟ ਆਫ ਕਰ ਦੋ ਹੂੰ ਪੋਜ਼ਿਟਿਵ ਚੀਜ਼ਾਂ ਪੋਜ਼ਿਟਿਵ ਬੰਦਿਆਂ ਨਾਲ ਬੈਠੋ ਪੋਜ਼ਿਟਿਵ ਕਿਤਾਬਾਂ ਪੜ੍ਹੋ ਪੋਜ਼ਿਟਿਵ ਗਾਣੇ ਸੁਣੋ ਫਿਲਮਾਂ ਦੇਖੋ ਪੋਜ਼ਿਟਿਵ ਪੋਜ਼ਿਟਿਵਿਟੀ ਨਾਲ ਬਸ 네ਗੇਟਿਵ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਚ ਡਿਲੀਟ ਕਰ ਦੋ ਤੁਹਾਡਾ ਆਪਣਾ ਵੀ ਸਾਰਾ ਕੁਝ ਪੋਜ਼ਿਟਿਵ ਹੋਣਾ ਸ਼ੁਰੂ ਹੋ ਜਾਊਗਾ ਕਿਵੇਂ ਲੱਗੇ ਤੁਹਾਨੂੰ ਸਾਡੇ ਨਾਲ ਮਿਲ ਕੇ ਪਹਿਲੀ ਵਾਰੀ ਆਪਾਂ ਮਿਲ ਰਹੇ ਹਾਂ ਹਾਊ ਵਾਸ ਇਟ ਮੈਨੂੰ ਲੱਗ ਰਿਹਾ ਵੀ ਆਪਾਂ ਬੜੇ ਪੁਰਾਣੇ ਕੋਈ ਮਿੱਤਰ ਆ ਮੈਂ ਤਾਂ ਮੈਨੂੰ ਤਾਂ ਫੀਲ ਹੋਇਆ ਬਹੁਤ ਵਧੀਆ ਮਤਲਬ ਏਦਾਂ ਨਹੀਂ ਮੈਨੂੰ ਲੱਗਿਆ ਵੀ ਮੈਂ ਕਿਸੇ ਅਣਜਾਣ ਬੰਦੇ ਨਾਲ ਪਹਿਲੀ ਵਾਰੀ ਬਹਿ ਕੇ ਗੱਲਬਾਤ ਕਰ ਰਹੇ ਹਾਂ ਪਰ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਯਾਮੀ ਐਨੀ ਇੰਟਰਡੈਕਸ਼ਨ ਪਾ ਲਈਏ ਬਾਰੇ ਸਾਨੂੰ ਵੀ ਬਹੁਤ ਵਧੀਆ ਲੱਗਾ ਮਿਲ ਕੇ ਸਾਈ ਉਹ ਇਹਨਾਂ ਨੇਵਰ ਜੱਜ ਅ ਬੁੱਕ ਬਾਈ ਇਸ ਕਵਰ ਜਦ ਤੈਨੂੰ ਉਸ ਤੈਨੂੰ ਕੁਝ ਹੋਰ ਜਜਮੈਂਟ ਸੀਗੀ ਨਹੀਂ ਇਟਸ ਨਾਟ ਹੋਲਡ ਯੂ ਵਾਂਟ ਟੂ ਸੇ ਜਸਟ ਵਾਂਟ ਟੂ ਸੇ ਕਿ ਮੈਂ ਲੋਕਾਂ ਨੂੰ ਕਹਿ ਰਿਹਾ ਕਿ ਕਿਸੇ ਨੂੰ ਐਵੇਂ ਨਾ ਹੋਵੇ ਬੰਦੇ ਨੂੰ ਮਿਲਦੇ ਆ ਵਰਤਦੇ ਆ ਨਾ ਕਿ ਗੱਲ ਕਰਦੇ ਆ ਉਹ ਵੈਸੇ ਇਹ ਗੱਲ ਹੈ ਕਿ ਵੀ ਯੂਸਟ ਟੂ ਥਿੰਕ ਕਿ ਹੀ ਮਾਈਟ ਬੀ ਲਾਈਕ ਅ ਬਿਟ ਅਰੋਗੈਂਟ ਐਂਡ ਹੀ ਆਪਣੀ ਦੁਨੀਆ ਦਾ ਹੁੰਦੇ ਨਹੀਂ ਜਿੱਦਾਂ ਅਸੀਂ ਵੀ ਇੱਕ ਟਾਈਮ ਤੇ ਰਹੇ ਆ ਬਟ ਕਾਫੀ ਵਧੀਆ ਤੇ ਜਿਹੜੀ ਗੱਲ ਤੁਸੀਂ ਕਰਕੇ ਨਾ ਉਹਦੇ ਤੇ ਮੈਂ ਥੋੜਾ ਜਿਹਾ ਐਮਫਸਿਸ ਦੇ ਕੇ ਕਹਿਣਾ ਚਾਹੂੰਗਾ ਕਿ ਲਾਈਫ ਚ ਨਾ ਜਿਹੜੀ ਸਵਾਦ ਲੈਣ ਦੀ ਆਦਤ ਹੈ ਉਹਨੂੰ ਮੜਾ ਜਾ ਕਟਾਓ ਯਾਰ ਆਪਾਂ ਜਿੰਨੇ ਵੀ ਦੇਖ ਰਹੇ ਆ ਵੀ ਇਸ ਚੀਜ਼ ਦੇ ਅੰਦਰੋਂ ਨਿਚੋੜ ਨਿਕਲਦਾ ਹੈ ਨਿਚੋੜ ਬਹੁਤ ਕੱਡੇ ਬਾਈ ਨੇ ਬਟ ਜਿਹੜਾ ਮੈਂ ਕੱਢਣਾ ਚਾਹਣਾ ਇਸ ਪੋਡਕਾਸਟ ਦੇ ਅੰਦਰੋਂ ਕਿ ਜੋ ਦੇਖ ਰਿਹਾ ਨਾ ਇਸ ਟਾਈਮ ਆਈ ਊਡ ਸੇ ਕਿ ਲਾਈਫ ਦੇ ਅੰਦਰ ਸੋਸ਼ਲ ਮੀਡੀਆ ਦੇ ਅੰਦਰ ਸੋਸ਼ਲ ਮੀਡੀਆ ਇਸ ਟ੍ਰੇਨਿੰਗ ਯੂ ਗਾਇਜ਼ ਟੂ ਕਿ ਸਵਾਦ ਕਿੱਥੋਂ ਸਵਾਦ ਆ ਰਿਹਾ ਇੱਥੋਂ ਸਵਾਦ ਆ ਰਿਹਾ ਬਟ ਜਿਹੜਾ ਸਵਾਦ ਸਵਾਦ ਦੇ ਚੱਕਰ ਚ ਰਹਿ ਗਏ ਨਾ ਕੱਲ ਨੂੰ ਦੇਖਿਓ ਸਾਡੇ ਵੀ ਕਿਸੇ ਨੇ ਸਵਾਦ ਲੈ ਜਾਣੇ ਆ ਯਾ ਸਾਡੇ ਘਰ ਚੋਂ ਕਿਸੇ ਦੇ ਸਵਾਦ ਲਏ ਜਾਣੇ ਆ ਸੋ ਟਰਾਈ ਕਰਿਆ ਕਰੋ ਕਿ ਜੇ ਸੋਸ਼ਲ ਮੀਡੀਆ ਯੂਜ਼ ਕਰਦੇ ਹੋ ਉਹਦਾ ਚੰਗਾ ਯੂਜ਼ ਕਰੋ ਕਾਜ਼ ਅੱਜ ਤੁਸੀਂ ਚੰਗਾ ਕਰ ਰਹੇ ਹੋ ਤੁਸੀਂ ਗਾਂਵ ਵੀ ਕੁਛ ਨਾ ਕੁਛ ਐਵੇਂ ਦਾ ਇਹੀ ਪੋਜ਼ਿਟਿਵ ਜਾਂ ਫਿਰ ਪੋਜ਼ਿਟਿਵ ਆਪ ਬਹੁਤ ਵਾਰੀ ਬੋਲਿਆ ਬਟ ਯਾ ਕੁਛ ਨਾ ਕੁਛ ਬਦਿਆ ਰੱਖੋ ਇਥੋਂ ਵੀ ਫਿਟਨੈਸ ਦੀ ਬਾਈ ਆਲਰੇਡੀ ਗੱਲ ਕਰ ਹੀ ਚੁੱਕਿਆ ਤੇ ਯਾ ਐਟ ਦੀ ਐਂਡ ਉਹੀ ਹੈ ਨਾ ਕਿ ਜ਼ਿੰਦਗੀ ਚ ਸਵਾਦ ਲਓ ਕਿਸੇ ਦੀ ਜ਼ਿੰਦਗੀ ਦਾ ਸਵਾਦ ਨਾ ਲਓ ਹੂੰ ਨਹੀਂ ਤੋ ਖੁਦ ਸਾਲਾ ਕਿਸੇ ਦਾ ਸਵਾਦ ਬਣ ਕੇ ਰਹੋ ਯਾ ਇਟ ਵਾਸ ਅਮੇਜ਼ਿੰਗ ਭਾਈ ਥੈਂਕ ਯੂ ਫੋਰ ਕਮਿੰਗ ਤੇ ਮਿਲਾਂਗੇ ਫੇਰ ਦੁਬਾਰਾ ਇਸੇ ਉਮੀਦ ਦੇ ਨਾਲ ਹਣਿਆ ਔਨ ਅਲ ਟ੍ਰੈਕਸ ਤੇ ਤੁਹਾਨੂੰ ਬੈਸਟ ਆਫ ਲੱਕ ਥੈਂਕ ਯੂ ਜੀ ਭਾਈ ਨੇ ਸੇ ਸਾਨੂੰ ਅਸੀਂ ਸੁਣਾਗੇ ਵੀ ਪਹਿਲਾਂ ਹੀ ਰਿਲੀਜ਼ ਹੋਣ ਤੋਂ ਤੇ ਯਾ ਥੈਂਕਸ ਅ ਲੋਟ ਵੀਰੇ ਵਾਸ ਅਮੇਜ਼ਿੰਗ Thank you. <laughs> Zay. Zay. <laughs> All right. Thank See you, guys.